ਮੈਂ ਅੱਜ ਦੀ ਇਸ ਕਨਵੈਨਸ਼ਨ ਦੇ ਵਿੱਚ ਸ਼ਾਮਲ ਸਮੂਹ ਪਾਰਟੀਆਂ ਸੰਗਠਨਾਂ ਅਤੇ ਵੱਖ ਵੱਖ ਖੇਤਰ ਦੀਆਂ ਜਿਹੜੀਆਂ ਉੱਘੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਜਿਹਾ ਕਹਿੰਦਾ ਉਹ ਇੱਕ ਨੇਕ ਕੰਮ ਦੇ ਲਈ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਅਤੇ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਆਪਾਂ ਕੁਛ ਨੁਮਾਇੰਦਿਆਂ ਨੂੰ ਜਿਹੜੇ ਵੱਖ ਵੱਖ ਸੰਗਠਨਾਂ ਦੇ ਨੇ ਉਹਨਾਂ 'ਚੋਂ ਕਿਉਂਕਿ ਉਹਨਾਂ ਦੀ ਗਿਣਤੀ ਕਾਫੀ ਵੱਡੀ ਹੈ ਉਹਨਾਂ 'ਚੋਂ ਕੁਛ ਨੂੰ ਆਪਾਂ ਇਧਰਲੀਆਂ ਕੁਰਸੀਆਂ ਦੇ ਉੱਤੇ ਬੈਠਣ ਲਈ ਬੇਨਤੀ ਕਰੀਏ ਤਾਂ ਕਿ ਕਾਰਵਾਈ ਥੋੜ੍ਹਾ ਵਿਧੀਵਤ ਸ਼ੁਰੂ ਹੋਵੇ। ਮੈਂ ਬੇਨਤੀ ਕਰਦਾ ਸਭ ਤੋਂ ਪਹਿਲਾਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜਿਹੜੇ CPIML ਦੇ ਲਿਬਰੇਸ਼ਨ ਦੇ ਆਗੂ ਵੀ ਨੇ ਰੁਲਦੂ ਸਿੰਘ ਮਾਨਸਾ ਉਹ ਆ ਜਾਣ ਪ੍ਰਧਾਨਗੀ ਮੰਡਲ ਦੇ ਵਿੱਚ। ਮੈਂ ਬੇਨਤੀ ਕਰੂੰਗਾ ਸਰਦਾਰ ਨਵਕਿਰਨ ਸਿੰਘ ਜਿਹੜੇ ਲਾਇਰਜ ਆਫ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਆਗੂ ਨੇ ਉਹ ਆ ਜਾਣ ਪ੍ਰਧਾਨਗੀ ਮੰਡਲ ਦੇ ਵਿੱਚ ਥਾਂ ਲੈਣ ਆਪਣੀ। ਸਰਦਾਰ ਨਾਰਾਇਣ ਸਿੰਘ ਚੌੜਾ ਜਿਹੜੇ ਜੇਲ੍ਹ ਬੰਦੀ ਨੇ ਉਹਨਾਂ ਦੀ ਰਿਹਾਈ ਲਈ ਇੱਕ 5 ਮੈਂਬਰੀ ਕਮੇਟੀ ਜਿਹੜੀ ਬਣੀ ਹੋਈ ਹੈ ਉਹਦੇ ਮੈਂਬਰ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਪ੍ਰਧਾਨਗੀ ਮੰਡਲ 'ਚ ਆਉਣ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕਾਮਰ ਕਮਲਜੀਤ ਖੰਨਾ ਉਹ ਪ੍ਰਧਾਨਗੀ ਮੰਡਲ 'ਚ ਆਪਣੀ ਥਾਂ ਲੈਣ। ਸਰਦਾਰ ਸੁਖਦੇਵ ਸਿੰਘ ਨੇ ਅਲਾਇੰਸ ਆਫ ਸਿੱਖ ਯੂਥ ਆਰਗੇਨਾਈਜੇਸ਼ਨ ਦੇ ਨੁਮਾਇੰਦੇ ਸਰਦਾਰ ਸੁਖਦੇਵ ਸਿੰਘ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ। ਇਸੇ ਤਰੀਕੇ ਨਾਲ ਜੰਗ ਸਿੰਘ ਪਟੇੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਨੁਮਾਇੰਦੇ ਨੇ ਉਹ ਮੇਰੇ ਖਿਆਲ ਉਹ ਪਹਿਲਾਂ ਹੀ ਹਾਂ ਉਹ ਆ ਹੀ ਚੁੱਕੇ ਨੇ ਇੱਥੇ। ਬੀਬੀ ਪਰਮਜੀਤ ਕੌਰ ਖਾਲੜਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਜਿਹੜੀ ਉਹਦੇ ਵੱਲੋਂ ਨੇ ਜਿਹੜੇ ਸ਼ਹੀਦ ਹੀ ਕਹੂੰਗਾ ਮੈਂ ਸ਼ਹੀਦ ਜਸਵੰਤ ਸਿੰਘ ਖਲੜਾ ਦੇ ਮਿਸਜ ਵੀ ਨੇ ਉਹ ਪ੍ਰਧਾਨਗੀ ਮੰਡਲ 'ਚ ਥਾਂ ਲੈਣ। ਅਤੇ ਡਾਕਟਰ ਜਗਜੀਤ ਸਿੰਘ ਚੀਮਾ ਪੰਜਾਬ ਮੰਚ ਦੇ ਨੁਮਾਇੰਦੇ ਨੇ ਡਾਕਟਰ ਗਾਂਧੀ ਦੀ ਅਗਵਾਈ ਜਿਹੜੇ ਪੰਜਾਬ ਮੰਚ ਇਹਨਾਂ ਨੇ ਆਰਗੇਨਾਈਜ਼ ਕੀਤਾ ਉਹ ਇੱਥੇ ਜਗ੍ਹਾ ਲੈਣ ਦੇ ਵਿੱਚ ਤਾਂ ਕਿ ਆਪਾਂ ਕਾਰਵਾਈ ਨੂੰ ਸ਼ੁਰੂ ਕਰੀਏ। ਕੋਈ ਹੋਰ ਨੁਮਾਇੰਦਾ ਜਿਹੜਾ ਤੁਸੀਂ ਸੁਜੈਸਟ ਕਰੋਗੇ ਉਹਨੂੰ ਵੀ ਆਪਾਂ ਜਾਣੀ ਚਾਹਾਂਗੇ ਕਿ ਇਹਨਾਂ ਦੀ ਛਤਰਛਾਇਆ ਥੱਲੇ ਕਨਵੈਨਸ਼ਨ ਚੱਲੇ ਜਿਸ ਮੁੱਦੇ ਲਈ ਆਪਾਂ ਇਕੱਠੇ ਹੋਏ ਹਾਂ ਉਹਦੇ ਕੋਈ ਸਾਰਥਕ ਸਿੱਟੇ ਨਿਕਲਣ ਉਹਨਾਂ ਨੂੰ ਵੀ ਆਪਾਂ ਬੁਲਾਵਾਂਗੇ। ਅਜੇ ਮੇਰੀ ਨਜ਼ਰ 'ਚ ਹਾਂਜੀ ਐਡਵੋਕੇਟ ਅਮਰ ਸਿੰਘ ਚਹਿਲ ਉਹ ਵੀ ਲਗਾਤਾਰ ਜਾਣੀ ਮਤਲਬ ਇਸ ਕਿਸਮ ਦੇ ਜਿਹੜੇ ਪੀੜਤ ਨੇ ਸਰਕਾਰੀ ਜ਼ਬਰ ਦੇ ਉਹਨਾਂ ਦੇ ਕੇਸ ਲੜਦੇ ਆ ਰਹੇ ਨੇ ਲੰਮੇ ਸਮੇਂ ਤੋਂ। ਸਰਦਾਰ ਅਮਰ ਸਿੰਘ ਚਹਿਲ ਐਡਵੋਕੇਟ ਹੋਰਾਂ ਨੂੰ ਵੀ ਬੇਨਤੀ ਹੈ ਕਿ ਉਹ ਪ੍ਰਧਾਨਗੀ ਮੰਡਲ ਦੇ ਵਿੱਚ ਆ ਕੇ ਇੱਧਰ ਬੈਠਣ ਜਗ੍ਹਾ ਲੈਣ ਆਪਣੀ ਕੋਈ ਉਹਨਾਂ ਨੂੰ ਬੁਲਾ ਦੇਵਾਂਗੇ ਆਪਾਂ ਇੱਥੇ ਹੈ ਨਾ ਉਹ ਨਾਂ ਨੋਟ ਕਰਾ ਦਿਓ। ਤਾਂ ਮੈਂ ਕੁਛ ਗੱਲਾਂ ਕੁਛ ਜਾਣਕਾਰੀਆਂ ਜਾਂ ਇਨਫੋਰਮੇਸ਼ਨ ਕੁਛ ਗੱਲਾਂ ਜਾਣੀ ਸ਼ੁਰੂ 'ਚ ਸਾਂਝੀਆਂ ਕਰੂੰ ਤਾਂ ਕਿ ਉਸ ਤੋਂ ਬਾਅਦ ਅਸੀਂ ਚਾਹਾਂਗੇ ਵੀ ਸੰਖੇਪ ਦੇ ਵਿੱਚ ਅਸੀਂ ਥੋੜ੍ਹੀ ਥੋੜ੍ਹੀ ਗੱਲ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਨੇ ਉਹਨਾਂ ਦੀ ਸਾਰਿਆਂ ਦੀ ਗੱਲ ਇਸ ਮਸਲੇ ਦੇ ਉੱਤੇ ਉਹ ਕੀ ਸੋਚਦੀਆਂ ਨੇ ਅਤੇ ਕੀ ਆਪਾਂ ਕਰ ਸਕਦੇ ਹਾਂ ਉਹ ਸੁਣ ਸਕੀਏ। ਇਸ ਤੋਂ ਪਹਿਲਾਂ ਇੱਕ ਤਾਂ ਮੇਰੀ ਬੇਨਤੀ ਹੈ ਕਿ ਡਾਕਟਰ ਗਾਂਧੀ ਹੋਰਾਂ ਦਾ ਫੋਨ ਆਇਆ ਸੀ ਹੁਣੇ ਉਹ ਕਹਿੰਦੇ ਉਹ ਕਈ ਦਿਨਾਂ ਦੇ ਮਗਰ ਲੱਗੇ ਹੋਏ ਸੀ ਅੱਜ ਉਹ ਕਹਿੰਦੇ ਗਵਰਨਰ ਨਾਲ ਗੱਲ ਹੋਈ ਆ ਅਤੇ ਉਹਨਾਂ ਨੇ 4:30 ਵਜੇ ਸਾਨੂੰ ਬੁਲਾਇਆ ਵੀ 4:30 ਵਜੇ ਤੁਸੀਂ ਆਓ ਅਤੇ ਮੈਂ ਤੁਹਾਡੇ ਨਾਲ ਗੱਲ ਕਰਦਾ ਇਸ ਮੁੱਦੇ 'ਤੇ ਜਿਹਦੇ ਕਰਕੇ ਪ੍ਰਸ਼ਾਸਨ ਵੱਲੋਂ 2 ਵਜੇ ਦਾ ਵੀ ਟਾਈਮ ਦਿੱਤਾ ਗਿਆ ਸੀ ਪਰ ਉਹ ਕਹਿੰਦੇ ਫੇਸ ਟੂ ਫੇਸ ਗੱਲ ਕਰਨ ਦਾ ਜ਼ਿਆਦਾ ਮਤਲਬ ਆਪਾਂ ਨੂੰ ਲਾਹਾ ਹੋ ਸਕਦਾ ਇਸ ਕਰਕੇ 4:30 ਵਜੇ ਕੁਛ ਨੁਮਾਇੰਦੇ ਸੱਤ ਕਿਹਾ ਸੱਤ ਹੋ ਸਕਦੇ ਨਾ ਹੋ ਸਕਦੇ ਉਹ ਜਾਣਗੇ ਉਹ ਵਿਚਾਰ ਲਏ ਉਹਦੇ ਦਰਮਿਆਨ ਗੱਲਾਂ ਬਾਤਾਂ ਦੇ ਜਿਹੜੇ ਸੱਜਣਾਂ ਨੂੰ ਆਪਾਂ ਉੱਥੇ ਭੇਜ ਸਕਦੇ ਹਾਂ ਜਿਹੜੇ ਕੇਸ ਨੂੰ ਚੰਗੀ ਤਰ੍ਹਾਂ ਪੁੱਟ ਕਰ ਸਕਦੇ ਆ ਉਹ ਉੱਥੇ ਜਾਣਗੇ। ਜਿਹੜੀਆਂ ਕੁਛ ਗੱਲਾਂ ਮੈਂ ਇਸ ਵਿਸ਼ੇ ਦੇ ਉੱਤੇ ਸ਼ੁਰੂਆਤ ਦੇ ਵਿੱਚ ਕਰਨਾ ਚਾਹੁੰਦਾ ਉਹ ਇਹ ਹੈ ਕਿ ਇਹ ਕਿਸ ਕਿਸਮ ਦਾ ਮਸਲਾ ਸੀ ਜਿਹੜਾ ਮਸਲਾ ਬਹੁਤ ਚੁੰਮ ਹੈ ਜਾਣੀ ਜਿਹਨੇ ਵੀ ਸੁਣਿਆ ਜਿਹਨੇ ਵੀ ਧਿਆਨ ਨਾਲ ਪੜ੍ਹਿਆ ਅਤੇ ਜਿਹੜਾ ਵੀ ਬੰਦਾ ਅਲਾਰ ਨਹੀਂ ਜਿਹੜਾ ਬੰਦਾ ਬਾਇਸਡ ਨਹੀਂ ਉਹ ਬੰਦਾ ਨੂੰ ਸਾਰਿਆਂ ਨੂੰ ਲੱਗਿਆ ਕਿ ਇਹ ਫੈਸਲਾ ਹੈ ਜਾਂ ਫੈਸਲਿਆਂ ਦਾ ਨਿਆਂ ਦਾ ਮਜ਼ਾਕ ਹੈ ਭਲੇ ਇਸ ਕਿਸਮ ਦਾ ਇੱਕ ਫੈਸਲਾ ਕਿ ਸਿਰਫ ਬਿਨਾਂ ਕੋਈ ਕ੍ਰਾਈਮ ਕੀਤੇ ਬਿਨਾਂ ਕੋਈ ਇਸ ਕਿਸਮ ਦੀ ਕਾਰਵਾਈ ਕੀਤੇ ਜਿਹੜੀ ਬਾਰੇ ਸਾਬਤ ਕੀਤਾ ਜਾ ਸਕਦਾ ਹੋਵੇ ਕਿ ਕੋਈ ਜੰਗ ਛੇੜਨ ਵਰਗੀ ਗੱਲ ਹੈ ਕੋਈ ਬਗਾਵਤ ਵਰਗੀ ਗੱਲ ਹੈ
ਸਿਰਫ ਲਿਟਰੇਚਰ ਤੇ ਕੁਝ ਤਸਵੀਰਾਂ ਫੜੇ ਜਾਣ ਬਦਲੇ ਨੌਜਵਾਨਾਂ ਨੂੰ ਦੇਸ਼ ਦੇ ਖਿਲਾਫ ਜੰਗ ਛੇੜਨ ਦੀ ਧਾਰਾ ਦੇ ਤਹਿਤ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਜਾਵੇ। ਇਸ ਕਿਸਮ ਦੀ ਸਜ਼ਾ 1947 ਤੋਂ ਬਾਅਦ ਮੇਰੇ ਧਿਆਨ 'ਚ ਨਹੀਂ ਕਿਸੇ ਕੇਸ 'ਚ ਦਿੱਤੀ ਗਈ ਹੋਵੇ, ਜਿਹਦੇ ਕਰਕੇ ਅਸੀਂ ਜਦੋਂ ਵੀ ਇਹ ਬਿਆਨ ਪੜ੍ਹਿਆ ਤਾਂ ਸਾਨੂੰ CPIM ਵਾਲਿਆਂ ਨੂੰ ਲੱਗਿਆ ਕਿ ਜੇ ਇਸ ਬਿਨਾਂ ਦੇ ਉੱਤੇ ਸਜ਼ਾ ਹੋਣੀ ਹੈ ਤਾਂ ਫਿਰ ਸਾਡੇ 'ਚੋਂ ਕਿਸੇ ਦਾ ਵੀ ਬਾਹਰ ਰਹਿਣਾ ਨਹੀਂ ਬਣਦਾ, ਕਿਉਂਕਿ ਇੱਕ ਕਿਸੇ ਵੀ ਜੇ ਮੰਨਿਆ ਜਾਵੇ ਕਿ ਉਹ ਦੇਸ਼ ਆਜ਼ਾਦ ਆ ਜਾਂ ਦੇਸ਼ ਦੇ ਵਿੱਚ, ਇਹ ਇੱਕ ਹੱਕ ਹੁੰਦਾ ਹੈ, ਸਭ ਤੋਂ ਵੱਡਾ ਹੱਕ ਹੈ ਅਸਹਿਮਤੀ ਦਾ। ਲੋਕਤੰਤਰ ਦਾ ਬੁਨਿਆਦੀ ਅਸੂਲ ਹੈ ਕਿ ਤੁਸੀਂ ਸਰਕਾਰਾਂ ਨਾਲ ਜਾਂ ਕਿਸੇ ਵੀ ਪਾਰਟੀ ਨਾਲ ਅਸਹਿਮਤ ਹੋਣ ਦਾ ਅਤੇ ਵੱਖਰੇ ਵਿਚਾਰ ਰੱਖਣ ਦਾ ਹੱਕ ਰੱਖਦੇ ਹੋ। ਜਿੰਨਾ ਚਿਰ ਉਹ ਹੱਕ ਕਿਸੇ ਹੋਰ ਦੀ ਜਾਨ ਲਈ ਖਤਰਾ ਨਹੀਂ ਬਣਦਾ, ਉਨਾ ਚਿਰ ਘੱਟੋ ਘੱਟ ਸੰਵਿਧਾਨ ਲਿਖਤੀ ਤੌਰ 'ਤੇ ਤੁਹਾਨੂੰ ਇਹ ਰਾਈਟ ਦਿੰਦਾ ਹੈ। ਅਤੇ ਜੇ ਇਸ ਹੱਕ ਦਾ ਉਲੰਘਣ ਕਰਨਾ ਹੈ ਫਿਰ ਇਹਦਾ ਮਤਲਬ ਸਿਰਫ ਸੱਤਾਧਾਰੀ ਧਿਰ ਦੇ ਲੋਕ ਜਾਂ ਉਹ ਲੋਕ ਜਿਨ੍ਹਾਂ ਨੂੰ ਉਹ ਪਸੰਦ ਕਰਦੇ ਹੈ ਉਹਨਾਂ ਨੂੰ ਇਸ ਦੇਸ਼ ਦੇ ਵਿੱਚ ਰਹਿਣ ਦਾ ਹੱਕ ਹੈ, ਉਹਨਾਂ ਨੂੰ ਜਿਉਣ ਦਾ ਹੱਕ ਹੈ। ਅਤੇ ਉਹਦੇ ਵਿੱਚ ਅਸੀਂ ਜਿੰਨੀਆਂ ਜਥੇਬੰਦੀਆਂ ਇੱਥੇ ਸ਼ਾਮਿਲ ਹਾਂ ਉਹਨਾਂ ਦੇ ਵਿੱਚ ਕੋਈ ਵੀ ਨਹੀਂ ਆਉਂਦੀ, ਕਿਉਂਕਿ ਕੋਈ ਖਾਲਿਸਤਾਨ ਦੀ ਗੱਲ ਕਰਦਾ, ਅਸੀਂ ਕੌਮਨਿਸਟ ਹਾਂ, ਅਸੀਂ ਇਨਕਲਾਬ ਦੀ ਗੱਲ ਕਰਦੇ ਹਾਂ, ਢਾਂਚੇ ਨੂੰ ਉਲਟਾਉਣ ਦੀ ਗੱਲ ਅਸੀਂ ਵੀ ਕਰਦੇ ਹਾਂ, ਅਸੀਂ ਵੀ ਕਹਿੰਦੇ ਹਾਂ ਕਿ ਪੂੰਜੀਵਾਦ ਨੂੰ ਖਤਮ ਕਰਕੇ ਇੱਥੇ ਸਮਾਜਵਾਦ ਦਾ ਢਾਂਚਾ ਬਣਾਇਆ ਜਾਣਾ ਚਾਹੀਦਾ। ਸੋ ਜੇ ਸਰਕਾਰ ਦੀਆਂ ਨੀਤੀਆਂ ਨੂੰ ਚੁਣੌਤੀ ਦੇਣਾ, ਤਬਦੀਲੀ ਦੀ ਗੱਲ ਕਰਨਾ ਇਹ ਬਗਾਵਤ ਹੈ ਤਾਂ ਫਿਰ ਇਹ ਬਗਾਵਤ ਦੇ ਵਿੱਚ ਅਸੀਂ ਸਾਰੇ ਹੀ ਸ਼ਾਮਿਲ ਹਾਂ। ਇਸ ਕਰਕੇ ਕਈ ਲੋਕਾਂ ਨੂੰ ਇਸ ਗੱਲ 'ਤੇ ਹੈਰਾਨੀ ਹੋਈ ਕਿ ਕੌਮਨਿਸਟਾਂ ਨੇ ਮੁੱਦਾ ਕਿਵੇਂ ਚੱਕਿਆ, ਜਾਣੀ ਕੌਮਨਿਸਟ ਹੀ ਉਹ ਤੇ ਰਹੇ ਨੇ ਦੇਸ਼ ਦੇ ਵਿੱਚ ਜਿਨ੍ਹਾਂ 'ਤੇ ਸਭ ਤੋਂ ਪਹਿਲਾਂ ਇਸ ਕਿਸਮ ਦੇ ਹਮਲੇ ਸ਼ੁਰੂ ਹੋਏ, ਜਿਨ੍ਹਾਂ ਨੂੰ ਫਾਂਸੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ, ਅਤੇ ਉਹ ਪਰੰਪਰਾ ਅੱਜ ਵੀ ਜਾਰੀ ਆ, ਉਹ ਬੰਦ ਨਹੀਂ ਹੋਈ, ਜਿਹਦੇ ਕਰਕੇ ਕਿਸੇ ਵੀ ਉਸ ਸੰਗਠਨ ਦੇ ਉੱਤੇ ਵਿਅਕਤੀ ਦੇ ਉੱਤੇ ਹਮਲਾ ਹੁੰਦਾ ਜਿਹੜਾ ਸਰਕਾਰ ਦੀ ਆਲੋਚਨਾ ਕਰਦਾ। ਅਤੇ ਅਸੀਂ ਸਮਝਦੇ ਹਾਂ ਕਿ ਇੱਕ ਜਮਹੂਰੀਅਤ ਪਸੰਦ ਹੋਣ ਦੇ ਨਾਤੇ, ਮਨੁੱਖੀ ਅਧਿਕਾਰਾਂ ਦਾ ਸਮਰਥਕ ਹੋਣ ਦੇ ਨਾਤੇ ਸਾਡੇ ਲਈ ਜਾਣੀ ਇਹ ਬਣਦਾ ਕਿ ਅਸੀਂ ਇਹ ਦੇਖੇ ਬਿਨਾਂ ਕਿ ਉਹਦੇ ਵਿਚਾਰ ਸਾਡੇ ਨਾਲੋਂ ਵੱਖਰੇ ਨੇ, ਉਹਦਾ ਨਿਸ਼ਾਨਾ ਸਾਡੇ ਨਾਲੋਂ ਵੱਖਰਾ ਹੈ, ਅਸੀਂ ਜਾਣੀ ਮਤਲਬ ਮੰਨ ਲਓ ਉਹਦੇ ਖਿਲਾਫ਼ ਆਵਾਜ਼ ਉਠਾਈਏ। ਅਤੇ ਇਹ ਗੱਲ ਬੜੀ ਸਾਫ਼ ਹੈ ਕਿ ਉਹ ਇਕੱਲੇ ਇਕੱਲੇ ਨੂੰ ਕਰਕੇ, ਜਿਸ ਕਿਸਮ ਦਾ ਦੇਸ਼ ਦੇ ਵਿੱਚ ਨਿਜ਼ਾਮ ਅੱਜ ਚੱਲ ਰਿਹਾ, ਉਹ ਇਕੱਲੇ ਇਕੱਲੇ ਨੂੰ ਕਰਕੇ ਕਿਸੇ ਨੂੰ ਵੀ ਬਖਸ਼ਣ ਵਾਲੇ ਨਹੀਂ। ਘੱਟ ਗਿਣਤੀਆਂ ਉਹਨਾਂ ਦੇ ਹਮਲੇ ਦਾ ਨਿਸ਼ਾਨਾ ਨੇ, ਘੱਟ ਗਿਣਤੀ ਨੇਸ਼ਨ, ਘੱਟ ਗਿਣਤੀ ਕੌਮਾਂ ਉਹਨਾਂ ਦੇ ਹਮਲੇ ਦਾ ਨਿਸ਼ਾਨਾ ਨੇ, ਦਲਿਤ ਉਹਨਾਂ ਦੇ ਹਮਲੇ ਦਾ ਨਿਸ਼ਾਨਾ ਨੇ, ਕੌਮਨਿਸਟ ਇਨਕਲਾਬੀ ਉਹਨਾਂ ਦੇ ਹਮਲੇ ਦਾ ਨਿਸ਼ਾਨਾ ਨੇ, ਜਮਹੂਰੀਅਤ ਪਸੰਦ ਉਹਨਾਂ ਦੇ ਹਮਲੇ ਦਾ ਨਿਸ਼ਾਨਾ ਨੇ, ਤਰਕਸ਼ੀਲ ਉਹਨਾਂ ਦੇ ਹਮਲੇ ਦਾ ਨਿਸ਼ਾਨਾ ਨੇ, ਤਾਂ ਸਾਰੇ ਲੋਕ ਕਿਸੇ ਨਾ ਕਿਸੇ ਰੂਪ 'ਚ ਉਹਨਾਂ ਦੇ ਹਮਲੇ ਦਾ ਨਿਸ਼ਾਨਾ ਨੇ। ਸੋ ਸਾਨੂੰ ਇਹ ਜ਼ਰੂਰੀ ਲੱਗਿਆ ਕਿ ਉਹਨਾਂ ਸਾਰੀਆਂ ਧਿਰਾਂ ਨੂੰ ਹੀ ਜਿਹੜੀਆਂ ਜਾਣੀ ਸਰਕਾਰ ਪ੍ਰਸਤ ਨਹੀਂ, ਜਿਹੜੀਆਂ ਸੱਤਾ ਦੇ ਨਾਲ ਜੁੜੀਆਂ ਜਾਂ ਸੱਤਾ ਦੀਆਂ ਚਾਪਲੂਸ ਨਹੀਂ, ਉਹ ਸਾਰੀਆਂ ਧਿਰਾਂ ਨੂੰ ਇੱਕ ਸੱਦਾ ਦੇਣਾ ਬਣਦਾ ਕਿ ਆਓ ਰਲ ਕੇ ਇਸ ਕਿਸਮ ਦਾ ਜਿਹੜਾ ਇੱਕ ਫਾਸਿਸਟ ਪ੍ਰਬੰਧ ਦੇਸ਼ ਦੇ ਵਿੱਚ ਚੱਲ ਰਿਹਾ, ਨਿਆਂ ਦੇ ਨਾਂ 'ਤੇ ਜਿਹੜਾ ਇੱਕ ਬੇਇਨਸਾਫੀ ਹੋ ਰਹੀ ਹੈ ਉਹਦੇ ਖਿਲਾਫ਼ ਲੜਿਆ ਜਾਵੇ। ਤੁਸੀਂ ਸਾਰੇ ਬਾਕੀ ਗੱਲਾਂ ਕਰੋਗੇ, ਮੈਂ ਲੰਮਾ ਨਹੀਂ ਬੋਲੂੰਗਾ। ਮੈਂ ਇੱਕ ਬੇਨਤੀ ਕਰੂੰਗਾ ਕਿ ਅਸੀਂ ਜਿਹੜੇ ਲੋਕ ਇੱਥੇ ਇਕੱਠੇ ਹੋਏ ਹਾਂ ਸਾਡੇ ਰਾਜਨੀਤਿਕ ਵਿਚਾਰ ਨਹੀਂ ਮਿਲਦੇ, ਇਹ ਬੜੀ ਸਾਫ਼ ਗੱਲ ਹੈ, ਸਾਡੇ ਰਾਜਨੀਤਿਕ ਆਦੇਸ਼ ਨਹੀਂ ਮਿਲਦੇ, ਸਾਡੇ ਨਿਸ਼ਾਨਿਆਂ ਦੇ ਵਿੱਚ ਵੀ ਫਰਕ ਹੈ, ਵਿਚਾਰਧਾਰਾ ਦੇ ਵਿੱਚ ਵੀ ਫਰਕ ਹੈ। ਅਸੀਂ ਇੱਕ ਮੁੱਦੇ ਦੇ ਉੱਤੇ ਇਕੱਠੇ ਹਾਂ, ਉਹ ਮੁੱਦਾ ਹੈ ਕਿ ਲੋਕਾਂ ਨੂੰ ਆਜ਼ਾਦ ਵਿਚਾਰ ਰੱਖਣ ਦਾ ਹੱਕ ਹੈ, ਲੋਕਾਂ ਨੂੰ ਅਸਹਿਮਤੀ ਪ੍ਰਗਟਾਉਣ ਦਾ ਹੱਕ ਹੈ, ਉਹਨਾਂ ਵਿਚਾਰਾਂ ਦੇ ਪ੍ਰਚਾਰ ਦਾ ਹੱਕ ਹੈ, ਬੋਲਣ ਦਾ ਹੱਕ ਹੈ, ਲਿਖਣ ਦਾ ਹੱਕ ਹੈ, ਪੜ੍ਹਨ ਦਾ ਹੱਕ ਹੈ। ਇਸ ਹੱਕ ਦੀ ਰਾਖੀ ਦੇ ਲਈ ਅਸੀਂ ਸਾਰੇ ਸਹਿਮਤ ਹਾਂ। ਇਸ ਮੁੱਦੇ ਦੇ ਉੱਤੇ ਇਹ ਸਾਰੀਆਂ ਜਥੇਬੰਦੀਆਂ ਆਈਆਂ ਨੇ। ਸੋ ਮੈਂ ਸਾਰੇ ਆਗੂ ਸਾਹਿਬਾਨਾਂ ਨੂੰ, ਸਾਰੇ ਬੁਲਾਰਿਆਂ ਨੂੰ, ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਸ ਮੁੱਦੇ ਦੇ ਉੱਤੇ ਕੇਂਦਰਿਤ ਕਰਨ। ਉਹ ਬਹੁਤ ਸਾਰੀਆਂ ਗੱਲਾਂ 'ਤੇ ਮਤਭੇਦ ਹੋ ਸਕਦੇ ਆ, ਉਹਨਾਂ ਲਈ ਇਹ ਮਨ 'ਚ ਨਹੀਂ, ਮਤਭੇਦ ਵਾਲੀਆਂ ਗੱਲਾਂ ਕਿਰਪਾ ਕਰਕੇ ਇੱਥੇ ਨਾ ਕੀਤੀਆਂ ਜਾਣ। ਉਹ ਗੱਲਾਂ ਕਰੀਏ ਜਿਨ੍ਹਾਂ ਗੱਲਾਂ ਦੇ ਆਧਾਰ 'ਤੇ ਅਸੀਂ ਦੇਸ਼ ਦੇ ਵਿੱਚ ਜਿਹੜਾ ਇਸ ਇੱਕ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਸਕੀਮਾਂ ਹੋ ਰਹੀਆਂ ਨੇ, ਇਸ ਦੇਸ਼ ਨੂੰ ਜਾਂ ਪੰਜਾਬ ਵਰਗੇ ਸਰਹੱਦੀ ਸੂਬਿਆਂ ਨੂੰ ਚੋਣਾਂ ਜਿੱਤਣ ਲਈ ਜੰਗ 'ਚ ਝੋਕਣ ਦੀਆਂ ਸਕੀਮਾਂ ਹੋ ਰਹੀਆਂ ਨੇ, ਉਸ ਕਿਸਮ ਦਾ ਜਿਹੜਾ ਇੱਕ ਫਾਸਿਸਟ ਸਿਸਟਮ ਦੇਸ਼ ਦੇ ਵਿੱਚ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹਦੇ ਖਿਲਾਫ਼ ਜਿਹੜਾ ਏਜੰਡਾ ਹੈ ਉੱਥੋਂ ਤੱਕ ਅਸੀਂ ਸੀਮਤ ਰਹਾਂਗੇ। ਹੋਰ ਅਸੀਂ ਜਿਹੜੀ ਮਤਲਬ ਵੱਖਰੇ ਮਾਮਲਿਆਂ ਨੂੰ
ਇਸ ਇਕੱਠ ਦੇ ਵਿੱਚ ਨਹੀਂ ਛੇੜਾਂਗੇ, ਉਹ ਅਸੀਂ ਵੀ ਨਹੀਂ ਛੇੜਾਂਗੇ, ਬਾਕੀ ਸੱਜਣ ਵੀ ਨਾ ਛੇੜਨਾ। ਅਤੇ ਲਾਸਟ ਬੇਨਤੀ ਇਹ ਹੈ ਕਿ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ, ਬਹੁਤ ਸਾਰੇ ਬੁਲਾਰੇ ਨੇ, ਇਸ ਕਰਕੇ ਮੁੱਦਾ ਇੱਕ ਹੈ। ਜੇ ਅਸੀਂ ਇਹਦੇ 'ਤੇ ਇਤਿਹਾਸ ਦੀ ਇਹਦੇ 'ਤੇ ਲੰਮੀ ਚੌੜੀ ਵਿਆਖਿਆ ਬੀਤੇ ਦੀ ਕਰਨੀ ਸ਼ੁਰੂ ਕਰੀਏ ਤਾਂ ਜਾਣੀ ਇਹ 2 ਘੰਟਿਆਂ ਦੇ ਵਿੱਚ ਸਮੇਟੀ ਨਹੀਂ ਜਾ ਸਕਦੀ। ਆਪਾਂ ਚਾਹਾਂਗੇ ਕਿ ਜਿੰਨੀਆਂ ਜਥੇਬੰਦੀਆਂ ਆਈਆਂ ਸਾਰੀਆਂ ਦੀ ਹਾਜ਼ਰੀ ਲੱਗੇ, ਤਾਂ ਜਿਹਦੇ ਕਰਕੇ ਜਾਣੀ ਇਹ ਬੇਨਤੀ ਕਿ 5 ਮਿੰਟਾਂ 'ਚ ਬੁਲਾਰੇ ਨਟਸ਼ਲ ਆਪਣੀ ਗੱਲ ਮੁਕਾਉਣ, ਇਸ ਮਸਲੇ 'ਤੇ ਉਹ ਕੀ ਸਹਿਯੋਗ ਦੇ ਸਕਦੇ ਨੇ, ਇਸ ਲੜਾਈ ਨੂੰ ਗਾਹਾਂ ਕਿਵੇਂ ਵਧਾਇਆ ਜਾ ਸਕਦਾ, ਕਿਉਂਕਿ ਲੜਾਈ ਸ਼ੁਰੂ ਹੋਈ ਹੈ, ਲੜਾਈ ਇਸ ਕਨਵੈਨਸ਼ਨ ਨਾਲ ਖਤਮ ਨਹੀਂ ਹੁੰਦੀ, ਲੜਾਈ ਸ਼ੁਰੂ ਹੋਈ ਹੈ। ਕੀ ਨੁਕਤੇ ਆ ਉਹਨਾਂ ਕੋਲ, ਅਸੀਂ ਕੀ ਕਰ ਸਕਦੇ ਹਾਂ ਰਲ ਮਿਲ ਕੇ? ਜੇ ਹੁਣ ਤੱਕ ਜਿਵੇਂ ਮਾਨਸਾ, ਬਠਿੰਡਾ, ਫਗਵਾੜਾ, ਨਵਾਂਸ਼ਹਿਰ, ਚੰਡੀਗੜ੍ਹ ਕੁਛ ਥਾਵਾਂ 'ਤੇ ਛੋਟੇ ਛੋਟੇ ਪ੍ਰੋਟੈਸਟ ਹੋਏ ਨੇ, ਉਹ ਪ੍ਰੋਟੈਸਟ ਸਰਕਾਰ ਦੇ ਫੈਸਲੇ ਬਦਲਣ ਦੀ ਤਾਕਤ ਅਜੇ ਨਹੀਂ ਰੱਖਦੇ, ਅਜੇ ਉਹ ਰਾਏ ਬਣਾਉਣ ਦੀ, ਇੱਕ ਲੋਕ ਰਾਏ ਬਣਾਉਣ ਦੀ ਸ਼ੁਰੂਆਤ ਨੇ। ਹੋਰ ਵੱਡਾ ਅਸੀਂ ਕੀ ਕਰ ਸਕਦੇ ਹਾਂ ਸਟੇਟ ਦੇ ਵਿੱਚ, ਪੂਰੀ ਸਟੇਟ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਇਹਨਾਂ ਗੱਲਾਂ ਦੇ ਉੱਤੇ ਕੇਂਦਰਿਤ ਕਰੀਏ ਤਾਂ ਕਿ ਅਸੀਂ ਜਾਣੀ ਰਲ ਮਿਲ ਕੇ ਇੱਕ ਲਹਿਰ ਖੜੀ ਕਰ ਸਕੀਏ, ਇੱਕ ਮੁਹਿੰਮ ਚਲਾ ਸਕੀਏ। ਇੰਨੀਆਂ ਕੁ ਬੇਨਤੀਆਂ ਸੀ। ਮੈਂ ਸੁਖਦਰਸ਼ਨ ਆਤਾ CPIML ਲਿਬਰੇਸ਼ਨ ਦਾ ਆਗੂ ਹਾਂ, ਅਤੇ ਹੁਣ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਸਾਡੇ ਆਏ ਹੋਏ ਬੁਲਾਰੇ ਨੇ ਉਹ ਥੋੜ੍ਹਾ ਥੋੜ੍ਹਾ ਸੰਖੇਪ ਦੇ ਵਿੱਚ ਸਾਰੀ ਕੁਛ ਨਾ ਕੁਛ ਗੱਲਬਾਤ ਆਪਣੇ ਵੱਲੋਂ ਰੱਖਣ। ਸਭ ਤੋਂ ਪਹਿਲਾਂ ਮੈਂ ਸਰਦਾਰ ਨਵਕਰਨ ਸਿੰਘ ਹੋਰਾਂ ਨੂੰ ਕਹੂੰਗਾ, ਉਹ ਐਡਵੋਕੇਟ ਨੇ, ਇਸ ਕਿਸਮ ਦੇ ਦਰਜਨਾਂ ਜਾਂ ਸੈਂਕੜੇ ਕੇਸ ਉਹਨਾਂ ਨੇ ਲੜੇ ਨੇ, ਕੀ ਉਹ ਸਮਝਦੇ ਨੇ ਇਸ ਫੈਸਲੇ ਬਾਰੇ, ਕਾਨੂੰਨੀ ਪੱਖ ਕੀ ਹੈ ਫੈਸਲੇ ਦਾ, ਉਹਦੀ ਮਤਲਬ ਵਿਧਾਨਕਤਾ ਹੈ ਕੀ ਕਾਨੂੰਨੀ ਨਜ਼ਰੀਏ ਤੋਂ, ਇਹਨਾਂ ਬਾਰੇ ਤੁਹਾਡੇ ਨਾਲ ਕੁਛ ਸੰਖੇਪ 'ਚ ਨੁਕਤੇ ਸਾਂਝੇ ਕਰਨ। ਸਰਦਾਰ ਨਵਕਰਨ ਸਿੰਘ, ਐਡਵੋਕੇਟ। ਸਤਿਕਾਰਯੋਗ ਭੈਣੋ ਅਤੇ ਭਰਾਵੋ, ਖੱਬੇ ਪੱਖੀ ਜਥੇਬੰਦੀਆਂ ਦਾ ਇਹ ਬੜਾ ਵੱਡਾ ਇੱਕ ਸ਼ਲਾਘਾਯੋਗ ਸਟੈਪ ਹੈਗਾ ਜਿਹੜਾ ਕਿ ਹਿਸਟਰੀ 'ਚ ਜਾਏਗਾ ਕਿ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਪਹਿਲ ਲਿੱਤੀ। ਇਸ ਦੇਸ਼ ਦੇ ਵਿੱਚ ਆਵਾਜ਼ਾਂ ਨੂੰ ਦਬਾਉਣ ਦਾ ਇੱਕ ਬੜੇ ਲੰਬੇ ਸਮੇਂ ਤੋਂ ਦੌਰ ਚੱਲ ਰਿਹਾ ਹੈ, ਤੇ ਜਿਹੜੀ ਆਵਾਜ਼ ਹੁਕਮਰਾਨ ਨੂੰ ਸੂਟ ਨਾ ਕਰਦੀ ਹੋਵੇ, ਜਿਹੜੀ ਆਵਾਜ਼ ਹੁਕਮਰਾਨ ਦੇ ਉੱਤੇ ਸਵਾਲੀਆ ਨਿਸ਼ਾਨ ਲਗਾਵੇ ਜਾਂ ਸਵਾਲ ਪੁੱਛੇ, ਉਹਨੂੰ ਉਹ ਆਪਣੇ ਕਾਨੂੰਨਾਂ ਦੇ ਰਾਹੀਂ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਡੀਲ ਕਰਦੇ ਨੇ। ਸਮੇਂ ਸਮੇਂ ਸਿਰ ਭਾਵੇਂ ਉਹ ਕਾਨੂੰਨ ਜਿਹੜੇ ਨੇ ਉਹ ਸਡੀਸ਼ਨ ਦਾ ਕਾਨੂੰਨ ਹੋਵੇ, ਭਾਵੇਂ ਅਨਲੋਫੁਲ ਐਕਟੀਵਿਟੀਜ਼ ਦਾ ਕਾਨੂੰਨ ਹੋਵੇ, ਉਸ ਤੋਂ ਪਹਿਲੇ ਟਾਡਾ ਵੀ ਵਰਤਿਆ ਗਿਆ, ਪੋਟਾ ਵੀ ਵਰਤਿਆ ਗਿਆ, ਅਤੇ ਹੁਣ ਲੇਟੈਸਟ ਅਨਲੋਫੁਲ ਐਕਟੀਵਿਟੀਜ਼ ਨੂੰ ਵੀ ਵਰਤਿਆ ਜਾ ਰਿਹਾ। ਸੋ ਵੱਖਰੇ ਵੱਖਰੇ ਸਮੇਂ ਦੇ ਨਾਲ ਉਹ ਕਾਨੂੰਨ ਬਦਲਦੇ ਰਹਿੰਦੇ ਨੇ, ਅਤੇ ਉਹਨਾਂ ਕਾਨੂੰਨਾਂ ਦਾ ਜਿਹੜਾ ਮਕਸਦ ਹੈਗਾ ਕਿ ਜਿਹੜੀ ਆਵਾਜ਼ ਹੁਕਮਰਾਨ ਨਾ ਸੁਣਨਾ ਚਾਹੁਣ ਉਹਨੂੰ ਕਿਵੇਂ ਡੀਲ ਕਰਨੀ ਹੈ, ਉਸ ਹਿਸਾਬ ਨਾਲ ਉਹ ਕਾਨੂੰਨ ਜਿਹੜੇ ਬਣਾ ਕੇ ਉਹਨੂੰ ਵਰਤ ਲੈਂਦੇ ਨੇ। ਇਹ ਜਿਹੜਾ ਕੇਸ ਸਾਡੇ ਸਾਹਮਣੇ ਆਇਆ ਹੈ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਦਾ, ਇਹ ਬੜਾ ਹੀ ਇੱਕ ਭਿਆਨਕ ਜਜਮੈਂਟ ਹੈ। ਜਿਹੜਾ ਰੁਝਾਨ ਹੈ ਉਹ ਭਿਆਨਕ ਹੈ, ਕਿਉਂਕਿ ਇਹਦੇ ਵਿੱਚ ਜਿਹੜਾ ਕਾਨੂੰਨ ਦੇ ਥੱਲੇ ਸਜ਼ਾ ਕੀਤੀ ਗਈ ਹੈ 20 ਸਾਲ ਦੀ, ਉਹ ਸੈਕਸ਼ਨ ਯੂਜ਼ ਕੀਤਾ ਗਿਆ 121 ਅਤੇ 121A IPC ਦਾ, ਜਿਹੜਾ ਕਹਿੰਦਾ ਕਿ ਤੁਸੀਂ ਵੇਜਿੰਗ ਔਰ ਅਟੈਂਪਟਿੰਗ ਟੂ ਵੇਜ ਵਾਰ, ਸੋ ਤੁਸੀਂ ਮੁਲਕ ਦੇ ਖਿਲਾਫ ਜੰਗ ਲੜਨ ਦੀ ਤੁਸੀਂ ਸਾਜਿਸ਼ ਕਰ ਰਹੇ ਹੋ, ਜਾਂ ਤੁਸੀਂ ਜਿਹੜਾ ਹੈਗਾ ਇੱਕ ਕੌਨਸਪਰੇਸੀ ਕਰ ਰਹੇ ਹੋ, ਅਤੇ ਭਾਵੇਂ ਉਹ ਹਥਿਆਰਾਂ ਨਾਲ ਹੋਵੇ ਭਾਵੇਂ ਵੈਸੇ ਹੋਵੇ। ਹੁਣ ਜਦੋਂ ਅਸੀਂ ਇਹ ਫੈਸਲਾ ਹੋਇਆ ਅਤੇ ਅਸੀਂ ਵੀ ਇਹਨੂੰ ਜਜਮੈਂਟ ਨੂੰ ਪੜ੍ਹੀ, ਅਤੇ ਅਸੀਂ ਕੋਸ਼ਿਸ਼ ਕੀਤਾ ਵੀ ਕੀ ਸਾਡੇ ਕੋਲ ਇਹੋ ਜਿਹੇ ਕੋਈ ਹੋਰ ਐਗਜ਼ਾਮਪਲਸ ਹੈਗੇ ਨੇ, ਅਤੇ ਅੰਗਰੇਜ਼ਾਂ ਦੇ ਸਮੇਂ ਦੇ ਐਗਜ਼ਾਮਪਲਸ ਤਾਂ ਸਾਡੇ ਸਾਹਮਣੇ ਆਏ, ਲੇਕਿਨ ਆਜ਼ਾਦ ਹਿੰਦੁਸਤਾਨ ਵਿੱਚ ਇਹੋ ਜਿਹਾ ਸਾਨੂੰ ਐਗਜ਼ਾਮਪਲ ਨਹੀਂ ਮਿਲਿਆ ਕਿ ਜਿਸ ਤਰੀਕੇ ਦਾ ਕੇਸ ਅਸੀਂ ਡੀਲ ਕਰ ਰਹੇ ਹਾਂ ਉਹਦੇ ਵਿੱਚ ਉਸ ਤਰ੍ਹਾਂ ਦੇ ਤੱਥਾਂ ਦੇ ਆਧਾਰ 'ਤੇ ਕਿਸੇ ਨੂੰ 20 ਸਾਲ ਸਜ਼ਾ ਕੀ, ਕਿਸੇ ਨੂੰ 5 ਸਾਲ ਵੀ ਸਜ਼ਾ ਕੀਤੀ ਗਈ ਹੋਵੇ।
ਸੋ ਇਹਨਾਂ ਕੋਲੋਂ ਜਿਹੜੇ ਤਿੰਨੋਂ ਸ਼ਖਸ ਨੇ ਇਹਨਾਂ ਕੋਲੋਂ ਜਿਹੜੇ ਕਾਗਜ਼ ਜਿਹੜੇ ਬਰਾਮਦ ਹੋਏ ਉਹ 1978 ਦਾ ਨਿਰੰਕਾਰੀ ਕਲੈਸ਼ ਦੇ ਸਮੇਂ ਜਿਹੜਾ ਰਿਕਾਰਡ ਹੈ ਕਿਤਾਬ ਦੇ ਰੂਪ ਵਿੱਚ ਸੁਖਦੇਵ ਸਿੰਘ ਬੱਬਰ ਦੀ ਜੀਵਨੀ ਕਿਤਾਬ ਦੇ ਰੂਪ ਵਿੱਚ ਕੁਛ ਫਲੈਕਸ ਹੈਗੇ ਨੇ ਕੁਛ ਹੋਰ ਇਹੋ ਜਿਹੀਆਂ ਕਹਾਣੀਆਂ ਨੇ ਜਿਹੜਾ ਵੀ ਲਿਟਰੇਚਰ ਹੈ ਉਹ ਸਾਰਾ ਲੀਗਲ ਲਿਟਰੇਚਰ ਹੈ ਉਹਦੇ ਚੋਂ ਕੋਈ ਵੀ ਇਸ ਤਰ੍ਹਾਂ ਦਾ ਲਿਟਰੇਚਰ ਨਹੀਂ ਹੈ ਜਿਹੜਾ ਕਿ ਬੈਂਡ ਹੋਵੇ ਤੇ ਉਹਨਾਂ ਉਸ ਲਿਟਰੇਚਰ ਦੇ ਬੇਸ ਦੇ ਉੱਤੇ ਅੱਛਾ ਉਹ ਲਿਟਰੇਚਰ ਦੂਸਰੀ ਗੱਲ ਹੈ ਕਿ ਘਰ ਘਰ ਪੰਜਾਬ ਦੇ ਵਿੱਚ ਅਵੇਲੇਬਲ ਹੈ ਸ਼ਾਇਦ ਤੁਸੀਂ ਪੜ੍ਹਿਆ ਹੋਵੇ ਛੋਟੇ ਸ਼ਹਿਰਾਂ 'ਚ ਪਿੰਡਾਂ 'ਚ ਉਹ ਲਿਟਰੇਚਰ ਆਮ ਮਿਲਦਾ ਹੈ ਜਿਹੜੀਆਂ ਜਿਹੜੇ ਮੰਥਲੀ ਮੈਗਜ਼ੀਨਸ ਹੈਗੇ ਨੇ ਜਿਹਦੇ ਵਿੱਚ ਇਹ ਸਾਰਾ ਜਿਹੜਾ ਹੈਗਾ ਲਿਟਰੇਚਰ ਛਪਦਾ ਹੈ ਫਿਰ ਹੈਗਾ ਕਿ ਉਹ ਜਿਹੜਾ ਲਿਟਰੇਚਰ ਸੀਗਾ ਉਹਨੂੰ ਪ੍ਰਿੰਟ ਕਰਾ ਕੇ ਉਹ ਬਾਹਰ ਭੇਜ ਰਹੇ ਸੀਗੇ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਕੋਈ ਹਥਿਆਰਬੰਦ ਸੰਘਰਸ਼ ਨੂੰ ਚਲਾਉਣ ਵਾਸਤੇ ਕੋਈ ਸਬੂਤ ਨਹੀਂ ਕੋਈ ਕੰਪੇਨ ਨਹੀਂ ਜੋ ਲਿਖਤ ਪੜ੍ਹਤ ਦੇ ਵਿੱਚ ਜੋ ਕਿਤਾਬਾਂ ਹੈਗੀਆਂ ਉਹਨਾਂ ਕਿਤਾਬਾਂ ਦੀ ਬਰਾਮਦਗੀ ਦੇ ਬੇਸ ਤੇ ਕਹਿੰਦੇ 20 ਸਾਲ ਦੀ ਸਜ਼ਾ ਦੇ ਦਿਓ ਤੁਹਾਨੂੰ ਇਹ ਦੱਸਣਾ ਬੜਾ ਜ਼ਰੂਰੀ ਹੋਏਗਾ ਕਿ ਪੰਜਾਬ ਦੇ ਵਿੱਚ ਸੈਂਕੜੇ ਕੇਸ ਰਜਿਸਟਰ ਕੀਤੇ ਗਏ ਖਾਲਿਸਤਾਨ ਦੇ ਨਾਅਰਿਆਂ ਦੇ ਉੱਤੇ ਵੀ ਫਲਾਂ ਜਗ੍ਹਾ ਜਿਹੜਾ ਹੈਗਾ 10 ਸਿੰਘ ਇਕੱਠੇ ਹੋ ਕੇ ਖਾਲਿਸਤਾਨ ਦੇ ਨਾਅਰੇ ਲਾ ਰਹੇ ਸੀਗੇ ਤੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਪਰਚਾ ਦਰਜ ਕਰ ਦਿੱਤਾ ਗਿਆ ਉਹ ਸਾਰੇ ਹੀ ਪਰਚੇ ਜਿਹੜੇ ਨੇ ਉਹ ਖਤਮ ਹੋਏ ਸੁਪਰੀਮ ਕੋਰਟ ਨੇ ਬਲਵੰਤ ਸਿੰਘ ਟੋਹਰੇ ਦੇ ਕੇਸ ਦੇ ਵਿੱਚ 1995 ਵਿੱਚ ਕਿਹਾ ਉਹ ਕੇਸ ਸੀਗਾ ਕਿ ਨੀਲਮ ਸਿਨੇਮਾ ਦੇ ਅੱਗੇ 1984 ਦੇ ਵਿੱਚ ਬਲਵੰਤ ਸਿੰਘ ਟੋਹਰਾ ਨਾਂ ਦਾ ਇੱਕ ਸ਼ਖਸ ਉਹਨੇ ਉੱਥੇ ਖਾਲਿਸਤਾਨ ਦੇ ਨਾਅਰੇ ਲਾਏ ਤੇ ਇਹ ਵੀ ਕਿਹਾ ਕਿ ਹਿੰਦੂ ਜਿਹੜੇ ਨੇ ਉਹ ਯਮੁਨਾ ਪਾਰ ਚਲੇ ਜਾਣ ਤੇ ਇਹੋ ਜਿਹੀ ਗੱਲਾਂ ਕਹੀਆਂ ਉਹ ਕੇਸ ਜਿਹੜਾ ਅਲਟੀਮੇਟਲੀ 1995 ਚ ਜਾ ਕੇ ਸੁਪਰੀਮ ਕੋਰਟ ਫੈਸਲਾ ਹੋਇਆ ਸੁਪਰੀਮ ਕੋਰਟ ਨੇ ਕਿਹਾ ਵੀ ਖਾਲਿਸਤਾਨ ਦੇ ਨਾਅਰੇ ਲਾਣੇ ਕੋਈ ਗੈਰ ਕਾਨੂੰਨੀ ਨੇ ਖਾਲਿਸਤਾਨ ਦੀ ਡਿਮਾਂਡ ਕਰਨੀ ਵੀ ਗੈਰ ਕਾਨੂੰਨੀ ਨਹੀਂ ਹੈ ਪਰ ਜੇ ਤੁਸੀਂ ਖਾਲਿਸਤਾਨ ਦੀ ਡਿਮਾਂਡ ਵਾਸਤੇ ਹਥਿਆਰ ਚੁੱਕੋ ਜਾਂ ਵਾਇਲੈਂਸ ਪ੍ਰੀਚ ਕਰੋ ਤੇ ਉਹ ਓਫੈਂਸ ਹੁੰਦਾ ਹੁਣ ਇਸ ਕੇਸ ਵਿੱਚ ਜੱਜ ਸਾਹਿਬਾਨ ਨੂੰ ਉਹ ਸਾਰੀਆਂ ਜਜਮੈਂਟਾਂ ਦਿੱਤੀਆਂ ਗਈਆਂ ਔਰ ਇਹ ਸਾਰੀਆਂ ਜਜਮੈਂਟਾਂ ਜਿਹੜੀਆਂ ਨੇ ਉਹਨਾਂ ਨੇ ਇੱਕ ਪੈਰੇ ਵਿੱਚ ਲਿਖ ਦਿੱਤੀਆਂ ਮੁੜ ਕੇ ਇੱਕ ਵੀ ਡਿਸਕਸ ਨਹੀਂ ਕੀਤੀ ਸੋ ਜਿਸ ਤਰੀਕੇ ਨਾਲ ਫੈਸਲਾ ਕੀਤਾ ਗਿਆ ਉਹ ਜੱਜ ਦੀ ਮਨੋਵ੍ਰਿਤੀ ਦਾ ਵੀ ਬੜਾ ਇੱਕ ਵੱਡਾ ਐਗਜ਼ਾਮਪਲ ਹੈ ਕਿ ਕਿਸ ਤਰੀਕੇ ਨਾਲ ਜਜਮੈਂਟਾਂ ਜਿਹੜੀਆਂ ਕਿ ਹੱਕ ਦੀਆਂ ਸੀਗੀਆਂ ਉਹਨੂੰ ਡਿਸਕਸ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਗਈ ਸੋ 20 ਸਾਲ ਕੈਦ ਕਰ ਦਿੱਤੀ ਗਈ ਜਿਹਦੀ ਅਪੀਲ ਫਾਈਲ ਕਰ ਦਿੱਤੀ ਹਾਈ ਕੋਰਟ ਵਿੱਚ ਹਾਲੇ ਹਾਈ ਕੋਰਟ ਨੇ ਕੋਈ ਡੇਟ ਨਹੀਂ ਲਗਾਈ ਉਹਦੀ ਜ਼ਮਾਨਤ ਵਾਸਤੇ ਸਰਦਾਰ ਰਾਜਵਿੰਦਰ ਸਿੰਘ ਬੈਂਸ ਉਹਨਾਂ ਦੇ ਵਕੀਲ ਨੇ ਪਹਿਲੇ ਵੀ ਜ਼ਮਾਨਤ ਜਦੋਂ ਨਹੀਂ ਸੀ ਹੋਈ ਉਦੋਂ ਵੀ ਉਹ ਵਕੀਲ ਸੀਗੇ ਤੇ ਹੁਣ ਉਹਨਾਂ ਨੇ ਅਪੀਲ ਦਾਇਰ ਕੀਤੀ ਹੈ ਹੁਣ ਦੇਖਣ ਵਾਲੀ ਗੱਲ ਐਵੇਂ ਕਿ ਜੇ ਸ਼ਾਇਦ ਇਹੀ ਸਜ਼ਾ ਕਿਸੇ ਕਾਮਰੇਡ ਵੀਰ ਨੂੰ ਮਿਲੀ ਹੁੰਦੀ ਤੇ ਮੈਨੂੰ ਲੱਗਦਾ ਸਿੱਖ ਭਾਵੇਂ ਨਾ ਜਾਗਦੇ ਪਰ ਖੱਬੇ ਪੱਖੀ ਜਥੇਬੰਦੀਆਂ ਦੇ ਬੜਾ ਵੱਡਾ ਜਿਹੜਾ ਇੱਕ ਐਸੈਟ ਹੈ ਕਿ ਜਿੱਥੇ ਵੀ ਕਿਧਰੇ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਜਿੱਥੇ ਸਾਡੇ ਬੇਸਿਕ ਰਾਈਟਸ ਦਾ ਹਨਨ ਹੁੰਦਾ ਉੱਥੇ ਜਿਹੜੀਆਂ ਖੱਬੇ ਪੱਖੀ ਜਥੇਬੰਦੀਆਂ ਜਿਹੜੀਆਂ ਆਪਣੀ ਆਵਾਜ਼ ਬੁਲੰਦ ਕਰਦੀਆਂ ਨੇ ਤੇ ਅੱਜ ਐਸੇ ਬਹਾਨੇ ਅਸੀਂ ਇਕੱਠੇ ਹੋਏ ਹਾਂ ਕਿਉਂਕਿ ਦੇਖਣ ਵਾਲੀ ਗੱਲ ਹੈ ਉਹ ਮਾਰਟਿਨ ਨਿਮਲਰ ਜੀ ਜਿਹੜੀ ਫੇਮਸ ਸੇਇੰਗ ਹੈ ਕਿ ਉਹ ਜੀ ਕਾਮਰੇਡਾਂ ਵਾਸਤੇ ਆਏ ਤੇ ਮੈਂ ਕਾਮਰੇਡ ਨਹੀਂ ਸੀਗਾ ਤੇ ਉਹ ਨਾਜ਼ੀਜ਼ ਵਾਸਤੇ ਆਏ ਤੇ ਮੈਂ ਨਾਜ਼ੀ ਨਹੀਂ ਸੀਗਾ ਤੇ ਜਦ ਤੱਕ ਉਹ ਮੇਰੇ ਵਾਸਤੇ ਆਏ ਮੇਰੇ ਵਾਸਤੇ ਬੋਲਣ ਲਈ ਕੋਈ ਨਹੀਂ ਉੱਠਿਆ ਸੋ ਜਿਹੜਾ ਅੱਜ ਹਾ ਦਾ ਨਾਰਾ ਮਾਰਨ ਲਈ ਖੱਬੇ ਪੱਖੀ ਜਥੇਬੰਦੀਆਂ ਨੇ ਅੱਜ ਇਹ ਮੀਟਿੰਗ ਸੱਦੀ ਹੈ ਉਹ ਬੜੀ ਸ਼ਲਾਘਾਯੋਗ ਹੈ ਸਾਨੂੰ ਚਾਹੀਦਾ ਕਿ ਜਿਹੜੀਆਂ ਵੀ ਜਥੇਬੰਦੀਆਂ ਹਿੰਦੁਸਤਾਨ ਦੇ ਵਿੱਚ ਆਪਣੇ ਹੱਕਾਂ ਵਾਸਤੇ ਲੜ ਰਹੀਆਂ ਨੇ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਉਹ ਸਾਰਿਆਂ ਦਾ ਆਪਸ 'ਚ ਮੇਲ ਹੋਣਾ ਚਾਹੀਦਾ ਕੋਈ ਕੋਆਰਡੀਨੇਸ਼ਨ ਕਮੇਟੀ ਹੋਣੀ ਚਾਹੀਦੀ ਹੈ ਤਾਂ ਕਿ ਸਾਰੇ ਇਕੱਠੇ ਹੋ ਕੇ ਜਦੋਂ ਇਹ ਨਾ ਹੋਏ ਵੀ ਇਕੱਲੇ ਇਕੱਲੇ ਨੂੰ ਕੁੱਟ ਪੈਂਦੀ ਰਹੀ ਤੇ ਬਾਕੀ ਜਿਹੜੇ ਸਾਰੇ ਦੇਖਦੇ ਰਹੀਏ ਇਹਦੇ ਵਾਸਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਸਾਂਝੇ ਤੌਰ ਤੇ ਕੋਈ ਪਰਮਾਨੈਂਟ ਕਮੇਟੀ ਵੀ ਬਣਨੀ ਚਾਹੀਦੀ ਹੈ ਜਿਹੜੀ ਜਿੱਥੇ ਵੀ ਅਸੀਂ ਦੇਖੀਏ ਕਿ ਕਿਧਰੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ ਜਾਂ ਹੱਕਾਂ ਦੀ ਜਿਹੜਾ ਹਨਨ ਹੋ ਰਿਹਾ ਹੈ ਉੱਥੇ ਅਸੀਂ ਆਵਾਜ਼ ਬੁਲੰਦ ਕਰ ਸਕੀਏ ਸੋ ਇਹਨਾਂ ਸ਼ਬਦਾਂ ਦੀ ਖਿਮਾ ਦਾ ਜਾਚਕ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨਵਾਦ ਜੀ ਵਕੀਲ ਸਾਹਿਬ ਇੱਕ ਚੰਗੀ ਗੱਲ ਹੈ ਕਿ ਇਸ ਕਨਵੈਨਸ਼ਨ ਦੇ ਵਿੱਚ ਪੰਜਾਬ ਦੀਆਂ ਕਈ ਸਾਰੀਆਂ ਵਿਦਿਆਰਥੀ ਜਥੇਬੰਦੀਆਂ
ਦੇ ਜਿਹੜੇ ਮਤਲਬ ਆਗੂ ਨੇ ਉਹ ਸ਼ਾਮਲ ਨੇ, ਉਹ ਕਮੇਟੀ 'ਚ ਵੀ ਸ਼ਾਮਲ ਹੋਏ ਨੇ, ਜਿਨ੍ਹਾਂ 'ਚ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਹੈ, DSO ਹੈ, ਡੈਮੋਕ੍ਰੈਟਿਕ ਸਟੂਡੈਂਟ ਆਰਗੇਨਾਈਜੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ, SFS ਸਟੂਡੈਂਟ ਫਾਰ ਸੁਸਾਇਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਅਤੇ PRSU ਹੈ, ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ। ਇਹ ਸਾਰੀਆਂ ਖੱਬੇ ਪੱਖੀ ਜਥੇਬੰਦੀਆਂ ਅਤੇ ਨੌਜਵਾਨ ਇਸ ਮਸਲੇ 'ਤੇ ਬੜੇ ਅਵੇਅਰ ਨੇ। ਮੈਂ ਪਹਿਲਾਂ ਬੇਨਤੀ ਕਰੂੰਗਾ ਡੈਮੋਕ੍ਰੈਟਿਕ ਸਟੂਡੈਂਟ ਆਰਗੇਨਾਈਜੇਸ਼ਨ ਦੇ ਆਗੂ ਪਟਿਆਲਾ ਦੇ ਅਮਰਜੀਤ ਸਿੰਘ, ਉਹ ਸੰਖੇਪ 'ਚ ਆਪਣੀ ਗੱਲ ਰੱਖਣਗੇ। ਅਮਰਜੀਤ ਸਿੰਘ, ਸਭ ਤੋਂ ਪਹਿਲਾਂ ਪਹਿਲੇ ਬੁਲਾਰੇ ਨੇ ਵੀ ਕਹਿ ਦਿੱਤਾ ਕਿ ਇਹ ਪਹਿਲਾ ਇਨੀਸ਼ੀਏਟਿਵ ਹੈ। ਜਦੋਂ ਵੀ ਅੱਜ ਤੱਕ ਇਹੋ ਜਿਹੇ ਮੁੱਦੇ ਉੱਠਦੇ ਰਹੇ ਤਾਂ ਲਗਾਤਾਰ ਜਦੋਂ ਅਸੀਂ ਇੱਕ ਨਵੀਂ ਪੀੜ੍ਹੀ 'ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹਦੇ 'ਚ ਇੱਕ ਪਾੜਾ ਜਿਹੜਾ ਬਹੁਤ ਸਪਸ਼ਟ ਦਿਖਦਾ ਰਿਹਾ ਅਤੇ ਇੱਕ ਦੂਜੇ ਪ੍ਰਤੀ ਇੱਕ ਵੱਖਰੇਵਾਂ ਰਿਹਾ ਹੀ, ਤਾਂ ਉਹ ਮੈਨੂੰ ਲੱਗਦਾ ਕਿ ਉਹਨੂੰ ਮੇਟਣ ਦਾ ਇੱਕ ਉੱਦਮ ਹੈ ਜਿਹੜਾ ਉਹ ਸ਼ੁਰੂਆਤ ਹੋਈ ਹੈ। ਇਹ ਸਾਰੇ ਵਧਾਈ ਦੇ ਪਾਤਰ ਨੇ ਇਹਦੇ ਲਈ। ਮੈਂ ਥੋੜ੍ਹੀ ਜਿਹੀ ਗੱਲ ਜਿਹੜੀ ਕਰੂੰਗਾ ਕਿ ਥਾਂ ਥਾਂ 'ਤੇ ਅਜਿਹਾ ਕੁਛ ਵਾਪਰ ਰਿਹਾ, ਚਾਹੇ ਭੀਮਾ ਕੋਰੇਗਾਓਂ ਵਾਲਾ ਕੇਸ ਹੈ, ਚਾਹੇ ਇਹ ਹੈ, ਹੋਰ ਕਈ ਕੇਸ ਨੇਗੇ, ਤਾਂ ਪਿਛਲੇ ਦਿਨਾਂ 'ਚ ਹੀ ਕੁਛ ਚੀਜ਼ਾਂ ਯਾਨੀ ਕਿ ਇੰਡੀਅਨ ਭਾਰਤ ਦੀ ਜਿਹੜੀ ਸਾਡੀ ਨਿਆਂਪਾਲਿਕਾ ਉਹਨੂੰ ਉਹਦਾ ਨੇਚਰ ਜਿਹੜਾ ਉਹ ਕਿਵੇਂ ਬਦਲਿਆ, ਤਾਂ ਉਹਦੇ 'ਤੇ ਕੁਛ ਪੜ੍ਹਦੇ ਹੋਏ ਕੁਛ ਕੁ ਇੱਕ ਦੋ ਨੁਕਤੇ ਜਿਹੜੇ ਧਿਆਨ 'ਚ ਆਏ ਮੈਂ ਉਹੀ ਰੱਖਣਾ ਚਾਹੂੰਗਾ ਕਿ ਜਦੋਂ ਅਫਜ਼ਲ ਗੁਰੂ ਦਾ ਕੇਸ ਆਉਂਦਾ ਹੈ ਤਾਂ ਵੀ ਖਾਸ ਤੌਰ 'ਤੇ ਜਿਹੜਾ ਮੈਨੂੰ ਲੱਗਿਆ ਉਹ ਇਹ ਹੈ ਕਿ 2001 ਤੋਂ ਬਾਅਦ ਭਾਰਤ ਦੀ ਜਿਹੜੀ ਜੁਡੀਸ਼ਰੀ ਹੈ ਉਹਦਾ ਜਿਹੜਾ ਕਰੈਕਟਰ ਕਹਿ ਲਓ ਜਾਂ ਉਹਦਾ ਚਰਿੱਤਰ ਹੈ ਉਹ ਲਗਾਤਾਰ ਬਦਲਿਆ, ਅਤੇ ਉਹਦੇ ਵਿੱਚ ਵੀ ਜਿਵੇਂ ਆਪਾਂ ਅੱਜ ਕਹਿ ਰਹੇ ਹਾਂ ਕਿ ਮੋਦੀ ਦੇ ਆਉਣ ਤੋਂ ਬਾਅਦ ਭਾਰਤ ਦਾ ਇੱਕ ਯਾਨੀ ਕਿ ਖਾਸਾ ਬਦਲਣ ਦੇ ਵੱਲ ਜਾ ਰਿਹਾ, ਤਾਂ ਉਸੇ ਤਰ੍ਹਾਂ ਉਹ ਭਾਰਤ ਦੀ ਨਿਆਂਪਾਲਿਕਾ ਦੇ ਅੰਦਰ ਵੀ ਦੇਖਦਾ। ਤਾਂ ਉਹਦੀ ਜਦੋਂ ਸ਼ੁਰੂਆਤ ਦੇਖਦੇ ਹਾਂ ਤਾਂ ਅਫਜ਼ਲ ਗੁਰੂ ਦੇ ਕੇਸ ਦੇ ਵਿੱਚ ਜਦੋਂ ਜੱਜ ਨੂੰ ਡੈਥ ਸੈਂਟੈਂਸ ਦੇ ਰਿਹਾ ਤਾਂ ਉਦੋਂ ਦੋ ਤਿੰਨ ਗੱਲਾਂ ਉਹ ਲਿਖਦਾ, ਉਹ ਦੋ ਗੱਲਾਂ ਬਹੁਤ ਅਹਿਮ ਨੇ ਜਦੋਂ ਉਹਨਾਂ ਨੂੰ ਪੜ੍ਹਦੇ ਹਾਂ, ਜਦੋਂ ਕੰਕਲੂਡਿੰਗ ਵਰਡ ਨੇ, ਆਖਰੀ ਜਿਹੜੇ ਸ਼ਬਦ ਨੇ ਉਹਦੇ 'ਚੋਂ ਕਹਿ ਰਿਹਾ ਕਿ 80 ਗਵਾਹਾਂ ਦੇ ਭੁਗਤਣ ਤੋਂ ਬਾਅਦ ਵੀ ਕਿਸੇ ਦੀ ਗਵਾਹੀ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਅਫਜ਼ਲ ਗੁਰੂ ਕਿਸੇ ਵੀ ਅੱਤਵਾਦੀ ਜਥੇਬੰਦੀ ਦਾ ਮੈਂਬਰ ਹੈ। ਅਤੇ ਲਾਸਟ ਜਿਹੜੀ ਉਹਦੀ ਲਾਈਨ ਹੈ ਕਿ ਬੇਸ਼ੱਕ ਇਹ ਕਿਸੇ ਅੱਤਵਾਦੀ ਜਥੇਬੰਦੀ ਦਾ ਮੈਂਬਰ ਨਹੀਂ ਪਰ ਭਾਰਤ ਦੀ ਜਿਹੜੀ ਬਹੁ ਗਿਣਤੀ ਚੇਤਨਾ ਹੈ ਉਹਨੂੰ ਸੈਟਿਸਫਾਈ ਕਰਨ ਦੇ ਲਈ ਜਿਹੜਾ ਕਿ ਇਸ ਬੰਦੇ ਦਾ ਫਾਹੇ ਲਾਇਆ ਜਾਣਾ ਜ਼ਰੂਰੀ ਹੈ। ਉਹ ਦੋ ਚਾਰ ਲਾਈਨਾਂ 'ਚ ਹੀ ਗੱਲ ਨਿਬੇੜ ਰਿਹਾ, ਪਰ ਜਦੋਂ 2017 ਦਾ ਇੱਕ ਕੇਸ ਹੈ ਜਿਹੜਾ 2016 ਦਾ GN ਸਾਈਂ ਬਾਬਾ ਦਾ, ਤਾਂ ਉੱਥੇ ਦੋ ਚਾਰ ਲਾਈਨਾਂ 'ਚ ਹੀ ਗੱਲ ਨਿਬੇੜੀ ਜਾ ਰਹੀ ਹੈ, ਪਰ ਜਦੋਂ ਸਾਈਂ ਬਾਬਾ ਦੀ ਜੱਜਮੈਂਟ ਆਉਂਦੀ ਹੈ ਤਾਂ 700 ਕੁਛ ਪੰਨਿਆਂ ਦੀ ਜੱਜਮੈਂਟ ਹੈ, ਅਤੇ ਉਹ 700 ਪੰਨਿਆਂ ਦੀ ਜੱਜਮੈਂਟ ਪੜ੍ਹਦੇ ਹੋਏ ਕਿਸੇ ਗੱਲ ਨੂੰ ਅਜਾਏ ਹੀ ਜਾਂ ਬਹੁਤ ਸਿੱਧੇ ਤੌਰ 'ਤੇ ਕਿਸੇ ਸਿੱਟੇ 'ਤੇ ਨਹੀਂ ਪਹੁੰਚਿਆ ਜਾ ਸਕਦਾ ਕਿ ਇਹ ਬਹੁਤ ਅਨਿਆਇ, ਪਰ ਉਹਦੇ 'ਚ ਵੀ ਵਾਰ ਵਾਰ ਗੱਲ ਇਹੀ ਆ ਰਹੀ ਹੈ ਕਿ ਬੇਸ਼ੱਕ ਇਹ ਬੰਦਾ ਅਪਾਹਜ ਹੈ ਪਰ ਇਹਦਾ ਦਿਮਾਗ ਹੈ ਜਿਹੜਾ ਉਹ ਭਾਰਤ ਦੀ ਸੱਤਾ ਲਈ ਖਤਰਾ ਹੈ, ਇਸ ਕਿਸਮ ਦੀ ਗੱਲਬਾਤ ਵਾਰ ਵਾਰ ਹੈ ਉਹਦੇ 'ਚ। ਤਾਂ ਉਹਦੇ ਤੋਂ ਬਾਅਦ ਭੀਮਾ ਕੋਰੇਗਾਓਂ ਦਾ ਜਿਹੜਾ ਕੇਸ ਹੁਣ ਆਇਆ, ਇੱਕ ਨਵਾਂ, ਇੱਕ ਪਾਸੇ ਜੱਜਮੈਂਟ 700 ਪੇਜਾਂ ਦੀ ਆਈ ਹੈ, ਦੂਜੇ ਪਾਸੇ ਜਿਹੜੀ ਭੀਮਾ ਕੋਰੇਗਾਓਂ ਦੀ ਜਿਹੜੀ ਹੁਣ ਚਾਰਜਸ਼ੀਟ ਫਾਈਲ ਹੋਈ ਹੈ ਉਹਦੇ 'ਚ 5,500 ਪੇਜਾਂ ਦੀ ਚਾਰਜਸ਼ੀਟ ਹੈ 5,000 ਪੇਜਾਂ ਤੋਂ ਉੱਤੇ, ਅਤੇ ਉਮਰ ਖਾਲਿਦ ਹੋਰਾਂ ਵਾਲਾ ਕੇਸ ਜਿਹੜਾ GNU ਦਾ ਕੇਸ ਹੈ ਉਹਦੇ 'ਚ ਵੀ 1,200 ਪੇਜਾਂ ਦੀ ਜਿਹੜੀ ਚਾਰਜਸ਼ੀਟ ਫਾਈਲ ਕੀਤੀ ਗਈ ਹੈ। ਤਾਂ ਇਹ ਦੇਖਣਾ ਬਣਦਾ ਕਿ ਜਿਹੜੇ ਉਹ ਜੱਜ ਇੱਕ ਦੌਰ ਦੇ ਅੰਦਰ ਕਿਸੇ ਧਾਰਮਿਕ ਘੱਟ ਗਿਣਤੀ ਨੂੰ ਸਜ਼ਾ ਦੇਣ ਲਈ ਬਹੁਤ ਸਿੱਧੇ ਤੌਰ 'ਤੇ 2001 'ਚ ਕੁਛ ਲਾਈਨਾਂ ਬਹੁਤ ਸਿੱਧੇ ਤੌਰ 'ਤੇ ਲਿਖ ਕੇ ਉਹਨੂੰ ਸਜ਼ਾ ਦੇਣ ਲਈ ਜਸਟੀਫਾਈ ਕਰਾ ਜਾਂਦਾ, ਪਰ ਅੱਜ 2017 ਜਾਂ 2018-19 ਦੇ ਵਿੱਚ ਬੈਠੇ ਹੋਏ ਅੱਜ ਉਹ ਜਿਹੜੇ ਜੱਜ ਨੇ ਉਹ 2-4 ਲਾਈਨਾਂ ਜਾਂ 2-4 ਪੈਰਿਆਂ ਤੋਂ 700 ਪੇਜਾਂ ਦੀ ਜੱਜਮੈਂਟ ਦੇਣ ਲਈ ਕਿਸੇ ਬੇਕਸੂਰ ਨੂੰ ਕਸੂਰਵਾਰ ਠਹਿਰਾਉਣ ਲਈ ਇੱਕ ਪੂਰਾ ਯਾਨੀ ਕਿ ਪਲੰਦਾ ਖੜਾ ਕਰਦੇ ਨੇ ਝੂਠ ਦਾ ਜਿਹੜਾ ਅਸੀਂ ਦੇਖ ਸਕਦੇ ਹਾਂ। ਤਾਂ ਉਹਦੇ ਵਿੱਚ ਚਾਰਜਸ਼ੀਟਾਂ ਵੀ ਇਸ ਕਿਸਮ ਦੀਆਂ ਨੇ ਕਿ ਮਹੀਨਾ ਇੱਕ ਮੰਗਿਆ ਸੁਪਰੀਮ ਕੋਰਟ ਨੇ, ਇੱਕ ਮਹੀਨਾ ਮੰਗਿਆ ਕਿ ਇਸ ਜੱਜਮੈਂਟ ਨੂੰ ਪੜ੍ਹ ਕੇ ਅਸੀਂ ਦੱਸਾਂਗੇ ਕਿ ਇਹਨੂੰ ਰਿਜੈਕਟ ਕਰਨਾ ਹੈ ਜਾਂ ਕੀ ਕਰਨਾ ਹੈ। ਤਾਂ ਉਸ ਕਿਸਮ ਦਾ ਅਲਝੇਵਾਂ ਜਿਹੜਾ ਉਹ ਖੜਾ ਕੀਤਾ ਜਾ ਰਿਹਾ। ਤਾਂ ਇਸ ਕਰਕੇ ਵੀ ਜਿਹੜਾ ਜੁਡੀਸ਼ਰੀ ਦਾ ਕਰੈਕਟਰ ਬਦਲਿਆ ਸਾਨੂੰ ਉਹਦੇ ਪ੍ਰਤੀ ਵੀ ਯਾਨੀ ਕਿ ਇੱਕ ਡਿਟੇਲ ਸਟੱਡੀ ਕਰਕੇ ਉਹਦੇ ਉੱਤੇ ਅਸੀਂ ਆਪਦੇ ਲੋਕਾਂ ਦੀ ਭਾਸ਼ਾ 'ਚ, ਕਿਉਂਕਿ ਨਿਆਂਪਾਲਿਕਾ ਤਾਂ ਸਾਡੇ ਲਈ ਇੱਕ ਵਿੱਦਿਆ ਮੰਦਰ ਕਹਿ ਲਓ
ਜਾਂ ਨਿਆਂ ਦਾ ਇੱਕ ਮੰਦਿਰ ਕਹਿ ਲਓ, ਉਹ ਬਣਿਆ ਹੋਇਆ ਸਾਡੇ ਲੋਕਾਂ ਲਈ, ਤਾਂ ਉਹਨੂੰ ਅਸੀਂ ਕਿਵੇਂ ਲੋਕਾਂ ਦੇ ਸਾਹਮਣੇ ਆਪਦੀ ਭਾਸ਼ਾ ਦੇ ਅੰਦਰ ਬਹੁਤ ਯਾਨੀ ਕਿ ਫੈਕਟਾਂ ਦੇ ਰਾਹੀਂ ਅਸੀਂ ਲਿਜਾ ਸਕਦੇ ਹਾਂ? ਸਾਨੂੰ ਉਹਦੇ 'ਤੇ ਵੀ ਉੱਦਮ ਕਰਨਾ ਚਾਹੀਦਾ, ਅਤੇ ਕਮੇਟੀ ਇੱਕ ਬਣਨੀ ਹੀ ਚਾਹੀਦੀ ਹੈ ਜਿਹੜੀ ਪਹਿਲਾਂ ਵੀ ਗੱਲ ਰੱਖੀ ਗਈ, ਅਸੀਂ ਉਹਦੇ ਨਾਲ ਸਹਿਮਤ ਹਾਂ। ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ। ਧੰਨਵਾਦ ਅਮਰਜੀਤ ਜੀ, ਸੰਖੇਪ 'ਚ ਆਪਣੀ ਗੱਲ ਰੱਖੀ। ਹੁਣ ਮੈਂ ਬੇਨਤੀ ਕਰੂੰਗਾ, ਸਾਡੇ 'ਚ ਹਾਜ਼ਰ ਨੇ ਸਰਦਾਰ ਗੁਰਤੇਜ ਸਿੰਘ IAS, ਉਹ ਕਿਰਪਾ ਕਰਕੇ ਆਉਣ। ਉਹਨਾਂ ਦਾ ਵੀ ਇਸ ਮਸਲੇ 'ਚ ਇੱਕ ਲੰਮਾ ਤਜਰਬਾ ਹੈ, ਪ੍ਰਸ਼ਾਸਨਿਕ ਵੀ ਹੈ ਅਤੇ ਅੰਦੋਲਨ ਦਾ ਵੀ ਹੈ। ਉਹ ਕੁਛ ਸ਼ਬਦਾਂ ਦੇ ਵਿੱਚ ਇਸ ਮੁੱਦੇ ਦੇ ਉੱਤੇ ਆਪਣੀ ਜਿਹੜੀ ਰਾਏ ਆ ਤੁਹਾਡੇ ਨਾਲ ਸਾਂਝੀ ਕਰਨਗੇ, ਗੁਰਤੇਜ ਸਿੰਘ IAS। ਅਤੇ ਇਹਨਾਂ ਤੋਂ ਬਾਅਦ ਕਾਮਰੇਡ ਕਮਲਜੀਤ ਖੰਨਾ ਬੋਲਣਗੇ, ਉਹ ਤਿਆਰ ਰਹਿਣ। ਭੈਣੋ ਅਤੇ ਭਰਾਓ, ਇੱਕ ਵੇਲੇ ਮੈਂ ਇੱਥੇ ਹੋਮ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਸੀ। ਇੱਕ ਕੇਸ ਆਇਆ ਡਿਸਟ੍ਰਿਕਟ ਤੋਂ ਕਿ ਫਲਾਨੇ ਆਦਮੀ ਨੇ ਝੰਡਾ ਪਾੜਤਾ, ਉਸਨੇ ਹੋਲੀਗਨਿਜ਼ਮ ਕੀਤੀ 15 ਅਗਸਤ ਨੂੰ, ਔਰ ਇਸ ਦੇ ਉੱਤੇ ਆ 121 ਇਹ ਲਾਇਆ ਜਾਵੇ, ਇਸਨੇ ਬਗਾਵਤ ਵਾਸਤੇ ਲੋਕਾਂ ਨੂੰ ਭੜਕਾਇਆ। ਨਾਲ ਉਸ 'ਤੇ ਬਹੁਤ ਸਾਰੀਆਂ ਤਸਵੀਰਾਂ ਸਨ। ਮੈਂ ਸਾਰਿਆਂ ਨੂੰ ਇਗਜ਼ਾਮਨ ਕਰਕੇ ਔਰ ਫਿਰ ਮੈਂ ਥੋੜ੍ਹਾ ਜਿਹਾ ਨੋਟ ਲਿਖਿਆ। ਮੁੱਖ ਮੰਤਰੀ ਨੇ ਡਿਸਕਸ਼ਨ ਵਾਸਤੇ ਬੁਲਾਇਆ, ਪ੍ਰਿੰਸੀਪਲ ਸੈਕਟਰੀ ਸੀ ਜ਼ਿਲ੍ਹੇ ਦਾ, SSP ਸੀ ਉਸ ਵੇਲੇ, SP ਹੁੰਦੇ ਸੀਗੇ, ਅਤੇ DC ਸੀ। ਮੁੱਖ ਮੰਤਰੀ ਦੇ ਓਪਨਿੰਗ ਲਫਜ਼ ਇਹ ਸੀ, ਮੁੱਖ ਮੰਤਰੀ ਇਹੀ ਸੀ ਜਿਹੜਾ ਆਪਣਾ ਮਸ਼ਹੂਰ ਮੁੱਖ ਮੰਤਰੀ ਹੈ, ਓਪਨਿੰਗ ਲਫਜ਼ ਇਹ ਸੀ, ਇਹ ਜੀ ਬੜਾ ਚੰਗਾ ਵਧੀਆ ਕੇਸ ਬਣਾਇਆ ਸੀ SSP ਸਾਹਿਬ ਨੇ, ਅਤੇ ਇਸ ਬੰਦੇ ਨੇ, ਇਸ ਸੈਕਟਰੀ ਸਾਹਿਬ ਨੇ, ਜੁਆਇੰਟ ਸੈਕਟਰੀ ਸਾਹਿਬ ਨੇ ਇਸ ਨੂੰ ਸਾਰਾ ਖਰਾਬ ਕਰਤਾ। ਹੁਣ ਪ੍ਰਿੰਸੀਪਲ ਸੈਕਟਰੀ ਸੀ ਉਸ ਵੇਲੇ, ਜਿਹੜੇ ਬਾਅਦ ਦੇ ਵਿੱਚ ਆਪਣੇ ਚੀਫ ਇਲੈਕਸ਼ਨ ਕਮਿਸ਼ਨਰ ਵੀ ਬਣੇ, ਮਨੋਹਰ ਸਿੰਘ। ਉਹਨਾਂ ਨੇ ਦੇਖਿਆ, ਪੜ੍ਹਿਆ, ਔਰ ਮੈਂ ਅਖੀਰ ਦੇ ਵਿੱਚ ਉਸ ਦੇ ਵਿੱਚ ਇਹ ਕਿਹਾ ਸੀ ਕਿ ਇਹ ਜਿਹੜੀਆਂ ਧਾਰਾਵਾਂ ਤੁਸੀਂ ਲਾ ਰਹੇ ਹੋ, ਇਹ ਕਦੇ ਵੀ ਹਿੰਦੁਸਤਾਨ, ਆਜ਼ਾਦ ਹਿੰਦੁਸਤਾਨ ਦੇ ਵਿੱਚ ਕਿਸੇ ਦੇ ਉੱਤੇ ਲਾਗੂ ਨਹੀਂ ਹੋ ਸਕੀਆਂ। ਸਭ ਤੋਂ ਪਹਿਲਾ ਕੇਸ ਮਾਸਟਰ ਤਾਰਾ ਸਿੰਘ ਦੇ ਉੱਤੇ ਬਣਿਆ ਸੀ, ਜਿਸ ਵੇਲੇ ਉਹ ਡੈਮੋਸਟ੍ਰੇਸ਼ਨ ਕਰਨ ਵਾਸਤੇ ਦਿੱਲੀ ਜਾ ਰਿਹਾ ਸੀ, ਅਤੇ ਰਾਹ ਦੇ ਵਿੱਚ ਉਹਨੂੰ ਨਾਰਲਾ ਪੁਲਿਸ ਸਟੇਸ਼ਨ ਤੋਂ, ਰੇਲਵੇ ਸਟੇਸ਼ਨ 'ਤੇ ਲਾ ਕੇ ਉਸ ਦੇ ਉੱਤੇ ਕੇਸ ਬਣਾ ਦਿੱਤਾ ਗਿਆ ਸੀ। ਉਸ ਦਾ ਕੁਛ ਵੀ ਨਾ ਬਣ ਸਕਿਆ, ਲੇਕਿਨ ਗੱਲ ਇੰਨੀ ਨਹੀਂ ਹੈ ਕਿ ਇਹ ਲੋਕ ਤੁਹਾਨੂੰ ਦਬਾਉਣਾ ਚਾਹੁੰਦੇ ਨੇ। ਇਹ ਲੋਕ ਕੌਣ ਹਨ? ਅਸੀਂ ਇਹਨਾਂ ਲੋਕਾਂ ਨੂੰ ਚੁਣਦੇ ਹਾਂ, ਇਹ ਸਾਨੂੰ ਕਿਉਂ ਦਬਾਉਣਾ ਚਾਹੁੰਦੇ ਨੇ? ਪੰਜਾਬ ਦੇ ਉੱਤੇ ਖਾਸ ਤਰ੍ਹਾਂ ਦੀ, ਇਸ ਤਰ੍ਹਾਂ ਦੀ ਨਜ਼ਰ ਕਿਉਂ ਹੁੰਦੀ ਹੈ? ਮਾਈਨੋਰਿਟੀਜ਼ ਦੇ ਜਿੰਨੇ ਸਟੇਟਸ ਹਨਗੇ, ਜੰਮੂ ਕਸ਼ਮੀਰ ਹੈ, ਦੂਸਰੇ ਹਨਗੇ, ਉਹਨਾਂ ਦੇ ਉੱਤੇ ਹੀ ਕਿਉਂ ਇਸ ਤਰ੍ਹਾਂ ਦੀ ਨਜ਼ਰ ਰੱਖੀ ਜਾਂਦੀ ਹੈ? ਉਹਨਾਂ ਦੇ ਵਿੱਚ ਹੀ ਕਿਉਂ ਇਹਨਾਂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਮੈਂ ਸਮਝਦਾ ਕਿ ਇਸ ਦੇ ਵਾਸਤੇ ਜਿਹੜੀ ਸਾਡੀ ਸਥਾਈ ਬਹੁਗਿਣਤੀ ਹੈ, ਪਰਮਾਨੈਂਟ ਕਲਚਰਲ ਮਜੋਰਿਟੀ ਹੈ ਜਿਹੜੀ ਸਾਡੀ, ਉਸ ਦਾ ਇੱਕ ਖਾਸ ਨਜ਼ਰੀਆ ਹੈ। ਉਹਨਾਂ ਦਾ ਨਜ਼ਰੀਆ ਬ੍ਰਾਹਮਣਵਾਦ ਤੋਂ, ਉਹਨਾਂ ਦਾ ਨਜ਼ਰੀਆ ਜਿਹੜੀ ਮਨੁਸਮ੍ਰਿਤੀ ਹੈ ਉਸ ਤੋਂ ਪ੍ਰਭਾਵਿਤ ਹੈ। ਉਹ ਇਹ ਹੈ ਕਿ ਜਿਹੜੀ ਸੱਤਾ ਹੈ ਉਹ ਚੰਦ ਲੋਕਾਂ ਦੇ ਹੱਥ ਵਿੱਚ ਚਾਹੀਦੀ ਹੈ, ਔਰ ਉਹਨਾਂ ਲੋਕ ਆਪਣੇ ਜੋ ਉਹਨਾਂ ਦੇ ਵਿਚਾਰ ਹਨ ਸਮਾਜ ਦੇ ਪ੍ਰਤੀ, ਔਰ ਸਮਾਜ ਦੀ ਬਣਤਰ ਦੇ ਪ੍ਰਤੀ, ਰਾਜ ਬਣਤਰ ਦੇ ਪ੍ਰਤੀ, ਉਹਨਾਂ ਲੋਕਾਂ ਦੇ ਉੱਤੇ ਠੋਸ ਸਕਣ। ਔਰ ਇਸ ਨੂੰ ਲਾਗੂ ਕਰਨ ਵਾਸਤੇ ਉਹ ਕਹਿੰਦੇ ਹਨ ਕਿ ਜੀ ਸਾਡੇ ਕੋਲ ਫੌਜ ਹੈ, ਸਾਡੇ ਕੋਲ ਪੁਲਿਸ ਹੈ, ਸਾਡੇ ਕੋਲ ਬੜੇ ਬੜੇ ਸਾਧਨ ਹਨਗੇ, ਉਹਨਾਂ ਦੇ ਰਾਹੀਂ ਲਾਗੂ ਕਰਦੇ ਨੇ। ਇਹ ਸਾਰੀ ਕਲੋਨੀਅਲ ਅਪਰੋਚ ਹੈ। ਮੈਂ ਵਾਰ ਵਾਰ ਬੇਨਤੀ ਕਰਦਾ ਹੁੰਦਾ ਕਿ 1947 ਦੇ ਵਿੱਚ ਕਹਿੰਦੇ ਹਿੰਦੁਸਤਾਨ ਆਜ਼ਾਦ ਹੋਇਆ, ਡੀਕੋਲੋਨਾਈਜ਼ ਤਾਂ ਹੋ ਗਿਆ, ਹਿੰਦੁਸਤਾਨ ਆਜ਼ਾਦ ਹੋਇਆ, ਲੇਕਿਨ ਪੰਜਾਬ ਉਸ ਤੋਂ ਬਾਅਦ ਰੀਕੋਲੋਨਾਈਜ਼ ਹੋ ਗਿਆ, ਔਰ ਸਾਨੂੰ ਇਹ ਸੰਤਾਪ ਹੰਡਾਉਣਾ ਪੈ ਰਿਹਾ। ਅਸੀਂ ਲੋਕ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦੇ ਜ਼ੁਲਮ ਕਿਸੇ ਦੇ ਉੱਤੇ ਹੋਣ, ਔਰ ਕਿਸੇ ਖਾਸ ਵਿਚਾਰਧਾਰਾ ਨੂੰ, ਜਿਹੜੀ ਧਾਰਮਿਕ ਵਿਚਾਰਧਾਰਾ ਹੈ ਉਸ ਨੂੰ ਲਾਗੂ ਕਰਨ ਵਾਸਤੇ ਇਸ ਤਰ੍ਹਾਂ ਦੇ ਜ਼ੁਲਮ ਕਰਕੇ ਲੋਕਾਂ ਨੂੰ ਡਰਾਇਆ ਜਾਵੇ, ਦਵਾਇਆ ਜਾਵੇ, ਔਰ ਇਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਮੁਕੱਦਮੇ ਬਣਾਏ ਜਾਣ ਔਰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ। ਬੜੀ ਅੱਛੀ ਗੱਲ ਹੈ ਕਿ ਲੈਫਟ ਵਾਲੀਆਂ ਸਾਰੀਆਂ ਜਥੇਬੰਦੀਆਂ ਨੇ
ਇਸ ਤਰ੍ਹਾਂ ਦਾ ਉਦਮ ਕੀਤਾ ਜਿਸ ਵੇਲੇ ਉਸ ਆਪਣੇ ਪਹਿਲੀ ਨਕਸਲਾਈਟ ਲਹਿਰ ਚੱਲੀ ਸੀ ਸਾਡੇ ਹੀ ਬੱਚੇ ਸਨ ਇਹਨਾਂ ਨੇ ਮਾਰੇ ਬਾਬਾ ਬੁੱਝਾ ਸਿੰਘ ਦਾ ਕੇਸ ਸਾਰਿਆਂ ਨੂੰ ਯਾਦ ਹੈ ਕਿੰਨਾ ਬਜ਼ੁਰਗ ਇਨਸਾਨ ਸੀ ਕਿਸ ਤਰ੍ਹਾਂ ਦਾ ਉਹ ਬੰਦਾ ਸੀ ਔਰ ਕਿਸ ਤਰ੍ਹਾਂ ਦੀ ਉਹਦੀ ਘਾਲਣਾ ਸੀ ਉਸ ਨੂੰ ਦਰਖਤ ਦੇ ਨਾਲ ਬੰਨ੍ਹ ਕੇ ਮਾਰਿਆ ਸਾਰਾ ਪੰਜਾਬ ਇਸ ਤੋਂ ਪ੍ਰਭਾਵਿਤ ਹੋਇਆ ਸੀ ਮੇਰਾ ਦੋਸਤ ਸੀ ਮੌਲੀਆ ਇੱਥੇ ਪਟਿਆਲੇ ਦੇ ਵਿੱਚ ਪ੍ਰੋਫੈਸਰ ਸੀ ਉਹ ਲੈਫਟ ਨਾਲ ਸੰਬੰਧ ਰੱਖਦਾ ਸੀ ਅਸੀਂ ਕਈ ਵਾਰੀ ਉਹਨਾਂ ਦੇ ਨਾਲ ਜਾਣਾ ਔਰ ਉਹ ਜਿੰਨੇ ਵੀ ਨਕਸਲਾਈਟ ਸਨ ਇਹਨਾਂ ਦੀ ਸਾਰ ਸੁੱਧ ਲੈਣ ਵਾਸਤੇ ਅਦਾਲਤਾਂ ਦੇ ਵਿੱਚ ਕਈ ਕਿਸਮ ਦੇ ਉਪਰਾਲੇ ਕੀਤੇ ਤਾਂ ਇਹ ਕੋਈ ਕਿਸੇ ਦਾ ਖਾਸ ਅਧਿਕਾਰ ਨਹੀਂ ਇਹ ਸਾਰੇ ਪੰਜਾਬ ਦਾ ਅਧਿਕਾਰ ਹੈ ਸਾਰੇ ਉਹਨਾਂ ਮਨੁੱਖਾਂ ਦਾ ਅਧਿਕਾਰ ਹੈ ਜਿਹੜੇ ਸ਼ਹਿਰੀ ਆਜ਼ਾਦੀ ਚਾਹੁੰਦੇ ਨੇ ਸ਼ਹਿਰੀ ਆਜ਼ਾਦੀ ਤੋਂ ਬਿਨਾਂ ਤੁਸੀਂ ਇੱਕ ਕਦਮ ਵੀ ਅਗਾਂਹ ਨਹੀਂ ਜਾ ਸਕਦੇ ਤੁਸੀਂ ਕੋਲੋਨਾਈਜ਼ ਹੋ ਕੇ ਗੁਲਾਮ ਬਣ ਕੇ ਇੱਕ ਪਲ ਨਹੀਂ ਜਿਉਂ ਸਕਦੇ ਪੰਜਾਬ ਦਾ ਤਾਂ ਖਾਸ ਤੌਰ ਦੇ ਉੱਤੇ ਇਹ ਖਾਸ ਆ ਰਿਹਾ ਕਿ ਅਸੀਂ ਕਦੇ ਕਿਸੇ ਦੀ ਟੈਂ ਨਹੀਂ ਮੰਨੀ ਅਸੀਂ ਆਪਣੀ ਸਾਡੇ ਗੁਰੂ ਦਾ ਉਪਦੇਸ਼ ਹੈ ਕਿ ਹੰਨੇ ਹੰਨੇ ਮੀਰ ਹੋਏਗਾ ਹਰ ਆਦਮੀ ਜਿਸ ਕਾਠੀ ਦੇ ਵਿੱਚ ਬੈਠਾ ਹੈ ਉਸ ਦੇ ਵਿੱਚ ਉਹ ਸ਼ਹਿਨਸ਼ਾਹ ਹੈ ਕਿਉਂਕਿ ਸਾਡਾ ਜਿਹੜਾ ਗੁਰੂ ਹੈ ਸਾਡਾ ਪਰਮਾਤਮਾ ਹੈ ਪਰਮੇਸ਼ਰ ਹੈ ਉਹ ਸ਼ਹਿਨਸ਼ਾਹ ਹੈ ਉਸ ਦੀ ਸ਼ਹਿਨਸ਼ਾਹੀ ਦਾ ਅੰਸ਼ ਸਾਡੇ ਵਿੱਚ ਸਮਾਇਆ ਹੋਇਆ ਅਤੇ ਅਸੀਂ ਵੀ ਉਹੀ ਕੁਛ ਹਾਂ ਇਹ ਸਾਡਾ ਅਕੀਦਾ ਹੈ ਇਸ ਅਕੀਦੇ ਦੇ ਉੱਤੇ ਪਹਿਰਾ ਦੇ ਕੇ ਅਸੀਂ ਜੋ ਵੀ ਅੱਜ ਦੀ ਸਾਰਿਆਂ ਤੋਂ ਅਗਾਂਹ ਵਧੂ ਸੋਚ ਹੈ ਉਸ ਦੇ ਹਾਣ ਦੇ ਬਣਦੇ ਹਾਂ ਔਰ ਉਸ ਦੇ ਹਾਣ ਦੇ ਲੋਕ ਇਹਨਾਂ ਲੋਕਾਂ ਨੂੰ ਪ੍ਰਵਾਨ ਨਹੀਂ ਸੋ ਇਹ ਜਿਹੜਾ ਮੁੱਢਲਾ ਨੁਕਤਾ ਹੈ ਇਸ ਨੂੰ ਸਾਰੇ ਵੀਰ ਜੇ ਐਪਰੀਸ਼ੀਏਟ ਕਰ ਲੈਣ ਤਾਂ ਸ਼ਾਇਦ ਸਾਡੀ ਲੜਾਈ ਸੌਖੀ ਹੋ ਜਾਏ ਮੈਂ ਇੰਨੇ ਕੁ ਲਫ਼ਜ਼ ਕਹਿਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਰਦਾਰ ਗੁਰਤੇਜ ਸਿੰਘ ਹੋਰਾਂ ਦਾ ਹੁਣ ਕਾਮਰੇਡ ਕਮਲਜੀਤ ਖੰਨਾ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਨੇ ਅਤੇ ਇਹਨਾਂ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਮਾਝੀ ਜਿਹੜੇ ਸਿੱਖ ਪ੍ਰਚਾਰਕ ਨੇ ਅਤੇ ਦਰਬਾਰੇ ਖਾਲਸਾ ਦੇ ਮੁੱਖ ਸੇਵਕ ਨੇ ਉਹ ਤਿਆਰ ਰਹਿਣਗੇ ਬਹੁਤ ਹੀ ਅਹਿਮ ਅਤੇ ਸੰਜੀਦਾ ਮੁੱਦੇ 'ਤੇ ਇਕੱਤਰ ਹੋਏ ਸਤਿਕਾਰਯੋਗ ਦੋਸਤੋ ਭੈਣੋ ਆਵਾਜ਼ ਵੀ ਵਧਾ ਲਓ ਅਤੇ ਜਿਨ੍ਹਾਂ ਦੇ ਮੋਬਾਈਲ ਚੱਲ ਰਹੇ ਆ ਕਿਰਪਾ ਕਰਕੇ ਉਹ ਸਨਸਨੀ 'ਤੇ ਲਾ ਲਓ ਜਾਂ ਬੰਦ ਕਰ ਲਓ ਕਈ ਵਾਰੀ ਬੁਲਾਰਿਆਂ ਨੂੰ ਫਿਰ ਦਿੱਕਤ ਆਉਂਦੀ ਹੈ ਮੋਬਾਈਲ ਕਿਰਪਾ ਕਰਕੇ ਬੰਦ ਕਰ ਲਓ ਬਹੁਤ ਹੀ ਸਤਿਕਾਰਯੋਗ ਸਾਥੀਓ ਅਸੀਂ 2019 'ਚ ਜਿਹਦਾ ਅਗਲਾ ਮਹੀਨਾ ਅਪ੍ਰੈਲ ਦਾ ਉਹ 13 ਅਪ੍ਰੈਲ 2019 ਸੋਮਾਂ ਵਰੇ ਉਸ ਖੂਨੀ ਸਾਕੇ ਦਾ ਜਿਹੜਾ ਪੰਜਾਬ ਨੇ ਆਪਣੇ ਹਿੱਕ 'ਤੇ ਚੱਲਿਆ ਅੰਗਰੇਜ਼ ਦਾ ਰਾਜ ਸਿੱਧੀਆਂ 1600 ਗੋਲੀਆਂ ਚਲਾ ਕੇ 380 ਬੰਦੇ ਮਾਰ ਦੇਣੇ ਔਰ 1200 ਪੁਰਅਮਨ ਜਲਸਾ ਕਰ ਰਹੇ ਰੌਲਟ ਐਕਟ ਦੇ ਖਿਲਾਫ ਘੇਰ ਕੇ ਜ਼ਖਮੀ ਕਰ ਦੇਣੇ ਉਹਦੇ ਖਿਲਾਫ਼ ਊਧਮ ਸਿੰਘ ਨੇ ਜਿਹੜੀ ਇੱਕ ਸਿੱਖ ਆਪਣੇ ਸੀਨੇ 'ਚ ਬਾਲ ਕੇ ਰੱਖੀ ਅਤੇ ਪੂਰੀ ਦੁਨੀਆ ਗਾਉਂਦਾ ਉਹ ਇੰਗਲੈਂਡ ਦੇ ਉਸ ਹਾਲ ਦੇ ਅੰਦਰ ਜਾ ਕੇ ਉਸ ਜਲ੍ਹਿਆਂ ਵਾਲੇ ਦਾ ਬਦਲਾ ਲੈਂਦਾ ਉਹਨੇ ਹਥਿਆਰ ਚੱਕਿਆ ਉਹਨੇ ਗੋਲੀ ਚਲਾਈ ਕਿ ਹਿੰਦੁਸਤਾਨ ਦੇ ਹਾਕਮ ਉਹਨਾਂ ਦਾ ਰੰਗ ਚਾਹੇ ਕੋਈ ਵੀ ਹੈ ਊਧਮ ਸਿੰਘ ਦੀ ਇਸ ਐਕਟੀਵਿਟੀ ਨੂੰ ਊਧਮ ਸਿੰਘ ਦੇ ਸੈਕਸ਼ਨ ਨੂੰ ਪਬਲਿਕਲੀ ਜਨਤਾ ਜਾ ਕੇ ਨਕਾਰਨਗੇ ਬਿਲਕੁਲ ਹੀ ਨਕਾਰਨਗੇ ਉਹ ਹੇਲ ਕਰਨਗੇ ਕਿ ਊਧਮ ਸਿੰਘ ਨੇ ਠੀਕ ਕੀਤਾ ਸੀ ਪਰ ਸਾਡੇ ਇਹਨਾਂ 3 ਨੌਜਵਾਨਾਂ ਨੇ ਤਾਂ ਇਹੋ ਜਿਹਾ ਕੁਛ ਵੀ ਨਹੀਂ ਕੀਤਾ ਉਂਝ ਪੰਜਾਬ ਦੀ ਧਰਤੀ 'ਤੇ ਜਿੱਥੇ ਸਾਡੇ 75 ਦੇ ਕਰੀਬ ਨਕਸਲੀ ਨੌਜਵਾਨਾਂ ਨੂੰ ਬਿਨਾਂ ਮੁਕੱਦਮਾ ਚਲਾਏ ਬਿਨਾਂ FIR ਦਰਜ ਕੀਤੇ ਬਿਨਾਂ ਕੋਈ ਪੜਤਾਲ ਕੀਤੇ ਖੋਦੀ ਪੁਲਿਸ ਜਿਹੜੀ ਜੱਜ ਬਣੀ ਖੋਦੀ ਹਕੂਮਤ ਜਿਹੜੀ ਜੱਜ ਬਣੀ ਜਿਹਦਾ ਜ਼ਿਕਰ ਮੇਰੇ ਵੱਡੇ ਮਿੱਤਰ ਨੇ ਕੀਤਾ
ਕਿ ਘਲਾੜਿਆਂ ਦੇ ਵਿੱਚ ਬਾਹਾਂ ਦੇ ਕੇ ਪੁੱਠੇ ਟੰਕੇ ਡਰੇਨਾਂ ਦੇ ਨਹਿਰਾਂ ਦੇ ਪੁਲਾਂ 'ਤੇ ਮੁਕਾਬਲੇ ਬਣਾ ਕੇ ਮੈਂ ਤਾਂ ਅੱਜ ਹੈਰਾਨ ਹਾਂ ਕਿ ਹਾਈ ਕੋਰਟ ਜੰਡਿਆਲਾ ਗੁਰੂ ਰੇਲਵੇ ਲਾਈਨ 'ਤੇ ਬੈਠੇ ਪਿਛਲੇ 5 ਦਿਨਾਂ ਤੋਂ ਬੈਠੇ ਕਿਸਾਨ ਜਿਹੜੇ ਕਹਿੰਦੇ ਆ ਕਿ ਗੁਟਕਾ ਸਾਹਿਬ ਹੱਥ 'ਚ ਫੜ ਕੇ ਜਿਹੜੀ ਤੁਸੀਂ ਸਹੁੰ ਖਾਧੀ ਸੀ ਕਰਜ਼ੇ ਰੱਦ ਕਰਨ ਵਾਲੀ ਹੁਣ ਤੁਸੀਂ ਲਾਗੂ ਕਰੋ, ਕੁਰਕੀਆਂ ਬੰਦ ਕਰੋ। ਚਲੋ, ਹਾਈ ਕੋਰਟ ਕਹਿ ਰਹੀ ਹੈ ਅੱਜ ਚੰਡੀਗੜ੍ਹ 'ਚ ਤਿੰਨੇ ਧਿਰਾਂ ਸੱਦੀਆਂ ਹੋਈਆਂ, ਸਰਕਾਰ ਵੀ, ਪੁਲਿਸ ਵੀ ਔਰ ਕਿਸਾਨ ਜਥੇਬੰਦੀ ਦੇ ਤਿੰਨੇ ਆਗੂ ਵੀ, ਤੁਸੀਂ ਰੇਲ ਲਾਈਨ 'ਤੇ ਕਿਉਂ ਬੈਠੇ ਹੋ? ਜਦੋਂ ਲੁਧਿਆਣੇ 5 ਦਿਨ 7 ਕਿਸਾਨ ਜਥੇਬੰਦੀਆਂ ਨੇ ਧਰਨਾ ਦਿੱਤਾ, ਹਾਈ ਕੋਰਟ ਨੇ ਸੱਦਿਆ। ਜਦੋਂ ਕਿਸਾਨ ਪਟਿਆਲੇ ਧਰਨਾ ਦੇਣਗੇ ਮਹਿਮਦਪੁਰ ਮੰਡੀ 'ਚ, ਉਹਨਾਂ ਨੂੰ ਬੈਠਣਾ ਪਿਆ ਕਿੰਨੇ ਦਿਨ, ਉਦੋਂ ਵੀ ਹਾਈ ਕੋਰਟ ਨੇ ਸੱਦਿਆ। ਔਰ ਹਾਈ ਕੋਰਟ ਅੱਜ ਡਾਇਰੈਕਸ਼ਨ ਦੇ ਰਹੀ ਹੈ ਕਿ ਤੁਸੀਂ ਇਹ ਧਰਨਾ ਜਿਹੜਾ ਦੇ ਰਹੇ ਹੋ, ਇਹ ਜਿਹੜੀ ਜ਼ਿਲ੍ਹਿਆਂ ਦੇ ਵਿੱਚ ਇੱਕ ਨਿਸ਼ਚਿਤ ਥਾਂ ਕੀਤੀ ਹੋਈ ਹੈ ਉੱਥੇ ਜਾ ਕੇ ਦਿਓ, ਤੁਹਾਨੂੰ ਰੇਲਾਂ ਰੋਕਣ ਦਾ, ਸੜਕਾਂ ਜਾਮ ਕਰਨ ਦਾ, ਮੰਡੀਆਂ 'ਚ ਬੈਠਣ ਦਾ ਕੋਈ ਹੱਕ ਨਹੀਂ। ਇਹਦਾ ਮਤਲਬ ਹੈ ਕਿ ਸਰਕਾਰ ਤਾਂ ਖਤਮ ਹੈ, ਸਰਕਾਰ ਤਾਂ ਮਨਫੀ ਹੋ ਗਈ, ਮਾਈਨਸ ਹੋ ਗਈ। ਹੁਣ ਹਾਈ ਕੋਰਟ ਤੋਂ ਡਾਇਰੈਕਸ਼ਨ ਆਉਣਗੀਆਂ ਕਿ ਲੋਕਾਂ ਦੀ ਰਿਜੈਂਟਮੈਂਟ ਨੂੰ, ਲੋਕਾਂ ਦੀ ਡਾਈਸੈਂਟ ਨੂੰ, ਲੋਕਾਂ ਦੇ ਰੋਸ ਨੂੰ, ਲੋਕਾਂ ਦੇ ਗੁੱਸੇ ਨੂੰ, ਲੋਕਾਂ ਦੀਆਂ ਮੰਗਾਂ ਨੂੰ ਕਿਵੇਂ ਨਜਿੱਠਣਾ ਹੈ, ਅਤੇ ਸਰਕਾਰ ਹਾਸ਼ੀਏ 'ਤੇ ਹੈ, ਖਤਮ ਹੈ। ਔਰ ਮੈਂ ਮਹਿਸੂਸ ਕਰਦਾ ਕਿ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਜਿਹੜੀ ਸਜ਼ਾ ਦਿੱਤੀ ਹੈ ਇਹ ਗੁਰਬਾਣੀ ਦੇ ਨਾਮ ਲੇਵਿਆਂ ਨੂੰ, ਇਹ ਸਮਾਜ ਨੂੰ ਬਰਾਬਰਤਾ ਆਧਾਰਿਤ ਇੱਕ ਲੁੱਟ ਰਹਿਤ ਸਮਾਜ ਬਣਾਉਣ ਵਾਲੇ ਭਗਤ ਸਿੰਘ ਦੇ ਆਸ਼ਕਾਂ ਨੂੰ, ਇਹਨਾਂ ਦੋਨਾਂ ਨੂੰ ਚੈਲੰਜ ਹੈ। ਮੈਂ ਕੱਲ੍ਹ ਫੇਸਬੁੱਕ 'ਤੇ ਪੜ੍ਹਿਆ ਇੱਕ ਸਰਵੇ ਕਿ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚ 90% ਜਿਹੜੇ ਮੁਸਲਮਾਨ ਨੇ ਉਹ ਜਦੋਂ ਬਾਹਰ ਨਿਕਲਦੇ ਆ ਤਾਂ ਉਹਨਾਂ ਦੇ ਕੋਈ ਕੇਸ ਸਾਬਤ ਨਹੀਂ ਹੁੰਦਾ, ਅਤੇ ਉਹ 23-23 ਸਾਲ, 17-17 ਸਾਲ, 15-15 ਸਾਲ ਜੇਲ੍ਹਾਂ 'ਚ ਨਜਾਇਜ਼ ਤੌਰ 'ਤੇ ਬੇਦੋਸ਼ੇ ਕੱਟ ਕੇ ਆ ਰਹੇ। ਅੱਜ ਸਰਹੱਦਾਂ 'ਤੇ ਜਿਸ ਕਿਸਮ ਦਾ ਨਾਟਕ ਚੱਲਿਆ ਉਹ ਟੋਟਲ ਮੀਡੀਏ ਨੇ ਇੱਕ ਦੋ ਨੂੰ ਛੱਡ ਕੇ ਜਿਸ ਕਿਸਮ ਦੇ ਭੌਂਕੇ ਦਾ ਰੋਲ ਨਿਭਾਇਆ, ਆਮ ਜਨਮਾਨਸ ਦੇ ਅੰਦਰ, ਉਹਦੀ ਮਾਨਸਿਕਤਾ ਦੇ ਅੰਦਰ ਇਹ ਗੱਲ ਪੂਰੀ ਘਰ ਕਰ ਗਈ ਹੈ ਕਿ ਮਈ ਜਾਂ ਜੂਨ 'ਚ ਹੋਣ ਵਾਲੀਆਂ ਇਲੈਕਸ਼ਨਾਂ ਦੀ ਇੱਕ ਰਿਹਰਸਲ ਹੋ ਰਹੀ ਹੈ ਕਿ ਬਹੁਗਿਣਤ ਦੀਆਂ ਵੋਟਾਂ ਮੁਸਲਮਾਨਾਂ ਦੇ ਖਿਲਾਫ, ਕਸ਼ਮੀਰ ਦੇ ਲੋਕਾਂ ਦੇ ਖਿਲਾਫ, ਘੱਟ ਗਿਣਤੀਆਂ ਦੇ ਖਿਲਾਫ, ਦਲਿਤਾਂ ਦੇ ਖਿਲਾਫ। ਔਰ ਸਾਡੇ ਦੇਸ਼ ਦੇ ਅੰਦਰ ਅੱਜ ਜੇ ਦਰਜਨ ਦੇ ਕਰੀਬ ਬੁੱਧੀਜੀਵੀ ਜਿਹੜੇ ਸਕਾਲਰ ਨੇ, ਜਿਨ੍ਹਾਂ ਨੇ ਪੂਰੀ ਦੁਨੀਆ ਪੜ੍ਹੀ ਹੋਈ ਹੈ, ਜਿਹੜੇ ਆਦਿਵਾਸੀਆਂ ਨੂੰ, ਜਿਹੜੇ ਦਲਿਤਾਂ ਨੂੰ ਭੀਮਾ ਕੋਰੇ ਗਾਉਂ ਦੇ ਅੰਦਰ ਜਾ ਕੇ, ਜਿਹੜੇ ਕਿਸਾਨਾਂ ਨੂੰ ਬਹਿਸਾਂ ਦੇ ਰਾਹੀਂ, ਸੈਮੀਨਾਰਾਂ ਦੇ ਰਾਹੀਂ, ਗੋਸ਼ਟੀਆਂ ਦੇ ਰਾਹੀਂ ਕੋਈ ਚੇਤਨਾ ਦੇਣ ਦੀ ਕੋਸ਼ਿਸ਼ ਕਰਦੇ ਹੈ, ਅੱਜ ਮੋਦੀ ਨੇ ਉਹਨਾਂ ਲਈ ਜੇਲ੍ਹਾਂ ਖੋਲੀਆਂ ਹੋਈਆਂ ਔਰ ਉਹਨਾਂ 'ਤੇ ਦੇਸ਼ ਧਰੋਹ ਦੇ ਮੁਕੱਦਮੇ, ਝੂਠੇ ਮੁਕੱਦਮੇ ਦਰਜ ਕੀਤੇ ਹੈ। ਵਾਰੀ ਅਰੁੰਧਤੀ ਰਾਏ, ਦੁਨੀਆ ਦੀ ਮੰਨੀ ਹੋਈ ਸਕਾਲਰ ਆ, ਉਹ ਕਹਿੰਦੀ ਮੇਰੀ ਵੀ ਕੱਲ੍ਹ ਨੂੰ ਆ ਸਕਦੀ ਹੈ। ਕਿੰਨੇ ਹੀ ਸੁਧਾ ਭਾਰਦਵਾਜ ਵਰਗੇ ਵਕੀਲ ਜਿਨ੍ਹਾਂ ਨੇ ਵਿਦੇਸ਼ੀ ਜ਼ਿੰਦਗੀ ਨੂੰ ਲੱਤ ਮਾਰ ਕੇ ਇੱਥੇ ਆ ਕੇ ਆਦਿਵਾਸੀਆਂ ਦੇ ਹੱਕਾਂ ਦੀ ਗੱਲ ਕੀਤੀ ਹੈ, ਉਹਨਾਂ ਦੇ ਕੇਸ ਲੜੇ ਹੈ, ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਛੱਤੀਸਗੜ੍ਹ ਦੇ ਅੰਦਰ ਸ਼ੰਕਰ ਗੁਹਾ ਨਿਯੋਗੀ, ਜਿੱਥੋਂ ਦਾ ਲੀਡਰ ਸੀ ਕੋਲਾ ਖਾਂਦੇ ਮਜ਼ਦੂਰਾਂ ਦਾ, ਅੱਜ ਉਹਦੀ ਬਾਂਹ ਫੜੀ ਹੈ, ਉਹਨੂੰ ਚੱਕ ਕੇ ਜੇਲ੍ਹ 'ਚ ਸੁੱਟਿਆ ਹੈ। ਸੋ ਮੈਂ ਸਮਝਦਾ ਕਿ ਇਸ ਧਰਤੀ ਦੇ ਉੱਤੇ ਜੇ ਵਿਰੋਧ ਦੀ, ਰੋਸ ਦੀ ਆਵਾਜ਼ ਨੂੰ ਇਹ ਕੁਚਲਿਆ ਜਾਊਗਾ ਤਾਂ ਅਸੀਂ ਜਿਹੜੇ ਵਿਰੋਧੀ ਹਾਂ, ਅਸੀਂ ਜਿਹੜੇ ਇਸ ਸਿਸਟਮ ਤੋਂ ਨਾਖੁਸ਼ ਹਾਂ, ਜਿਹੜੇ ਇਸ ਸਿਸਟਮ ਨੂੰ ਬਦਲਣਾ ਚਾਹੁੰਦੇ ਹਾਂ, ਜਿਹੜੇ ਇਸ ਪ੍ਰਬੰਧ ਨੂੰ ਤਹਿਸ ਨਹਿਸ ਕਰਕੇ ਇੱਥੇ ਇੱਕ ਬਰਾਬਰਤਾ ਆਧਾਰਿਤ ਕਿਰਤੀ ਦਾ ਰਾਜ ਬਣਾਉਣਾ ਚਾਹੁੰਦੇ ਹਾਂ, ਸਾਡੇ ਲਈ ਸਭ ਤੋਂ ਵੱਡਾ ਸਵਾਲ ਹੈ ਕਿ ਅਸੀਂ ਇੱਕਜੁੱਟ ਹੋ ਕੇ, ਇੱਕ ਸੁਰ ਹੋ ਕੇ ਇਸ ਚੈਲੰਜ ਦਾ ਜਵਾਬ ਦਈਏ। ਔਰ ਜਿਹੜੇ 3 ਸਾਥੀ ਨਵਾਂਸ਼ਹਿਰ ਦੀ ਅਦਾਲਤ ਨੇ ਜਿਨ੍ਹਾਂ ਨੂੰ ਸਜ਼ਾ ਕੀਤੀ ਹੈ, ਉਹਨਾਂ ਦਾ ਕਾਨੂੰਨੀ ਤੌਰ 'ਤੇ ਵੀ ਔਰ ਜਨਤਕ ਤੌਰ 'ਤੇ ਵੀ ਜਿੰਨਾ ਟਾਕਰਾ ਕੀਤਾ ਜਾ ਸਕਦਾ ਹੈ, ਜਿੱਡੀ ਲੰਬੀ ਲੜਾਈ ਲੜੀ ਜਾ ਸਕਦੀ ਹੈ, ਉਹਦੇ ਲਈ ਮੈਂ ਆਪਣੀ ਜਥੇਬੰਦੀ ਇਨਕਲਾਬੀ ਕੇਂਦਰ ਪੰਜਾਬ ਵੱਲੋਂ, ਮੈਂ
ਮਾਣ ਮਹਿਸੂਸ ਕਰਦਾ ਕਿ ਲਿਬਰੇਸ਼ਨ ਵਾਲੇ ਸਾਥੀਆਂ ਨੇ ਪਹਿਲਕਦਮੀ ਕੀਤੀ ਔਰ ਸਾਨੂੰ ਇੱਕ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ। ਅਸੀਂ ਆਪਣੇ ਆਪਣੇ ਥਾਂ 'ਤੇ ਇਹਦੇ ਲਈ ਪ੍ਰੋਟੈਸਟ ਅਯਾਰ ਕੀਤਾ ਸੀ, ਪਰ ਅੱਜ ਉਹਨੂੰ ਇੱਕਜੁੱਟ ਰੂਪ ਦੇਣ ਦੇ ਵਿੱਚ ਜੋ ਸਾਥੀਆਂ ਨੇ ਰੋਲ ਨਿਭਾਇਆ ਉਹਦੇ ਲਈ ਅਸੀਂ ਮਸ਼ਕੂਰ ਹਾਂ ਇਹਨਾਂ ਦੇ। ਔਰ ਮੈਂ ਸਮਝਦਾ ਕਿ ਇਸ ਮੂਮੈਂਟ ਨੂੰ, ਇਸ ਆਵਾਜ਼ ਨੂੰ, ਇਸ ਇਕਜੁੱਟਤਾ ਨੂੰ, ਇੱਕ ਸੁਰਤਾ ਨੂੰ ਜਿਹੜਾ ਮਜ਼ਬੂਤ ਕਰਨਾ ਚਾਹੀਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਕਮਲਜੀਤ ਖੰਨਾ ਜੀ। ਦੋਸਤੋ, ਜਿਹੜੀ ਲੁਧਿਆਣੇ ਮੀਟਿੰਗ ਹੋਈ ਸੀ ਉਹਦੇ 'ਚ 15 ਜਥੇਬੰਦੀਆਂ ਸ਼ਾਮਿਲ ਹੋਈਆਂ ਸੀ, ਜਿਨ੍ਹਾਂ 'ਚ CPIML ਲਿਬਰੇਸ਼ਨ ਸੀ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਸੀ, ਲੋਕ ਸੰਗਰਾਮ ਮੰਚ, ਸ਼੍ਰੋਮਣੀ ਅਕਾਲੀ ਦਲ ਮਾਨ, ਇਨਕਲਾਬੀ ਕੇਂਦਰ ਪੰਜਾਬ, ਖਲੜਾ ਮਿਸ਼ਨ ਆਰਗੇਨਾਈਜੇਸ਼ਨ, ਇਨਕਲਾਬੀ ਲੋਕ ਮੋਰਚਾ ਪੰਜਾਬ, ਪੰਜਾਬ ਮੰਚ, ਨੌਜਵਾਨ ਭਾਰਤ ਸਭਾ ਲਲਕਾਰ, ਪੰਜਾਬ ਕਿਸਾਨ ਯੂਨੀਅਨ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ, ਇੰਟਰਨੈਸ਼ਨਲ ਡੈਮੋਕ੍ਰੈਟਿਕ ਪਲੇਟਫਾਰਮ, ਆਲ ਇੰਡੀਆ ਪੀਪਲਜ਼ ਫੋਰਮ, ਜਮਹੂਰੀ ਅਧਿਕਾਰ ਸਭਾ, ਉਹਨਾਂ ਨੇ ਬਾਅਦ 'ਚ ਕਿਹਾ ਉਹਨਾਂ ਨੂੰ ਕੋਈ ਸਮੱਸਿਆ ਹੈ, ਆਲ ਇੰਡੀਆ ਰੰਗਰੇਟਾ ਦਲ, ਸਿੱਖ ਯੂਥ ਫੈਡਰੇਸ਼ਨ ਅਤੇ ਕੁਛ ਜਥੇਬੰਦੀਆਂ ਇਹਨਾਂ ਤੋਂ ਇਲਾਵਾ ਜਿਹੜੀਆਂ ਅੱਜ ਹਾਜ਼ਰ ਹੋਈਆਂ, ਜਿਹੜੀਆਂ ਉੱਥੇ ਨਹੀਂ ਸੀ ਆ ਸਕੀਆਂ। ਮੈਂ, ਕਿਉਂਕਿ ਹੋ ਸਕਦਾ ਸਾਰਿਆਂ ਨੂੰ ਕਈ ਵਾਰੀ ਟਾਈਮ ਨਹੀਂ ਮਿਲਦਾ, ਮੈਂ ਚਾਹੁੰਦਾ ਵੀ ਘੱਟੋ ਘੱਟ ਉਹਨਾਂ ਨੂੰ ਵੀ ਆਪਾਂ ਰਿਕਾਰਡ 'ਤੇ ਲਿਆਈਏ। ਉਹਨਾਂ 'ਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਡੈਮੋਕ੍ਰੈਟਿਕ ਸਟੂਡੈਂਟ ਆਰਗੇਨਾਈਜੇਸ਼ਨ, ਲੋਕ ਕਾਫਲਾ ਮੈਗਜ਼ੀਨ ਹੈ, ਬੂਟਾ ਸਿੰਘ ਨਵਾਂ ਸ਼ਹਿਰ ਤੋਂ ਸੰਪਾਦਕ ਨੇ ਉਹਦੇ, ਸਟੂਡੈਂਟ ਫਾਰ ਸੁਸਾਇਟੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਸਿੱਖ ਸੰਘਰਸ਼ ਕਮੇਟੀ ਮੋਗਾ, ਦਰਬਾਰੇ ਖਾਲਸਾ ਪੰਜਾਬ, ਕੇਂਦਰੀ ਸਿੰਘ ਸਭਾ ਚੰਡੀਗੜ੍ਹ, ਲੋਕ ਸੰਘਰਸ਼ ਕਮੇਟੀ ਮਾਛੀਵਾੜਾ, ਪਿੰਡ ਬਚਾਓ ਪੰਜਾਬ ਬਚਾਓ ਇੱਕ ਮੁਹਿੰਮ ਹੈ ਜਿਹਦੇ 'ਚ ਜਿਹਦੇ ਵੱਲੋਂ ਮਲਵਿੰਦਰ ਮਾਲੀ, ਪਿਆਰੇ ਲਾਲ ਹੋਰੀ ਪਹੁੰਚੇ ਹੋਏ ਨੇ। ਮੈਂ ਹਰਜਿੰਦਰ ਸਿੰਘ ਮਾਝੀ ਹੋਰਾਂ ਨੂੰ ਬੇਨਤੀ ਕਰਦਾ ਕਿ ਉਹ ਆਉਣ, ਅਤੇ ਉਹਨਾਂ ਤੋਂ ਬਾਅਦ ਮਾਨਵ ਨੇ ਨੌਜਵਾਨ ਭਾਰਤ ਸਭਾ ਦੇ ਆਗੂ, ਨੌਜਵਾਨ ਭਾਰਤ ਸਭਾ ਲਲਕਾਰ ਦੇ ਉੱਤੇ ਆ ਰਹੇ ਹਨ। ਜਾਗਦੇ ਸਿਰਾਂ ਵਾਲੇ ਸਾਰੇ ਸਤਿਕਾਰਤ ਵੀਰਾਂ ਭੈਣਾਂ ਨੂੰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਕੇਸ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਬੜਬੋਲੀਆਂ ਵਿਚਾਰਾਂ ਸਤਿਕਾਰਯੋਗ ਸੀਨੀਅਰ ਵਕੀਲ ਸਾਹਿਬਾਨ ਅਤੇ ਹੋਰ ਜ਼ਿੰਮੇਵਾਰ ਸੱਜਣਾਂ ਨੇ ਦਿੱਤੀਆਂ ਹਨ। ਔਰ ਇਹ ਸਾਰੇ ਘਟਨਾਕ੍ਰਮ ਦੇ ਵਿੱਚੋਂ ਜੋ ਮੈਂ ਮਹਿਸੂਸ ਕਰਦਾ ਸਿਰਫ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗਾ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਪੰਜਾਬ ਦੇ ਵਿੱਚੋਂ ਪੰਜਾਬੀਆਂ ਨੂੰ ਕੱਢਣ ਦੀ, ਉਹਨਾਂ ਨੂੰ ਦਬਕਾ ਕੇ ਇੱਥੋਂ ਭਜਾਉਣ ਦੀ ਤਿਆਰੀ ਚੱਲ ਰਹੀ ਹੋਵੇ ਪਿਛਲੇ ਸਮਿਆਂ ਤੋਂ। ਜਿਵੇਂ ਪਹਿਲਾਂ ਵੀ ਸਤਿਕਾਰਯੋਗ ਸਰਦਾਰ ਨਵਕਿਰਨ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਹੈ, ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਹੈ, ਗੁਰਤੇਜ ਸਿੰਘ IAS ਸਾਹਿਬ ਨੇ, ਕਿ ਵੱਡੇ ਪੱਧਰ 'ਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਡੀ ਗਈ। ਔਰ ਫਿਰ ਜਿਹੜੇ ਆਮ ਲੋਕ ਸੀ, ਜਿਨ੍ਹਾਂ ਨੌਜਵਾਨਾਂ ਨੂੰ ਨਾ ਕਿਸੇ ਸੰਘਰਸ਼ ਦਾ ਪਤਾ ਸੀ, ਰੌਲਾ ਕੀ ਚੱਲਦਾ, ਕੀ ਮੰਗਾਂ ਨੇ, ਕੋਈ ਜਾਣਕਾਰੀ ਵੀ ਨਹੀਂ ਸੀ, ਉਹਨਾਂ ਅਨਭੋਲ ਲੋਕਾਂ ਦੇ ਉੱਤੇ ਹਥਿਆਰਾਂ ਦੇ ਕੇਸ ਪਾਏ ਗਏ। ਇਹ ਬੜਾ ਵੱਡਾ ਹਮਲਾ ਸੀ ਪੰਜਾਬੀ ਜਵਾਨੀ ਦੇ ਉੱਪਰ। ਔਰ ਦੂਸਰਾ ਵੱਡਾ ਹਮਲਾ ਫਿਰ ਸਾਡੇ 'ਤੇ ਨਸ਼ਿਆਂ ਰਾਹੀਂ ਹੋਇਆ ਕਿ ਇਸ ਕਿਸਮ ਦੇ ਨਸ਼ੇ ਦੇ ਦਿਓ ਜਿਹਦੇ ਨਾਲ ਇਹ ਲੋਕ ਆਪਣੇ ਜਿਹੜੇ ਬੱਚੇ ਨੇ ਜੰਮਣ ਤੋਂ ਪਹਿਲਾਂ ਆਪ ਹੀ ਮਾਰ ਦੇਣ। ਔਰ ਜਿਹੜੇ ਨੌਜਵਾਨਾਂ ਨੂੰ ਇਹ ਮਾੜੀ ਲੱਤ ਲੱਗੀ ਨਸ਼ੇ ਦੀ, ਉਹ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦੇ ਉੱਪਰ ਹੀ ਨਸ਼ਾ ਵੇਚਣ ਦੇ ਕੇਸ ਪਾ ਦਿੱਤੇ ਗਏ। ਜਦੋਂ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਪੰਜਾਬ ਦਾ ਨੌਜਵਾਨ ਅੱਜ ਮਹਿਸੂਸ ਕਰ ਰਿਹਾ ਹੈ ਕਿ ਕੋਈ ਪਤਾ ਨਹੀਂ ਕਦੋਂ ਉਹਦੇ 'ਤੇ ਕਿਹੜਾ ਕੇਸ ਪੈ ਜਾਣਾ, ਕਿਸ ਕਿਸਮ ਦਾ ਉਹਦੇ 'ਤੇ ਕੋਈ ਕਾਰਵਾਈ ਹੋ ਜਾਣੀ ਹੈ, ਇਹ ਵੀ ਇੱਕ ਵੱਡਾ ਕਾਰਨ ਹੈ ਕਿ ਅੱਜ ਪੰਜਾਬ ਦਾ ਨੌਜਵਾਨ ਪੰਜਾਬ ਨੂੰ ਛੱਡ ਕੇ ਕਾਨੂੰਨੀ ਜਾਂ ਗੈਰ ਕਾਨੂੰਨੀ ਢੰਗ ਨਾਲ ਵੀ ਇੱਥੋਂ ਤੱਕ
ਕਿ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਫੋਰਨ ਕੰਟਰੀ ਵੱਲ ਜਾ ਰਿਹਾ। ਇਹ ਦੋ ਵੱਡੇ ਹਮਲਿਆਂ ਨੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਸਹਿਮ ਪੈਦਾ ਕੀਤਾ, ਡਰ ਪੈਦਾ ਕੀਤਾ ਸੀਗਾ। ਔਰ ਤੀਜਾ ਜਿਹੜਾ ਬਹੁਤ ਹੈਰਾਨੀਜਨਕ ਫੈਸਲਾ ਆਇਆ, ਪੂਰੀ ਦੁਨੀਆ ਨੂੰ ਜਿਹਨੇ ਅੰਦਰ ਤੋਂ ਕੰਬਾ ਕੇ ਰੱਖ ਦਿੱਤਾ ਕਿ ਇਸ ਕਿਸਮ ਦਾ ਵੀ ਵਰਤਾਰਾ ਕਦੇ ਡੈਮੋਕ੍ਰੇਸੀ ਦੇ ਵਿੱਚ ਹੋ ਸਕਦਾ। ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਤਿੰਨੋਂ ਨੌਜਵਾਨ ਜਿਨ੍ਹਾਂ ਕੋਲ ਸਾਹਿਤ ਹੈ, ਲਿਟਰੇਚਰ ਹੈ, ਕਿਤਾਬਾਂ ਨੇ, ਕੁਝ ਤਸਵੀਰਾਂ ਨੇ, ਉਹਨਾਂ ਤਸਵੀਰਾਂ ਦੇ ਆਧਾਰ 'ਤੇ ਧਾਰਾ 121 ਅਤੇ 121A ਵਰਗੀਆਂ ਖਤਰਨਾਕ ਧਾਰਾਵਾਂ ਲਾ ਕੇ ਕਾਰਵਾਈ ਹੁੰਦੀ ਹੈ, ਜਿਹਦਾ ਡਿਟੇਲ ਤੁਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਔਰ ਪੰਜਾਬ ਪੁਲਿਸ 'ਤੇ ਮੈਂ ਥੋੜ੍ਹਾ ਜਿਹਾ ਕੇਂਦਰਿਤ ਗੱਲ ਕਰਨੀ ਚਾਹੁੰਦਾ ਕਿ 5 ਫਰਵਰੀ ਨੂੰ ਇਹ ਰਿਜ਼ਲਟ ਆਇਆ, 7 ਫਰਵਰੀ ਨੂੰ ਜਿਹੜੀ ਨਵੀਂ FIR ਕੀਤੀ ਹੈ ਅਰਵਿੰਦਰ ਸਿੰਘ ਦੇ ਉੱਪਰ, ਉਹ FIR ਹੈ ਕਿ ਅਰਵਿੰਦਰ ਸਿੰਘ ਨੇ ਗੁਰਦੀਪ ਸਿੰਘ ਪਿੰਡ ਕੌਲਗੜ੍ਹ ਨੂੰ ਇੱਕ ਪਿਸਤੌਲ ਪ੍ਰੋਵਾਈਡ ਕਰਵਾਇਆ ਸਰੋਆ ਅਤੇ ਵਿਸ਼ੌਰੀ ਬੇਅਦਬੀ ਘਟਨਾਕ੍ਰਮ ਦਾ ਬਦਲਾ ਲੈਣ ਵਾਸਤੇ। ਹੁਣ ਸਰੋਆ ਪਿੰਡ ਦੀ ਬੇਅਦਬੀ ਘਟਨਾਕ੍ਰਮ ਜਨਵਰੀ 2017 ਦੇ ਵਿੱਚ ਵਾਪਰਦਾ ਹੈ, ਔਰ ਵਿਸ਼ੌਰੀ ਵਾਲਾ ਬੇਅਦਬੀ ਘਟਨਾਕ੍ਰਮ ਜਿਹੜਾ ਜੂਨ 2018 ਦੇ ਵਿੱਚ ਵਾਪਰਿਆ। ਬੜੀ ਸਪੱਸ਼ਟ ਜੀ ਗੱਲ ਹੈ ਕਿ ਜੂਨ 2018 ਵਿੱਚ ਵਾਪਰੀ ਹੋਈ ਘਟਨਾ ਦਾ ਬਦਲਾ ਤਾਂ ਉਸ ਡੇਟ ਤੋਂ ਬਾਅਦ ਹੀ ਲਿਆ ਜਾਊਗਾ, ਲੇਕਿਨ ਸਰਦਾਰ ਅਰਵਿੰਦਰ ਸਿੰਘ ਹੋਰੀ 25 ਮਈ ਸੰਨ 2016 ਤੋਂ ਜੇਲ੍ਹ ਦੇ ਵਿੱਚ ਨੇ। ਮੈਨੂੰ ਇਹ ਲੱਗ ਰਿਹਾ ਕਿ ਪੰਜਾਬ ਪੁਲਿਸ ਅੱਜ ਵੀ ਸਿੱਖ ਨੌਜਵਾਨਾਂ ਦੇ ਉੱਪਰ, ਪੰਜਾਬੀਆਂ ਦੇ ਉੱਪਰ ਬਹੁਤ ਵੱਡੇ ਪੱਧਰ 'ਤੇ ਝੂਠੇ ਕੇਸ ਦਰਜ ਕਰਦੀ ਹੈ, ਔਰ ਸਾਨੂੰ ਸਿਰਫ ਉਦੋਂ ਪਤਾ ਲੱਗਦਾ ਜਦੋਂ ਇਹਨਾਂ ਤੋਂ ਕਦੇ ਮਿਸਟੇਕ ਹੋ ਜਾਂਦੀ ਹੈ, ਜਿਵੇਂ ਵੱਡੀ ਮਿਸਟੇਕ ਕਰ ਗਏ। ਔਰ ਫਿਰ ਅੱਜ ਪੰਜਾਬ ਪੁਲਿਸ ਦੇ ਵਿੱਚ ਹੀ ਕੰਟਰੋਵਰਸੀ ਪੈਦਾ ਹੋ ਗਈ। DSP ਸਾਹਿਬ ਰਾਜਪਾਲ ਸਿੰਘ ਹੋਰਾਂ ਨੇ ਪ੍ਰੈਸ ਨੂੰ ਇਹ ਗੱਲ ਕਹਿ ਦਿੱਤੀ ਕਿ ਅਰਵਿੰਦਰ ਸਿੰਘ ਜੇਲ੍ਹ ਤੋਂ ਬਾਹਰ ਸੀ ਜਦੋਂ ਉਹਨੇ ਪਿਸਤੌਲ ਪ੍ਰੋਵਾਈਡ ਕਰਵਾਇਆ, ਔਰ SSP ਦੀਪਕ ਹਲੋਰੀ ਹੋਰੀ ਕਹਿੰਦੇ ਨੇ ਕਿ ਨਹੀਂ ਜੀ, ਜੇਲ੍ਹ ਦੇ ਅੰਦਰ ਸੀ ਅਰਵਿੰਦਰ ਸਿੰਘ, ਜੇਲ੍ਹ ਦੇ ਅੰਦਰ ਵੀ ਉਹਨਾਂ ਦਾ ਮੰਨਣਾ ਕਿ ਬਾਹਰ ਸਾਰੇ ਪਾਸੇ ਲਿੰਕ ਉਸੇ ਤਰ੍ਹਾਂ ਬਣਿਆ ਰਹਿੰਦਾ। ਮਤਲਬ ਇਸ ਕਿਸਮ ਦੇ ਜਿਹੜੇ ਝੂਠੇ ਕੇਸ ਨੇ ਉਹ ਬਹੁਤ ਵੱਡੇ ਪੱਧਰ 'ਤੇ ਪਾਏ ਜਾ ਰਹੇ ਨੇ, ਜਿਹਦੀ ਪ੍ਰਤੱਖ ਮਿਸਾਲ ਜਿਹੜੀ ਇੱਕ ਤਾਂ 5 ਗ੍ਰਾਈ ਵਾਲੇ ਨੌਜਵਾਨਾਂ ਦਾ ਸਪੱਸ਼ਟ ਸਾਹਮਣੇ ਆ ਗਿਆ, ਅਤੇ ਉਦੋਂ ਇਹਨਾਂ ਨੂੰ ਸਰਕਾਰ ਨੂੰ ਵਕਤ ਦੀ ਨੂੰ ਮੁੱਦੇ ਮੂੰਹ ਡਿੱਗਣਾ ਪਿਆ, ਲੋਕ ਜਾਗਰੂਕ ਹੋਏ। ਔਰ ਦੂਜਾ ਜਿਹੜਾ ਇਹ ਅਰਵਿੰਦਰ ਸਿੰਘ 'ਤੇ ਨਵੀਂ FIR ਜਿਹੜੀ ਕਰਕੇ ਇਹ ਸਾਰਾ ਚਲਾ ਰਹੇ ਸੀ ਸਿਸਟਮ, ਇਹ ਵੀ ਇਹਨਾਂ ਤੋਂ ਮਿਸਟੇਕ ਹੋ ਗਈ, ਜਿਸ ਕਰਕੇ ਇਹ ਸਾਰਾ ਸਪੱਸ਼ਟ ਹੋ ਗਿਆ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਭਾਵੇਂ ਸਾਡੇ ਵਿਚਾਰਧਾਰਕ ਵੱਖਰੇਵੇਂ ਨੇ, ਜਿਵੇਂ ਖੱਬੇ ਪੱਖੀ ਵੀਰ ਸਤਿਕਾਰਯੋਗ ਸੱਜਣਾ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਜਿਹੜਾ ਸਾਨੂੰ ਗੁਰੂ ਪਾਤਸ਼ਾਹ ਨੇ ਸਮਝਾਇਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਜਿਹੜੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ, ਆਪਣੇ ਵਿਰੋਧੀ ਵਿਚਾਰਾਂ ਦੀ ਰਾਖੀ ਲਈ ਹੋਈ 11 ਨਵੰਬਰ 1675 ਨੂੰ, ਜਿੱਥੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਇਹ ਦੁਨੀਆ ਇੱਕ ਬਗੀਚਾ ਹੈ, ਵੱਖੋ ਵੱਖਰੇ ਤਰ੍ਹਾਂ ਦੇ ਫੁੱਲ ਨੇ, ਹਰ ਫੁੱਲ ਦੀ ਆਪਣੀ ਵੈਲਿਊ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਦੂਜੇ ਨਾਲ ਨਫ਼ਰਤ ਪਾਲੀਏ। ਵਿਚਾਰਧਾਰਕ ਵਖਰੇਵੇਂ ਹੋਣ ਦੇ ਬਾਵਜੂਦ ਵੀ ਪੀੜਤ ਧਿਰ ਦੇ ਹੱਕ ਵਿੱਚ ਖੜਨਾ, ਇਹ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿਖਾਇਆ ਹੋਇਆ, ਔਰ ਸਾਨੂੰ ਚਾਹੀਦਾ ਕਿ ਜਿਹੜੀ ਪੀੜਤ ਧਿਰ ਹੈ ਔਰ ਜਿਹੜੇ ਖਾਸ ਤੌਰ 'ਤੇ ਸਿੱਖ ਜਥੇਬੰਦੀਆਂ ਨਾਲ ਸੰਬੰਧਿਤ ਸਤਿਕਾਰਤ ਵੀਰ ਆਏ ਹੈ, ਮੈਂ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਤਾਂ ਜਕਾਰੇ ਗਜਾਉਂਦੇ ਹਾਂ ਰੋਜ਼ਾਨਾ ਗੁਰਦੁਆਰਿਆਂ ਦੇ ਵਿੱਚ, ਬੋਲੇ ਸੋ ਨਿਹਾਲ ਦਾ ਮਤਲਬ ਕੋਈ ਰੌਲਾ ਪਾਉਣ ਦਾ ਨਹੀਂ ਹੈ। ਬੋਲੇ ਕਦੋਂ ਬੋਲੇ? ਜਦੋਂ ਕਿਸੇ ਨਾਲ ਧੱਕਾ ਹੋ ਰਿਹਾ, ਬੇਇਨਸਾਫ਼ੀ ਹੋ ਰਹੀ ਹੈ, ਭਾਵੇਂ ਉਹ ਕਿਸਾਨ ਹੈ, ਮਜ਼ਦੂਰ ਹੈ, ਕੋਈ ਕਾਮਰੇਡ ਹੈ, ਕੋਈ ਆਸਤਕ ਹੈ, ਕੋਈ ਨਾਸਤਕ ਹੈ, ਕੋਈ ਵੀ ਉਹ ਵਿਅਕਤੀ ਹੈ ਜਿਹਦੇ ਨਾਲ ਧੱਕਾ ਹੋ ਰਿਹਾ, ਉਹਦੇ ਹੱਕ ਵਿੱਚ ਜਿਹੜਾ ਬੋਲਦਾ ਉਹ ਨਿਹਾਲ ਹੁੰਦਾ, ਔਰ ਉਸ ਸਤਿ ਸ਼੍ਰੀ ਅਕਾਲ, ਉਸ ਅਕਾਲ ਪੁਰਖ ਦੇ ਆਸਰੇ 'ਤੇ ਅਸੀਂ ਪੀੜਤ ਧਿਰ ਦੇ ਹੱਕ ਵਿੱਚ ਡਟਣ ਦੇ ਲਈ ਇੱਥੇ ਇਕੱਠੇ ਹੋਏ ਹਾਂ ਅੱਜ। ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੇ ਇਸ ਕਿਸਮ ਦਾ ਕਨਵੈਨਸ਼ਨ ਜਾਂ ਮੁਜ਼ਾਹਰੇ ਨਾ ਹੋਣ ਤਾਂ ਉਹ ਜਿਹੜੀ ਫਿਰਕੂ ਸੋਚ ਹੈ, ਜਿਨ੍ਹਾਂ ਦੀ ਫਿਲੋਸਫੀ ਵਿਚਾਰਧਾਰਾ ਹੈ ਕਿ ਤੁਸੀਂ ਦੂਜਿਆਂ ਨੂੰ ਦੱਬ ਕੇ ਰੱਖਣਾ, ਉਹਨਾਂ ਨੂੰ ਰਗੜ ਕੇ ਰੱਖਣਾ, ਅਤੇ ਉਹ ਤਾਂ ਇਸ ਗਰਾਊਂਡ ਨੂੰ ਬਿਲਕੁਲ ਫਤਿਹ ਸਮਝ ਲੈਣ, ਜਿੱਤ ਸਮਝ ਲੈਣ। ਆਪਾਂ ਇਹ ਸਾਰੇ ਰਲ ਮਿਲ ਕੇ ਜਿਵੇਂ ਵੀ ਸਤਿਕਾਰਤ ਵੀਰ ਪ੍ਰੋਗਰਾਮ ਦਿੰਦੇ ਆ ਉਹਦੇ 'ਤੇ ਸਾਰੇ
ਕੋਸ਼ਿਸ਼ ਕਰਾਂਗੇ ਜਿੰਨੇ ਜੋਗੇ ਹਾਂ ਅਸੀਂ ਵੀ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਵੀ ਕਿ ਇਕੱਠੇ ਹੋ ਕੇ ਵਿਚਾਰਧਾਰਕ ਵਖਰੀਵਿਆਂ ਤੋਂ ਉੱਪਰ ਉੱਠ ਕੇ ਪੀੜਤਾਂ ਦੇ ਹੱਕ ਵਿੱਚ ਡਟ ਸਕੀਏ ਜਿਹੜਾ ਸਾਨੂੰ ਗੁਰੂ ਪਾਤਸ਼ਾਹ ਨੇ ਸਿਖਾਇਆ। ਔਰ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਪੰਜਾਬ ਪੁਲਿਸ ਦਾ ਜਿਹੜਾ ਬਹੁਤ ਵੱਡਾ ਹਿੱਸਾ ਹੈ ਉਹ ਸਾਨੂੰ ਪੰਜਾਬੀਆਂ ਨੂੰ ਦਬਕਾ ਰਿਹਾ, ਡਰਾ ਰਿਹਾ। ਔਰ ਇਹੀ ਕਾਰਨ ਹੈ ਕਿ ਅੱਜ ਕਾਲਜਾਂ, ਸਕੂਲਾਂ, ਯੂਨੀਵਰਸਿਟੀਆਂ ਦੇ ਵਿੱਚ ਇੰਨੀ ਐਡਮਿਸ਼ਨ ਨਹੀਂ ਹੋ ਰਹੀ, ਪੈਰ ਪੈਰ 'ਤੇ ਆਈਲੈਟਸ ਖੁੱਲ ਰਹੇ ਨੇ ਜਿਹਦੀ ਬਦੌਲਤ ਸਾਡੇ ਨੌਜਵਾਨ ਬਾਹਰ ਨੂੰ ਜਾ ਰਹੇ ਨੇ, ਲੱਖਾਂ ਰੁਪਈਆ ਖਰਚ ਕੇ ਜਾ ਰਹੇ ਨੇ। ਉਹਦਾ ਇੱਕ ਇਹ ਵੀ ਵੱਡਾ ਕਾਰਨ ਹੈ ਔਰ ਇਹਨੂੰ ਵੀ ਅਸੀਂ ਨਾਲ ਥੋੜ੍ਹਾ ਪ੍ਰਚਾਰਨ ਦੀ ਕੋਸ਼ਿਸ਼ ਕਰੀਏ। ਬਹੁਤ ਮੇਰੇ ਤੋਂ ਭੁੱਲਾਂ ਹੋਈਆਂ, ਆਪਣਾ ਬੱਚਾ ਜਾਣ ਕੇ, ਭਰਾ ਜਾਣ ਕੇ ਮਾਫ਼ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਸਾਹਿਬ ਹੋਰਾਂ ਦਾ ਧੰਨਵਾਦ ਜਿਨ੍ਹਾਂ ਨੇ ਮਾਮਲੇ ਨੂੰ ਕਈ ਪੱਖਾਂ ਤੋਂ ਤੁਹਾਡੇ ਸਾਹਮਣੇ ਰੱਖਿਆ। ਇੱਕ ਤਜਵੀਜ਼ ਆਈ ਹੈ ਕੁਛ ਜਥੇਬੰਦੀਆਂ ਵੱਲੋਂ ਕਿ ਆਪਾਂ ਅਪ੍ਰੈਲ ਦੇ ਵਿੱਚ ਵਿਸਾਖੀ ਤੋਂ ਬਾਅਦ ਜਲੰਧਰ ਦੇ ਵਿੱਚ ਇੱਕ ਵੱਡੀ ਕਨਵੈਨਸ਼ਨ ਕਰੀਏ। ਉਹਦੀ ਫਿਲਹਾਲ ਆਪਾਂ ਡੇਟ ਨਹੀਂ ਕੋਈ ਅਨਾਊਂਸ ਕਰਦੇ ਇਹਦੇ 'ਤੇ, ਜਿਹੜੇ ਬੁਲਾਰੇ ਨੇ ਉਹ ਵਿਚਾਰ ਲੈਣ। ਜਾਣ ਤੋਂ ਪਹਿਲਾਂ ਆਪਾਂ ਇਹਨੂੰ ਇਹਦਾ ਐਲਾਨ ਕਰ ਦਿਆਂਗੇ ਤਾਂ ਕਿ ਪ੍ਰੈਸ 'ਚ ਵੀ ਜਾਵੇ। ਡੇਟ ਆਪਾਂ ਬਾਅਦ 'ਚ ਡਿਸਾਈਡ ਕਰ ਲਵਾਂਗੇ, ਜਿਹੋ ਜਿਹਾ ਮਾਹੌਲ ਜਦੋਂ ਬਣਦਾ ਹੋਇਆ ਉਹ ਸੂਚਿਤ ਕਰ ਦਿਆਂਗੇ, ਕਿਉਂਕਿ ਨੰਬਰ ਸਾਰਿਆਂ ਦੇ ਆ ਗਏ। ਜਿਹਦੇ ਕਰਕੇ ਸੋਚ ਲਿਓ ਇਹਦੇ ਬਾਰੇ। ਹਾਂ, ਜਿਹੜੇ ਪਿੱਛੇ ਖੜ੍ਹੇ ਨੇ ਸੱਜਣ ਉਹ ਅੱਗੇ ਆ ਜਾਣ, ਕਿਰਪਾ ਕਰਕੇ ਖੜ੍ਹੇ ਨਾ ਰਹਿਣ, ਅੱਗੇ ਜਗ੍ਹਾ ਹੈ, ਮੂਹਰੇ ਆ ਕੇ ਬੈਠੋ। ਮਾਨਵ ਸਾਥੀ, ਮਾਨਵ ਨੌਜਵਾਨ ਭਾਰਤ ਸਭਾ ਦੇ ਆਗੂ, ਅਤੇ ਇਹਨਾਂ ਤੋਂ ਬਾਅਦ ਕਰਨੈਲ ਸਿੰਘ ਜਖੇਪਲ, ਇੰਟਰਨੈਸ਼ਨਲ ਡੈਮੋਕਰੈਟਿਕ ਪਲੇਟਫਾਰਮ ਦੇ ਪ੍ਰਧਾਨ, ਉਹ ਤਿਆਰ ਰਹਿਣ। ਮਾਨਵ ਜੀ, ਅੱਜ ਇਸ ਬਹੁਤ ਜ਼ਰੂਰੀ ਮਸਲੇ 'ਤੇ ਜਿੰਨੀਆਂ ਵੀ ਸਤਿਕਾਰਤ ਜਥੇਬੰਦੀਆਂ ਜਾਂ ਕੋਈ ਲੋਕ ਜਥੇਬੰਦੀਆਂ ਦੇ ਆਗੂ ਜਿਹੜੇ ਪਹੁੰਚੇ ਆ, ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਸਾਰਿਆਂ ਦਾ ਇੱਕ ਰਿਣੀ ਆ ਕਿ ਅੱਜ ਆਪਾਂ ਜਿਹੜੇ ਆਪਣੇ ਮਤਭੇਦ ਨੇ ਸਭ ਪਿੱਛੇ ਰੱਖ ਕੇ ਜਿਹੜਾ ਅੱਜ ਦਾ ਉੱਭਰਵਾਂ ਮਸਲਾ ਹੈ ਇਹਦੇ 'ਤੇ ਅੱਜ ਇਕੱਠੇ ਹੋਏ ਹੈ। ਕਿਉਂਕਿ ਜਿੰਨੇ ਵੀ ਅੱਜ ਲੋਕ ਹੈ ਜਾਂ ਕੋਈ ਧਿਰਾਂ ਨੇ ਜੋ ਅੱਜ ਇੱਥੇ ਇਕੱਠੀਆਂ ਹੋਈਆਂ, ਮੇਰੇ ਖਿਆਲ ਨਾਲ ਕੋਈ ਵੀ ਨਹੀਂ ਹੋਣਾ ਜੋ ਇਹ ਨਾ ਸਮਝਦਾ ਹੋਵੇ ਕਿ ਜੋ ਅੱਜ ਭਾਰਤੀ ਰਾਜ ਸੱਤਾ ਆ, ਭਾਵੇਂ ਜਿਹੜੀ ਮਰਜ਼ੀ ਸਰਕਾਰ ਆਵੇ, ਇਸ ਰਾਜ ਸੱਤਾ ਦਾ ਜਿਹੜਾ ਕੁੱਲ ਖਾਸਾ ਆ, ਕੁੱਲ ਕਿਰਦਾਰ ਆ, ਉਹ ਘੱਟ ਗਿਣਤੀ ਵਿਰੋਧੀ, ਉਹ ਕੌਮਤਾਂ ਦਾ ਜਾਬਰ ਦੇ ਰੂਪ ਦੇ ਵਿੱਚ ਸਾਹਮਣੇ, ਵੱਧ ਤੋਂ ਵੱਧ ਨੰਗੇ ਰੂਪ ਦੇ ਵਿੱਚ ਅੱਜ ਸਾਡੇ ਸਾਹਮਣੇ ਆ ਰਿਹਾ ਹੈ। ਅੱਜ ਜ਼ਿਕਰ ਹੋਇਆ ਸੀ ਪਹਿਲਾਂ, ਨੱਤ ਜੀ ਨੇ ਵੀ ਕੀਤਾ ਗਾ ਕਿ ਜੇ ਅੱਜ ਤੁਸੀਂ ਰਿਕਾਰਡ ਚੱਕ ਕੇ ਦੇਖ ਲਓ ਭਾਰਤੀ ਜੇਲ੍ਹਾਂ ਦੇ ਵਿੱਚ, ਤੁਹਾਨੂੰ ਬਹੁ ਗਿਣਤੀ ਆਦਿਵਾਸੀਆਂ ਦੀ, ਅਖੌਤੀ ਪਛੜੀਆਂ ਜਾਤੀਆਂ ਦੀ, ਮੁਸਲਮਾਨਾਂ ਦੀ, ਸਿੱਖਾਂ ਦੀ, ਜਿਹੜੀ ਇਹ ਗਿਣਤੀ ਤੁਹਾਨੂੰ ਮਿਲਦੀ ਹੈ। ਅਤੇ ਇਹ ਆਪਦੇ ਆਪ ਵਿੱਚ ਦੱਸ ਦਿੰਦਾ ਹੈ ਕਿ ਬਿਨਾਂ ਟਰਾਇਲ ਤੋਂ, ਬਿਨਾਂ ਕੋਈ ਫੈਸਲੇ ਤੋਂ ਸਾਲਾਂ ਬੱਧੀ ਇਹਨਾਂ ਨੌਜਵਾਨਾਂ ਦੇ ਕੇਸ ਜਿਹੜੇ ਆ ਉਹ ਚੱਲਦੇ ਰਹਿੰਦੇ ਆ, ਅਤੇ ਉਦੋਂ ਬਾਅਦ ਪਤਾ ਲੱਗਦਾ ਕਿ ਉਹਨਾਂ ਦੇ ਉੱਤੇ ਕੋਈ ਜੁਰਮ ਨਹੀਂ ਸੀ, ਕੋਈ ਦੋਸ਼ ਨਹੀਂ ਸਾਬਤ ਹੋਏ, ਅਤੇ ਬੇਦੋਸ਼ੇ ਜਿਹੜੇ ਆ ਉਹਨਾਂ ਨੂੰ ਬਾਹਰ ਜ਼ਿੰਦਗੀ ਦੇ ਵਿੱਚ ਧੱਕ ਧੱਕ ਹੀ ਸਿੱਟ ਦਿੱਤਾ ਜਾਂਦਾ, ਬਿਨਾਂ ਕੋਈ ਮੁਆਵਜ਼ੇ ਦੇ, ਬਿਨਾਂ ਕੋਈ ਕੰਪਨਸੇਸ਼ਨ ਦੇ। ਅੱਜ ਵੀ ਆਪਣੇ ਸਾਹਮਣੇ ਇਹੋ ਜਿਹੇ ਬਹੁਤ ਸਾਰੇ ਕੇਸ ਹੈ, ਅਤੇ ਆਹੀ ਜਿਹੜਾ ਕੇਸ ਹੈ ਇਹਦੇ ਵਿੱਚ ਜੋ 3 ਨੌਜਵਾਨ ਫੜੇ ਗਏ, 3ਜਾ ਸਾਲ ਆ ਜਿਹੜਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ। ਮਤਲਬ ਅੱਜ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਜਦੋਂ 2014 ਦੇ ਵਿੱਚ ਮੋਦੀ ਸਰਕਾਰ ਆਈ ਹੈ, ਬੇਸ਼ੱਕ ਇਸ ਤੋਂ ਪਹਿਲਾਂ ਦੀਆਂ ਜਿਹੜੀਆਂ ਸਰਕਾਰਾਂ ਨੇ, ਜਿਵੇਂ ਜਿਵੇਂ ਭਾਰਤ ਦੀ ਸਰਕਾਰ ਦਾ, ਭਾਰਤੀ ਅਰਥਚਾਰੇ ਦਾ, ਭਾਰਤ ਦਾ ਜਿਹੜਾ ਆਰਥਿਕ ਅਤੇ ਸਿਆਸੀ ਸੰਕਟ ਡੂੰਘਾ ਹੁੰਦਾ ਗਿਆ, ਉਵੇਂ ਉਵੇਂ ਜਿਹੜਾ ਫਿਰਕਾ ਪ੍ਰਸਤੀ ਦਾ, ਜਿਹੜਾ ਜਬਰ ਦਾ ਕੁੱਤਾ ਇਹਨਾਂ ਨੇ ਪਾਲਿਆ ਹੋਇਆ, ਉਹ ਹੋਰ ਜਾਬਰ ਹੁੰਦਾ ਗਿਆ, ਉਹਦੀ ਇਹ ਜਿਹੜੀ ਡੋਰ ਆ ਉਹ ਹੋਰ ਢਿੱਲੀ ਕਰਦੇ ਗਏ ਆ, ਤਾਂ ਕਿ ਹੱਕ ਦੇ ਵਿੱਚ ਬੋਲਣ ਵਾਲੇ ਲੋਕਾਂ ਨੂੰ ਇਹ ਕੁੱਤਾ ਹੋਰ ਜ਼ੋਰ ਦੀ ਜਾ ਕੇ ਪਵੇ। ਅਤੇ 2014 ਤੋਂ ਬਾਅਦ, ਜਿਹੜਾ ਮੋਦੀ ਸਰਕਾਰ ਤੋਂ ਬਾਅਦ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਅੱਜ ਤੁਸੀਂ ਕੋਈ ਵੀ ਗੱਲ ਕਰਦੇ ਹੋ ਤੁਹਾਡੇ ਉੱਤੇ ਇੱਕ ਠੱਪਾ ਜਿਹੜਾ ਆ ਉਹ ਜੜ ਦਿੱਤਾ ਜਾਂਦਾ। ਜੇ ਤੁਸੀਂ ਅੱਜ ਮੁਸਲਮਾਨ ਹੋ ਅਤੇ ਭਾਜਪਾ ਦੇ ਹਮਾਇਤੀ ਨਹੀਂ, ਤਾਂ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਕਿਸੇ ਨਾ ਕਿਸੇ ਸਲਾਮੀ ਦਹਿਸ਼ਤਗਰਦ ਜਥੇਬੰਦੀ ਦੇ ਪੱਖ 'ਚ ਬੋਲ ਰਹੇ ਹੋ। ਜੇ ਤੁਸੀਂ ਕੋਈ ਸਿੱਖ ਹੋ ਅਤੇ ਭਾਜਪਾ ਦੇ ਹਮਾਇਤੀ ਨਹੀਂ, ਤਾਂ ਤੁਹਾਨੂੰ ਖਾਲਿਸਤਾਨੀ ਐਲਾਨ ਦਿੱਤਾ ਜਾਂਦਾ। ਜੇ ਤੁਸੀਂ ਕੋਈ ਕਮਿਊਨਿਸਟ ਹੋ ਅਤੇ ਭਾਜਪਾ ਦੇ ਹਮਾਇਤੀ ਸੁਭਾਵਕ ਨਹੀਂ ਹੈਗੇ, ਤਾਂ ਤੁਹਾਨੂੰ ਕੋਈ ਨਕਸਲੀਆ ਜਾਂ ਕੋਈ ਮਾਓਵਾਦੀ ਕਹਿ ਦਿੱਤਾ ਜਾਂਦਾ। ਅਤੇ ਜੇ ਤੁਸੀਂ ਇੱਕ ਹਿੰਦੂ ਵੀ ਹੋ ਅਤੇ ਭਾਜਪਾ ਦੇ ਹਮਾਇਤੀ ਨਹੀਂ, ਤਾਂ ਤੁਹਾਨੂੰ ਕਿਹਾ ਜਾਂਦਾ ਤੁਸੀਂ ਆ ਉੱਪਰ ਵਾਲੀਆਂ ਸਾਰੀਆਂ ਧਿਰਾਂ ਦੇ ਹਮਾਇਤੀ ਹੋ। ਮਤਲਬ ਅੱਜ ਇਹੋ ਜਿਹਾ ਮਾਹੌਲ ਜਿਹੜਾ ਸਿਰਜਿਆ ਗਿਆ,
ਅੱਜ ਇਹਦੇ ਵਿੱਚ ਜੇ ਸਾਨੂੰ ਉਹ ਆਪਦੇ ਹੱਕਾਂ ਵਾਸਤੇ ਬੋਲਣ ਦੇ ਰੂਪ ਦੇ ਵਿੱਚ ਇਹ ਤਗਮੇ ਇਨਾਮ ਦੇ ਵਿੱਚ ਦੇ ਰਹੇ ਆ ਤਾਂ ਅੱਜ ਉਹ ਸਮਾਂ ਆਇਆ ਗਾ ਕਿ ਅਸੀਂ ਵੀ ਇਹ ਤਗਮੇ ਜਿਹੜੇ ਮਾਣ ਦੇ ਨਾਲ ਪਾ ਕੇ ਇਸ ਮੰਚਾਂ ਤੋਂ ਆਪਾਂ ਖੜ ਕੇ ਐਲਾਨ ਕਰੀਏ ਕਿ ਇਹ ਅਸੀਂ ਤਗਮੇ ਜਿਹੜੇ ਤੁਸੀਂ ਸਾਨੂੰ ਜਿਹਨਾਂ ਨਾਲ ਨਵਾਜਿਆ ਆ ਇਹ ਅਸੀਂ ਮਾਣ ਦੇ ਨਾਲ ਪਾਉਂਦੇ ਹਾਂ ਅਤੇ ਹੱਕ ਅਤੇ ਸੱਚ ਦੇ ਨਾਲ ਜਿਹੜਾ ਖੜਨ ਦਾ ਜਿਹੜਾ ਅਸੀਂ ਅੱਜ ਪ੍ਰਣ ਲੈਂਦੇ ਹਾਂ ਅੱਜ ਜਿਹੜਾ ਤਹੀਆ ਕਰਦੇ ਹਾਂ। ਦੂਸਰੀ ਗੱਲ ਇੱਕ ਜ਼ਿਕਰ ਆਇਆ ਸੀ ਪਹਿਲਾਂ ਕਿ ਜੇ ਕਿਸੇ ਨੂੰ ਸਿਰਫ ਕੌਮ ਦੀ ਤੁਸਤੀ ਕਰਨ ਵਾਸਤੇ ਉਹਦੀ ਜਿਹੜੀ ਆ ਭਾਵਨਾਵਾਂ ਦਾ ਖਿਆਲ ਕਰਨ ਵਾਸਤੇ ਕਿਸੇ ਨੂੰ ਫਾਂਸੀ ਦੀ ਸਜ਼ਾ ਚਾੜਿਆ ਜਾ ਸਕਦਾ ਤਾਂ ਉਨਾਓ ਦੇ ਵਿੱਚ ਕਠੂਏ ਦੇ ਵਿੱਚ ਬਲਾਤਕਾਰ ਦੇ ਮਾਮਲੇ ਹੋਏ, 80 ਵੇਲੇ ਹਜ਼ਾਰਾਂ ਵਿਦੇਸ਼ੀ ਨੌਜਵਾਨਾਂ ਨੂੰ ਮਾਰਿਆ ਗਿਆ ਜਿਹਦੀ ਅੰਤਰਰਾਸ਼ਟਰੀ ਕੌਮਾਂਤਰੀ ਪੱਧਰ 'ਤੇ ਤਿੱਖੀ ਆਲੋਚਨਾ ਹੋਈ। 2002 ਦੇ ਵਿੱਚ ਗੁਜਰਾਤ ਦੇ ਵਿੱਚ ਖੋ ਖੋ ਕੇ ਮਾਰਿਆ ਗਿਆ ਬੱਚਿਆਂ ਨੂੰ, ਔਰਤਾਂ ਨੂੰ, ਜਿਹੜਾ ਕੌਮਾਂਤਰੀ ਮੀਡੀਆ ਨੇ ਥੂ ਥੂ ਕੀਤੀ, ਇਹਨਾਂ ਦੇ ਉੱਤੇ ਬੈਨ ਤੱਕ ਲਾਏ। ਮਤਲਬ ਉਹ ਫਿਰ ਕਿਹੜੀ ਕੌਮ ਦੀ ਭਾਵਨਾ, ਉਹ ਕੌਮ ਦੀ ਭਾਵਨਾ ਦੇ ਵਿੱਚ ਉਹ ਚੀਜ਼ਾਂ ਕਿਉਂ ਨਹੀਂ ਦਰਜ ਹੁੰਦੀਆਂ, ਉਹਨਾਂ ਦੋਸ਼ੀਆਂ ਨੂੰ ਸਜ਼ਾ ਜਿਹੜੀ ਹੈ ਕਿਉਂ ਨਹੀਂ ਦਿੱਤੀ ਜਾਂਦੀ। ਇਹ ਵੀ ਅੱਜ ਇੱਕ ਸਾਡੇ ਸਾਹਮਣੇ ਵੱਡਾ ਸਵਾਲ ਬਣ ਕੇ ਆਉਂਦਾ ਆ ਕਿ ਜਿਹੜੀ ਇਹ ਕੌਮ ਦੀ ਭਾਵਨਾ ਨੂੰ ਸਹਿਮਤ ਕਰਨ ਦੇ ਲਈ ਇਹ ਹਮੇਸ਼ਾ ਘੱਟ ਗਿਣਤੀਆਂ ਦੇ ਖਿਲਾਫ ਹੀ ਜਿਹੜੀ ਆ ਕਿਉਂ ਸਿਧਤ ਕੀਤੀ ਜਾਂਦੀ ਹੈ। ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਇਹ ਜੋ ਇੱਕ ਕਮੇਟੀ ਬਣੀ ਹੈ, ਇੱਕ ਬਹੁਤ ਚੰਗਾ ਉਪਰਾਲਾ ਕੀਤਾ ਗਿਆ। ਇਹਦੇ ਜੇ ਅਸੀਂ ਇੱਕ ਹਿੱਸੇ ਦੇ ਵਜੋਂ ਜੋ ਵੀ ਫੈਸਲਾ ਕਮੇਟੀ ਲਏਗੀ, ਜਿਸ ਤਰ੍ਹਾਂ ਐਲਾਨ ਕੀਤਾ ਗਿਆ ਕਿ ਵਿਸਾਖੀ ਤੋਂ ਬਾਅਦ ਇੱਕ ਪ੍ਰੋਗਰਾਮ ਲੀਕਣਾ ਆ, ਜੋ ਵੀ ਜਥੇਬੰਦਕ ਤੌਰ 'ਤੇ ਸਾਡੇ ਤੋਂ ਬਣਦਾ ਆ ਅਸੀਂ ਇਹਦੇ ਵਿੱਚ ਲਗਾਤਾਰ ਆਪਦਾ ਹਿੱਸਾ ਜਿਹੜਾ ਆ ਉਹ ਪਾਉਂਦੇ ਰਹਾਂਗੇ ਅਤੇ ਅਸੀਂ ਆਸ ਕਰਦੇ ਹਾਂ ਕਿ ਇੱਦਾਂ ਦੇ ਹੋਰ ਜਿੰਨੇ ਵੀ ਮਾਮਲੇ ਆ ਉਹਦੇ ਉੱਤੇ ਅੱਜ 19 ਜਥੇਬੰਦੀਆਂ ਨੇ, ਕੱਲ੍ਹ ਨੂੰ ਇਸ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਇਸ ਮੰਚ ਦੇ ਵਿੱਚ, ਇਸ ਕਮੇਟੀ ਦੇ ਵਿੱਚ, ਸਾਂਝੀ ਕਮੇਟੀ ਦੇ ਵਿੱਚ ਸ਼ਾਮਲ ਹੋਣਗੀਆਂ ਅਤੇ ਆਪਣੇ ਨਿਆਂ ਹੱਕ ਦੇ ਲਈ ਅੱਜ ਜਿਹੜਾ ਖੜਨ ਦੀ ਲੋੜ ਨੂੰ ਮਹਿਸੂਸ ਕਰਨਗੀਆਂ। ਸਾਰੇ ਆਏ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਵੀ ਅੱਜ ਜੋ ਅੱਛਾ ਇੱਥੋਂ ਆਪਾਂ ਸਿੱਖ ਕੇ ਜਾਵਾਂਗੇ ਉਹਨਾਂ ਨੂੰ ਆਪੇ ਆਪਣੇ ਜਿਹੜੇ ਮਿੱਤਰਾਂ ਦੋਸਤਾਂ ਦੇ ਨਾਲ ਜ਼ਰੂਰ ਸਾਂਝਾ ਕਰੀਏ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਜਿਹੜੀ ਆ ਇੱਥੇ ਯਕੀਨੀ ਬਣਾਈਏ। ਧੰਨਵਾਦ ਜੀ ਮਾਨਵ ਜੀ। ਇੱਕ ਸੁਝਾਅ ਜਿਹੜੀ ਮੇਰੇ ਗਲਤੀ ਹੋਈ ਆ ਉਹ ਥੱਲਿਓ ਆਇਆ ਕਿ ਸਾਡੇ 'ਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਵੀ ਸਾਡੇ ਸੱਜਣ ਹਾਜ਼ਰ ਹੋਏ ਨੇ, ਉਹਨਾਂ 'ਚੋਂ ਵੀ ਪ੍ਰਧਾਨਗੀ ਮੰਡਲ 'ਚ ਬੁਲਾਇਆ ਜਾਵੇ ਕਿਸੇ ਮੋਹਰੀ ਨੂੰ। ਸੋ ਮੈਂ ਮੀਆਂ ਮੁਹੰਮਦ ਖਾਨ ਜਿਹੜੇ ਬੁਲਾਡੇ ਤੋਂ ਆਏ ਨੇ ਉਹਨਾਂ ਨੂੰ ਕਹਿੰਦਾ ਕਿ ਉਹ ਵੀ ਇੱਧਰ ਥਾਂ ਲੈਣ ਆਪਣੀ ਆ ਕੇ ਪ੍ਰਧਾਨਗੀ ਮੰਡਲ ਦੇ ਵਿੱਚ। ਹੁਣ ਤੁਹਾਡੇ ਨਾਲ ਗੱਲ ਕਰਨਗੇ ਇੰਟਰਨੈਸ਼ਨਲ ਡੈਮੋਕਰੇਟਿਕ ਪਲੇਟਫਾਰਮ ਦੇ ਜਿਹੜੇ ਪ੍ਰਧਾਨ ਕਰਨੈਲ ਸਿੰਘ ਜੀ ਜਖੇਪਲ, ਇਹਨਾਂ ਤੋਂ ਬਾਅਦ CPIML ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਰੁਰਦੂ ਸਿੰਘ ਜੀ ਮਾਨਸਾ ਤੁਹਾਡੇ ਨਾਲ ਗੱਲ ਕਰਨਗੇ। ਬਹੁਤ ਹੀ ਸਤਿਕਾਰਯੋਗ ਸਟੇਜ 'ਤੇ ਬਿਰਾਜਮਾਨ ਅਤੇ ਪੰਡਾਲ ਦੇ ਵਿੱਚ ਬੈਠੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ, ਅੱਜ ਜਿੱਥੇ ਅਸੀਂ ਉਹਨਾਂ ਨੌਜਵਾਨਾਂ ਨਾਲ ਹੋਏ ਅਨਿਆਂ ਸੰਬੰਧੀ ਇੱਥੇ ਵਿਚਾਰ ਚਰਚਾ ਕਰ ਰਹੇ ਹਾਂ, ਪਹਿਲੀ ਗੱਲ ਮੈਂ ਵਧਾਈ ਦਿੰਦਾ ਉਸ ਜਥੇਬੰਦੀ ਨੂੰ ਜਿਨ੍ਹਾਂ ਨੇ ਪਹਿਲਕਦਮੀ ਕੀਤੀ ਹੈ, CPIML ਲਿਬਰੇਸ਼ਨ ਨੇ, ਕਿ ਇਸ ਮਸਲੇ 'ਤੇ ਇਕੱਠਾ ਕੀਤਾ ਗਿਆ, ਕਿਉਂਕਿ ਇਕੱਲਾ ਇੰਨਾ ਹੀ ਨਹੀਂ ਕਿ ਜਦੋਂ ਸਾਨੂੰ ਇਹ ਬੱਚੇ ਜਾਂ ਉਹ ਵਿਅਕਤੀ ਇਹ ਲੱਗਦੇ ਨੇ ਕਿ ਜਿਨ੍ਹਾਂ 'ਚ ਕੋਈ ਕਾਣਾ ਹੈ ਜਾਂ ਕੋਈ ਇਸ ਸਟੇਟ ਦੇ ਸਾਹਮਣੇ ਸਵਾਲ ਬਣਦੇ ਹੈ ਅਤੇ ਉਹਨਾਂ ਦੇ ਉੱਤੇ ਪਰਚੇ ਦਰਜ ਕੀਤਾ ਕਰਨਾ, ਅਤੇ ਮੈਨੂੰ ਲੱਗਦਾ ਇਸ ਤੋਂ ਵੱਡਾ ਹਮਲਾ ਅੱਜ ਜਿਹੜਾ ਸਾਡੇ ਉੱਤੇ ਹੋਣ ਜਾ ਰਿਹਾ, ਜਿਹਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੂੰ ਅਸੀਂ ਵੇਖਣਾ ਚਾਹੁੰਦੇ, ਇੱਥੇ ਚਾਹੁਣ ਵਾਲੇ ਲੋਕ ਕਿ ਚੰਗਾ ਸਮਾਜ ਹੋਵੇ ਅਤੇ ਉਹ 'ਚ ਇਸ ਕਿਸਮ ਦੇ ਵਿਅਕਤੀ ਹੋਣੇ ਚਾਹੀਦੇ ਆ, ਉਹ ਸਾਰਾ ਮਲੀਆ ਮੇਟ ਕਰਨ ਦਾ ਸਮਾਨ ਹੈ ਜਿਹੜਾ ਉਹ ਅੱਜ ਉਸ ਸਿਸਟਮ ਦੇ ਵਿੱਚ ਜਿਹਨੂੰ ਅਸੀਂ ਜਮਹੂਰੀ ਦੇਸ਼ ਬਣਾਇਆ ਸੀ, ਆਪਣੀ ਵੋਟ ਦੇ ਨਾਲ ਆਪਣੇ ਨੁਮਾਇੰਦੇ ਚੁਣਨ ਦਾ ਪ੍ਰੋਗਰਾਮ ਬਣਾਇਆ ਸੀ, ਜ਼ਰੂਰਤ ਇਸ ਗੱਲ ਦੀ ਸੀ ਕਿ ਉਹ ਨੁਮਾਇੰਦੇ ਹੋਰ ਜਮਹੂਰੀਅਤ ਲੈ ਕੇ ਆਉਂਦੇ ਅਤੇ ਸਾਰੇ ਲੋਕਾਂ ਦੀ ਇਸ ਸਿਸਟਮ ਦੇ ਵਿੱਚ ਪਾਰਟੀਸਪੇਟ ਕਰਦੇ ਤਾਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਬਣਾਇਆ ਜਾ ਸਕਦਾ ਸੀ। ਲੇਕਿਨ
ਜਿਨ੍ਹਾਂ ਲੋਕਾਂ ਨੂੰ ਅਸੀਂ ਨੁਮਾਇੰਦੇ ਚੁਣਿਆ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ, ਉਹ ਇੱਕ ਇਸ ਕਿਸਮ ਦੀ ਕਾਰਪੋਰੇਟ ਪਹੁੰਚ ਦੇ ਦਲਾਲ ਬਣ ਗਏ ਨੇ, ਜਿਹੜਾ ਇੱਕ ਇਸ ਕਿਸਮ ਦਾ ਆਮ ਵਿਅਕਤੀ ਦੇ ਖਿਲਾਫ ਇੱਕ ਗੱਠਜੋੜ ਬਣ ਗਿਆ ਕਿ ਅਫਸਰਸ਼ਾਹੀ ਰਾਜਨੀਤਿਕ ਲੋਕ ਤੇ ਉੱਪਰ ਜਿਹੜੇ ਵੀ ਪਹੁੰਚ ਵਾਲੇ ਹੋਰ ਵਿਅਕਤੀ ਨੇ ਉਹ ਸਾਰੇ ਉਸ ਗੱਠਜੋੜ ਦੇ ਵਿੱਚ ਸ਼ਾਮਲ ਨੇ, ਉਹ ਆਮ ਵਿਅਕਤੀ ਦੇ ਖਿਲਾਫ ਕੰਮ ਕਰ ਰਹੇ ਨੇ। ਇਸ ਲਈ ਅੱਜ ਦੇਸ਼ ਦੀ ਸਥਿਤੀ ਬੜੀ ਚਿੰਤਾਜਨਕ ਬਣੀ ਹੋਈ ਹੈ। ਇਹ ਸਾਰੇ ਮਨੁੱਖ ਦੇ ਉਹ ਬੁਨਿਆਦੀ ਹੱਕ ਨੇ ਜਿਨ੍ਹਾਂ ਦੇ ਲਈ ਸਾਨੂੰ ਬੋਲਣਾ ਚਾਹੀਦਾ। ਤੇ ਅੱਜ ਦੇਸ਼ ਦਾ ਕਿਸਾਨ ਤੇ ਮਜ਼ਦੂਰ ਖੁਦਕੁਸ਼ੀ ਕਰ ਰਿਹਾ ਕਰਜ਼ੇ ਦੇ ਕਾਰਨ, ਤੇ ਜਿਹੜੀਆਂ ਹਿੰਦੁਸਤਾਨ ਦੇ ਕੁਦਰਤੀ ਸੋਮੇ ਸੀ, ਚਾਹੇ ਉਹ ਪਾਣੀ ਹੈ, ਚਾਹੇ ਜ਼ਮੀਨ ਹੈ ਤੇ ਖੁਰਾਕ ਹਵਾ, ਤੇ ਉਹਨੂੰ ਪਲੈਨਬੱਧ ਤਰੀਕੇ ਦੇ ਨਾਲ ਬਰਬਾਦ ਕੀਤਾ ਜਾ ਰਿਹਾ। ਤੇ ਔਰ ਜਿਹਦਾ ਕਾਰਨ ਇਹ ਹੈ ਕਿ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਇੱਥੇ ਸਾਡੇ ਉਹਨਾਂ ਲੋਕਾਂ ਨੂੰ ਆ ਰਹੀਆਂ ਨੇਗੀਆਂ। ਤੇ ਇਸੇ ਤਰ੍ਹਾਂ ਹੀ ਜਿਹੜੇ ਨੌਜਵਾਨ ਨੇ ਤੇ ਉਹ ਸਾਡੇ ਬਾਹਰ ਜਾ ਰਹੇ ਨੇ ਇਸ ਸਿਸਟਮ ਤੋਂ ਅੱਕੇ ਹੋਏ, ਤੇ ਜਿਹੜੇ ਕਿਸੇ ਤਰ੍ਹਾਂ ਪੈਸਾ ਲਾ ਕੇ ਉੱਥੇ ਜਾ ਨਹੀਂ ਸਕਦੇ, ਤੇ ਉਹਨਾਂ ਲਈ ਇੱਥੇ ਨਸ਼ਿਆਂ ਦੀਆਂ ਸਕੀਮਾਂ ਆ ਰਹੀਆਂ ਨੇ ਕਿ ਉਹ ਉਸ ਸਕੀਮਾਂ ਦੇ ਵਿੱਚ ਫਸੇ ਹੋਏ ਨੇ। ਤੇ ਬਹੁਤ ਥੋੜ੍ਹੇ ਨੇ ਜਿਹੜੇ ਇਸ ਕਿਸਮ ਦੀ ਗੱਲ ਕਰਨ ਵਾਲੇ। ਇਸੇ ਲਈ ਅੱਜ ਜਿਹੜਾ ਨੌਜਵਾਨ ਤਬਕਾ 19 ਮਿਕਦਾਰ ਦੇ ਵਿੱਚ, 19 ਗਿਣਤੀ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹ ਧਾਰਨਾ ਬਣਾਉਣ ਦੇ ਵਿੱਚ ਇੱਕ ਕਾਮਯਾਬ ਹੋ ਗਏ ਨੇ ਕਿ ਜਿਹਦੇ ਲਈ ਇਹ ਹੈ ਕਿ ਮੈਨੂੰ ਇਹ ਲੱਗਦਾ ਜੇ ਸੌਖੇ ਸ਼ਬਦਾਂ 'ਚ ਕਹਿ ਦਿੱਤਾ ਜਾਵੇ ਕਿ ਹਿੰਦੁਸਤਾਨ ਦੇ ਰਾਜਨੀਤੀਵਾਨਾਂ ਨੇ ਫੈਸਲਾ ਕਰ ਲਿਆ ਕਿ ਬਿਮਾਰ ਲੋਕਾਂ 'ਤੇ ਰਾਜ ਕੀਤਾ ਜਾਵੇ, ਔਰ ਇਸ ਕਰਕੇ ਸਾਨੂੰ ਹਰ ਪੱਧਰ 'ਤੇ ਬਿਮਾਰ ਕਰਨ ਦੇ ਲਈ ਲੱਗੇ ਹੋਏ ਨੇ, ਔਰ ਇਹ ਵੱਡੇ ਹਮਲੇ ਦੇ ਲਈ ਮੈਨੂੰ ਲੱਗਦਾ ਅਸੀਂ ਵੀ ਹਜੇ ਸਾਡੇ ਅੰਦਰ ਵੀ ਝਾਤ ਮਾਰਨ ਦੀ ਜ਼ਰੂਰਤ ਹੈ ਕਿ ਅਸੀਂ ਹਜੇ ਝੰਡੇ ਡੰਡੇ ਦੀ ਰਾਜਨੀਤੀ ਦੇ ਵਿੱਚ ਫਸੇ ਹੋਏ ਹਾਂ, ਕਿ ਮੇਰੇ ਹੀ ਜਿਹੜੀ ਪਾਲਿਸੀ ਜਿਹੜੀ ਸਭ ਤੋਂ ਵੱਡੀ ਹੈ ਔਰ ਮੇਰੇ ਲਈ ਹੀ ਵਧੀਆ ਸਮਝ ਹੈ ਜਿਹੜੀ ਇਹੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ, ਮੈਨੂੰ ਲੱਗਦਾ ਇਹ ਤੋਂ ਉੱਪਰ ਉੱਠ ਕੇ ਅੱਜ ਸਾਰੇ ਮਸਲੇ ਚਰਚਾ ਦੇ ਵਿੱਚ ਲਿਆ ਕੇ ਔਰ ਇਸ ਵੱਡੇ ਹਮਲੇ ਦਾ ਜਵਾਬ ਦੇਣ ਦੀ ਜ਼ਰੂਰਤ ਹੈ। ਔਰ ਇਹਦੇ ਵਿੱਚ ਮੈਂ IDP ਵੱਲੋਂ ਇਹ ਵਾਅਦਾ ਕਰਦਿਆਂ ਤੁਹਾਡੇ ਨਾਲ ਇਸ ਹਮਲੇ ਦੇ ਖਿਲਾਫ ਜਿਹੜੇ ਵੀ ਮੁੱਦੇ ਦੇ ਉੱਤੇ ਵਿਚਾਰ ਚਰਚਾ ਹੋਏਗੀ ਉਹਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਇਹ ਲੁਧਿਆਣੇ ਵੀ ਮੀਟਿੰਗ 'ਚ ਆਇਆ ਸੀ ਕਿ ਕੇਸ ਅਕਾਲੀ BJP ਸਰਕਾਰ ਦੇ ਦੌਰਾਨ 2016 'ਚ ਰਜਿਸਟਰਡ ਹੋਇਆ, ਅਤੇ ਤੁਸੀਂ ਸਾਰੇ ਹੀ ਜਾਣਦੇ ਹੋ ਜਿਹੜੇ ਮਾਹਰ ਬੰਦੇ ਹੋ ਸਾਰੇ ਕਿ ਪੁਲਿਸ ਸਾਹਿਬ ਦੇ ਲੈਵਲ 'ਤੇ ਕੋਈ 57 ਕਰ ਸਕਦੀ ਹੈ, 323-24-25 ਕਰ ਸਕਦੀ ਹੈ, ਬਗਾਵਤ ਦੀ ਧਾਰਾ ਪੋਲੀਟੀਕਲ ਹਦਾਇਤਾਂ ਤੋਂ ਬਿਨਾਂ ਡਾਇਰੈਕਸ਼ਨ ਤੋਂ ਬਿਨਾਂ ਕਦੇ ਨਹੀਂ ਕਿਸੇ 'ਤੇ ਲੱਗਦੀ ਹੁੰਦੀ। ਸੋ ਕਿਉਂਕਿ ਉਹ ਪੰਥ ਦੇ ਨੁਮਾਇੰਦਾ ਕਹਾਉਣ ਵਾਲੇ ਬਾਦਲਾਂ ਨੇ ਇਹਨਾਂ ਨੌਜਵਾਨਾਂ 'ਤੇ ਬਗਾਵਤ ਦਾ ਕੇਸ ਦਰਜ ਕਰਾਇਆ, ਇਸੇ ਕਰਕੇ ਤੁਸੀਂ ਦੇਖੋਗੇ ਕਿ ਇੰਨਾ ਹੰਗਾਮਾ ਹੋਣ ਤੋਂ ਬਾਅਦ ਵੀ ਨਾ ਅਕਾਲੀ ਦਲ ਬਾਦਲ, ਨਾ ਸ਼੍ਰੋਮਣੀ ਕਮੇਟੀ, ਨਾ ਉਹਨਾਂ ਦਾ ਕੋਈ ਲੀਡਰ ਕੋਈ ਵੀ ਇਹਦੇ 'ਤੇ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ। ਸੋ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਇਹ ਲੋਕ ਕੀ ਕਰਦੇ ਆ, ਕਿਹਦੀ ਨੁਮਾਇੰਦਗੀ ਕਰਦੇ ਆ, ਕਿਵੇਂ ਜਣੀ ਫਾਸਿਸਟਾਂ ਦੇ ਸਾਥੀ ਬਣੇ ਹੋਏ ਨੇ। ਹੁਣ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਤੂ ਸਿੰਘ ਜੀ ਮਾਨਸਾ, ਇਹਨਾਂ ਤੋਂ ਬਾਅਦ ਨਰਾਇਣ ਸਿੰਘ ਜੀ ਚੌੜਾ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ। ਰੁਤੂ ਸਿੰਘ ਜੀ, ਜਿੱਦੇ ਇਹਨਾਂ ਤਿੰਨ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਵਿੱਚ ਸਜ਼ਾ ਸੁਣਾਈ ਗਈ, ਦੂਜੇ ਦਿਨ ਅਖਬਾਰ ਦੇ ਵਿੱਚ ਆਈ ਪੰਜਾਬੀ ਟ੍ਰਿਬਿਊਨ ਦੇ ਵਿੱਚ, ਅਸੀਂ 5 ਕਿਸਾਨ ਆਗੂ ਪਿਛਲੇ ਮਹੀਨੇ ਦੀ 22 ਤੋਂ ਲਗਾਤਾਰ ਮਾਨਸਾ ਧਰਨੇ 'ਤੇ ਬੈਠੇ ਹਾਂ। ਮੈਂ ਉੱਥੇ ਅਖਬਾਰ ਜਦੋਂ ਪੜ੍ਹਿਆ ਮੇਰੀ ਗੱਲ ਸਮਝ 'ਚ ਨਾ ਆਵੇ ਵੀ ਇਹ ਕੀ ਚੀਜ਼ ਆ। ਮੈਂ ਨਤ ਜੀ ਨੂੰ ਫੋਨ ਕਰਿਆ ਜੀ, ਮੈਂ ਕਿਹਾ ਇਹ ਕੀ ਕਹਾਣੀ ਹੈ ਕਿ ਜਿਹੜੀ 3 ਨੌਜਵਾਨਾਂ ਨੂੰ ਸਜ਼ਾ ਕਰੀ ਆ ਕਿਤਾਬਾਂ ਸਾਹਿਤ ਰੱਖਣ ਦੇ ਵਿੱਚ। ਇਹਨਾਂ ਨੇ ਫਿਰ ਮੈਨੂੰ ਫੋਨ 'ਤੇ ਡਿਟੇਲ ਨਾਲ ਸਮਝਾਇਆ ਅਤੇ ਨਾਲ ਦੀ ਨਾਲ ਇਹ ਗੱਲ ਕਹੀ ਵੀ ਆਪਾਂ ਇਹ 'ਤੇ ਪ੍ਰੋਗਰਾਮ ਰੱਖਣਾ, ਸਮਝ ਲੈ ਵੀ ਅੱਜ ਹੀ ਰੱਖਣਾ,
ਜਿੰਨੀਆਂ ਕੁ ਜਥੇਬੰਦੀਆਂ ਆ ਜਾਣਗੀਆਂ ਉਹਨਾਂ ਨੂੰ ਸੁਨੇਹੇ ਦਿੰਦੇ ਅਸੀਂ ਜਿਹੜੀਆਂ ਸਿੱਖ ਜਥੇਬੰਦੀਆਂ ਦੀਆਂ ਜਾ ਕਹਿ ਦਈਏ ਦੂਜੇ ਜਥੇ ਨੂੰ ਸੁਨੇਹਾ ਤੇ ਬਾਹਲੇ ਦਿਨ ਅਸੀਂ ਇਕੱਠੇ ਕਰ ਸਕੇ 50 ਕੁ ਬੰਦੇ ਇਕੱਠੇ ਕਰਕੇ ਅਸੀਂ ਮਾਨਸਾ ਦੇ ਵਿੱਚ ਪ੍ਰੋਗਰਾਮ ਕੀਤਾ ਅਤੇ ਉਸ ਤੋਂ ਬਾਅਦ ਲੁਧਿਆਣੇ ਮੀਟਿੰਗ ਹੋਈ ਇੱਕ ਸਾਨੂੰ ਆਪਾਂ ਸਾਰੇ ਲੜਨ ਵਾਲੇ ਲੋਕ ਆ ਕਿ ਕਰੀਮ ਆ ਚਾਹੇ ਸਿੱਖ ਜਥੇਬੰਦੀਆਂ ਦੇ ਲੀਡਰ ਨੇ ਚਾਹੇ ਜੇ ਕਹਿ ਦਈਏ ਕਮਿਊਨਿਸਟਾਂ ਦੇ ਲੀਡਰ ਨੇ ਨਕਸਲੈਟਾਂ ਦੇ ਲੀਡਰ ਨੇ ਚਾਹੇ ਕੋਈ ਮੁਸਲਮਾਨ ਜਥੇਬੰਦੀਆਂ ਦਾ ਲੀਡਰ ਹੈ ਲੜਨ ਵਾਲੀ ਕਰੀਮ ਆ ਕੌਣ ਤੀ ਇੱਥੇ ਹਾਕਮ ਜਿੱਦੇ ਪਰਚਾ ਦਰਜ ਹੋਇਆ ਕਿਹਦੀ ਸਰਕਾਰ ਤੀ ਬਾਦਲ ਸਾਹਿਬ ਦੀ ਬਾਦਲ ਸਾਹਿਬ ਕੌਣ ਹੈ ਜਿਨ੍ਹਾਂ ਨੇ ਘੱਟੋ ਘੱਟ 80 ਨਕਸਲੈਟਾਂ ਨੂੰ ਜੇ ਕਲਾੜੀਆਂ ਹੱਥ ਦੇ ਕੇ ਮਾਰਿਆ ਮੇਰਾ ਖਿਆਲ ਹੈ ਕੁਛ ਲੋਕ ਉਦੋਂ ਖੁਸ਼ ਵੀ ਹੋਣਗੇ ਵੀ ਇਹ ਮਾਰੇ ਜਾਣ ਉਹ ਕੌਣ ਉਹਨੂੰ ਸ਼ਮਾਇਦਾਰ ਕਹਿ ਦਈਏ ਸਾਮਰਾਜਵਾਦ ਕਹਿ ਦਈਏ ਅਤੇ ਸਜ਼ਾ ਕਿਹਦੇ ਰਾਜ ਦੇ ਵਿੱਚ ਸੁਣਾਈ ਗਈ ਹੈ ਜਿਹਨੇ 7 ਪੀੜ੍ਹੀਆਂ ਰਾਜ ਕੀਤਾ ਅਤੇ ਜਿਹੜੇ ਮੇਰਾ ਖਿਆਲ ਹੈ ਵੀ ਇਹਦੇ ਦਾਦੇ ਦੇ 360 ਰਾਣੀ ਦੀ ਅਤੇ ਸਾਡੇ ਬਜ਼ੁਰਗ 5 ਭਾਈ ਹੁੰਦੇ ਇੱਕ ਵਿਆਹ ਹੁੰਦਾ ਇਹਨਾਂ ਤੋਂ ਕੀ ਭਲਾ ਭਾਲਦੇ ਸੀ ਅਤੇ ਜੇ ਜੱਜਾਂ ਦੀ ਗੱਲ ਕਰ ਲਈਏ ਅਸੀਂ 2009 ਦੇ ਵਿੱਚ ਇੱਕ ਮਜ਼ਦੂਰਾਂ ਦੇ ਹੱਕ 'ਚ ਅੰਦੋਲਨ ਲੜਿਆ ਸੀ ਮੈਥੋਂ ਅੰਦੋਲਨ ਤਾਂ ਨਹੀਂ ਬਾਹਲਾ ਹਿੱਸਾ ਪਿਆ ਸੀ ਮੈਂ ਇੱਕ ਬਿਆਨ ਦਿੱਤਾ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਹੁੰਦੇ ਵੀ ਜੇ ਸਰਕਾਰ ਨੇ ਵਾਅਦਾ ਕਰਿਆ ਤਾਂ ਇਹਨਾਂ ਨੂੰ ਮਤਲਬ ਮੰਗਾਂ ਮੰਨਣੀਆਂ ਚਾਹੀਦੀਆਂ ਤੁਸੀਂ ਕਮਾਲ ਮੰਨੋਗੇ ਮੈਨੂੰ ਇੱਕ SSP ਨੇ ਦੱਸਿਆ ਸਪੈਸ਼ਲ ਦੋਨੇ ਪਿਓ ਪੁੱਤਾਂ ਦਾ ਫੋਨ ਗਿਆ ਵੀ ਇਹ ਕੌਣ ਆਇਆ ਕਿਸਾਨ ਆਗੂ ਬਿਆਨ ਦੇਣ ਵਾਲਾ ਉਸੇ ਅੰਦੋਲਨ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ 9 ਥਾਣੇ ਨੇ ਦੂਜੇ ਸਾਥੀਆਂ 'ਤੇ ਵੀ 9 ਥਾਣਿਆਂ 'ਚ ਪਰਚੇ ਦਰਜ ਕਰੇ ਇੱਕੋ ਵੇਲੇ ਅਤੇ ਮੇਰੇ 'ਤੇ ਵੀ ਹੁਣ ਤੁਸੀਂ 9 ਕੇਸਾਂ ਦੀਆਂ ਤਰੀਕਾਂ ਭੁਗਤਣੀਆਂ ਮੈਂ ਕਈ ਵਾਰਾਂ ਸੋਚਦਾ ਹੁੰਦਾ ਯਾਰ ਇਹ ਜੱਜ ਰਹਿੰਦੇ ਤਾਂ ਅੰਦਰ ਨੇ ਪਰ ਜਦੋਂ ਰੈਗੂਲੇਸ਼ਨ ਕੋਈ ਬਦਲਾਅ ਆਉਂਦਾ ਦੇਸ਼ ਦੇ ਵਿੱਚ ਕਿਵੇਂ ਵੀ ਆਵੇ ਜੱਜਾਂ ਨੂੰ ਲੋਕ ਕਿਉਂ ਮਾਰਦੇ ਨੇ ਤੁਸੀਂ ਦੇਖ ਲਿਓ ਪਿਛਲੇ ਵਾਰ ਇਤਿਹਾਸ ਕਰ ਸੋਚ ਲਿਓ ਜੱਜ ਪਹਿਲੇ ਨਿਸ਼ਾਨੇ ਤੋਂ ਲੋਕਾਂ ਦੇ ਉਦੋਂ ਕਿ ਉਹ ਗਲਤ ਫੈਸਲੇ ਕਰਦੇ ਨੇ ਅਤੇ ਬੜਾ ਅਸੀਂ ਉਹ ਕੇਸਾਂ ਦੇ ਵਿੱਚ ਵੀ ਇਹਨੂੰ ਤੰਗ ਕਰੀਏ ਬਸ ਜੇ ਕੋਈ ਲੇਟ ਹੋ ਗਿਆ ਤਰੀਕ ਤੋਂ ਕਿਉਂ ਹੋ ਗਿਆ ਮੇਰਾ ਖਿਆਲ ਹੈ ਵੀ ਹੁਣ ਜੇ ਜੱਜ ਨੇ ਕਿਤਾਬਾਂ ਰੱਖਣ ਦੇ ਵਿੱਚ ਮਤਲਬ 3 ਨੌਜਵਾਨਾਂ ਨੂੰ ਸਜ਼ਾ ਕਰਤੀ ਮੈਂ ਖਾਸ ਕਰਕੇ ਸਿੱਖ ਜਥੇਬੰਦੀਆਂ ਨੂੰ ਕਹਿਣਾ ਚਾਹੁੰਦਾ ਮੇਰਾ ਖਿਆਲ ਹੈ ਫਿਰ ਤਾਂ ਆਪਾਂ ਨੂੰ ਗੁਰੂ ਮਹਾਰਾਜ ਪੜ੍ਹਨ 'ਤੇ ਵੀ ਸਜ਼ਾ ਕਰਨਗੇ ਵੀ ਤੂੰ ਕਿਉਂ ਤੋਂ ਗਿਆਨ ਹੀ ਮਿਲਦਾ ਨਾ ਵੀ ਤੁਸੀਂ ਕਿਉਂ ਪੜ੍ਹਦੇ ਹੋ ਵੀ ਇਸ ਕਰਕੇ ਸਾਨੂੰ ਪੂਰਾ ਜ਼ੋਰ ਲਾ ਦੇਣਾ ਚਾਹੀਦਾ ਮੈਂ ਉਦੋਂ ਵੀ ਕਿਹਾ ਸੀਗਾ ਵਧੂ ਇਕੱਠ ਵਧੂਗਾ ਜਿਵੇਂ ਰਾਏ ਬਣੀ ਹੈ ਅੱਜ ਆਪਾਂ ਕਨਵੈਨਸ਼ਨ ਛੋਟੀ ਜਿਹੀ ਰੱਖੀ ਹੈ ਜਿਹੜੀ ਅਗਲੀ ਕਨਵੈਨਸ਼ਨ ਰੱਖ ਰਹੇ ਹਾਂ ਉਹ 'ਚ ਥੋੜ੍ਹਾ ਜਿਹਾ ਦਮ ਦਿਖਾਈਏ ਮਤਲਬ ਐਡੀ ਗਨਾ ਹੋਵੇ ਅਸੀਂ ਥੋੜ੍ਹੀ ਥੋੜ੍ਹੀ ਜਿਹੜੀਆਂ ਸਾਰੀਆਂ ਜਥੇਬੰਦੀਆਂ ਆਪਦੀ ਤਾਕਤ ਲਾਈਏ ਉਦੋਂ ਕਹਾ ਪ੍ਰੋਗਰਾਮ ਹੋਰ ਸੋਚਾਂਗੇ ਵੀ ਉਦੋਂ ਵੱਡਾ ਕੀ ਕਰ ਸਕਦੇ ਹਾਂ ਅਸੀਂ ਇਹ ਲੜਾਈਆਂ ਲੜੀਆਂ ਹੈ ਕਿਸਾਨ ਜਥੇਬੰਦੀਆਂ ਨੇ ਇਨਕਲਾਬੀ ਜਥੇਬੰਦੀਆਂ ਨੇ ਅਸੀਂ ਸਜ਼ਾਵਾਂ ਰੱਦ ਕਰਾਈਆਂ ਆਪਦੇ ਸਾਥੀਆਂ ਦੀਆਂ ਅਤੇ ਇਹ ਵੀ ਆਪਾਂ ਸਜ਼ਾ ਰੱਦ ਕਰਾ ਕੇ ਰਹੇ ਸਮੇਂ 'ਚ ਧਿਆਨ ਰੱਖਦਾ ਹੋਇਆ ਜਿੰਨਾ ਚੱਕਰ ਸਜ਼ਾ ਰੱਦ ਨਹੀਂ ਹੋਊਗੀ ਉਹਨਾਂ ਚੱਕਰ ਜੱਜ ਕੇ ਲੜਾਂਗੇ ਆਹ ਜਿਹੜੀ ਮੁਸਲਮਾਨ ਭਾਈਚਾਰੇ ਦੀ ਗੱਲ ਆਈ ਸੀ ਇਹਨਾਂ ਦੀ ਵੀ ਇੱਕ ਜਥੇਬੰਦੀ ਹੈ ਇਹ ਕੰਮ ਕੀ ਕਰਦੇ ਨੇ ਗਾਈਆਂ ਤਾਂ ਅੱਜ ਵਾਲੀ ਸਰਕਾਰ ਨੇ ਢੱਠੇ ਦਾ ਵਿਕਣੇ ਹਟਾ ਦਿੱਤੇ ਇਹ ਫੰਡਰ ਮਹਿਸਾਂ 'ਤੇ ਕੱਟੇ ਲਿਜਾਂਦੇ ਨੇ ਪੰਜਾਬ 'ਚੋਂ ਦਿੱਲੀ 'ਚ ਇਹਨਾਂ ਦੀ ਜਥੇਬੰਦੀ ਹੈ ਪਰ ਇੱਥੋਂ ਦੇ ਠੇਕੇਦਾਰ ਜਿਹੜੇ ਮੰਡੀ ਦਾ ਠੇਕਾ ਲੈਂਦੇ ਨੇ ਇਹ ਪਿੰਡਾਂ 'ਚੋਂ ਖਰੀਦਦੇ ਨੇ ਪਸ਼ੂ ਮੰਡੀ 'ਚੋਂ ਨਹੀਂ ਖਰੀਦਦੇ ਇਹਨਾਂ ਨੂੰ ਘੇਰ ਕੇ ਰਾਹ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਹਰਿਆਣੇ ਦਾ ਬਾਰਡਰ ਆ ਜਾਂਦਾ ਕਿਸੇ ਨੂੰ 10,000 ਦੀ ਪਰਚੀ ਕਿਸੇ ਨੂੰ 20,000 ਦੀ ਪਰਚੀ ਕਿਸੇ ਨੂੰ 30,000 ਦੀ ਪਰਚੀ ਉਹ 35 ਕਿਸਾਨੀ ਦੀ ਹੈ ਜਿਹੜੀ ਫੰਡਰ ਮੈਂ ਸਾਡੀ 40,000 ਦੀ ਵਿਕਦੀ ਸੀ ਫਿਰ 20,000 ਦੀ ਲੱਗ ਗਏ ਖਰੀਦਣ ਇਹਨਾਂ ਨੇ ਜੋ ਸਾਡੇ ਕੋਲ ਗੱਲ ਆ ਕੇ ਰੱਖੀ ਅਸੀਂ ਉੱਧਰ ਤਾਂ ਉਹਨਾਂ ਦਾ ਨੱਕ ਮੋੜਤਾ ਅਤੇ ਜਿਹੜੇ ਇੱਧਰ ਤੁਸੀਂ ਖਨੌਰੀ ਦੇ ਲਵੇ ਕੋਈ ਲੋਕ ਬੈਠੇ ਹੋ ਲੜਨ ਵਾਲੇ ਉੱਥੇ ਮੇਰਾ ਖਿਆਲ ਹੈ ਰੋਜ਼ਾਨਾ 10,00,000 ਦੀ ਆਮਦਨ ਹੈ ਜਿਹੜੇ ਉਹ ਗੁੰਡੇ ਉੱਥੇ ਟੈਕਸ ਕੱਟਦੇ ਨੇ ਉਹ ਇਹਨਾਂ ਦੇ ਪੱਲੇ ਨਹੀਂ ਜਾਂਦਾ ਕਿ ਤੁਸੀਂ ਖਿਆਲ ਕਰ ਰਹੇ ਤੁਸੀਂ ਕਿਸਾਨੀ ਦੇ ਵਿੱਚੋਂ ਉਹ ਸਾਡੇ ਕਿਸਾਨਾਂ ਦੇ ਪੱਲੇ ਜਾਂਦਾ ਅੱਧੇ ਰੇਟ 'ਚ ਪਸ਼ੂ ਵਿਕਦਾ ਹੈਗਾ ਅਤੇ ਆਪਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਸੀਂ ਤਾਂ CPML ਪਾਰਟੀ ਵੱਲੋਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਇਹਨਾਂ ਦੀ ਮਦਦ ਕਰ ਰਹੇ ਹਾਂ ਅਤੇ ਇਹਨਾਂ ਦੀ ਇੱਕ ਜਥੇਬੰਦੀ ਹੈ ਅਤੇ ਭਾਈ ਉਦੋਂ ਤੱਕ ਲੜਾਂਗੇ
ਜਦੋਂ ਤੱਕ ਸਜ਼ਾ ਰੱਦ ਨਹੀਂ ਹੁੰਦੀ ਜੱਚ ਕੇ ਲੜਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ। ਰੁੱਧੂ ਸਿੰਘ ਹੋਰਾਂ ਨੇ ਮੁਸਲਿਮ ਭਾਈਚਾਰੇ ਦਾ ਮਾਮਲਾ ਵੀ ਜਿਹੜਾ ਪੰਜਾਬ 'ਚ ਕਾਫੀ ਮਗਿਆ ਸਾਂਝਾ ਕੀਤਾ। ਹੁਣ ਇਹਨਾਂ ਤੋਂ ਬਾਅਦ ਭਾਈ ਨਾਰਾਇਣ ਸਿੰਘ ਜੀ ਚੌੜਾ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਨੇ ਉਹਨਾਂ ਦੀ ਰਿਹਾਈ ਲਈ ਬਣੀ 5 ਮੈਂਬਰੀ ਪੰਥ ਕਮੇਟੀ ਦੇ ਨੁਮਾਇੰਦੇ ਨੇ ਅਤੇ ਇਹਨਾਂ ਤੋਂ ਬਾਅਦ ਤਿਆਰ ਰਹਿਣ ਸਤਵੰਤ ਸਿੰਘ ਜਿਹੜੇ ਇਨਕਲਾਬੀ ਲੋਕ ਮੋਰਚਾ ਦੇ ਆਗੂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਜ ਮੁੱਖ ਤੌਰ 'ਤੇ ਦੋ ਧਿਰਾਂ ਵਿੱਚ ਹੀ ਵੰਡਿਆ ਹੈ, ਇੱਕ ਰੂਲਿੰਗ ਅਤੇ ਇੱਕ ਰੂਲਡ। ਜਦੋਂ ਤੋਂ ਮਰਜ਼ੀ ਇਤਿਹਾਸ ਦਾ ਪੰਨਾ ਫੋਲ ਲਈਏ, ਜਿਹੜੀ ਰੂਲਡ ਧਿਰ ਹੈ, ਰਾਜ ਕਰ ਰਹੀ ਹੈ, ਸੱਤਾਧਾਰੀ ਧਿਰ ਹੈ, ਉਹਨੇ ਆਮ ਲੋਕਾਂ ਨੂੰ ਦਬਾਉਣਾ, ਮਾਰਨਾ, ਡਰਾਉਣਾ, ਧਮਕਾਉਣਾ ਅਤੇ ਕੁਚਲਣਾ ਹੀ ਚਾਹਿਆ ਹੈ। ਜੇ ਆਪਾਂ ਮੁਗਲੀਆ ਸਲਤਨਤ ਵੱਲੋਂ ਨਜ਼ਰ ਮਾਰੀਏ ਤਾਂ ਸਾਹਿਬਜ਼ਾਦਿਆਂ ਨੇ ਕੀ ਕੀਤਾ ਸੀ? 5 ਅਤੇ 7 ਸਾਲ ਦੀ ਉਮਰ ਸੀ, ਉਹਨਾਂ ਨੇ ਕਿਹੜੀ ਬਗਾਵਤ ਕਰ ਦਿੱਤੀ ਸੀ? ਲੇਕਿਨ ਉਹਨਾਂ ਉੱਤੇ ਵੀ ਫਤਵਾ ਲਾਇਆ ਗਿਆ ਔਰ ਉਹਨਾਂ ਨੂੰ ਉਸ ਸਮੇਂ ਦੀ ਸਭ ਤੋਂ ਵੱਡੀ ਸਜ਼ਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਰ ਉਸ ਸਮੇਂ ਵੀ ਕੋਈ ਹਾਂ ਦਾ ਨਾਰਾ ਮਾਰਨ ਵਾਲਾ ਵੀ ਸੀ ਅਤੇ ਉਸਨੇ ਹਾਂ ਦਾ ਨਾਰਾ ਮਾਰਿਆ, ਸ਼ੇਰ ਖਾਨ ਨੇ, ਮਲੇਰਕੋਟਲੇ ਦੇ ਨੇ। ਅਤੇ ਅੱਜ ਤੁਸੀਂ ਵੀ ਸਾਰੇ ਜੋ ਇਕੱਠੇ ਹੋਏ ਹੋ, ਜੋ ਪੀੜਿਤ ਹੋ, ਜਿਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ, ਧਮਕਾਇਆ ਜਾ ਰਿਹਾ ਹੈ, ਡਰਾਇਆ ਜਾ ਰਿਹਾ ਹੈ, ਲਾਲਚ ਦਿੱਤੇ ਜਾ ਰਹੇ ਹਨ, ਉਹ ਹਾਂ ਦਾ ਨਾਰਾ ਮਾਰਨ ਵਾਸਤੇ ਇੱਕ ਸੁਰ, ਇੱਕ ਮੰਚ 'ਤੇ ਇਕੱਠੇ ਹੋਏ ਹੋ। ਜੇ ਅਸੀਂ ਇੱਕ ਸੁਰ ਹੋ ਕੇ ਚੱਲੀਏ ਤਾਂ ਦੁਨੀਆ ਦੀ ਕੋਈ ਵੀ ਸਲਤਨਤ ਨਾ ਕਿਸੇ ਨੂੰ ਦਬਾ ਸਕਦੀ ਹੈ, ਨਾ ਧਮਕਾ ਸਕਦੀ ਹੈ, ਨਾ ਡਰਾ ਸਕਦੀ ਹੈ। ਇਹ ਜਿਹੜਾ ਕੇਸ ਹੈ, ਬਦਨੀਅਤ ਦੇ ਨਾਲ ਪੁਲਿਸ ਨੇ ਤਿਆਰ ਕੀਤਾ ਔਰ ਕਾਨੂੰਨ ਨੂੰ ਅੱਖੋਂ ਪਰੋਖੇ ਕਰਕੇ ਕਾਨੂੰਨ ਦੇ ਵਿਰੁੱਧ ਟ੍ਰਾਇਲ ਕੋਰਟ ਨੇ ਫੈਸਲਾ ਸੁਣਾ ਦਿੱਤਾ। ਉਹਨਾਂ ਕੋਲੋਂ ਮਿਲਿਆ ਕੀ? ਇੱਕ ਭਾਈ ਰਣਧੀਰ ਸਿੰਘ ਦੀ ਕਿਤਾਬ ਦੇ ਵਿੱਚੋਂ ਇੱਕ ਛੋਟਾ ਜਿਹਾ ਪਹਿਰਾ ਕਿ ਅਨਿਆਈ ਰਾਜ ਨੂੰ ਅਸੀਂ ਖਤਮ ਕਰ ਦਿਆਂਗੇ, ਉਹ ਕਦੋਂ ਲਿਖਿਆ ਸੀ? ਉਹਨਾਂ ਨੇ ਅੰਗਰੇਜ਼ ਸਾਮਰਾਜ ਦੇ ਸਮੇਂ। ਜੇ ਅੰਗਰੇਜ਼ ਸਾਮਰਾਜ ਦੇ ਅਨਿਆਈ ਰਾਜ ਨੂੰ ਖਤਮ ਕਰਨ ਵਾਸਤੇ, ਆਜ਼ਾਦੀ ਲੈਣ ਵਾਸਤੇ ਪੂਰੇ ਹਿੰਦੁਸਤਾਨ ਵਿੱਚ, ਪਾਕਿਸਤਾਨ ਵੀ ਉਦੋਂ ਹਿੱਸਾ ਸੀ, ਸਾਰਿਆਂ ਨੇ ਇੱਕ ਐਜੀਟੇਸ਼ਨ ਚਲਾਈ ਅਤੇ ਉਸ ਐਜੀਟੇਸ਼ਨ ਦਾ ਹਿੱਸਾ ਹੀ ਭਾਈ ਰਣਧੀਰ ਸਿੰਘ ਸੀ ਅਤੇ ਭਾਈ ਰਣਧੀਰ ਸਿੰਘ ਨੇ ਉਸ ਵਕਤ ਉਹ ਗੱਲ ਕਹੀ ਅਤੇ ਉਹ ਅੱਜ ਦੇ ਸਮੇਂ ਦੇ ਵਿੱਚ ਜੇ ਉਸ ਗੱਲ ਨੂੰ ਲੈ ਕੇ ਕੋਈ ਪ੍ਰਚਾਰ ਕਰਦਾ ਹੈ ਤਾਂ ਫਿਰ ਇਹ ਗੱਲ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕੀ ਕਿਉਂ ਅਤੇ ਉਹਨਾਂ ਨੂੰ ਸਜ਼ਾ ਕਿਉਂ? ਛੋਟੀਆਂ ਛੋਟੀਆਂ ਉਹਨਾਂ ਦੇ ਕੋਲੋਂ ਗੱਲਾਂ ਮਿਲੀਆਂ ਹਨ। ਜੇ ਸ਼ਹੀਦ ਭਗਤ ਸਿੰਘ ਦੀ ਪਿਸਟਲ ਵਾਲੀ ਫੋਟੋ ਹਰ ਜੇਲ੍ਹ ਦੇ ਵਿੱਚ ਲਗਾਈ ਜਾ ਸਕਦੀ ਹੈ ਤਾਂ ਫਿਰ ਆਰਮਜ਼ ਐਕਟ ਦੇ ਵਿੱਚ ਜੋ ਫੜੇ ਜਾਂਦੇ ਨੌਜਵਾਨ ਹਨ ਉਹਨਾਂ ਉੱਤੇ ਕਾਲੇ ਕਾਨੂੰਨ ਕਿਉਂ? ਅਨਲਾਫੁਲ ਐਕਟ, ਮੈਂ 2-4 ਮਿਸਾਲਾਂ ਦਿਆਂਗਾ। ਇੱਕ FIR 29 ਥਾਣਾ ਕਰਾਲੀ ਰੋਪੜ, ਜਿਹਦੇ ਵਿੱਚ ਆਰਮਜ਼ ਐਕਟ, ਐਕਸਪਲੋਜਿਵ ਐਕਟ ਅਤੇ ਅਨਲਾਫੁਲ ਐਕਟੀਵਿਟੀ ਦੀ ਧਾਰਾ ਲਾ ਦਿੱਤੀ ਗਈ। ਇੱਕ FIR 14 ਥਾਣਾ ਵੈਰੋਵਾਲ, ਜ਼ਿਲ੍ਹਾ ਤਰਨ ਤਾਰਨ, ਉਹਦੇ ਵਿੱਚ ਵੀ ਅਨਲਾਫੁਲ ਐਕਟੀਵਿਟੀ ਦੀ ਅਤੇ ਆਰਮਜ਼ ਐਕਟ ਦੀ ਧਾਰਾ ਲਾ ਦਿੱਤੀ ਗਈ। ਅਤੇ ਦੂਜੀ ਮਿਸਾਲ ਮੈਂ ਦਿੰਦਾ ਹਾਂ, ਜਦੋਂ ਜੂਨ 1984 ਦਾ ਹਮਲਾ ਹੋਇਆ ਦਰਬਾਰ ਸਾਹਿਬ ਦੇ ਉੱਤੇ, ਉੱਥੋਂ 389 ਸਿੰਘਾਂ ਨੂੰ ਫੜ ਕੇ ਅਤੇ ਜੋਧਪੁਰ ਦੀ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਉਹਨਾਂ ਉੱਤੇ ਵਾਰ ਵੇਚੇ ਦੀ ਧਾਰਾ, ਜਿਸ ਧਾਰਾ ਦੇ ਤਹਿਤ ਇਹਨਾਂ ਨੌਜਵਾਨਾਂ 3 ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ, ਉਹ ਧਾਰਾ ਲਾ ਦਿੱਤੀ ਗਈ। ਲੇਕਿਨ ਉਸ ਸਮੇਂ ਸੈਂਕਸ਼ਨ ਹੀ ਨਹੀਂ ਮਿਲੀ ਉਸ ਧਾਰਾ ਦੀ, ਵਾਰ ਵੇਚੇ ਦੀ ਧਾਰਾ ਦੀ, ਉਹਨਾਂ ਦਾ ਕੇਸ ਡਿਸਚਾਰਜ ਹੋਇਆ, ਜੇਲ੍ਹ ਬ੍ਰੇਕ ਹੋਇਆ ਜਦੋਂ ਹਵਾਰਾ
ਤੇ ਉਹਦੇ ਸਾਥੀ ਜੇਲ੍ਹ ਵਿੱਚੋਂ ਭੱਜੇ। ਉੱਥੇ ਵੀ ਵਾਰ ਵਿੱਚ ਦੀ ਧਾਰਾ ਲਾਈ ਗਈ ਚਾਹਲ ਸਾਹਿਬ ਵਕੀਲ ਨੇ, ਚਾਹੇ ਇੱਕ ਚਿਮਣੀ ਸਾਹਿਬ ਵਕੀਲ ਸੀ, ਬਹਿਸ ਹੋਈ, ਚਾਰਜ ਉੱਤੇ ਬੇਸ਼ੱਕ ਸੈਂਕਸ਼ਨ ਦੇ ਦਿੱਤੀ ਗਈ ਸੀ ਸਰਕਾਰ ਵੱਲੋਂ, ਲੇਕਿਨ ਚਾਰਜ ਉੱਤੇ ਉਹ ਧਾਰਾ ਉੱਡ ਗਈ, ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ। ਹੁਣ ਜਿਹੜੀ ਮੈਂ ਦੋ FIR ਦਾ ਜ਼ਿਕਰ ਕੀਤਾ ਹੈ, ਉਹਦੇ ਵਿੱਚ ਕੀ ਹੈ ਕਿ ਖੁਦ ਜਿਹੜੇ ਗਵਾਹ ਹਨ, ਪੁਲਿਸ ਮੁਲਾਜ਼ਮ ਹਨ, ਉਹ ਆਣ ਕੇ ਕੋਰਟ ਵਿੱਚ ਦੱਸਦੇ ਹਨ ਕਿ ਡਿਸਕਲੋਜ਼ਰ ਸਟੇਟਮੈਂਟ ਹੀ ਨਹੀਂ ਅਸੀਂ ਲਿਖੀ। ਜਿਸ ਡਿਸਕਲੋਜ਼ਰ ਸਟੇਟਮੈਂਟ ਦੇ ਉੱਤੇ ਰਿਕਵਰੀ ਕੀਤੀ ਗਈ, ਭਾਵ ਜੇ ਡਿਸਕਲੋਜ਼ਰ ਸਟੇਟਮੈਂਟ ਲਿਖਣ ਵਾਲਾ ਕਹਿ ਰਿਹਾ ਹੈ ਕਿ ਮੈਂ ਲਿਖੀ ਨਹੀਂ, ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਕੋਰਟ ਦੀ ਫਾਈਲ ਵਿੱਚ ਵੇਖੀ ਹੈ ਮੇਰਾ ਨਾਂ ਵਰਤਿਆ ਗਿਆ ਹੈ, ਜਿਹੜਾ ਉਸਦਾ 161 ਦਾ ਬਿਆਨ ਲਿਖਦਾ ਹੈ, ਉਹ ਕਹਿ ਰਿਹਾ ਹੈ ਮੈਂ ਇਸਦਾ 161 ਦਾ ਬਿਆਨ ਹੀ ਨਹੀਂ ਲਿਖਿਆ, ਬਾਕੀ ਸਾਰੇ ਪੁਲਿਸ ਵਾਲੇ ਗਵਾਹ ਹਨ। ਉਹ ਕੀ ਕਹਿੰਦੇ ਹਨ ਕਿ ਆਈਓ ਰੋਂਗਲੀ ਰਿਕਾਰਡਡ ਮਾਈ ਸਟੇਟਮੈਂਟ, ਤੇ 6 ਸਾਲ ਦੇ ਕਰੀਬ ਉਹਨਾਂ ਕੇਸਾਂ ਦੇ ਵਿੱਚ ਟ੍ਰਾਇਲ ਚੱਲਿਆ ਔਰ ਸਜ਼ਾ ਉਨੀ ਸਜ਼ਾ ਨਹੀਂ ਸੀ ਜਿੰਨੀ ਸਜ਼ਾ ਭੁਗਤਾ ਦਿੱਤੀ ਗਈ ਜਿਹੜੇ ਜਿਹਦੇ ਉੱਤੇ ਕੇਸ ਸੀ ਉਹਨੇ ਭੁਗਤ ਲਈ। ਇਹ ਕੀ ਹੈ, ਹਥਿਆਰ ਵੀ ਕੋਲੋਂ ਪਾਉਣੇ, ਕਾਲਾ ਕਾਨੂੰਨ ਵੀ ਲਾਉਣਾ। ਪਹਿਲਾਂ ਟਾਡਾ ਐਕਟ ਦੇ ਤਹਿਤ ਹਜ਼ਾਰਾਂ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ, ਸਿੱਖ ਨੌਜਵਾਨਾਂ ਨੂੰ ਖਾਸ ਕਰਕੇ। ਕਿੰਨਿਆਂ ਨੂੰ ਸਜ਼ਾ ਹੋਈ, ਚੰਦ ਨੂੰ, ਜਿਹਦੇ ਵਿੱਚ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦਾ ਕੇਸ ਹੈ, 500 ਦੇ ਕਰੀਬ ਗਵਾਹ ਸਨ, ਇੱਕ ਗਵਾਹ ਨੇ ਵੀ ਉਹਦੇ ਵਿਰੁੱਧ ਗਵਾਹੀ ਨਹੀਂ ਦਿੱਤੀ, ਲੇਕਿਨ ਕਾਨੂੰਨ ਕਾਲਾ ਸੀ ਤੇ ਕਾਲੇ ਕਾਨੂੰਨ ਦੇ ਤਹਿਤ ਉਸਦੇ ਸਾਈਨ ਕਰਾ ਲਏ ਗਏ ਤੇ ਉਹਨੂੰ ਕੀ ਬਣਾ ਲਿਆ ਗਿਆ, ਅਕਬਾਲੀਆ ਬਿਆਨ, ਤੇ ਉਹ ਅਕਬਾਲੀਆ ਬਿਆਨ ਦੇ ਉੱਤੇ ਉਹਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ। ਇਹ ਅਨਿਆਂ ਹੈ। ਹੱਕ ਸੱਚ ਤੇ ਨਿਆਂ ਲਈ ਜੂਝਣਾ ਅਨਿਆਂ ਨਹੀਂ ਨਿਆਂ ਹੈ, ਤੇ ਹੱਕ ਸੱਚ ਤੇ ਨਿਆਂ ਨੂੰ ਦਬਾਉਣਾ ਅਨਿਆਂ ਹੈ। ਤੇ ਅੱਜ ਇਹ ਸਰਕਾਰ ਦੇ ਤਿੰਨੇ ਅੰਗ, ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂ ਪਾਲਿਕਾ, ਅਨਿਆਈ ਬਣ ਚੁੱਕੇ ਹਨ। ਆਓ ਇੱਕ ਸੁਰ ਹੋ ਕੇ ਅੱਗੇ ਵਧੀਏ, ਨਾ ਕਾਰਜਪਾਲਿਕਾ ਨੂੰ, ਨਾ ਵਿਧਾਨ ਪਾਲਿਕਾ ਨੂੰ ਕਾਲੇ ਕਾਨੂੰਨ ਬਣਾਉਣ ਦੀ ਜ਼ਰੂਰਤ ਪਏ, ਨਾ ਕਾਰਜਪਾਲਿਕਾ ਕਾਲੇ ਕਾਨੂੰਨਾਂ ਨੂੰ ਲਾਗੂ ਕਰੇ, ਤੇ ਨਾ ਨਿਆਂ ਪਾਲਿਕਾ ਅਨਿਆਈ ਫੈਸਲੇ ਕਰੇ। ਇੱਕ ਸੁਰ ਹੋਵਾਂਗੇ ਤਾਂ ਦੁਨੀਆ ਦਾ ਕੋਈ ਵੀ ਜ਼ਾਲਮ ਤੋਂ ਜ਼ਾਲਮ ਅਨਿਆਈ ਬੰਦਾ ਵੀ ਅਨਿਆਂ ਨਹੀਂ ਕਰ ਸਕੇਗਾ, ਤੇ ਜੇ ਬੇਸੁਰੇ ਹੋ ਕੇ ਤੁਰੇ ਰਹੇ ਤਾਂ ਕੁੱਟ ਖਾਂਦੇ ਰਹਾਂਗੇ, ਮਰਦੇ ਰਹਾਂਗੇ। ਹੁਣ ਕੇਸ 25,000 ਲਾਵਾਰਸ਼ ਲਾਸ਼ਾਂ ਦੀ ਗੱਲ ਖਾਲੜਾ ਸਾਹਿਬ ਨੇ ਕੀਤੀ ਸੀ, ਉਹਦੇ ਵਿੱਚੋਂ CBI ਨੇ ਕਿੰਨੇ ਕੇਸ ਚੁੜੇ, ਕੋਈ 40 ਦੇ ਕਰੀਬ। ਉਹ 40 ਦੇ ਕਰੀਬ ਕੇਸ ਇੱਥੇ ਚੱਲ ਰਹੇ ਹਨ, ਤਿੰਨਾਂ ਕੇਸਾਂ ਵਿੱਚ ਸਜ਼ਾ ਹੋ ਚੁੱਕੀ ਹੈ ਜ਼ਾਲਮ ਪੁਲਿਸ ਅਧਿਕਾਰੀਆਂ ਨੂੰ। ਬਾਕੀ ਕੇਸ ਚੱਲ ਰਹੇ ਹਨ, ਲੇਕਿਨ ਉਹ ਜਿਨ੍ਹਾਂ ਦੇ ਕੇਸ ਹਨ, ਜਿਨ੍ਹਾਂ ਜਿਹੜੇ ਪੀੜਤ ਪਰਿਵਾਰ ਹਨ, ਜਿਨ੍ਹਾਂ ਦੇ ਬੱਚਿਆਂ ਨੂੰ ਘਰੋਂ ਚੁੱਕ ਕੇ ਝੂਠੇ ਮੁਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉਹਨਾਂ ਉੱਤੇ ਦਬਾਅ ਪਾਇਆ ਜਾ ਰਿਹਾ ਹੈ, ਉਹਨਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ, ਗਵਾਹੀਆਂ ਤੋਂ ਬਿਠਾਲਣ ਦਾ ਯਤਨ ਕੀਤਾ ਜਾ ਰਿਹਾ ਹੈ। ਕੁਝ ਕੇਸਾਂ ਵਿੱਚ ਪੁਲਿਸ ਇਸ ਕੰਮ ਵਿੱਚ ਸਫਲ ਵੀ ਹੋ ਗਈ। ਮੇਰੇ ਪਾਸ ਪੁਲਿਸ ਆਈ ਤੇ ਕਿਉਂਕਿ ਜਿਨ੍ਹਾਂ ਦਾ ਕੇਸ ਸੀ ਉਹਨਾਂ ਨੇ ਕਹਿ ਦਿੱਤਾ, ਵਿਚਾਰੇ ਡਰ ਪੈ ਥੱਲੇ ਆ ਗਏ ਕਿ ਜਾਓ ਉਹਦੇ ਕੋਲ ਚਲੇ ਜਾਓ, ਜੇ ਉਹ ਕਹਿ ਦੇ ਕਿ ਤੁਸੀਂ ਸਮਝੌਤਾ ਕਰ ਲਓ ਤੇ ਅਸੀਂ ਸਮਝੌਤਾ ਕਰ ਲਾਂਗੇ। ਮੈਂ ਉਹਨਾਂ ਨੂੰ ਉਹ ਪਤਾ ਕੀ ਕਿਹਾ, ਉਹਨਾਂ ਕਿਹਾ ਕਿ ਜੱਟਾਂ ਦੇ ਮੁੰਡਿਆਂ ਨੂੰ ਰੁਜ਼ਗਾਰ ਬੜੀ ਮੁਸ਼ਕਲ ਮਿਲਦਾ ਹੈ, ਤੇ ਉੱਥੇ ਰੁਜ਼ਗਾਰ ਦੇ ਖਾਤਰ ਉਹਨਾਂ ਅਫਸਰਾਂ ਦਾ ਹੁਕਮ ਮੰਨ ਕੇ ਤੇ ਇਹ ਕੰਮ ਕਰ ਦਿੱਤਾ, ਅਸਲ ਦੋਸ਼ੀ ਤਾਂ ਅਫਸਰ ਹਨ। ਮੈਂ ਉਹਨਾਂ ਨੂੰ ਕਿਹਾ ਜਿਨ੍ਹਾਂ ਦੇ ਤੁਸੀਂ ਪੁੱਤ ਮਾਰ ਦਿੱਤੇ, ਕੀ ਉਹਨਾਂ ਦਾ ਤੁਸੀਂ ਸਭ ਕੁਝ ਨਹੀਂ ਖੋਲਿਆ, ਤੁਸੀਂ ਰੁਜ਼ਗਾਰ ਦੀ ਗੱਲ ਕਰ ਰਹੇ ਜੇ, ਅਸੀਂ ਉਹਨਾਂ ਨੂੰ ਅਸੀਂ ਪੈਸੇ ਦੇ ਦਿੰਦੇ ਹਾਂ, ਨੌਕਰੀਆਂ ਦੇ ਦਵਾ ਦਿਆਂਗੇ। ਮੈਂ ਆਖਿਆ ਮੇਰੇ ਕੋਲੋਂ 1 ਕਰੋੜ ਰੁਪਈਆ ਲੈ ਲਓ, ਜਾਂ 3 ਬੱਚੇ ਇੱਥੇ ਉਹਨਾਂ ਦੇ ਲਿਆ ਦਿਓ, ਖੜੇ ਕਰ ਦਿਓ, ਜਾਂ 3 ਆਪਣੇ ਲਿਆ ਦਿਓ, ਮੈਂ ਉਹਨਾਂ ਨੂੰ ਮਾਰ ਦਿੰਦਾ, ਮੇਰੇ 'ਤੇ ਕੇਸ ਵੀ ਚਲਾ ਦਿਓ। ਚੁੱਪ ਕਰਕੇ ਚੱਲ ਗਏ, ਉਹ ਡਰ ਭੈ ਮੁਕਤ ਹੋ ਕੇ ਆਣ ਕੇ ਇੱਥੇ ਗਵਾਹੀ ਦੇ ਕੇ ਗਏ ਹਨ। ਉਮੀਦ ਹੈ ਕਿ ਉਹ ਜਿਹੜੇ 40 ਕੇਸ ਚੱਲ ਰਹੇ ਹਨ, ਉਹਨਾਂ 40 ਦੇ ਵਿੱਚੋਂ 3-4 ਕੇਸਾਂ ਦੇ ਵਿੱਚੋਂ ਭਾਵੇਂ ਬਰੀ ਹੋ ਜਾਣ, ਜਿਨ੍ਹਾਂ ਨੂੰ ਭਾਲ ਲਿਆ ਗਿਆ ਹੈ, ਲੇਕਿਨ ਜੇ ਅਸੀਂ ਲਾਮਬੰਦ ਹੋ ਜਾਈਏ, ਉਹਨਾਂ ਨੂੰ ਅਸੀਂ ਪ੍ਰੋਟੈਕਸ਼ਨ ਦਈਏ, ਕੋਈ ਉਹਨਾਂ ਨੂੰ ਦਬਾ ਨਾ ਸਕੇ, ਡਰਾ ਨਾ ਸਕੇ, ਧਮਕਾ ਨਾ ਸਕੇ, ਲਲਚਾ ਨਾ ਸਕੇ, ਅਤੇ ਕਿਸੇ ਪੁਲਿਸ ਵਾਲੇ ਦੀ ਜ਼ਰੂਰਤ ਨਹੀਂ ਪਏਗੀ
ਕਿ ਉਹ ਇਹੋ ਜਿਹਾ ਜਿਹੜਾ ਨੌਜਵਾਨਾਂ ਉੱਤੇ ਕੇਸ ਬਣਾ ਕੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਵਾ ਦਿੱਤੀ ਹੈ, ਉਹ ਬਦਨੀਅਤ ਨਾਲ ਇਹੋ ਜਿਹਾ ਕੇਸ ਬਣਾਏ ਅਤੇ ਕੋਈ ਜੱਜ ਕਾਨੂੰਨ ਨੂੰ ਅੱਖੋਂ ਪਰੋਖੇ ਕਰਕੇ ਅਤੇ ਕੋਈ ਫੈਸਲਾ ਸੁਣਾ ਦੇ। ਹੁਣ ਅਨਲਾਫੁਲ ਐਕਟਿਵ, ਮੈਂ ਇੱਕ ਮਿੰਟ ਦੇ ਵਿੱਚ ਖਤਮ ਕਰ ਦਿਆਂਗਾ, ਅਨਲਾਫੁਲ ਐਕਟਿਵਿਟੀ ਵੀ ਕਾਲਾ ਕਾਨੂੰਨ ਹੈ, ਟਾਡਾ ਵੀ ਕਾਲਾ ਕਾਨੂੰਨ ਸੀ ਅਤੇ ਵਾਰ ਵੇਜਸ ਵੀ ਕਾਲਾ ਕਾਨੂੰਨ ਹੈ। ਇਹ ਹੁਣ ਕਾਲਾ ਕਾਨੂੰਨ ਜਿਹੜਾ ਅਨਲਾਫੁਲ ਐਕਟਿਵਿਟੀ ਹੈ, ਅੱਜ 150 ਦੇ ਕਰੀਬ ਸਾਡਾ ਸਿੱਖ ਨੌਜਵਾਨ, ਇਹ ਬਣਾਇਆ ਕਿੰਨਾ ਵਾਸਤੇ ਗਿਆ ਸੀ, 1967 ਦਾ ਕਾਨੂੰਨ ਹੈ। ਇਹ ਨਕਸਲਵਾੜੀਆਂ ਦੇ ਵਿਰੁੱਧ ਜਦੋਂ 1967 ਦੀ ਐਜੀਟੇਸ਼ਨ 1967 ਵਿੱਚ ਚੱਲੀ ਸੀ, ਉਹਨਾਂ ਵਿਰੁੱਧ ਲਾਉਣ ਵਾਸਤੇ ਬਣਾਇਆ ਗਿਆ ਸੀ। ਲੇਕਿਨ 2010 ਵਿੱਚ ਇਹਦੇ ਵਿੱਚ ਹੋਰ ਅਮੈਂਡਮੈਂਟ ਕੀਤੀ, 12 ਵਿੱਚ ਕੀਤੀ, ਅਤੇ ਸਿੱਖ ਨੌਜਵਾਨਾਂ ਉੱਤੇ ਲਾਇਆ ਜਾ ਰਿਹਾ। 150 ਦੇ ਕਰੀਬ ਸਾਡਾ ਸਿੱਖ ਨੌਜਵਾਨ ਇਸ ਕੇਸ ਦੇ ਵਿੱਚ ਜੇਲ੍ਹਾਂ 'ਚ ਬੰਦ ਹੈ। ਹੁਣ ਇਹਦਾ ਕਾਨੂੰਨ ਕੀ ਹੈ? ਕਾਨੂੰਨ ਹੈ ਕਿ ਜੀਓ ਤੋਂ ਘੱਟ, ਉਹ ਵੀ ਜਿਹਨੂੰ ਜਿਹੜਾ ਅਥੋਰਾਈਜ਼ਡ ਹੈ, ਜਿਹਨੂੰ ਅਥਾਰਟੀ ਹੈ, ਉਹ ਇਹਦੀ FIR ਦਰਜ ਕਰਾ ਸਕਦਾ ਹੈ, ਘੱਟੋ ਘੱਟ DSP ਜਿਹਨੂੰ ਅਥਾਰਟੀ ਹੈ। ਇੱਥੇ FIR ਦਰਜ ਕਰਾਉਣ ਵਾਲੇ ASI ਸਬ ਇੰਸਪੈਕਟਰ ਜਾਂ ਇੰਸਪੈਕਟਰ ਤੱਕ ਹਨ, ਅਤੇ ਤਫਤੀਸ਼ ਵੀ ਉਹਨਾਂ ਨੇ ਕੀਤੀ ਹੈ। ਲੇਕਿਨ ਅਫਸੋਸ ਕਿ ਜਿਹਨੂੰ ਅਥਾਰਟੀ ਹੈ ਸੈਕਟਰੀ ਪੱਧਰ ਦੇ ਨੂੰ, ਉਹਨੇ ਸੈਂਕਸ਼ਨ ਦੇਣੀ ਹੈ। ਸੈਂਕਸ਼ਨ ਵੀ ਉਦੋਂ ਦੇਣੀ ਜਦੋਂ ਇੱਕ ਇੰਡੀਪੈਂਡੈਂਟ ਰਿਵਿਊ ਕਮੇਟੀ ਬਣੇਗੀ, ਜੋ ਰਿਵਿਊ ਕਰਕੇ ਦੱਸੇਗੀ ਕਿ ਇਹ ਕਾਨੂੰਨ ਲਾਗੂ ਹੁੰਦਾ ਹੈ ਜਾਂ ਨਹੀਂ। ਜਿਸ ਤਰ੍ਹਾਂ ਸਰਦਾਰ ਗੁਰਤੇਜ ਸਿੰਘ ਨੇ ਗੱਲ ਕੀਤੀ ਸੀ, ਜਦੋਂ ਇਹਨਾਂ ਕੋਲ ਪਾਵਰ ਸੀ, ਇਹਨਾਂ ਨੇ ਵਾਰ ਵੇਜਸ ਨਹੀਂ ਸੀ ਲੱਗਣ ਦਿੱਤੇ। ਲੇਕਿਨ ਅਧੀਨ ਸਕੱਤਰ ਇਹਦੀ ਸੈਂਕਸ਼ਨ ਵੀ ਦੇ ਰਿਹਾ ਹੈ ਕਾਨੂੰਨ ਦੀ ਉਲੰਘਣਾ ਕਰਕੇ, ਕਾਨੂੰਨ ਦੇ ਵਿਰੁੱਧ, ਅਤੇ ਜੱਜ ਜਿਹੜਾ ਚਾਰਜ ਨਹੀਂ ਬਣਦਾ, ਇਹਨਾਂ ਨੌਜਵਾਨਾਂ ਦੇ ਵਿਰੁੱਧ ਵੀ ਚਾਰਜ ਨਹੀਂ ਸੀ ਬਣਦਾ, ਲੇਕਿਨ ਚਾਰਜ ਲਾ ਦਿੱਤਾ ਗਿਆ। ਅਨਲਾਫੁਲ ਐਕਟੀਵਿਟੀ ਦਾ ਵੀ ਚਾਰਜ ਨਹੀਂ ਬਣਦਾ, ਚਾਰਜ ਲਾ ਦਿੱਤਾ ਗਿਆ, ਔਰ ਜਿਹਦੇ ਉੱਤੇ ਕਾਲਾ ਕਾਨੂੰਨ ਲਾ ਦਿੱਤਾ ਜਾਂਦਾ ਹੈ। ਅਸੀਂ ਸੁਪਰੀਮ ਕੋਰਟ ਤੱਕ ਗਏ, ਬਰੀ ਹੋ ਚੁੱਕੇ ਸਨ ਉਸ ਕੇਸ ਦੇ ਵਿੱਚੋਂ ਜਿਨ੍ਹਾਂ ਦੇ ਬਿਆਨ ਉੱਤੇ ਦੂਜੇ ਉੱਤੇ ਕੇਸ ਦਰਜ ਕੀਤਾ ਗਿਆ ਸੀ, ਅਤੇ ਉਹਨੇ ਵੀ ਉਹ ਡਿਸਮਿਸ ਕਰ ਦਿੱਤਾ। ਲਾ ਨਹੀਂ ਸੀ ਬਣਿਆ ਅੱਜ ਤੱਕ। ਅੱਜ ਤੱਕ ਇੱਕ ਝਾਰਖੰਡ ਹਾਈ ਕੋਰਟ ਦਾ ਫੈਸਲਾ ਹੈ ਅਤੇ ਇੱਕ ਬੰਬੇ ਹਾਈ ਕੋਰਟ ਦਾ ਫੈਸਲਾ ਹੈ। ਹੁਣ ਅਸੀਂ ਯਤਨ ਕੀਤਾ ਅਤੇ ਇੱਕ ਕੇਸ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਵੀ ਇੱਕ ਫੈਸਲਾ ਹੈ। ਅਨਲਾਫੁਲ ਐਕਟੀਵਿਟੀ ਇੱਕ ਹੁਣ ਕਾਨੂੰਨ ਬਣਿਆ ਹੈ, ਨਹੀਂ ਤਾਂ ਐਕਟੀ ਸੀ। ਜਿੰਨਾ ਚਿਰ ਅਸੀਂ ਇੱਕ ਸੁਰ ਨਹੀਂ ਹੁੰਦੇ, ਇੱਕ ਆਵਾਜ਼ ਨਹੀਂ ਹੁੰਦੇ, ਨਿਆਂ ਲੈਣਾ ਅਤੇ ਨਿਆਂ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ। ਇੱਕ ਬੇਨਤੀ ਕਰਾਂਗਾ ਕਿ ਜਿਹੜੇ ਜੇਲ੍ਹਾਂ ਵਿੱਚ ਬੰਦ ਨੌਜਵਾਨ ਹਨ, ਉਹਨਾਂ ਨੂੰ ਸਮਰਥਨ ਜਟਾਉਣ ਵਾਸਤੇ ਅਸੀਂ ਇੱਕ ਪ੍ਰੋਗਰਾਮ ਦਿੱਤਾ ਹੈ। 9 ਤਰੀਕ ਨੂੰ ਬੜੈਲ ਜੇਲ੍ਹ ਦੇ ਅੱਗੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਧਰਨਾ ਦੇਣਾ ਹੈ, ਸਮਰਥਨ ਜਟਾਉਣਾ ਕਿ ਅਸੀਂ ਤੁਹਾਡੇ ਨਾਲ ਹਾਂ, ਤੁਹਾਡੀਆਂ ਰਿਹਾਈਆਂ ਲਈ ਯਤਨਸ਼ੀਲ ਹਾਂ, ਕਿਉਂਕਿ ਦੋਹਰੇ ਮਾਪਦੰਡ ਵਰਤੇ ਜਾ ਰਹੇ ਹਨ। ਪਿੱਕੀ 7 ਸਾਲ ਤੱਕ ਦੀ ਉਮਰ ਕੈਦ ਕੱਟ ਕੇ ਰਿਹਾਅ ਹੋ ਜਾਂਦਾ ਹੈ, ਲੇਕਿਨ ਸਾਡੇ ਨੌਜਵਾਨਾਂ ਨੂੰ 25-25 26-26 ਸਾਲ ਹੋ ਗਏ ਹਨ। ਕੋਈ 92 ਦਾ ਹੋਏ, ਕੋਈ 90 ਦਾ ਹੋਏ, ਕੋਈ 91 ਦਾ ਹੋਏ, ਕੋਈ 95 ਦਾ ਹੈ, ਅੱਜ ਤੱਕ ਉਹਨਾਂ ਦੀ ਸਟੇਟ ਰੂਲਸ ਦੇ ਮੁਤਾਬਕ ਜਿਹੜਾ 10+4 12+6 ਜਾਂ 14+6 ਹੈ, ਭਾਵ ਇੰਨੀ ਸਜ਼ਾ 10, 12 ਅਤੇ 14 ਅਸਲ ਸਜ਼ਾ ਕੱਟ ਲਈ ਜਾਏ ਅਤੇ ਇੰਨੇ ਸਾਲ ਦੇ ਵਿੱਚ 4, 5 ਜਾਂ 6 ਸਾਲ ਉਹਨੂੰ ਮਾਫ਼ੀ ਮਿਲ ਜਾਏ, ਉਹਦੀ ਸਟੇਟ ਰੂਲ ਦੇ ਮੁਤਾਬਕ ਰਿਹਾਈ ਹੁੰਦੀ ਹੈ। ਲੇਕਿਨ ਇਹ ਸਾਡੇ ਉੱਤੇ ਇਹ ਕਾਨੂੰਨ ਲਾਗੂ ਨਹੀਂ, ਨਾ ਮੁਸਲਮਾਨਾਂ 'ਤੇ, ਨਾ ਸਿੱਖਾਂ 'ਤੇ, ਨਾ ਕਾਮਰੇਡਾਂ 'ਤੇ, ਨਾ ਸੱਚ ਹੱਕ 'ਤੇ ਨਿਆਂ ਦੀ ਆਵਾਜ਼ ਉਠਾਉਣ ਵਾਲਿਆਂ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਹ ਜਿਹੜੀ ਹਨੇਰਗਰਦੀ ਹੈ ਕਾਨੂੰਨ ਦੇ ਨਾਂ 'ਤੇ, ਇਹ ਸਾਰੇ ਦੇਸ਼ ਦੇ ਵਿੱਚ ਹੀ ਵੱਧ ਜਾਂ ਘੱਟ ਚੱਲ ਰਹੀ ਹੈ। ਡਾਕਟਰ ਬਲੈਕ ਸੇਨ ਨੂੰ ਜਿਹੜਾ ਜਿਹੜੀ ਮਤਲਬ ਇੱਕ ਸਮਾਜ ਸੇਵੀ ਡਾਕਟਰ ਸੀ, ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਪ੍ਰੋਫੈਸਰ GN ਸਾਈਂ ਬਾਬਾ ਨੂੰ ਜਿਹੜਾ 100% ਹੈਂਡੀਕੈਪਡ, ਇੱਕ ਜਿਹੜੇ ਮਤਲਬ ਮੰਨ ਲਓ ਪ੍ਰੋਫੈਸਰ ਹੈ, ਉਹ ਅਜੇ ਵੀ ਜੇਲ੍ਹ ਦੇ ਵਿੱਚ ਬੰਦ ਆ ਉਮਰ ਕੈਦ ਦੇ ਤਹਿਤ। ਸਾਡੇ CPML ਦੇ ਸਾਥੀ ਸ਼ਾਹ ਚੰਦ ਸਮੇਤ 14 ਸਾਥੀਆਂ ਨੂੰ ਟਾਡਾ ਜਦੋਂ ਰੱਦ ਹੋ ਚੁੱਕਿਆ ਸੀ, ਉਹਦੇ 'ਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਸ਼ਾਹ ਚੰਦ ਦੀ ਜੇਲ੍ਹ 'ਚ ਡੈਥ ਹੋ ਗਈ, 12 ਸਾਥੀ ਅਜੇ ਵੀ ਜੇਲ੍ਹ 'ਚ ਬੰਦ ਨੇ। ਸੋ ਇਸ ਕਰਕੇ ਇਹਦੇ ਖਿਲਾਫ ਇੱਕ ਲੜਾਈ ਹਰੇਕ ਥਾਂ ਦੇ ਉੱਤੇ ਵੱਡੇ ਪੱਧਰ 'ਤੇ ਲੜੇ ਜਾਣ ਦੀ ਲੋੜ ਹੈ, ਬਾਕੀ ਸਿਆਸੀ ਲੜਾਈਆਂ ਦੇ ਨਾਲ ਨਾਲ। ਸਾਡੇ 'ਚ ਹਾਜ਼ਰ ਹੈ ਦਵਿੰਦਰ ਦਵੀ, ਜਿਹੜੇ ਜਰਨਲਿਸਟ ਨੇ, ਪੰਜਾਬੀ ਟ੍ਰਿਬਿਊਨ ਦੇ ਸਬ ਐਡੀਟਰ ਨੇ, ਉਹ ਕੁਝ ਸੁਝਾਅ ਦੇਣਾ ਚਾਹੁੰਦੇ ਨੇ ਇੱਕ ਮਿੰਟ ਲਈ ਇਸ ਡਿਸਕਸ਼ਨ ਦੇ ਬਾਰੇ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਜੇ ਉਹ ਹਾਜ਼ਰ ਨੇ ਤਾਂ ਉਹ ਆਪਣੀ ਗੱਲ ਕਰਨ ਹੈ ਇਹਦੇ ਵਿੱਚ।
अच्छा चलो उन्हों तो बाद मैं अनाउंस किया सी पहले ही ना सतवंत सिंह जिहड़े इनकलाबी लोक मोर्चा के आगू ने उन्हों का तो इन्हों तो बाद मखण सिंह समाओ जिहड़े सिख यूथ फैडरेशन के लीडर ने वो अपनी गल रखणगे सतवंत सिंह इनकलाबी लोक मोर्चा सिख नौजवानों की होई सजा दे बारे विचार कर रहे जथेबंदियां दे जथेबंदियां होर पोलिटिकल पार्टियां दे सारे वर्कर साथी आए ने गल चल रही है कि खब्बे पक्षी जथेबंदियां ने इनिशिएटिव लिया बहुत चंगी गल है कि सारे आपां जमहूरी लोकां पंजाब जिहदा 80वें तो लगातार घाण हो रहा 70वें तो भी होया 80वें तो लगातार घाण हो रहा जमहूरी इनकलाबी ते होर जिहड़ी मतलब आपां सारे जिहड़े उरे इकट्ठे होए आ इस टाइम दे उपर पहला इन्हें जो गल चलती होंगी ये चलती होंगी कि तुसी बंदूकां चक लिया तुसी बंदे मारते इहदे करके तुहानू सजावां होनी नहीं गिया ते आ हुण बना के की होया ना किसी ने कोई बंदूक चकी आ ना कोई बंदा मारिया किताबां मिलियां जिहड़ी दो चार इहदे नाल ही जिहड़ी सजा उम्र कैद इस तों बिना पंजाब दे विच ही नहीं हिंदुस्तान दे विच ही अखे तुसी जिहड़ी मतलब बोल सकदे हो लिख सकदे हो इस गल करके तुहानू अंदर रहना जरूरी आ प्रोफेसर जी एन साई बाबा नू जिहड़ी जदों सजा करदे ने उदों जिहड़ी जज लिखदा 90% डिसेबल्ड प्रोफेसर जिहड़ी जिहड़ा मतलब व्हील चेयर ते आ कि तुसी लिख के जिहड़ी मतलब सरकार दे खिलाफ कोई बगावत पैदा कर सकदे हो इहदे करके जिहड़ी तुहाडा अंदर रहना जरूरी आ बुद्धिजीवियां दे उपर जिहड़ी जिहड़े लिखदे ने दोष लाया जांदा कि मोदी नूं मारन दा स्कीम बना रहे थे नामी गनामी बुद्धिजीवी प्रोफेसर बरबरा राव सुधा भारद्वाज हाई कोर्ट के वकील सुरेंद्र गार्डलिंग PhD के स्टूडेंट रोना विलसन ते होर जिहड़ी मतलब थिंकर सुधीर धावले होरी वरुण गोंसालवेज आनंद तेल तुमड़े होर सारे जी मतलब एक फतवा सुनाता भी कंप्यूटर के विचों कुछ मिलिया जिदे च मोदी नूं मारनी जिहड़ी तुसी स्कीम कर रहे थे ये सारे हिंदुस्तान दे विच जदों तो भावें हिंदुस्तानी राज ने कदे भी घट गिणतियां नाल दबे कुचले लोकां नाल दलतां नाल आदिवासियां नाल घट नहीं कीती पर जदों तो मोदी हुकूमत आई आ उदों तो जिहड़ी मतलब इहदा कहाड़ा गाहां तक वध गया इहो जिहे वेले साडा सारिआं दा इकट्ठा होणा खब्बे सज्जे राइट लैफ्ट इस गल तो आपां थोड़ा जिहा उपर उठीए जमहूरी इनकलाबी ते जिहड़ी जिहड़े आपां विचारां दी आजादी दे रखवाले कहाउंदे आ सानू सारिआं नू इस इनिशिएटिव दे विच अगे आउण दी जरूरत आ इक जिहड़ी जिहड़ा उर इह आया कि आपां जलंधर तो
ਵਿਸਾਖੀ ਤੋਂ ਬਾਅਦ ਕੋਈ ਕਨਵੈਨਸ਼ਨ ਕਰੀਏ, ਸਾਡੀ ਜਿਹੜੀ ਜਥੇਬੰਦੀ ਹੈ ਸਮਝਦੀ ਆ ਵੀ ਉਸ ਕਨਵੈਨਸ਼ਨ ਦੇ ਵਿੱਚ ਅਸੀਂ ਜਿਸ ਕਿਸਮ ਦਾ ਵੀ ਜਿਹੜੀ ਤੁਸੀਂ ਪ੍ਰੋਗਰਾਮ ਬਣਾਓਗੇ ਅਸੀਂ ਆਪਣੇ ਕੰਨੀ ਉਹ ਪੂਰਾ ਯੋਗਦਾਨ ਪਾਵਾਂਗੇ। ਇੰਨੀਆਂ ਗੱਲਾਂ ਕਰਦੇ ਹੋਏ ਮੈਂ ਸਾਰਿਆਂ ਨੂੰ ਖਾਸ ਕਰਕੇ CPIM ਲਿਬਰੇਸ਼ਨ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ, ਜਿਹੜੀ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ, ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਇਸ ਇਨੀਸ਼ੀਏਟਿਵ ਦੇ ਵਿੱਚ ਹਿੱਸਾ ਲੈਣ ਦੀ ਜ਼ਰੂਰਤ ਆ। ਧੰਨਵਾਦ। ਧੰਨਵਾਦ ਜੀ ਸਰਪੰਚ ਜੀ। ਇਹਨਾਂ ਤੋਂ ਬਾਅਦ ਮੈਂ ਬੇਨਤੀ ਕੀਤੀ ਹੈ ਮੱਖਣ ਸਿੰਘ ਸਮਾਓ, ਜਿਹੜੇ ਸਿੱਖ ਯੂਥ ਫੈਡਰੇਸ਼ਨ ਦੇ ਆਗੂ ਨੇ, ਮੈਨੂੰ ਵਕੀਲ ਸਾਹਿਬ ਨੇ ਅਮਰ ਸਿੰਘ ਚਹਿਲ ਹੋਰਾਂ ਨੇ ਕਿਹਾ ਸੀ ਕਿ ਮੈਨੂੰ, ਮੈਂ ਸੋਚਦਾ ਸੀ ਕਿ ਇੱਕ ਅੱਧੇ ਬੁਲਾਰੇ ਤੋਂ ਬਾਅਦ, ਇਹਨਾਂ ਤੋਂ ਬਾਅਦ ਡਾਕਟਰ ਪਿਆਰੇ ਲਾਲ ਗਰਗ ਬੋਲਣਗੇ। ਹੁਣ ਮੱਖਣ ਸਿੰਘ ਸਮਾਓ। ਇਸ ਦੀਵਾਨ ਹਾਲ ਦੇ ਵਿੱਚ ਪਹੁੰਚੇ ਸਮੂਹ ਇਨਸਾਫ ਪਸੰਦ ਵੀਰੋ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪੰਜਾਬ ਦੇ ਵਿੱਚ ਜਾਂ ਆਪਾਂ ਕਹਿ ਲਈਏ ਹਿੰਦੁਸਤਾਨ ਦੇ ਵਿੱਚ ਇੱਥੋਂ ਦੀਆਂ ਏਜੰਸੀਆਂ ਤੇ ਸੰਘ ਪਰਿਵਾਰ ਵੱਲੋਂ ਘੱਟ ਗਿਣਤੀਆਂ ਨਾਲ ਕੀਤਾ ਜਾ ਰਿਹਾ ਇਹ ਜ਼ੁਲਮ ਉਸ ਮੁਗਲ ਹਕੂਮਤ ਨਾਲੋਂ ਵੀ ਟੱਪ ਗਿਆ ਗਾ, ਕਿਉਂਕਿ ਉਸ ਮੁਗਲ ਹਕੂਮਤ ਦੇ ਟਾਈਮ ਜਾਂ ਅੰਗਰੇਜ਼ ਰਾਜ ਦੇ ਟਾਈਮ ਉਹ ਜ਼ੁਲਮ ਨਹੀਂ ਹੋਇਆ ਜੋ ਅੱਜ ਇੱਥੇ ਘੱਟ ਗਿਣਤੀ ਜਾਂ ਸਾਡੇ ਦਲਿਤ ਵੀਰ ਸਾਡੇ ਸਿੱਖ ਨੌਜਵਾਨਾਂ ਦੇ ਨਾਲ ਕੀਤਾ ਜਾ ਰਿਹਾ ਇੱਥੋਂ ਦੀਆਂ ਸਰਕਾਰਾਂ ਵੱਲੋਂ। ਇੱਥੋਂ ਦੇ ਸੰਘ ਪਰਿਵਾਰ ਨੂੰ ਖੁਸ਼ ਕਰਨ ਦੇ ਲਈ, RS ਦੀ ਜਿਹੜੀ ਜਮਾਤ ਆ ਉਸ ਜਮਾਤ ਦੇ ਆਗੂਆਂ ਨੂੰ ਖੁਸ਼ ਕਰਨ ਦੇ ਲਈ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਜੋ ਲੋਕ ਇਨਸਾਫ ਮੰਗ ਰਹੇ ਨੇ, ਜੋ ਲੋਕ ਘੱਟ ਗਿਣਤੀ ਲੋਕ ਆਪਣੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਉਹਨਾਂ ਨੂੰ ਦਬਾਉਣ ਦੇ ਲਈ, ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਇਹੋ ਜਿਹੇ ਕਾਲੇ ਕਾਨੂੰਨ ਘੜ ਕੇ ਸਾਡੇ ਉੱਤੇ ਲਾਗੂ ਕੀਤੇ ਜਾਂਦੇ ਨੇ। ਜਦੋਂ ਹਥਿਆਰਬੰਦ ਸੰਘਰਸ਼ ਸੀ ਉਦੋਂ ਇਹਨਾਂ ਕੋਲ ਬਹਾਨਾ ਸੀਗਾ ਕਿ ਕਿਸੇ ਵੀ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਕਤਲ ਕਰਕੇ ਆਪਣੇ ਆਪ ਸਾਫ਼ ਹੋ ਜਾਂਦੇ ਸੀਗੇ ਕਿ ਇਹ ਕੱਤਵਾਦੀ ਸੀ ਜਾਂ ਇਹ ਨਕਸਲਵਾੜੀ ਸੀ। ਅੱਜ ਪਹਿਲਾਂ ਤਾਂ ਸਾਡੇ ਸਿਹਤ ਵੰਡਣ ਦੇ ਉੱਤੇ ਪਾਬੰਦੀਆਂ ਲਾਈਆਂ ਗਈਆਂ ਕਿ ਇਹ ਗੈਰ ਕਾਨੂੰਨੀ ਜਿਹੜੇ ਸਿਹਤ ਉਹ ਵੰਡ ਰਹੇ ਨੇ। ਫਿਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਨੌਜਵਾਨ ਆਪਣੀ ਆਵਾਜ਼ ਬੁਲੰਦ ਕਰਦੇ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਲਿਖ ਕੇ ਆਪਣੇ ਦਿਲ ਦੀਆਂ ਭਾਵਨਾਵਾਂ ਜਾਂ ਲੋਕਾਂ ਨਾਲ ਹੋ ਰਿਹਾ ਜ਼ੁਲਮ ਆਮ ਪਬਲਿਕ ਦੇ ਸਾਹਮਣੇ ਲਿਆਉਂਦੇ ਨੇ, ਉਹਨਾਂ ਨੂੰ ਦਬਾਉਣ ਦੇ ਲਈ ਸੋਸ਼ਲ ਮੀਡੀਆ ਵਰਤਣ ਵਾਲੇ ਨੌਜਵਾਨਾਂ ਦੇ ਉੱਤੇ ਵੀ ਪਰਚੇ ਦਰਜ ਕਰਨ ਲੱਗ ਗਏ। ਬੜੇ ਨੌਜਵਾਨ ਸੀ, ਪਿੱਛੇ ਜਿਹੇ ਇੱਕ ਫੇਸਬੁੱਕ ਕਾਂਡ ਮਸ਼ਹੂਰ ਹੋਇਆ ਸੀ ਜਿਹਦੇ ਵਿੱਚ 31 ਨੌਜਵਾਨ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਜਿਹੜਾ ਉੱਥੇ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਸੀ ਕਿ ਫੇਸਬੁੱਕ ਦੇ ਜ਼ਰੀਏ ਇੱਕ ਬਗਾਵਤ ਖੜੀ ਕਰਨ ਲੱਗੇ ਸੀਗੇ। ਅਨਲਾਫੁਲ ਐਕਟੀਵਿਟੀ ਜਿਹੜਾ 2008 ਦੇ ਵਿੱਚ ਅਮੈਂਡਮੈਂਟ ਕਰਕੇ ਮੇਰੇ ਤੇ ਵੀ 153 ਨੰਬਰ FIR ਦਰਜ ਕੀਤੀ ਸੀ ਜਿਹਦੇ ਵਿੱਚ 4 ਸਾਲ ਐਸੇ ਤਰ੍ਹਾਂ ਹੀ ਵੱਖੋ ਵੱਖ ਜੇਲ੍ਹਾਂ ਦੇ ਵਿੱਚ ਲੈ ਕੇ ਤੁਰੇ ਫਿਰਦੇ ਰਹੇ ਤੇ ਜਦੋਂ ਉਹ ਕੇਸ ਦਾ ਫਾਈਨਲ ਹੋਇਆ ਉਹਦੇ ਵਿੱਚ ਕੋਈ ਵੀ ਗਵਾਹ ਕੋਈ ਵੀ ਬਰਾਮਦੀ ਨਹੀਂ ਸੀ ਤੇ ਬਰੀ ਹੋਏ, ਪਰ 4 ਸਾਲ ਸਾਡੇ ਜਿਹੜੇ ਜੇਲ੍ਹ ਦੇ ਵਿੱਚ ਅਸੀਂ ਕੱਟੇ ਉਹ ਕਿਸੇ ਖਾਤੇ ਦੀ। ਅੱਜ ਇਹਨਾਂ ਨੌਜਵਾਨਾਂ ਨੇ ਨਾ ਤਾਂ ਕੋਈ ਹਥਿਆਰ ਚੱਕਿਆ, ਨਾ ਕਿਸੇ ਜਥੇਬੰਦੀ ਦੇ ਨਾਲ ਇਹ ਅਟੈਚ ਸੀਗੇ, ਨਾ ਹੀ ਇਹਨਾਂ ਨੇ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਉਸ ਤਰ੍ਹਾਂ ਦਾ ਕੋਈ ਪ੍ਰਚਾਰ ਕੀਤਾ। ਸਿਰਫ ਇੱਕ ਸਹਿਤ ਰੱਖਣ ਦੇ ਉੱਤੇ ਪਈਆਂ ਜਾਂ ਧਰਾਵਾਂ ਲਾ ਕੇ ਉਹਨਾਂ ਨੂੰ ਕਿ ਬਗਾਵਤ ਖੜੀ ਕਰਨ ਲੱਗੇ ਨੇ, ਉਹਨਾਂ ਨੂੰ ਸਜ਼ਾ ਦਿੱਤੀ ਗਈ। ਇਹ ਇੱਕੋ ਇੱਕ ਗਿਣੀ ਵਿੱਚ ਸ਼ਾਸ ਦਾ ਹਿੱਸਾ, ਕਿਉਂਕਿ ਜੋ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਇੱਥੋਂ ਦੀ ਸਰਕਾਰ ਇੱਥੋਂ ਦੀਆਂ ਏਜੰਸੀਆਂ ਕਰ ਰਹੀਆਂ ਨੇ ਉਹਨਾਂ ਦੇ ਉੱਤੇ ਕੋਈ ਪਰਚੇ ਦਰਜ ਨਹੀਂ ਹੋ ਰਹੇ। ਉਹਨਾਂ ਨੂੰ ਖੁਸ਼ ਕਰਨ ਦੇ ਲਈ ਤੇ ਬੜਾਵਾ ਦੇਣ ਦੇ ਲਈ ਜੋ ਘੱਟ ਗਿਣਤੀ ਲੋਕ ਆਪਣੀ ਆਵਾਜ਼ ਬੁਲੰਦ ਕਰਦੇ ਨੇ ਜਾਂ ਆਪਣੇ ਜਿਹੜੇ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕਰਦੇ ਨੇ ਉਹਨਾਂ ਨੂੰ ਦਬਾਉਣ ਦੇ ਲਈ ਇਹ ਸਾਜ਼ਿਸ਼ ਦੇ ਤਹਿਤ ਸਜ਼ਾ ਕਰਵਾਈ ਗਈ ਹੈ, ਤਾਂ ਜੋ ਜਿਹੜੇ ਇਹਦੇ ਸ਼ਿਕਾਰ ਹੋਰ ਇਨਕਲਾਬੀ ਲੋਕ ਹੋਰ ਇਨਸਾਫ ਪਸੰਦ ਲੋਕਾਂ ਨੂੰ ਇਹਦਾ ਸ਼ਿਕਾਰ ਬਣਾਇਆ ਜਾ ਸਕੇ। ਇਹ ਪਰਚੇ ਹਜੇ ਸ਼ੁਰੂਆਤ ਆ, ਅੱਗੇ ਇਹ ਪਰਚੇ ਸਾਡੇ ਤੇ ਵੀ ਦਰਜ ਹੋਣਗੇ। ਇਹ ਉਹਨਾਂ ਨੇ ਇੱਕ ਸਾਜ਼ਿਸ਼ ਰਚੀ ਆ ਤੇ ਅਸੀਂ ਇੱਕੋ ਇੱਕ ਜਿਸ ਦਿਨ ਇਹ ਮਾਨਸਾ ਦੇ ਵਿੱਚ ਇਹ ਪਹਿਲਾਂ ਧਰਨਾ ਲਾਇਆ ਉਸ ਦਿਨ ਤੋਂ ਲੈ ਕੇ ਲੁਧਿਆਣਾ ਮੀਟਿੰਗ ਜਾਂ ਮਾਨਸਾ ਦੇ ਵਿੱਚ ਰੋਸ ਮਾਰਚ ਤੇ ਅੱਜ ਦੀ ਕਨਵੈਨਸ਼ਨ ਤੱਕ ਅਸੀਂ ਲਗਾਤਾਰ ਨਾਲ ਜੁੜੇ ਹੋਏ ਹਾਂ ਤੇ ਇੱਕੋ ਹੀ ਬੇਨਤੀ ਕਰਦੇ ਕਿ ਆਪਾਂ ਜਿਹੜੇ ਸਾਡੀਆਂ ਹੋਰ ਸਿੱਖ ਜਥੇਬੰਦੀਆਂ ਨੇ
ਜਾਂ ਪੋਲੀਟੀਕਲ ਜਥੇਬੰਦੀਆਂ ਨੇ ਉਹਨਾਂ ਨੂੰ ਇਸ ਚੀਜ਼ ਨੂੰ ਇੱਕ ਸਮਝਾ ਕੇ ਉਹਨੂੰ ਨਾਲ ਜੋੜੀਏ, ਉਹਨਾਂ ਨੂੰ ਬੇਨਤੀ ਕਰੀਏ ਕਿ ਅੱਜ ਇਹ ਸਾਡੇ ਨਾਲ ਹੋਰ ਇਕੱਲਿਆਂ ਨਾਲ ਨਹੀਂ ਹੋ ਰਿਹਾ। ਇਨਸਾਫ ਪਸੰਦ ਲੋਕ ਕਿਸੇ ਵੀ ਕੈਟਾਗਰੀ ਦੇ ਹੋਣ, ਇਹ ਉਹਨਾਂ ਸਾਰਿਆਂ ਨਾਲ ਹੀ ਹੋਊਗਾ ਜੋ ਅੱਜ ਇਸ ਤਿੰਨ ਸਿੱਖ ਨੌਜਵਾਨਾਂ ਨਾਲ ਹੋਇਆ, ਤੇ ਇਹਦਾ ਡਟਵਾਂ ਸਾਨੂੰ ਵਿਰੋਧ ਕਰਨਾ ਪਊਗਾ। ਇਹਦੇ ਲਈ ਸਾਨੂੰ ਸੜਕਾਂ ਤੇ ਵੀ ਆਉਣਾ ਪਊਗਾ, ਲੋਕਾਂ ਨੂੰ ਜਾਗਰੂਕ ਵੀ ਕਰਨਾ ਪਊਗਾ। ਇਸ ਸੰਘਰਸ਼ ਨੂੰ ਇੱਕ ਵੱਡੇ ਪੱਧਰ ਤੇ ਛੇੜਿਆ ਜਾਵੇ, ਇੱਕ ਸਾਂਝੀ ਜੋ ਕਮੇਟੀ ਬਣਾਈ ਆ ਉਸੇ ਤਹਿਤ। ਤੇ ਇੱਕ ਬੜੀ ਦੁੱਖ ਵਾਲੀ ਗੱਲ ਆ ਕਿ ਜਿਸ ਤਰੀਕੇ ਨਾਲ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ਆਪਣੇ ਆਪ ਨੂੰ ਅਖਵਾਉਂਦੀ ਆ, ਉਹਨਾਂ ਵੱਲੋਂ ਇਸ ਗੱਲ ਦੇ ਉੱਤੇ ਨਾ ਬੋਲਣਾ, ਕਿਸੇ ਵੀ ਮੁੱਦੇ ਨੂੰ ਨਾ ਚੱਕਣਾ ਜੋ ਵੀ ਸਿੱਖ ਨੌਜਵਾਨ, ਖਾਸ ਕਰਕੇ ਜਿਹੜਾ ਸਿੱਖ ਨੌਜਵਾਨਾਂ ਨਾਲ ਧੱਕਾਸ਼ਾਹੀ ਹੋ ਰਹੀ ਆ, ਆਪਣਾ ਮੂੰਹ ਬਿਲਕੁਲ ਬੰਦ ਕਰ ਲੈਣਾ, ਇਹ ਬੜੀ ਨਮੋਸ਼ੀ ਦੀ ਗੱਲ ਆ। ਉਹਨਾਂ ਨੂੰ ਵੀ ਫਟਕਾਰਾਂ ਲਾਉਣੀਆਂ ਚਾਹੀਦੀਆਂ ਨੇ, ਤੇ ਅਸੀਂ ਵੱਧ ਤੋਂ ਵੱਧ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਨੇ, ਪਰ ਜਿੱਥੇ ਗੱਲ ਇਨਸਾਫ਼ ਦੀ ਆ, ਲੋਕਾਂ ਦੇ ਲਈ ਲੜਨ ਦੀ ਆ, ਅਸੀਂ ਸਾਰੇ ਇਨਸਾਫ਼ ਪਸੰਦ ਆ। ਇਸ ਮੁੱਦੇ ਤੇ ਅਸੀਂ ਸਾਰੇ ਇੱਕ ਹੋ ਕੇ ਲੜੀਏ, ਤੇ ਸਾਥੋਂ ਵੀ ਜਿੰਨਾ ਯੋਗਦਾਨ ਇਸ ਮਸਲੇ ਦੇ ਵਿੱਚ ਪਾਇਆ ਗਿਆ, ਇਸ ਸੰਘਰਸ਼ ਦੇ ਵਿੱਚ ਪਾਇਆ ਗਿਆ, ਅਸੀਂ ਆਪਣੀ ਟੀਮ ਵੱਲੋਂ, ਸਮੁੱਚੀ ਟੀਮ ਵੱਲੋਂ ਪੂਰਾ ਸਾਥ ਦੇਵਾਂਗੇ। ਇੰਨੀ ਕਹਿੰਦੇ ਖਿਮਾਂ ਦੇ ਜਾਚਕਾਂ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਨਵੈਨਸ਼ਨ ਸ਼ਾਮਿਲ ਵੀਰੋ ਭੈਣੋ, ਮੰਨਿਆ ਜਾਂਦਾ ਸੀ ਕਿ 70 ਸਾਲ ਬਾਅਦ ਦੇਸ਼ ਦੇ ਆਜ਼ਾਦ ਹੋਣ ਤੋਂ ਆਜ਼ਾਦੀ ਕਾਫ਼ੀ ਮਜ਼ਬੂਤ ਹੋ ਗਈ ਹੋਊ, ਥੱਲੇ ਤੱਕ ਜਾਣੀ ਜਨਤਾ ਨੂੰ ਆਜ਼ਾਦੀ ਮਾਣਨ ਦਾ ਮੌਕਾ ਮਿਲੂ, ਪਰ ਅਸੀਂ ਦੇਖਦੇ ਹਾਂ ਕੋਈ ਦੋ ਨਾਅਰੇ ਲਾ ਦੇ ਉਹ ਵੀ ਦੇਸ਼ ਧਰੋਹੀ ਹੈ, ਕੋਈ ਰੈਫਰੈਂਡਮ ਦੀ ਗੱਲ ਕਰਦੇ ਉਹ ਵੀ ਦੇਸ਼ ਧਰੋਹੀ ਹੈ, ਕੋਈ ਆਤਮ ਨਿਰਣੇ ਦੀ ਗੱਲ ਕਰਦੇ ਉਹ ਤਾਂ ਦੇਸ਼ ਧਰੋਹੀ ਪੱਕਾ ਹੀ ਹੈ। ਦੂਜੇ ਪਾਸੇ ਤੁਸੀਂ ਦੇਖਦੇ ਹੋ ਕਿ ਕੈਨੇਡਾ ਦੇ ਵਿੱਚ ਇੱਕ ਸੂਬਾ ਫ੍ਰੈਂਚ ਕਿਊਬਕ, ਉੱਥੇ ਬੜੀ ਦੇਰ ਦੀ ਮੰਗ ਉੱਠਦੀ ਸੀ ਕਿ ਅਸੀਂ ਅੱਡ ਹੋਣਾ ਚਾਹੁੰਦੇ ਹਾਂ ਕੈਨੇਡਾ ਤੋਂ, ਇਸ ਮੰਗ 'ਤੇ ਅੰਦੋਲਨ ਚੱਲਦਾ ਸੀ। ਕੈਨੇਡਾ ਦੀ ਸਰਕਾਰ ਨੇ ਕਿਹਾ ਕਿ ਚਲੋ ਇਹਦੇ 'ਤੇ ਰੈਫਰੈਂਡਮ ਕਰਾ ਲਓ, ਜੋ ਫੈਸਲਾ ਹੋਊ ਠੀਕ ਹੈ। ਰੈਫਰੈਂਡਮ ਕਰਾਇਆ ਗਿਆ, ਉਹ ਘੱਟ ਗਿਣਤੀ 'ਚ ਰਹਿ ਗਿਆ, ਅੱਡ ਹੋਣ ਵਾਲੇ ਮਾਮਲਾ ਸੈਟਲ ਹੋ ਗਿਆ, ਪਰ ਸਾਡੇ ਰੈਫਰੈਂਡਮ ਦੀ ਮੰਗ ਕਰਨਾ ਦੇਸ਼ ਧਰੋਹ ਹੈ। ਇਸ ਕਿਸਮ ਦੀਆਂ ਜਿਹੜੀਆਂ ਪ੍ਰਵਿਰਤੀਆਂ ਨੇ ਇਹ ਅਨਡੈਮੋਕ੍ਰੈਟਿਕ ਨੇ, ਲੋਕਾਂ ਦਾ ਗਲਾ ਘੁੱਟਣ ਵਾਲੀਆਂ ਨੇ। ਮੈਂ ਬੇਨਤੀ ਕਰੂੰਗਾ ਡਾਕਟਰ ਪਿਆਰੇ ਲਾਲ ਹੋਰਾਂ ਨੂੰ ਕਿ ਉਹ ਸੰਖੇਪ 'ਚੋਂ ਬਹੁਤ ਲਿਖਦੇ ਨੇ ਇਹਨਾਂ ਸਾਰੇ ਸਵਾਲਾਂ 'ਤੇ, ਉਹ ਗੱਲ ਕਰਨ, ਅਤੇ ਇਹਨਾਂ ਤੋਂ ਬਾਅਦ ਬਰਿੰਦਰ ਜਿਹੜੇ ਪ੍ਰਧਾਨ ਨੇ ਸਟੂਡੈਂਟ ਫਾਰ ਸੁਸਾਇਟੀ ਦੇ ਚੰਡੀਗੜ੍ਹ, ਜਿਹੜਾ ਪੰਜਾਬ ਯੂਨੀਵਰਸਿਟੀ 'ਚ ਹੈ, ਉਹ ਤੁਹਾਡੇ ਨਾਲ ਗੱਲ ਕਰਨਗੇ। ਡਾਕਟਰ ਪਿਆਰੇ ਲਾਲ, ਮੰਚ 'ਤੇ ਬਿਰਾਜਮਾਨ ਸ਼ਖਸੀਅਤਾਂ, ਅਤੇ ਇਸ ਹਾਲ 'ਚ ਭੈਣੋ ਭਰਾਵੋ ਬਜ਼ੁਰਗੋ, ਕਾਫ਼ੀ ਗੱਲਾਂ ਹੋ ਚੁੱਕੀਆਂ ਨੇ। ਕਾਨੂੰਨ ਕੀ ਕਰੇਗਾ, ਕਾਨੂੰਨ 'ਚ ਕੀ ਨੁਕਸ ਨੇ, ਉਹ ਵਕੀਲ ਸਾਹਿਬਾਨ ਦੇਖ ਲੈਣਗੇ ਕੋਰਟ ਦੇ ਵਿੱਚ, ਪਰ ਜੇ ਕਾਨੂੰਨ 'ਚ ਸਾਰਾ ਕੁਛ ਠੀਕ ਵੀ ਹੁੰਦਾ, ਕਈ ਵਾਰੀ ਫਿਰ ਵੀ ਬੇਇਨਸਾਫੀ ਹੁੰਦੀ ਹੈ। ਅਸਲ ਗੱਲ ਜਿਹੜੀ ਹੈ ਅੱਜ, ਉਹ ਮੁੱਦਾ ਇਹ ਹੈ ਕਿ ਸਾਨੂੰ ਬੋਲਣ ਦੀ ਆਜ਼ਾਦੀ ਹੈ, ਅਤੇ ਸੰਵਿਧਾਨ ਜਿਹੜਾ ਅਸੀਂ ਕਹਿੰਦੇ ਹਾਂ, ਜਿਹੜੀ ਸਹੁੰ ਖਾਂਦੇ ਹਾਂ, ਉਹ ਸਾਨੂੰ ਬੋਲਣ ਦੀ ਅਤੇ ਵਿਚਾਰ ਰੱਖਣ ਦੀ ਆਜ਼ਾਦੀ ਦਿੰਦਾ ਹੈ, ਅਤੇ ਉਹਦੇ ਉੱਤੇ ਲੜਾਈ ਹੈ ਕਿ ਸਾਡਾ ਬੋਲਣ ਦਾ ਹੱਕ ਹੈ। ਸਾਡਾ ਕਿਤਾਬਾਂ ਮੇਰੇ ਘਰ ਜਾ ਕੇ ਦੇਖ ਲਓ, ਮੈਨੂੰ ਨਕਸਲਾਈਟ ਕਹਿ ਕੇ, ਮੈਨੂੰ ਹਿੰਦੂ ਕਮਿਊਨਲਿਸਟ ਕਹਿ ਕੇ, ਮੈਨੂੰ ਸਿੱਖ ਅੱਤਵਾਦੀ ਕਹਿ ਕੇ, ਮੈਨੂੰ ਕੋਈ ਮੁਹੰਮਦਨ ਅੱਤਵਾਦੀ ਕਹਿ ਕੇ, ਕੁਛ ਵੀ ਕਹਿ ਕੇ, ਜੇ ਨਹੀਂ ਤਾਂ ਕਹੂ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਨਹੀਂ ਕਰੀ ਜੀ, ਇੱਦਾਂ ਰੱਖਿਆ, ਇਹਨੇ ਗੀਤਾ ਦੀ ਇੱਜ਼ਤ ਨਹੀਂ ਕਰੀ, ਇੱਦਾਂ ਰੱਖਿਆ, ਕਿਉਂਕਿ ਮੇਰੇ ਕੋਲ 5000 ਕਿਤਾਬ ਪਈ ਹੈ, ਜਿਹੜੀ ਮਰਜ਼ੀ ਕਿਤਾਬ ਫੜ ਕੇ ਪੜ੍ਹ ਲਓ, ਹਰ ਤਰ੍ਹਾਂ ਦਾ ਲਿਟਰੇਚਰ ਹੈ। ਸੋ ਸਾਨੂੰ ਆਜ਼ਾਦੀ ਹੈ ਬੋਲਣ ਦੀ, ਸਾਨੂੰ ਵਿਚਾਰ ਰੱਖਣ ਦੀ ਆਜ਼ਾਦੀ ਹੈ, ਇਹਦੇ ਉੱਤੇ ਸਾਨੂੰ ਇਕੱਠਾ ਹੋਣਾ ਪਊਗਾ। ਅੱਜ ਬਹੁਤ ਵੱਡਾ ਹਮਲਾ ਇਹ, ਇਹ ਕੋਈ ਗੁਨਾਹ ਨਹੀਂ ਹੈ, ਉਹਨਾਂ ਨੇ ਪੈਂਫਲੇਟ ਰੱਖਣੇ ਰੱਖਣੇ, ਮੈਂ ਕਹਿੰਦਾ ਇਹ ਕਿੱਥੇ ਗੁਨਾਹ ਲਿਖਿਆ ਹੈ। ਮੈਂ ਕਹਿੰਦਾ ਵੀ ਜੇ ਪੰਜਾਬ ਨਾਲ ਧੱਕਾ ਹੋ ਰਿਹਾ, ਅਸੀਂ ਕਹਿੰਦੇ ਜੇ ਸਾਨੂੰ ਤਾਂ ਵੱਖਰਾ ਹੀ ਕਰ ਦਿਓ, ਇਹ ਕਿਹੜੀ ਮਾੜੀ ਗੱਲ ਹੈ। ਕੋਈ ਮੈਂ ਹਥਿਆਰ ਨਹੀਂ ਚੱਕੇ, ਕੋਈ ਲੜਾਈ ਨਹੀਂ ਕਰੀ। ਆ ਗੁਰਦਾਸਪੁਰ ਦੇ 16 ਪਿੰਡ ਨੇ ਜਿਹੜੇ ਰਾਵੀ ਦੇ ਪਾਰ ਨੇ, ਉਹਨਾਂ ਨੇ ਕਈ ਵਾਰੀ ਕਿਹਾ, ਕਹਿੰਦੇ ਸਾਨੂੰ ਤਾਂ ਉੱਧਰ ਹੀ ਲੜਾ ਦਿਓ ਜੇ ਤੁਸੀਂ ਪੁਲ ਪਾਲ ਵੀ ਨਹੀਂ ਬਣਾਉਣਾ। ਸੋ ਇਹ ਮਾੜੀ ਗੱਲ ਹੈ। ਪੰਜਾਬ ਦੇ ਵਿੱਚ ਮੁਕਾਬਲੇ ਝੂਠੇ ਹੋਏ, ਅੱਜ ਜਿਹੜੇ ਬਾਕੀ ਆਪਾਂ ਹਿੰਦੁਸਤਾਨ 'ਚ ਉਹ ਤਾਂ ਦੇਖ ਹੀ ਰਹੇ ਵੀ ਜਿਹੜੇ ਕਾਨੂੰਨ ਦੇ ਹਿਸਾਬ ਨਾਲ ਪੰਜਾਬ 'ਚ ਤਾਂ ਸਟੇਟ ਕਾਤਲ ਬਣੀ ਰਹੀ ਹੈ, ਚਾਹੇ ਉਸਨੇ ਨਕਸਲਾਈਟ ਕਹਿ ਕੇ ਬੰਦਾ ਮਾਰੇ ਝੂਠੇ ਮੁਕਾਬਲਿਆਂ ਦੇ ਵਿੱਚ, ਚਾਹੇ ਉਹ ਸਿੱਖ ਅੱਤਵਾਦੀ ਕਹਿ ਕੇ ਮਾਰੇ, ਪੰਜਾਬ ਦੀ ਸਟੇਟ 30 ਸਾਲ ਲਗਾਤਾਰ ਸਟੇਟ ਕਾਤਲ ਬਣੀ ਰਹੀ ਹੈ, ਔਰ ਸਟੇਟ ਨੂੰ ਕਿਸੇ ਨੇ ਕੋਈ ਸਜ਼ਾ ਨਹੀਂ ਦਿੱਤੀ, ਕੋਈ ਕਾਨੂੰਨ ਨਹੀਂ ਸੀ। ਸੋ ਸਾਨੂੰ ਇਸ ਗੱਲ ਦੇ ਉੱਤੇ, ਦੋ ਗੱਲਾਂ ਦੇ ਉੱਤੇ, ਇੱਕ ਕਾਨੂੰਨ ਦਾ ਰਾਜ ਚੱਲੇਗਾ, ਦੂਜੀ ਗੱਲ ਸਾਨੂੰ ਬੋਲਣ ਦੀ ਆਜ਼ਾਦੀ ਹੈ,
ਤੇ ਵਿਚਾਰ ਰੱਖਣ ਦੀ ਆਜ਼ਾਦੀ ਹੈ, ਇਹਦੇ ਉੱਤੇ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਸੇ ਫਾਈਟ ਆਊਟ ਕਰਨਾ ਚਾਹੀਦਾ ਹੈ। ਜਿਵੇਂ ਵਿਨਾਇਕ ਸਿੰਘ ਦੀ ਸਜ਼ਾ ਦੇ ਵਿੱਚ ਉਹਨਾਂ ਨੂੰ ਮੋਹਲਾ ਕੱਟਣਾ ਪਿਆ, ਮੈਨੂੰ ਲੱਗਦਾ ਹੈ ਵੀ ਸਿੱਖ ਨੌਜਵਾਨਾਂ ਦੀ ਸਜ਼ਾ ਦੇ ਵਿੱਚ ਕਾਨੂੰਨ ਤਾਂ ਜੋ ਹੋਏਗਾ ਹੋਏਗਾ, ਅਦਾਲਤ ਨੂੰ ਸੋਚਣ ਵਾਸਤੇ ਆਪਾਂ ਮਜਬੂਰ ਕਰ ਸਕਦੇ ਹਾਂ। ਅਤੇ ਜਿਹੜੀ ਕਨਵੈਨਸ਼ਨ ਨਾਥ ਸਾਹਿਬ ਨੇ ਕਹੀ ਹੈ ਉਹ ਕਰਨੀ ਚਾਹੀਦੀ ਹੈ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਚੰਡੀਗੜ੍ਹ 'ਚ ਵੀ ਕੋਈ ਇੱਥੇ ਮਜ਼ਾਰਾ ਮਜ਼ੂਰ ਅਸੀਂ ਕਰਦੇ ਰਹਿੰਦੇ ਹਾਂ, ਜਿਹਦੇ ਖਿਲਾਫ 17 ਸੈਕਟਰ 'ਚ ਹੋ ਚੁੱਕਿਆ ਉਹਦੇ ਵਾਸਤੇ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਧੰਨਵਾਦ। ਦਵਿੰਦਰ ਦਵੀ ਮੇਰੇ ਖਿਆਲ ਬਾਹਰ ਗਏ ਸੀ, ਆ ਗਏ ਇੱਥੇ ਹਾਲ 'ਚ? ਅੱਛਾ, ਵਰਿੰਦਰ SFS ਦੇ ਪ੍ਰੈਜ਼ੀਡੈਂਟ, ਇਹਨਾਂ ਤੋਂ ਬਾਅਦ ਡਾਕਟਰ ਜੀਵਨਜੋਤ ਕੌਰ ਨਾਰੀ ਮੰਚ ਦੇ ਆਗੂ। ਮੈਂ ਆਪਣੀ ਗੱਲ ਇੱਕ ਘਟਨਾ ਤੋਂ ਸ਼ੁਰੂ ਕਰੂੰਗਾ। ਸਾਨੂੰ RS ਬੈਂਸ ਘਟਨਾ ਸੁਣਾਉਂਦੇ ਹੁੰਦੇ ਆ ਵੀ ਆਜ਼ਾਦੀ ਤੋਂ ਪਹਿਲਾਂ ਇੱਕ ਦੇਸ਼ ਭਗਤ ਸੀਗਾ, ਉਹ ਐਜੀਟੇਸ਼ਨ ਕਰਦਾ ਸੀਗਾ, ਉਹਨੂੰ ਉੱਥੇ ਸਡੀਸ਼ਨ ਲਾ ਕੇ ਉਹਨੂੰ ਜੇਲ੍ਹ ਸੁੱਟ ਦਿੰਦੇ ਸੀਗੇ। ਅਤੇ ਜਦੋਂ ਸੱਤਾ ਪਰਿਵਰਤਨ ਹੋਇਆ ਉਦੋਂ ਬਾਅਦ ਵੀ ਉਹਨੇ ਇੱਕ ਐਜੀਟੇਸ਼ਨ ਕਰਿਆ, ਉਹਨੂੰ ਫਿਰ ਜੇਲ੍ਹ ਸੁੱਟਤਾ। ਹੁਣ ਉਹਨੇ ਸਵਾਲ ਪੁੱਛਿਆ, ਯਾਰ ਦੇਖੋ ਵੀ ਆਪਾਂ ਤਾਂ ਆਜ਼ਾਦ ਹੋ ਗਏ ਹਾਂ, ਫਿਰ ਮੈਨੂੰ ਕਿਉਂ ਜੇਲ੍ਹ ਸੁੱਟਿਆ? ਕਹਿੰਦਾ ਦੇਖੋ ਯਾਰ ਆਜ਼ਾਦ ਤਾਂ ਹੋ ਗਏ ਹਾਂ ਪਰ ਕਾਨੂੰਨ ਤਾਂ ਉਹੀ ਆ। ਮਤਲਬ ਯਾਰ ਟਾਡਾ ਪੋਟਾ ਚੱਲਿਆ ਜਾਂ ਅੰਗਰੇਜ਼ਾਂ ਦਾ ਲਾਅ ਚੱਲਿਆ, ਆਰਮਡ ਐਕਟ ਚੱਲਿਆ, ਉਹ ਜਿਹੜਾ ਕਾਨੂੰਨ ਦੇ ਬਣੇ ਰਹਿਣਾ ਉਹ ਇੱਕ ਆਪਦੇ 'ਚ ਸਵਾਲ ਆ। ਜਦੋਂ ਆਪਾਂ ਗੱਲ ਕਰਦੇ ਹਾਂ ਵੀ ਕੀ ਭਾਰਤ ਦੇ ਦੁਨੀਆ ਦੇ ਵੱਡੇ ਲੋਕਤੰਤਰ ਭਾਰਤ ਨੂੰ ਕੀ ਕਿਤਾਬਾਂ ਪਰਚੀਆਂ ਤੋਂ ਖਤਰਾ? ਜੇ ਉਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਇਹਦਾ ਮਤਲਬ ਉਹਨਾਂ ਦਾ ਲੋਕਤੰਤਰ ਖੋਖਲਾ ਵਾ, ਉਹਨਾਂ ਦਾ ਲੋਕਤੰਤਰ ਜਬਰ 'ਤੇ ਖੜਾ ਵਾ, ਜਿਹੜਾ ਵਿਚਾਰ ਤੋਂ ਬਹੁਤ ਡਰਦਾ ਵਾ, ਵਿਚਾਰ ਦੀ ਲੜਾਈ ਤੋਂ ਬਹੁਤ ਡਰਦਾ ਵਾ। ਇੱਥੇ ਪਹਿਲਾਂ ਕਾਫੀ ਤਫਸੀਲ ਦੇ ਵਿੱਚ ਗੱਲਾਂ ਹੋ ਚੁੱਕੀਆਂ ਵਾਂ ਭਾਰਤੀ ਨਿਆਂਪਾਲਿਕਾ ਚਰਿੱਤਰ ਬਾਰੇ, ਕਿਵੇਂ ਆਪਾਂ ਦੇਖੀਏ ਕਿ ਪਿਛਲੇ ਟਾਈਮ ਦੇ ਵਿੱਚ ਜਿਹੜਾ ਨਿਆਂਪਾਲਿਕਾ ਦਾ ਸੰਕਟ ਆ, ਕਿਵੇਂ ਜੱਜ ਬਾਹਰ ਆਉਂਦੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ, ਉਹ ਆਪਾਂ ਦੇਖਿਆ ਹੀ ਆ। ਅਤੇ ਇਸ ਦੌਰ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਦੇ ਨਾਂ ਦੇ ਉੱਤੇ ਭੀਮਾ ਕੋਰੇਗਾਓਂ ਦੀ ਜਿਹੜੀ ਸਾਰਾ ਕੇਸ ਆ ਉਹਦੇ ਹੇਠ ਕਈ ਬੁੱਧੀਜੀਵੀਆਂ ਨੂੰ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਜੇਲ੍ਹ ਵਿੱਚ ਸੁੱਟਿਆ ਜਾਂਦਾ, ਇਹਦੀ ਪ੍ਰਜੋਰ ਨਿਖੇਧੀ ਬਣਦੀ ਆ। ਅਤੇ ਹੁਣ ਜਿਹੜਾ ਕੇਸ ਆਇਆ ਵਾ ਨਵਾਂਸ਼ਹਿਰ ਦੀ ਅਦਾਲਤ ਵੱਲੋਂ ਤਿੰਨ ਨੌਜਵਾਨਾਂ ਨੂੰ ਸਾਹਿਤ ਜਾਂ ਕੋਈ ਹੋਰ ਸਮੱਗਰੀ ਰੱਖਣ ਦੇ ਮਾਮਲੇ 'ਚ ਉਮਰ ਕੈਦ, ਇਹਦੀ ਵੀ ਨਿਖੇਧੀ ਕਰਨੀ ਬਣਦੀ। ਅਤੇ ਇਹਦੇ ਉੱਪਰ ਇੱਕ ਸੰਘਰਸ਼ ਵਿੱਢਣ ਦੀ ਲੋੜ ਆ, ਕਿਉਂਕਿ ਪਿਛਲੇ ਟਾਈਮ ਦੇ ਵਿੱਚ ਜਿਵੇਂ ਭਾਰਤੀ ਸੱਤਾ ਹੋਰ ਜਾਬਰ ਹੋਈ ਆ, ਇੱਥੇ ਸੰਘਰਸ਼ ਵਿੱਢਣ ਦੀ ਲੋੜ ਆ। ਆਪਾਂ ਕਹਿੰਦੇ ਹਾਂ ਕਿ ਇਕੱਲੀ ਭਾਜਪਾ ਸਰਕਾਰ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ RSS ਦਾ ਏਜੰਡਾ ਭਾਜਪਾ ਤੋਂ ਜ਼ਿਆਦਾ ਚੰਗੀ ਤਰ੍ਹਾਂ ਲਾਗੂ ਕਰਦਾ ਵਾ, ਉਹ ਵਿਰੋਧ ਦੀ ਹਰੇਕ ਆਵਾਜ਼ ਨੂੰ ਕੁਚਲਦਾ ਵਾ। ਜਦੋਂ ਉਹਨੂੰ ਲੱਗਦਾ ਵਾ ਉਹ ਕਹਿੰਦੇ ਜੀ ਇਹ ਤਾਂ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ, ਇਹ ਤਾਂ ਖਾਲਿਸਤਾਨੀ ਨੇ, ਉਹ ਇੱਕ ਟੈਗ ਲਾ ਕੇ ਹਮਲਾ ਕਰਦਾ ਵਾ। ਅਤੇ ਸਾਰੇ ਸਾਥੀ ਵਧਾਈ ਦੇ ਪਾਤਰ ਨੇ, ਕਿਉਂਕਿ ਖੱਬੇ ਪੱਖੀ ਧਿਰਾਂ ਨੇ ਇਹ ਉਪਰਾਲਾ ਕੀਤਾ ਵਾ, ਤਾਂ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਇੱਕ ਮਿਨੀਮਮ ਪ੍ਰੋਗਰਾਮ 'ਤੇ ਇਸ ਐਜੀਟੇਸ਼ਨ ਨੂੰ ਲੜਨਾ ਚਾਹੀਦਾ ਵਾ। ਅਤੇ ਕਮੇਟੀ ਜਿਵੇਂ ਵੀ ਅਗਲਾ ਪ੍ਰੋਗਰਾਮ ਲੀਕੇਗੀ ਤਾਂ ਸਾਡੀ ਜਥੇਬੰਦੀ ਸਟੂਡੈਂਟ ਫੋਰ ਸੁਸਾਇਟੀ ਇਹਦੇ ਵਿੱਚ ਪੁਰਜ਼ੋਰ ਸਾਥ ਦੇਵੇਗੀ। ਧੰਨਵਾਦ। ਧੰਨਵਾਦ ਵਰਿੰਦਰ ਜੀ, ਇਹਨਾਂ ਨੇ ਠੀਕ ਕਿਹਾ, ਕਾਫੀ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ। ਮੇਰੀ ਬੇਨਤੀ ਹੈ, ਮੇਰਾ ਕੰਮ ਵੀ ਥੋੜ੍ਹਾ ਜਿਹਾ ਔਖਾ ਹੈ, ਪਰ ਇਹ ਹੈ ਵੀ ਹੁਣ ਦੁਹਰਾਈ ਨਾ ਕੀਤੀ ਜਾਵੇ, ਕੋਈ ਵਿਸ਼ੇਸ਼ ਨੁਕਤਾ ਕੋਈ ਵਿਸ਼ੇਸ਼ ਗੱਲ ਉਹਦੇ 'ਚ ਜੋੜੀ ਜਾਣੀ ਜ਼ਰੂਰੀ ਹੋਵੇ, ਆਪਾਂ ਉਹਦੇ 'ਤੇ ਜ਼ੋਰ ਦੇਈਏ ਤਾਂ ਕਿ ਸਾਰੀਆਂ ਜਥੇਬੰਦੀਆਂ ਆਪਣੀ ਗੱਲ ਕਹਿ ਸਕਣ। ਮੈਂ ਡਾਕਟਰ ਜੀਵਨਜੋਤ ਕੌਰ ਉਹਨਾਂ ਨੂੰ ਬੇਨਤੀ ਕਰਦਾ, ਨਾਰੀ ਮੰਚ ਪੰਜਾਬ ਦੇ ਆਗੂ ਨੇ, ਇਹਨਾਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਅਮਰ ਸਿੰਘ ਚਹਿਲ ਉਹ ਤੁਹਾਡੇ ਨਾਲ ਗੱਲ ਕਰਨਗੇ। ਅਰਵਿੰਦਰ, ਰਣਜੀਤ ਅਤੇ ਸੁਰਜੀਤ, ਸਿਰਫ ਤੁਸੀਂ ਹੀ ਗੁਨਾਹਗਾਰ ਨਹੀਂ, ਮੈਂ ਵੀ ਗੁਨਾਹਗਾਰ ਹਾਂ, ਕਿਉਂਕਿ ਉਹ ਕਿਤਾਬਾਂ ਮੇਰੇ ਘਰ ਵੀ ਪਈਆਂ, ਅਤੇ ਉਹਨਾਂ ਤੋਂ ਅਲੱਗ ਮੇਰੇ ਘਰ ਉਹ ਕਿਤਾਬ ਵੀ ਪਈ ਹੈ ਜਿਹੜੀ ਅਜੇ ਬੈਨ ਦੀ ਲਿਸਟ ਵਿੱਚੋਂ ਨਹੀਂ ਕੱਢੀ ਗਈ, ਦੋਸ਼ੀ ਕੌਣ, ਜਿਹਦੇ ਵਿੱਚ 3000 ਦਿੱਲੀ ਵਿੱਚ ਮਾਰੇ ਗਏ ਸਿੱਖਾਂ ਦੇ ਦੋਸ਼ੀਆਂ ਦੇ ਨਾਂ ਲਿਖੇ ਹੋਏ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਦੇਰ ਸਵੇਰ ਸਾਡੇ ਸਾਰਿਆਂ 'ਤੇ ਮਸਲਾ ਆਉਣਾ ਹੈ, ਅਤੇ ਇਸ ਕਰਕੇ ਇਹਨੂੰ ਐਡਰੈਸ ਅਸੀਂ ਹੋ ਰਹੇ ਹਾਂ। ਪਰ ਇੱਕ ਨੌਜਵਾਨ ਬੱਚੇ ਨੇ ਮੈਨੂੰ ਕਿਹਾ, ਕਹਿੰਦਾ ਕਿ ਮੈਂ ਇੱਕ ਦਿਨ ਦੁਖੀ ਹੋ ਰਹੀ ਸੀ
ਕਿ ਸਾਰੇ ਅਲੱਗ ਅਲੱਗ ਲੜਾਈ ਕਰ ਰਹੇ ਇਕੱਠੇ ਨਹੀਂ ਹੋ ਰਹੇ। ਉਹ ਕਹਿ ਰਿਹਾ ਵੀ ਹਾਲਾਤ ਹੋਰ ਨਿਗਰਨ ਦਿਓ। ਉਹ ਨੌਜਵਾਨ ਬੱਚਾ ਕਹਿ ਰਿਹਾ ਅਜੇ ਹਾਲਾਤ ਹੋਰ ਨਿਗਰਨ ਦਿਓ, ਜੇ ਕੋਈ ਤਬਦੀਲੀ ਆਉਣੀ ਹੋਵੇ ਤਾਂ ਹਾਲਾਤ ਨੂੰ ਹੋਰ ਨਿਗਰਨਾ ਚਾਹੀਦਾ। ਅਜੇ ਇੱਕ ਹੋਰ ਬੱਚੇ ਨੇ ਕਿਹਾ, ਕਹਿੰਦਾ ਲੋਕ ਅਜੇ ਇੰਨੇ ਤ੍ਰਸਤ ਨਹੀਂ ਹੋਏ। ਸ਼ਾਇਦ ਠੀਕ ਹੈ ਉਹ ਦੋਵੇਂ, ਕਿਉਂਕਿ ਇਸੇ ਕਰਕੇ ਤਾਂ ਅਸੀਂ ਝੰਡਿਆਂ ਦੇ ਨਾਂ 'ਤੇ ਅੱਡ ਅੱਡ ਖੜ੍ਹੇ ਹਾਂ, ਇਸੇ ਕਰਕੇ ਅਸੀਂ ਗੁੱਟਾਂ ਦੇ ਨਾਂ 'ਤੇ ਅੱਡ ਅੱਡ ਖੜ੍ਹੇ ਹਾਂ। ਅਸੀਂ ਸੱਚ ਨਾਲ ਨਹੀਂ ਖੜ੍ਹੇ, ਅਸੀਂ ਆਪਣੇ ਆਪਣੇ ਅਕੀਦੇ ਨਾਲ ਤਾਂ ਖੜ੍ਹਨਾ ਬਣਦਾ, ਪਰ ਉਹ ਕੀ ਉਹ ਅਕੀਦਾ ਸੱਚ 'ਤੇ ਵੀ ਖੜ੍ਹਾ ਇਹ ਵੇਖਣਾ ਜ਼ਰੂਰੀ ਹੈ। ਤਾਂ ਜਿਸ ਜਦੋਂ ਤੱਕ ਤੁਸੀਂ ਸੱਚ ਦੇ ਨਾਲ ਨਹੀਂ ਖੜ੍ਹਦੇ, ਜਦੋਂ ਤੱਕ ਤੁਸੀਂ ਵੱਖ ਵਿਚਾਰਾਂ ਨੂੰ ਨਾਲ ਲੈ ਕੇ ਵੀ ਇੱਕ ਸਾਂਝੇ ਸੱਚ 'ਤੇ ਨਹੀਂ ਖੜ੍ਹਦੇ, ਜਿਹੜਾ ਕਿ ਸ਼ਰੇਆਮ ਤੁਸੀਂ ਵੀ ਮੰਨਦੇ ਹੋ ਅਤੇ ਦੂਸਰਾ ਵੀ ਮੰਨਦਾ, ਓਨੀ ਦੇਰ ਤੱਕ ਇਹ ਮਾਮਲਾ ਹੱਲ ਨਹੀਂ ਹੁੰਦਾ। ਅਸੀਂ ਤਾਂ ਹਾਂ ਹੀ ਉਹਨਾਂ ਦੇ ਵਾਰਸ ਜਿਨ੍ਹਾਂ ਨੇ ਇਹ ਗੱਲਾਂ ਦੱਸੀਆਂ। ਮੇਰੇ ਤੋਂ ਪਹਿਲਾਂ ਮਾਂਝੀ ਸਾਹਿਬ ਦੱਸ ਚੁੱਕੇ ਹੈ ਗੁਰੂ ਤੇਗ ਬਹਾਦਰ ਜੀ ਦੀ ਉਦਾਹਰਣ, ਜਿਨ੍ਹਾਂ ਨੇ ਸਭ ਤੋਂ ਪਹਿਲੀ ਨੀਂਹ ਰੱਖੀ ਮਨੁੱਖੀ ਅਧਿਕਾਰਾਂ ਦੀ, ਅਤੇ ਉਹ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਸੱਚ 'ਤੇ ਇਸ ਗੱਲ 'ਤੇ ਖੜ੍ਹੇ ਹਾਂ। ਤੁਸੀਂ ਜ਼ਾਲਮ ਹੋ, ਅਸੀਂ ਇਸ ਕਰਕੇ ਤੁਹਾਡੇ ਨਾਲ ਰਾਜ਼ੀਨਾਮਾ ਨਹੀਂ ਕਰ ਸਕਦੇ। ਹੋਰ ਉੱਥੇ ਕੋਈ ਇਹ ਨਹੀਂ ਸੀ ਕਿ ਜਿਵੇਂ ਉਹ ਕਹਿੰਦੇ ਆ ਕਿ ਜੇ ਤੁਸੀਂ ਮੁਸਲਮਾਨ ਬਣ ਜਾਓ ਅਸੀਂ ਤੁਹਾਨੂੰ ਮਾਫ਼ ਕਰ ਦਿਆਂਗੇ। ਮੁਸਲਮਾਨ ਬਣਾਉਣ ਦਾ ਉਹਨਾਂ ਦਾ ਕੀ ਮਤਲਬ ਸੀ ਕਿ ਇਹਨਾਂ ਦੀ ਈਨ ਗਵਾ ਦਿਓ, ਇਹਨਾਂ ਦਾ ਸਵੈਮਾਨ ਖਤਮ ਕਰ ਦਿਓ, ਅਤੇ ਉਹੀ ਤਾਂ ਹੋ ਰਿਹਾ ਪੰਜਾਬ ਵਿੱਚ ਅੱਜ। ਪਰ ਮੈਂ ਖੁਸ਼ ਹਾਂ ਇਸ ਗੱਲ 'ਤੇ ਕਿ ਪੰਜਾਬ ਸਵੈਮਾਨ ਨਹੀਂ ਗਵਾ ਰਿਹਾ। ਨਸ਼ੇ 'ਤੇ ਜਿਹੜੇ ਇਹਨਾਂ ਨੇ ਲਾਤੇ ਉਹ ਮਜਬੂਰ ਹੋਏ ਬੈਠੇ ਹੈ, ਪਰ ਅਜੇ ਵੀ ਸਵੈਮਾਨ ਨਹੀਂ ਗਵਾਚਿਆ। ਅਜੇ ਵੀ ਵੱਖ ਵੱਖ ਥਾਵਾਂ ਤੋਂ ਆਵਾਜ਼ਾਂ ਉੱਠ ਰਹੀਆਂ, ਕਿਤੇ ਸਿੱਖਾਂ ਤੋਂ ਉੱਠ ਰਹੀਆਂ, ਕਿਤੇ ਮੁਸਲਮਾਨਾਂ ਤੋਂ ਉੱਠ ਰਹੀਆਂ, ਹਿੰਦੂਆਂ ਵਿੱਚੋਂ ਵੀ ਉੱਠ ਰਹੀਆਂ, ਪੰਜਾਬੀ ਹਿੰਦੂਆਂ ਵਿੱਚੋਂ। ਪੰਜਾਬੀ ਹਿੰਦੂ ਵੀ ਦੁਖੀ ਹੈ ਇਸ ਬੇਇਨਸਾਫੀ ਦੇ ਨਾਲ, ਅਤੇ ਵਧੀਆ ਗੱਲ ਇਹ ਹੈ ਵੀ ਕੌਮਾਂ ਦੇ ਨਕਸ਼ ਉੱਭਰਨੇ ਸ਼ੁਰੂ ਹੋ ਗਏ। ਅੱਜ ਇਹ ਪੰਜਾਬੀ ਕੌਮ ਦੇ ਨਕਸ਼ ਉੱਭਰ ਰਹੇ ਹੈ, ਜਿਹੜੇ ਮੇਰੇ ਮੁਸਲਮਾਨ ਵੀਰ ਵੀ ਬੈਠੇ ਇੱਥੇ, ਹਿੰਦੂ ਵੀ ਬੈਠੇ ਹੈ, ਸਿੱਖ ਵੀ ਬੈਠੇ ਹੈ, ਕਾਮਰੇਡ ਵੀ ਬੈਠੇ ਹੈ, ਅਤੇ ਸਭ ਧਰਮਾਂ ਵਾਲੇ ਵੀ ਬੈਠੇ ਹੈ। ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਆਹ ਕੱਲ ਹੀ ਮੈਂ ਖਬਰ ਪੜ੍ਹੀ ਹੈ ਵੀ ਉਹ ਉੱਥੇ ਇੱਕ ਢੱਠੇ ਹੋਏ ਮੰਦਿਰ ਦੀ ਉਸਾਰੀ ਕਰ ਰਹੇ ਹੈ। ਤਾਂ ਕਸ਼ਮੀਰ ਵਿੱਚ ਵੀ ਕੌਮ ਦਾ ਨਕਸ਼ ਉੱਭਰਨਾ ਸ਼ੁਰੂ ਹੋ ਗਿਆ। ਤਾਂ ਇਸ ਗੱਲ ਨੂੰ ਸਾਨੂੰ ਸਮਝਣਾ ਪਊਗਾ, ਜਿਹੜੇ ਹਾਲਾਤ ਦੇਸ਼ ਦੇ ਅਤੇ ਹਾਲਾਤ ਜਿਹੜੇ ਚੱਲ ਰਹੇ ਹੁੰਦੇ ਸਮਾਜ ਵਿੱਚ ਉਹਦੇ ਅਨੁਸਾਰ ਹੀ ਹੁੰਦੇ ਹੈ, ਜਿੱਤ ਸਿਰਫ ਉਹਨਾਂ ਦੀ ਹੁੰਦੀ ਹੈ। ਅਤੇ ਅੱਜ ਇਹ ਕੌਮਾਂ ਦਾ ਟਾਈਮ ਹੈ, ਕੌਮਾਂ ਦਾ ਯੁੱਗ ਹੈ, ਅਤੇ ਕੌਮਾਂ ਨੇ ਆਪਦੇ ਹੱਕਾਂ ਲਈ ਬੋਲਣਾ। ਬਹੁਤ ਸਮਾਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਨਕਸਲਾਈਟਾਂ ਦੇ ਕਤਲ ਹੋਏ ਸੀ, ਬਾਕੀ ਨਹੀਂ ਬੋਲੇ। ਅਤੇ ਉਹ ਕਹਿੰਦੇ ਹੈ, ਬਾਅਦ ਵਿੱਚ ਵੀ ਇਹ ਆਉਂਦਾ ਰਿਹਾ ਲਿਖਤਾਂ ਵਿੱਚ ਕਿ ਜੇ ਸਿੱਖਾਂ ਨੇ ਮਾਰੇ ਸਿੱਖ ਨਹੀਂ ਬੋਲੇ। ਅੱਜ ਤੁਹਾਨੂੰ ਸਮਝ ਆ ਗਈ ਵੀ ਉਹ ਸਿੱਖਾਂ ਨੇ ਨਹੀਂ ਮਾਰੇ, ਹਾਕਮ ਨੇ ਮਾਰੇ, ਅਤੇ ਉਹ ਹਾਕਮ ਪ੍ਰਕਾਸ਼ ਸਿੰਘ ਬਾਦਲ ਸੀ। ਉਹਨੇ ਪੱਗ ਬੰਨ੍ਹੀ ਹੋਈ ਸੀ ਪਰ ਉਹ ਸਿੱਖ ਨਹੀਂ ਸੀ, ਅਤੇ ਉਸੇ ਹਾਕਮ ਨੇ ਅੱਜ ਆ ਸਿੱਖ ਮੁੰਡਿਆਂ ਨੂੰ ਅੰਦਰ ਕਰਤਾ। ਅਤੇ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ 2016 ਦਾ ਕੇਸ ਹੈ, ਪਰ ਸਾਨੂੰ ਹੁਣ ਪਤਾ ਲੱਗਿਆ ਜਦੋਂ ਫੈਸਲਾ ਹੋ ਗਿਆ। ਅਤੇ ਇਹਦੇ ਵਾਸਤੇ ਜ਼ਿੰਮੇਵਾਰ ਸਾਡਾ ਮੀਡੀਆ ਹੈ, ਜਿਹਦਾ ਸਾਰੀਆਂ ਗੰਦੀਆਂ ਪਿੱਲੀਆਂ ਖਬਰਾਂ ਤਾਂ ਉਹ ਮੁੱਖ ਦੇ ਦਿੰਦੇ ਹੈ, ਅਤੇ ਜਿਹੜੀਆਂ ਇੰਪੋਰਟੈਂਟ ਖਬਰਾਂ ਹੁੰਦੀਆਂ ਉਹਨਾਂ ਨੂੰ ਉਹ ਲੋਕਲ ਪੇਜ 'ਤੇ ਦਿੰਦੇ ਹੈ। ਨਵਾਂ ਸ਼ਹਿਰ ਦਾ ਪੇਜ ਅੱਡ, ਫਰੀਦਕੋਟ ਦਾ ਅੱਡ, ਫਿਰੋਜ਼ਪੁਰ ਦਾ ਅੱਡ। ਮੇਰੇ ਫਰੀਦਕੋਟ ਦੀ ਖਬਰ ਫਿਰੋਜ਼ਪੁਰ ਵਾਲੇ ਨੂੰ ਨਹੀਂ ਪਤਾ, ਫਿਰੋਜ਼ਪੁਰ ਦੀ ਖਬਰ ਮੈਨੂੰ ਨਹੀਂ ਪਤਾ, ਨਵਾਂ ਸ਼ਹਿਰ ਵਾਲੇ ਦੀ ਮੈਨੂੰ ਨਹੀਂ ਪਤਾ, ਗੁਰਦਾਸਪੁਰ ਵਾਲੇ ਦੀ ਤੁਹਾਨੂੰ ਨਹੀਂ ਪਤਾ। ਅਜੇ ਮੈਂ ਧੰਨਵਾਦੀ ਹਾਂ ਸੋਸ਼ਲ ਮੀਡੀਆ ਦਾ, ਅਤੇ ਕੁਛ ਉਹਨਾਂ ਲੋਕਾਂ ਦਾ ਜਿਹੜੇ ਆਪੋ ਆਪਣੇ ਏਰੀਏ ਦੀ ਇਹੋ ਜਿਹੀ ਇੰਪੋਰਟੈਂਟ ਖਬਰ ਸ਼ੇਅਰ ਕਰ ਦਿੰਦੇ ਆ। ਅਤੇ ਇਸ ਨੂੰ ਅਸੀਂ ਹੋਰ ਅੱਗੇ ਵਧਾਈਏ ਕਿ ਜਿਹੜੀਆਂ ਇੰਪੋਰਟੈਂਟ ਖਬਰਾਂ ਸਿਰਫ ਉਹਨਾਂ ਨੂੰ ਮੀਡੀਆ ਸੋਸ਼ਲ ਮੀਡੀਆ 'ਤੇ ਲਿਆਈਏ, ਤਾਂ ਕਿ ਸੋਸ਼ਲ ਮੀਡੀਆ ਵੀ ਕੰਜਸਟਡ ਨਾ ਹੋਵੇ ਅਤੇ ਅਸੀਂ ਇਹਨੂੰ ਬਰਾਬਰ ਕਰ ਸਕੀਏ। ਨਾਰੀ ਮੰਚ ਪੰਜਾਬ ਵੱਲੋਂ ਅਸੀਂ 1999 ਦੇ ਵਿੱਚ ਇੱਕ ਰਿਪੋਰਟ ਪਬਲਿਸ਼ ਕੀਤੀ ਸੀ, ਅਤੇ ਉਹ ਔਰਤਾਂ ਦੇ, ਸਿੱਖ ਪਰਿਵਾਰਾਂ ਦੀਆਂ ਔਰਤਾਂ ਅਤੇ ਪਿੰਡਾਂ ਵਿੱਚ ਉਹਨਾਂ ਸਿੱਖ ਔਰਤਾਂ 'ਤੇ ਜ਼ੁਲਮ ਦੀ ਦਾਸਤਾਨ ਸੀ, ਜਿਨ੍ਹਾਂ ਨੂੰ ਪੁਲਿਸ ਨੇ ਘਸੀਟਿਆ ਵਾਲਾਂ ਤੋਂ ਫੜ ਕੇ ਬੇਪਤ ਕੀਤਾ, ਬਲਾਤਕਾਰ ਕੀਤੇ, ਨੰਗਾ ਕਰਕੇ ਉਹਨਾਂ ਦੇ ਜਲੂਸ ਕੱਢੇ, ਅਤੇ ਥਾਣਿਆਂ ਦੇ ਵਿੱਚ ਵੀ ਉਹਨਾਂ ਦੀ ਇੱਜ਼ਤ ਰੋਲੀ, ਅਤੇ ਉਹਨਾਂ ਦੇ ਵੱਡਿਆਂ ਵਡੇਰਿਆਂ ਦੇ ਸਾਹਮਣੇ ਨੂੰਹਾਂ ਦੇ ਸਿਰਾਂ ਤੋਂ ਦੁਪੱਟੇ ਖਿੱਚੇ, ਅਤੇ ਇਹ ਸਾਰਾ ਕੁਛ ਉਦੋਂ ਹੋਇਆ। ਉਹਨਾਂ ਦਿਨਾਂ ਦੇ ਵਿੱਚ ਕਾਮਰੇਡ ਨਹੀਂ ਬੋਲੇ। ਜਦੋਂ ਸਭ ਕੁਛ ਉੱਜੜ ਗਿਆ ਤਾਂ ਕਾਮਰੇਡਾਂ ਨੇ ਐਨਾਲਿਸਿਸ ਕੀਤਾ ਕਿ ਸਾਡੇ ਤੋਂ ਇਹ ਗਲਤੀ ਹੋ ਗਈ ਕਿ ਅਸੀਂ ਸਟੇਟ ਨੂੰ ਅਤੇ ਉਹਨਾਂ ਨੂੰ ਇੱਕੋ ਪੱਲੜੇ ਤੋਲ ਦਿੱਤਾ।
ਚੰਗਾ ਹੋਇਆ ਅੱਜ ਹੀ ਸਮਝ ਆ ਗਿਆ, ਚੰਗਾ ਹੋਇਆ ਅਸੀਂ ਹੋਰ ਮੈਚਿਓਰ ਹੋ ਰਹੇ ਹਾਂ ਅਤੇ ਅਸੀਂ ਵੱਧ ਰਹੇ ਹਾਂ ਅਤੇ ਅੱਜ ਅਸੀਂ ਇਹ ਪਹਿਚਾਣ ਰਹੇ ਹਾਂ ਕਿ ਨਕਸਲਵਾਦੀਆਂ ਨੂੰ ਮਾਰਨ ਵਾਲੇ ਵੀ ਹਾਕਮ ਸੀ ਅਤੇ ਸਿੱਖਾਂ ਨੂੰ ਮਾਰਨ ਵਾਲੇ ਵੀ ਹਾਕਮ ਸੀ ਅਤੇ ਜੇ ਅਸੀਂ ਉਦੋਂ ਨਹੀਂ ਬੋਲੇ ਤਾਂ ਅੱਜ ਅਸੀਂ ਇੱਥੇ ਇਕੱਠੇ ਬੈਠੇ ਹਾਂ। ਇਹ ਪੰਜਾਬੀ ਕੌਮ ਦੇ ਨਕਸ਼ ਉੱਗੜ ਰਹੇ ਹੈ ਅਤੇ ਮੈਂ ਧੰਨਵਾਦੀ ਹਾਂ ਅਤੇ ਮੈਂ ਤੁਹਾਡੇ ਸਭ ਨੂੰ ਵਧਾਈ ਦਿੰਦੀ ਹਾਂ ਇਸ ਗੱਲ ਦੀ ਕਿ ਅੱਜ ਅਸੀਂ ਪੰਜਾਬੀ ਕੌਮ ਦੇ ਤੌਰ 'ਤੇ ਇਕੱਠੇ ਹੋ ਕੇ ਬੈਠੇ ਹਾਂ ਅਤੇ ਸਭ ਤੋਂ ਵੱਧ ਜੀ ਆਇਆ ਮੈਂ ਆਪਣੇ ਮੁਸਲਮਾਨ ਭਰਾਵਾਂ ਨੂੰ ਕਹਿੰਦੀ ਹਾਂ। ਬਸ ਇੱਕ ਮਿੰਟ ਤਾਂ ਇਹ ਇਹ ਜਿਹੜੀ ਗੱਲ ਚੱਲ ਰਹੀ ਹੈ ਇਹਦੇ ਵਿੱਚ ਸਿਰਫ ਇੰਨਾ ਹੀ ਨਹੀਂ ਕਿ ਆਹ ਜਿਹੜੀਆਂ ਵੱਡੀਆਂ ਗੱਲਾਂ ਇੱਥੇ ਆ ਜਾਂਦੀਆਂ, ਇਹ ਲੜਾਈ ਹੋਰ ਬੜੇ ਪੱਧਰਾਂ 'ਤੇ ਚੱਲ ਰਹੀ ਹੈ। ਇਹ ਲੜਾਈ ਪਿੰਡਾਂ ਦੇ ਵਿੱਚ ਵੀ ਚੱਲ ਰਹੀ ਹੈ, ਇਹ ਲੜਾਈ ਪੰਜਾਬ ਦੇ ਹਰ ਥਾਣੇ ਦੇ ਵਿੱਚ ਚੱਲ ਰਹੀ ਹੈ, ਇਹ ਲੜਾਈ ਹਰ ਗਲੀ ਮੁਹੱਲੇ ਵਿੱਚ ਚੱਲ ਰਹੀ ਹੈ ਅਤੇ ਇਹ ਲੜਾਈ ਨਸ਼ੇੜੀ ਪਰਿਵਾਰਾਂ ਦੇ ਮੈਂਬਰਾਂ ਦੀ ਨਸ਼ੇ ਵੇਚਣ ਵਾਲਿਆਂ ਨਾਲ ਵੀ ਚੱਲ ਰਹੀ ਹੈ, ਜਿੱਥੇ ਪੁਲਿਸ ਨੂੰ ਕੇਸ ਦਿੱਤਾ ਜਾਂਦਾ ਪਰ ਪੁਲਿਸ ਉਹਨੂੰ ਫੜਦੀ ਨਹੀਂ ਜਾਂ ਟੈਂਪਰੇਰੀ ਲੋਕਾਂ ਦੇ ਇਕੱਠੇ ਹੋਣ ਕਰਕੇ ਲੈ ਜਾਂਦੀ ਹੈ ਤਾਂ ਛੱਡ ਦਿੰਦੀ ਹੈ। ਜੇ ਕੋਈ ਪਿੰਡ ਦੇ ਵਿੱਚ ਕਰਪਸ਼ਨ ਦੀ ਗੱਲ ਕਰਦਾ ਤਾਂ ਉਹਦੇ 'ਤੇ ਕੇਸ ਪਾ ਦਿੱਤਾ ਜਾਂਦਾ। ਅੱਜ ਅਸੀਂ PIL ਪਾਉਣ ਵਾਸਤੇ ਕੇਸ ਲੈ ਕੇ ਆਏ ਹਾਂ ਇੱਥੇ, ਮੇਰੀ ਟੀਮ ਦੇ ਬਾਕੀ ਮੈਂਬਰ ਐਡਵੋਕੇਟ HC ਅਰੋੜਾ ਨੂੰ ਮਿਲਣ ਗਏ ਹੋਏ ਆ। ਇੱਕ ਬੱਚਾ 1 ਕਰੋੜ ਰੁਪਏ ਦਾ ਘਪਲਾ ਕੱਢਦਾ ਅਤੇ ਉਸ ਨੂੰ ਉਹਦੇ ਗੱਲ ਵਿੱਚ ਰੱਸਾ ਪਾ ਕੇ ਅਤੇ ਮਰਡਰ ਕਰਕੇ ਸਿੱਟ ਦਿੰਦੇ ਆ ਕਿਉਂਕਿ ਉਹਨੇ ਹਾਈਕੋਰਟ 'ਚ ਕੇਸ ਪਾਇਆ ਅਤੇ ਉਹਨਾਂ ਨੂੰ ਪਤਾ ਵੀ ਹੁਣ ਅਸੀਂ ਵੱਜਣ ਵਾਲੇ ਹਾਂ, ਜਾਂ ਦੇਰ ਸਵੇਰ ਵੱਜਾਂਗੇ। ਉਹਨੂੰ ਕਹਿੰਦੇ ਹਾਈਕੋਰਟ ਤੋਂ ਕੇਸ ਵਾਪਸ ਲੈ ਲਾ, ਉਹ ਕਹਿੰਦਾ ਮੈਂ ਨਹੀਂ ਲੈਂਦਾ, ਤਾਂ ਉਹਦੇ ਗੱਲ ਵਿੱਚ ਰੱਸਾ ਪਾ ਕੇ ਉਹਨੂੰ ਮਰਿਆ ਸਮਝ ਕੇ ਸਿੱਟ ਜਾਂਦੇ ਆ। ਉਹਦੀ ਕਿਸਮਤ ਚੰਗੀ ਸੀ, ਉਹ ਬਚ ਗਿਆ। ਗੁਰੂ ਹਰਸਾਈ ਹਸਪਤਾਲ ਵਾਲੇ ਉਹਨੂੰ ਦਾਖਲ ਨਹੀਂ ਕਰਦੇ, ਡਰਦੇ ਮਾਰੇ ਕਿਉਂਕਿ ਉੱਥੇ ਨੋਨੀ ਦੀ ਗੁੰਡਾਗਰਦੀ ਚੱਲ ਰਹੀ ਹੈ ਅਤੇ ਨੋਨੀ ਕੌਣ ਹੈ? ਬਾਦਲ ਦਾ ਭਾਈਵਾਲ ਹੈ। ਅਤੇ ਉਹ ਬੰਦਾ ਮੈਡੀਕਲ ਕਾਲਜ ਵਿੱਚ ਆ ਜਾਂਦਾ, ਮੈਡੀਕਲ ਕਾਲਜ ਵਿੱਚ ਜਦੋਂ ਆਉਂਦਾ ਤਾਂ ਮੇਰੇ ਕੋਲ ਇੱਕ ਫੋਨ ਆਉਂਦਾ ਕਿ ਮੈਡਮ ਇੱਕ ਵਰਕਰ ਇੱਥੇ ਆਇਆ, ਸਾਨੂੰ ਤੁਹਾਡੀ ਮਦਦ ਦੀ ਲੋੜ ਹੈ। ਮੈਂ ਜਾਂਦੀ ਹਾਂ, ਮੈਂ ਵੇਖ ਕੇ ਹੈਰਾਨ ਹੋ ਜਾਂਦੀ ਹਾਂ, ਮੈਂ ਉਸ ਦੀ ਸਾਰੀ ਬਿਆਨ ਲੈਂਦੀ ਹਾਂ, ਵੀਡੀਓ ਬਣਾਉਂਦੀ ਹਾਂ ਅਤੇ ਮੈਂ ਅਖਬਾਰਾਂ ਨੂੰ ਖਬਰ ਦਿੰਦੀ ਹਾਂ ਅਤੇ ਅਖਬਾਰ ਕਹਿੰਦੇ ਹੈ ਕਿ ਜੀ ਇਹ ਤਾਂ ਫਿਰੋਜ਼ਪੁਰ ਦਾ ਮਸਲਾ, ਅਸੀਂ ਨਹੀਂ ਲਾਉਣਾ। ਮੈਂ ਕਿਹਾ ਜੀ ਮੁੰਡਾ ਤਾਂ ਮੈਡੀਕਲ ਕਾਲਜ ਫਰੀਦਕੋਟ 'ਤੇ ਹੈ, ਇਹ ਫਿਰੋਜ਼ਪੁਰ ਦਾ ਮਸਲਾ ਕਿਵੇਂ ਹੈ? ਤਾਂ ਅੰਦਰਲੀ ਗੱਲ ਦੱਸ ਦਿੰਦੇ ਹੈ ਵੀ ਜੀ ਨੋਨੀ ਦੇ ਖਿਲਾਫ਼ ਨਹੀਂ ਬੋਲ ਸਕਦੇ ਕਿਉਂਕਿ 2016 ਵਿੱਚ ਜਦੋਂ ਇਹਨਾਂ ਬੱਚਿਆਂ ਦੇ ਨਾਲ ਧੱਕਾ ਹੋਇਆ ਉਦੋਂ ਹੀ ਉੱਧਰ ਉਸ ਬੱਚੇ ਬਲਵਿੰਦਰ ਨਿਧਾਨਾ ਨਾਲ ਵੀ ਧੱਕਾ ਹੋ ਰਿਹਾ ਸੀ। ਤਾਂ ਖੈਰ ਅਸੀਂ ਕਿਹਾ ਵੀ ਇਹ ਕੀ ਗੱਲ ਹੋਈ? ਅਖੀਰ ਇੱਕ ਪ੍ਰੈਸ ਵਾਲਾ ਮੈਨੂੰ ਰਾਹ ਦੱਸਦਾ ਵੀ ਕਿਸੇ ਲੀਡਰ ਨੂੰ ਬੁਲਾ ਲਓ, ਉਹਦੀ ਫੇਰੀ ਦੇ ਨਾਲ ਜੋੜ ਕੇ ਅਸੀਂ ਖਬਰ ਲਾ ਦਿਆਂਗੇ। ਅਤੇ ਉਹਦੀ ਫੇਰੀ ਦੇ ਨਾਲ ਜੋੜ ਕੇ ਇੱਕ ਅਖਬਾਰ ਨੇ ਖਬਰ ਲਾਈ। ਖੈਰ ਅਸੀਂ ਉਹ ਇੱਕ ਅਖਬਾਰ ਦੇ ਬੇਸ 'ਤੇ ਉਸ ਕੇਸ ਨੂੰ ਹੋਰ ਅੱਗੇ ਚੁੱਕਿਆ ਅਤੇ ਇਸ ਤਰੀਕੇ ਨਾਲ ਇੱਕ ਨਹੀਂ ਬਥੇਰੇ ਕੇਸ ਹੈ। ਜੰਡਵਾਲਾ ਚੜ੍ਹਤ ਸਿੰਘ ਨਰਿੰਦਰ ਨਾਮ ਦਾ ਲੜਕਾ ਜਿਹੜਾ ਆਂਗਨਵਾੜੀ ਦੇ ਵਿੱਚ ਘਪਲਾ ਕੱਢਦਾ ਅਤੇ ਉੱਤੇ ਜਾ ਕੇ ਉਹ ਉਹਦੇ ਗਿਰੇਬੰਨ ਨੂੰ ਹੱਥ ਪਾ ਲੈਂਦਾ, ਡਾਇਰੈਕਟਰ ਦੇ ਗਿਰੇਬੰਨ ਨੂੰ, CDPO ਨੂੰ ਫੜ ਲੈਂਦਾ ਅਤੇ ਉਹ ਉੱਥੇ ਜਿਹੜੀਆਂ ਕੁੜੀਆਂ ਜਿਨ੍ਹਾਂ ਨੂੰ ਉਹ ਛੋਟੀ ਜਿਹੀ ਬੁਰਕੀ ਪਾ ਦਿੰਦੇ ਆ ਵੀ ਇੱਕ ਡੱਬਾ ਘਿਓ ਦਾ ਚੁਕਵਾ ਦਿੰਦੇ ਆ, ਉਹਨਾਂ ਤੋਂ ਉਹਦੇ 'ਤੇ 374 ਦਾ ਕੇਸ ਬਣਾ ਦਿੱਤਾ ਜਾਂਦਾ ਅਤੇ ਉਹ ਮੁੰਡੇ ਨੂੰ ਕਿਹਾ ਜਾਂਦਾ ਵੀ ਜਾਂ ਤਾਂ ਤੂੰ ਕੇਸ ਵਾਪਸ ਲੈ ਲਾ ਜਾਂ ਤੂੰ RTI ਪਾਉਣੀਆਂ ਛੱਡ ਦੇ, ਨਹੀਂ ਤਾਂ ਤੇਰੇ 'ਤੇ ਇਸ ਕੇਸ ਵਿੱਚ ਤੈਨੂੰ ਜੇਲ੍ਹ ਕਰਾ ਦਿਆਂਗੇ। ਉਹ ਮੁੰਡੇ ਜਿਨ੍ਹਾਂ 'ਤੇ ਕੁਛ ਲਾਲਚੀ ਪਰਿਵਾਰ ਝੂਠੇ ਕੇਸ ਬਣਾਉਂਦੇ ਪਏ ਆ ਅਤੇ ਉਹਨੂੰ ਕਹਿੰਦੇ ਆ ਵੀ ਜਾਂ ਤਾਂ 25 ਲੱਖ ਰੁਪਈਆ ਦੇ ਦਿਓ ਅਤੇ ਨਹੀਂ ਮੁੰਡੇ ਨੂੰ 498 ਇਹਦੇ ਵਿੱਚ ਅੰਦਰ ਕਰਾਂਗੇ। ਉਹ 498 ਜੋ ਕਦੇ ਅਸੀਂ ਨਾਰੀ ਮੰਚ ਵੱਲੋਂ ਬਣਵਾਇਆ ਸੀ ਜਦੋਂ ਬੱਚੀਆਂ ਦਾਜ ਨਾਲ ਪੀੜਿਤ ਹੋ ਰਹੀਆਂ ਸੀ, ਅੱਜ ਉਹ ਸਾਡੇ ਜੀ ਦਾ ਜੰਜਾਲ ਬਣ ਗਿਆ। ਉਸ ਦੇ ਵਿੱਚ ਤਬਦੀਲੀ ਨਹੀਂ ਕੀਤੀ ਜਾ ਰਹੀ, ਉਸ ਨੂੰ ਸੋਧਿਆ ਨਹੀਂ ਜਾ ਰਿਹਾ ਕਿ ਹੁਣ ਹਾਲਾਤ ਬਦਲ ਗਏ ਆ। ਜੇ ਕੋਈ ਕੁੜੀਆਂ ਮੁੰਡਿਆਂ ਦਾ ਵਿਚਾਰ ਦਾ ਫਰਕ ਆ ਗਿਆ, ਜੇ ਕੋਈ ਕੁੜੀ ਆਪਦੀ ਨੌਕਰੀ ਦੀ ਥਾਂ ਬਦਲਣਾ ਨਹੀਂ ਚਾਹੁੰਦੀ ਜਾਂ ਉਹਦਾ ਕਿਸੇ ਹੋਰ ਨਾਲ ਰਿਲੇਸ਼ਨ ਹੋ ਗਿਆ ਤਾਂ 498 ਦੇ ਵਿੱਚ ਬੱਚਿਆਂ ਨੂੰ ਫਸਾਇਆ ਜਾ ਰਿਹਾ। ਤਾਂ ਇਹ ਦੂਸਰੇ ਪਾਸੇ ਜਿਹੜੀਆਂ ਲੜਕੀਆਂ ਸੱਚੀ ਦੁਖੀ ਹੈ ਅਤੇ ਪੀੜਿਤ ਹੈ ਕਿਉਂਕਿ ਉਹਨਾਂ ਕੋਲ ਵਕੀਲ ਨੂੰ ਦੇਣ ਨੂੰ ਪੈਸੇ ਹੈ ਨਹੀਂ, ਉਹਨਾਂ ਕੋਲ ਪੁਲਿਸ ਅਤੇ ਜੱਜ ਨੂੰ ਦੇਣ ਨੂੰ ਪੈਸੇ ਹੈ ਨਹੀਂ, ਉਹਨਾਂ ਦਾ ਕੋਈ ਕੇਸ ਹੀ ਦਰਜ ਨਹੀਂ ਕਰਦਾ। ਕੋਟਕਪੂਰੇ ਦੇ ਵਿੱਚ ਇੱਕ ਆਦਰਸ਼ ਸਕੂਲ ਦੇ ਵਿੱਚ ਬੱਚੀ ਨਾਲ ਬਲਾਤਕਾਰ ਹੋ ਜਾਂਦਾ ਅਤੇ ਉਸ ਨੂੰ ਪਹਿਲਾਂ ਸਾਡੇ MLA ਜਿਹੜੇ ਸੁਖਵੀਰ ਬਾਦਲ ਹੋ ਰਹੀ ਹੈ ਉਹਨਾਂ ਦੀ ਸ਼ਹਿ ਅਤੇ ਅੱਜ ਕੱਲ੍ਹ ਕਿੱਕੀ ਢਿੱਲੋਂ ਦੀ ਸ਼ਹਿ। ਮੈਂ ਨਾਮ ਲੈ ਕੇ ਕਹਿੰਦੀ ਹਾਂ, ਪਹਿਲਾਂ ਸੁਖਵੀਰ ਬਾਦਲ ਦੀ ਸ਼ਹਿ ਸੀ, ਹੁਣ ਕਿੱਕੀ ਢਿੱਲੋਂ ਦੀ ਸ਼ਹਿ ਅਤੇ ਉਹਦੇ 'ਤੇ ਕੇਸ ਨਹੀਂ ਦਰਜ ਹੋਇਆ। ਅਸੀਂ ਬਹੁਤ ਯਤਨ ਕਰਕੇ ਉਹਦੇ 'ਤੇ ਕੇਸ ਦਰਜ ਕਰਾਇਆ, ਬੰਦਾ ਅਜੇ ਵੀ ਬਾਹਰ ਫਿਰਦਾ। ਅਤੇ ਫਰੀਦਕੋਟ ਦੇ ਸ਼ੁਰੂਤੀ ਕੇਸ ਦਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਕਿੰਨਾ ਅੰਦੋਲਨ ਕੀਤਾ ਉਸ ਬੱਚੀ ਨੂੰ ਇਨਸਾਫ਼ ਦਿਵਾਉਣ ਵਾਸਤੇ। ਸੋ
ਇਹ ਲੜਾਈ ਚੱਲ ਰਹੀ ਹੈ। ਜਿਹੜੇ ਬੰਦੇ ਸਵੈਮਨ ਨਾਲ ਚਲਾਉਣ ਲੜਨਾ ਚਾਹੁੰਦੇ ਹੈ ਉਹ ਬੈਠੇ ਹੈ ਅੱਡ ਅੱਡ ਲੜ ਰਹੇ ਹੈ, ਪਰ ਇਸ ਨੂੰ ਜੇ ਅਸੀਂ ਸਵੈਮਨ ਬਚਾਉਣਾ ਹੈ ਤਾਂ ਸਾਨੂੰ ਇਕੱਠੇ ਹੋ ਕੇ ਇੱਥੋਂ ਦੇ ਹਾਲਾਤ ਮੁਤਾਬਕ ਪੰਜਾਬ ਦੇ ਫੈਡਰਲ ਹੱਕ ਦੀ ਮੰਗ ਕਰਨੀ ਪਊਗੀ। ਸਾਡੇ ਗੁਰੂਆਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਸੀ ਉਸ ਸਿੱਖਿਆ ਮੁਤਾਬਕ ਕਿ ਨਾ ਮੈਂ ਜ਼ੁਲਮ ਕਰਾਂ ਅਤੇ ਨਾ ਮੈਂ ਜ਼ੁਲਮ ਸਵਾਂ, ਉਹਦੇ 'ਤੇ ਆਉਣਾ ਪੈਣਾ ਹੈ। ਅਤੇ ਕਿਸੇ 'ਤੇ ਵੀ ਜ਼ੁਲਮ ਹੁੰਦਾ ਤਾਂ ਅਸੀਂ ਅੱਗੇ ਹੋ ਕੇ ਖੜਨਾ। ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਕਰਦੇ, ਜਿੰਨੀ ਦੇਰ ਤੱਕ ਅਸੀਂ ਗੁਰੂਆਂ ਦੀ ਉਸ ਸਿੱਖਿਆ 'ਤੇ ਅਮਲ ਨਹੀਂ ਕਰਦੇ, ਅਸੀਂ ਆਪਣੇ ਵਿਰਸੇ ਨਾਲ ਉਹ ਟੁੱਟੇ ਹੋਏ ਹਾਂ ਅਤੇ ਅਸੀਂ ਲੋਕਾਂ ਨੂੰ ਇਹ ਗੱਲ ਇਹਦੇ ਨਾਲ ਜੋੜ ਕੇ ਨਹੀਂ ਸਮਝਾਉਂਦੇ, ਓਨੀ ਦੇਰ ਤੱਕ ਅਸੀਂ ਕੌਮਨਿਜ਼ਮ ਨੂੰ ਵੀ ਸਹੀ ਤਰੀਕੇ ਨਾਲ ਲਾਗੂ ਨਹੀਂ ਕਰ ਸਕਦੇ। ਇੱਥੇ ਮੈਂ ਸਿਰਫ ਇੱਕ ਉਦਾਹਰਨ ਦਊਂਗੀ। ਜਦੋਂ ਮਾਰਕਸ ਨੇ ਲਿਖਿਆ ਸੀ ਕਿ ਪੈਰਿਸ ਇਨਕਲਾਬ ਦੀ ਤੁਸੀਂ ਉਹ ਚੀਜ਼ਾਂ ਤਾਂ ਚੁੱਕ ਲਿਆਏ ਹੋ ਜਰਮਨ ਦੇ ਵਿੱਚ, ਪਰ ਕੀ ਤੁਸੀਂ ਪੈਰਿਸ ਦੀਆਂ ਹਾਲਤਾਂ ਵੀ ਨਾਲ ਲਿਆਏ ਹੋ? ਜੇ ਤੁਸੀਂ ਪੈਰਿਸ ਦੀਆਂ ਹਾਲਤਾਂ ਜਰਮਨੀ ਵਿੱਚ ਨਹੀਂ ਲਿਆਏ ਤਾਂ ਪੈਰਿਸ ਇਨਕਲਾਬ ਦੇ ਹੋਏ ਫੈਸਲੇ ਜਰਮਨੀ 'ਤੇ ਲਾਗੂ ਕਿਵੇਂ ਹੋਣਗੇ? ਅਤੇ ਇਹੀ ਗੱਲ ਮੈਂ ਅੱਜ ਵੀਰਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਰਸ਼ੀਆ, ਚਾਈਨਾ, ਵੀਅਤਨਾਮ ਜਾਂ ਹੋਰ ਕਿਸੇ ਥਾਂ ਦੇ ਵੀ ਫੈਸਲੇ ਪੰਜਾਬ 'ਤੇ ਨਹੀਂ ਹੋ ਸਕਦੇ ਜਦੋਂ ਤੱਕ ਅਸੀਂ ਆਪਣੇ ਵਿਰਸੇ ਨੂੰ, ਜਦੋਂ ਤੱਕ ਅਸੀਂ ਪੌਰਸ ਅਲੈਗਜ਼ੈਂਡਰ ਦੀ ਜੰਗ ਨੂੰ, ਜਦੋਂ ਤੱਕ ਅਸੀਂ ਇੱਥੇ ਹੋਰ ਜਿਹੜੀਆਂ ਸਟਰਗਲਸ ਹੋਈਆਂ ਜਾਂ ਸਾਡੇ ਜਿਹੜਾ ਇੱਥੋਂ ਸਿੱਖ ਇਤਿਹਾਸ ਦੀਆਂ ਪੈੜਾਂ ਪਾਈਆਂ ਉਹਨੂੰ ਅਸੀਂ ਨਹੀਂ ਚੱਕਦੇ। ਉਹਨੂੰ ਵੈਸੇ ਸਿੱਖ ਇਤਿਹਾਸ ਨਹੀਂ, ਪੰਜਾਬ ਦਾ ਇਤਿਹਾਸ ਕਹਿਣਾ ਚਾਹੀਦਾ। ਅਤੇ ਉਹ ਇੱਕ ਇਤਿਹਾਸ ਹੈ ਜਿਸ ਨੂੰ ਇਹਨਾਂ ਨੇ ਅਣਗੌਲਿਆਂ ਕੀਤਾ ਹੋਇਆ। ਅੱਜ ਹਿੰਦੂਆਂ ਨੇ ਪੰਜਾਬੀ ਮਾਂ ਬੋਲੀ ਨੂੰ ਦੁਬਾਰਾ ਅਪਣਾ ਕੇ ਟੁੱਟੀ ਗੰਢੀ ਹੈ ਅਤੇ ਅੱਜ ਕਾਮਰੇਡਾਂ ਨੇ ਵੀ ਟੁੱਟੀ ਗੰਢੀ ਹੈ। ਇਸ ਲਈ ਸਭ ਨੂੰ ਬਹੁਤ ਬਹੁਤ ਵਧਾਈ, ਸ਼ੁਕਰੀਆ। ਧੰਨਵਾਦ ਜੀ। ਡਾਕਟਰ ਸਾਹਿਬ ਨੇ ਗਿਲਾ ਕੀਤਾ ਸੀ ਕਿ ਜਦੋਂ ਪੁਲਿਸ ਮੁਕਾਬਲੇ ਹੋਏ ਉਦੋਂ ਕਮਿਊਨਿਸਟ ਨਹੀਂ ਬੋਲੇ। ਇੱਕ ਤਾਂ ਇਹ ਆਪ ਹੀ ਕਮਿਊਨਿਸਟ ਨੇ, ਇਹ ਬੋਲਦੇ ਰਹੇ ਨੇ। ਦੂਜੇ ਅਸੀਂ ਵੀ ਸੀ ਜਿਹੜੇ ਉਦੋਂ ਵੀ ਇਹ ਕਿਹਾ ਸੀ ਕਿ CPIML ਵੱਲੋਂ ਕਿ ਇਹ ਲੱਗਦਾ ਕਿ ਹਿੰਦੁਸਤਾਨ 'ਚ ਫਾਂਸੀਆਂ ਅਤੇ ਉਮਰ ਕੈਦਾਂ ਸਿਰਫ ਦਲਿਤਾਂ ਘੱਟ ਗਿਣਤੀਆਂ ਅਤੇ ਇਨਕਲਾਬੀਆਂ ਲਈ ਰਾਖਵੀਆਂ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲੇ ਬੰਦੇ ਕਿਸ਼ਤਾਗੌੜ ਅਤੇ ਭੁੰਬਈਆ ਸੀ, ਆਂਧਰਾ ਦੇ ਇਨਕਲਾਬੀ ਜਿਨ੍ਹਾਂ ਨੂੰ ਐਮਰਜੈਂਸੀ 'ਚ ਸਿਆਸੀ ਆਧਾਰ 'ਤੇ ਫਾਂਸੀ ਲਾਇਆ ਗਿਆ, ਮਕਬੂਲ ਭੱਟ ਸੀ ਜਿਹਨੂੰ ਫਾਂਸੀ ਲਾਇਆ ਗਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਸੁੱਖਾ ਜਿੰਦਾ ਹੋਣ, ਉਹ ਜਾਣੀ ਸਤਵੰਤ ਸਿੰਘ, ਬੈਂਤ ਸਿੰਘ ਹੋਣ, ਇਹ ਫਾਂਸੀ ਹੋਰ ਸਿਆਸੀ ਕੇਸਾਂ 'ਚ ਹੋਰ ਕਿਸੇ ਨੂੰ ਨਹੀਂ ਲੱਗੀ, ਇਹ ਸਾਡੇ ਲਈ ਰਾਖਵੀਆਂ ਨੇ। ਇਸ ਕਰਕੇ ਇਹ ਗੱਲ ਨਹੀਂ, ਓਪਰੇਸ਼ਨ ਬਲੂ ਸਟਾਰ ਹੋਵੇ, ਦਿੱਲੀ ਦਾ ਕਤਲੇਆਮ ਹੋਵੇ, ਡਟ ਕੇ ਜਾਣੀ ਅੱਜ ਨਹੀਂ ਕੋਈ, ਅੱਜ ਸਾਨੂੰ ਜਾਗ ਨਹੀਂ ਆਈ, ਅਸੀਂ ਪਹਿਲਾਂ ਤੋਂ ਇਹਨਾਂ ਸਵਾਲਾਂ 'ਤੇ ਬੋਲਦੇ ਹਾਂ, ਇੱਕ ਲਗਾਤਾਰਤਾ ਸਾਡੇ ਅਮਲ ਦੀ। ਤਾਂ ਅਮਰ ਸਿੰਘ ਚਹਿਲ ਹੋਰਾਂ ਦੇ ਬੋਲਣ ਤੋਂ ਪਹਿਲਾਂ ਮੈਂ ਦੋ ਮਤੇ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਅਤੇ ਮੈਂ ਚਾਹੂੰਗਾ ਵੀ ਉਹਨਾਂ ਮਤਿਆਂ 'ਤੇ ਵੀ ਬੋਲਣ, ਅਤੇ ਜੇ ਤੁਸੀਂ ਇਹਨਾਂ ਨਾਲ ਸਹਿਮਤ ਹੋ ਤਾਂ ਹੱਥ ਖੜ੍ਹੇ ਕਰਕੇ ਇਹਨਾਂ ਨੂੰ ਬਾਅਦ 'ਚ ਚਹਿਲ ਸਾਹਿਬ ਦੇ ਬੋਲਣ ਤੋਂ ਬਾਅਦ ਪ੍ਰਵਾਨਗੀ ਦਿਓ। ਪਹਿਲਾ ਮਤਾ ਜੀ, ਅੱਜ ਦੀ ਇਹ ਕਨਵੈਨਸ਼ਨ ਜਿੱਥੇ ਨਵਾਂ ਸ਼ਹਿਰ ਦੀ ਅਦਾਲਤ ਵੱਲੋਂ 3 ਸਿੱਖ ਨੌਜਵਾਨਾਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਨੂੰ ਰੱਦ ਕਰਨ ਅਤੇ ਉਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੀ ਹੈ, ਉੱਥੇ ਪੰਜਾਬ ਸਮੇਤ ਸਮੁੱਚੇ ਦੇਸ਼ ਅੰਦਰ ਅਜਿਹੀਆਂ ਹੀ ਜਮਹੂਰੀਅਤ ਵਿਰੋਧੀ ਧਰਾਵਾਂ ਤਹਿਤ ਗ੍ਰਿਫਤਾਰ ਕੀਤੇ ਗਏ ਜੇਲ੍ਹਾਂ ਵਿੱਚ ਬੰਦ ਲੋਕਾਂ ਦੀ ਰਿਹਾਈ ਦੀ ਵੀ ਮੰਗ ਕਰਦੀ ਹੈ, ਅਤੇ ਕਨਵੈਨਸ਼ਨ ਉਹਨਾਂ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦੀ ਹੈ ਜਿਨ੍ਹਾਂ ਦੀਆਂ ਸਜ਼ਾਵਾਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ। ਦੂਜਾ ਮਤ ਹੈ ਜੀ, ਅੱਜ ਦੀ ਇਹ ਕਨਵੈਨਸ਼ਨ IPC ਦੀਆਂ ਉਹਨਾਂ ਸਾਰੀਆਂ ਧਾਰਾਵਾਂ ਨੂੰ ਖਤਮ ਕਰਨ ਦੀ ਮੰਗ ਕਰਦੀ ਹੈ ਜਿਹੜੀਆਂ ਇੱਥੋਂ ਦੇ ਨਾਗਰਿਕਾਂ ਦੇ ਜਮਹੂਰੀ ਹੱਕਾਂ ਨੂੰ ਖਤਮ ਕਰਦੀਆਂ ਹਨ। ਇਹਨਾਂ ਵਿੱਚ ਖਾਸ ਤੌਰ 'ਤੇ ਧਾਰਾ 121 ਅਤੇ ਤੋਂ ਧਾਰਾ 130 ਤੱਕ ਤਾਂ ਤੁਰੰਤ ਖਤਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਮਤੇ ਨੇ ਪਾਸ ਆਪਾਂ ਬਾਅਦ 'ਚ ਕਰਾਂਗੇ। ਮੈਂ ਬੇਨਤੀ ਕਰੂੰਗਾ ਸੀਨੀਅਰ ਐਡਵੋਕੇਟ ਅਮਰ ਸਿੰਘ ਚਹਿਲ ਹੋਰਾਂ ਨੂੰ ਉਹ ਆਪਣੀ ਗੱਲ ਰੱਖਣ, ਇਹਨਾਂ ਮਤਿਆਂ ਬਾਰੇ ਵੀ ਬੋਲਣ, ਅਤੇ ਇਹਨਾਂ ਤੋਂ ਬਾਅਦ ਡਾਕਟਰ ਜਗਜੀਤ ਸਿੰਘ ਚੀਮਾ ਪੰਜਾਬ ਮੰਚ ਦੇ ਜਿਹੜੇ ਆਗੂ ਨੇ ਉਹ ਤਿਆਰ ਰਹਿਣ। ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਵੀਰ ਜੀ ਸਟੇਜ ਸੈਕਟਰੀ ਨੇ ਮਤੇ ਪੜ੍ਹੇ ਨੇ, ਬਹੁਤ ਹੀ ਸ਼ਲਾਘਾਯੋਗ ਨੇ, ਇਹਨਾਂ 'ਚ ਕੋਈ ਕਿੰਤੂ ਪ੍ਰੰਤ ਕਰਨ ਦੀ ਗੁਜਾਇਸ਼ ਨਹੀਂ। ਅਤੇ ਦਾਸ ਪ੍ਰਵਾਨਗੀ ਲਈ ਕਹਿੰਦਾ ਵੀ ਸਾਰੇ ਪ੍ਰਵਾਨਗੀ ਦੇ ਦੇਣੀ ਇਹਦੀ ਜਦੋਂ ਰਿਪੋਰਟ ਕਰਨਗੇ। ਆਪਾਂ ਇਤਿਹਾਸਿਕ ਤੌਰ 'ਤੇ ਦੂਰ ਨਾ ਜਾਈਏ ਅਤੇ ਸਾਡੇ ਕੋਲ
ਸਭ ਤੋਂ ਪਹਿਲੇ ਇੰਦਰਾ ਗਾਂਧੀ ਮਰਡਰ ਕੇਸ ਦੀ ਵੀ ਗੱਲ ਕਰ ਸ਼ੁਰੂ ਕਰ ਲਈ ਹੈ ਨਾ ਜੀ, ਅਤੇ ਉਹਦੇ 'ਚ ਵੀ ਕੇਹਰ ਸਿੰਘ ਨੂੰ ਫਾਂਸੀ ਦੀ ਸਜ਼ਾ ਬਿਲਕੁਲ ਗਲਤ ਹੋਈ ਹੈ। ਸਾਡੇ ਆਪਣੇ ਜਿਸ ਤਰ੍ਹਾਂ ਹਾ ਦਾ ਮਾਰਾ ਮਾਰਨ ਵਾਲਾ ਕੋਈ ਕੋਈ ਮਰਦ ਹੁੰਦਾ, ਸਾਰੇ ਧੋਂਦੇ ਨੇ। ਸਾਡੇ ਇੱਕ ਬੰਬੇ ਹਾਈ ਕੋਰਟ ਦੇ ਚੀਫ ਜਸਟਿਸ ਸਨ ਤਾਰ ਗੁੰਡੇ ਸਾਹਿਬ, ਜਦੋਂ ਫੈਸਲਾ ਆਇਆ ਉਹਨਾਂ ਉਹ ਪਹਿਲੇ ਸੱਜਣ ਸਨ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਸੀ ਕਿ ਜਿਸ ਗਵਾਹੀ ਦੇ ਆਧਾਰ 'ਤੇ ਕੇਹਰ ਸਿੰਘ ਨੂੰ ਫਾਂਸੀ ਦਿੱਤੀ ਗਈ ਆ ਉਹਦੇ ਨਾਲ ਕੁੱਤੇ ਨੂੰ ਵੀ ਨਹੀਂ ਫਾਂਸੀ ਦਿੱਤੀ ਜਾ ਸਕਦੀ। ਸਾਡੀ ਸੁਪਰੀਮ ਕੋਰਟ ਦਾ ਸਟੈਂਡਰਡ ਇਹ ਹੈ ਵੀ ਉਸ ਗਵਾਹੀ ਦੇ ਉੱਤੇ ਇੱਕ ਸੱਜਣ ਨੂੰ ਫਾਂਸੀ ਦੀ ਸਜ਼ਾ ਪੱਕੀ ਕਰ ਦਿੱਤੀ ਆ, ਜਿਹਦੀ ਗਵਾਹੀ 'ਤੇ ਕੁੱਤੇ ਨੂੰ ਵੀ ਸਜ਼ਾ ਨਹੀਂ ਸੀ ਦੇ ਸਕਦੀ। ਇਹਦਾ ਮਤਲਬ ਹੈ ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦਾ ਜਿਹੜਾ ਮਿਆਰ ਹੈ ਉਹ ਤਾਰ ਕੁੰਡੇ ਸਾਹਿਬ ਨੇ ਇਹ ਮਿਣ ਦਿੱਤਾ ਸੀ। ਇਹ ਕੋਈ ਗੱਲ ਉੱਥੇ ਨਹੀਂ ਰਹਿ ਗਈ ਉਹਦੇ ਬਿਆਨ 'ਤੇ। ਸਾਡੇ ਜਿਹੜੇ ਜਰਨਲ ਹੁੰਦੇ ਨੇ ਲੀਗਲ, ਉਹਨਾਂ ਦੇ ਵਿੱਚੋਂ ਸਾਡੇ ਇੱਕ ਦੋ ਸੱਜਣ ਨੇ, ਬੜੇ ਨਾਮਵਾਰ ਵਕੀਲ ਨੇ, ਉਹਨਾਂ ਨੇ ਕਮੈਂਟਰੀ 'ਚ ਵੀ ਲਿਖਿਆ ਹੈ ਵੀ ਇਹ ਫੈਸਲਾ ਬਿਲਕੁਲ ਗਲਤ ਸੀ, ਇਹਦੇ 'ਚ ਸਜ਼ਾ ਵੀ ਨਹੀਂ ਹੋ ਸਕਦੀ, ਮੌਤ ਦੀ ਸਜ਼ਾ 'ਤੇ ਇੱਕ ਬੰਨੇ ਰਹਿ ਗਈ। ਇਸੇ ਤਰ੍ਹਾਂ ਦਵਿੰਦਰਪਾਲ ਸਿੰਘ ਭੁੱਲਰ ਜੀ ਦਾ ਵੀ ਕੇਸ ਮੈਨੂੰ ਵੀ ਚੰਡੀਗੜ੍ਹ ਲੜਨ ਦਾ ਮੌਕਾ ਮਿਲਿਆ ਹੈ। ਇਹ ਪਹਿਲਾ ਹੀ ਕੇਸ ਹੈ ਜਿਹਦੇ ਵਿੱਚ ਆਪਣੇ ਹੀ ਬਿਆਨ 'ਤੇ ਪੁਲਿਸ ਵਾਲਿਆਂ ਨੇ ਲਿਖਿਆ ਹੋਇਆ ਇੱਕ ਬੰਦੇ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ। ਅੱਗੇ ਇਤਿਹਾਸਿਕ ਤੌਰ 'ਤੇ ਕੋਈ ਸਾਡੇ ਨੋਟਿਸ 'ਚ ਇਸ ਤਰ੍ਹਾਂ ਦਾ ਕੇਸ ਨਹੀਂ ਆਇਆ। ਔਰ ਇਹਦੀ ਇੱਕ ਹੋਰ ਜਿਹੜੀ ਖਸ਼ੀਅਤ ਹੈ ਵੀ ਜਿਹੜਾ ਇਹਦੇ 'ਤੇ ਸੀਨੀਅਰ 3 ਜੱਜਾਂ ਦਾ ਬੈਂਚ ਸੀ, ਜਿਹੜਾ ਸੀਨੀਅਰ ਜੱਜ ਸੀ ਮਿਸਟਰ ਸ਼ਾਹ, ਉਹਨੇ ਪਿੱਛੇ ਜੇ ਤੁਸੀਂ ਪੜ੍ਹਿਆ ਹੋਏਗਾ ਜਦੋਂ ਦਵਿੰਦਰਪਾਲ ਸਿੰਘ ਦਾ ਵਾਦ ਵਿਵਾਦ ਚੱਲਿਆ ਸੀ ਉਹਨੇ ਬਿਆਨ ਦਿੱਤਾ ਸੀ ਵੀ ਇਹ ਫੈਸਲਾ ਬਿਲਕੁਲ ਗਲਤ ਸੀ। ਇਸ ਤੋਂ ਇਲਾਵਾ ਹੋਰ ਬਹੁਤ ਵੱਡੇ ਫੈਸਲੇ ਨੇ ਜਿਨ੍ਹਾਂ ਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ। ਕਹਿਣ ਤੋਂ ਭਾਵ ਇਹ ਆ ਵੀ ਸਾਡੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਹੇਠ ਜਿਹੜੀ ਹੈਗੀ ਆ ਉਹ ਕੁਛ ਫਿਰਕੂ ਜੱਜਾਂ ਦੇ ਮਨ 'ਚ ਹੈਗੀ ਹੈ। ਉਹਨਾਂ ਲਈ ਮੁਸਲਮਾਨਾਂ ਨੂੰ ਚਾਹੇ ਕ੍ਰਿਸਚੀਅਨਜ਼ ਨੂੰ ਅਤੇ ਖਾਸ ਕਰਕੇ ਸਿੱਖਾਂ ਨੂੰ ਸਜ਼ਾ ਦੇਣੀ ਬੜੀ ਸੌਖੀ ਹੈ। ਗਵਾਹੀ ਹੋਵੇ ਚਾਹੇ ਨਾ ਹੋਵੇ, ਸਜ਼ਾ ਦੇਣ ਤੋਂ ਪਹਿਲੇ ਉਹਨਾਂ ਨੂੰ ਸਾਲਾਂ ਬੱਧੀ ਜੇਲ੍ਹ ਦੇ ਵਿੱਚ ਰੱਖਣਾ ਇਹ ਇੱਕ ਫੈਸ਼ਨ ਬਣ ਗਿਆ ਹੈ ਸਾਡੀ ਜੁਡੀਸ਼ੀਅਲ ਸਿਸਟਮ ਦਾ। ਇਹ ਪਤਾ ਨਹੀਂ ਕਿਉਂ ਕਦੇ ਕਿੱਥੇ ਮੁੱਕੇਗਾ। ਉਹ ਲੋਕ ਵੀ ਲਗਭਗ ਭੰਗਵੇਂ ਰੰਗ ਦੇ ਵਿੱਚ ਰੰਗੇ ਨੇ ਜਿਨ੍ਹਾਂ ਨੂੰ ਸਹੁੰ ਖਾ ਕੇ ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਨਹੀਂ, ਅਸੀਂ ਸੰਵਿਧਾਨ ਦੀ ਵੀ ਜਿਹੜੀ ਹੈ ਕਾਨੂੰਨ ਦੀ ਪਾਲਣਾ ਕਰਾਂਗੇ। ਮਤਲਬ ਏਡੀ ਵੱਡੀ ਕੁਤਾਹੀ ਕਰ ਰਹੇ ਨੇ ਉਹ। ਜਦੋਂ ਕਿਤੇ ਪੂਰਾ ਇਤਿਹਾਸ ਲਿਖਿਆ ਜਾਏਗਾ, ਮੇਰੇ ਖਿਆਲ ਇਹ ਲਿਖਣ ਦੇ ਵਿੱਚ ਜਿਹੜਾ ਵੀ ਇਮਾਨਦਾਰ ਆਦਮੀ ਹੋਏਗਾ ਕਾਨੂੰਨੀ ਤੌਰ 'ਤੇ ਉਹਨੂੰ ਲਿਖਣਾ ਪਊਗਾ ਵੀ ਜਿਹੜੀ ਹਿੰਦੁਸਤਾਨ ਦੀ ਨਿਆਂਪਾਲਿਕਾ ਹੈ ਇਹ ਘਟੀਆ ਹੈ। ਖਾਸ ਕਰਕੇ ਮੇਰੇ ਦੋਸਤਾਂ ਨੇ ਹੁਣੇ ਕਿਹਾ ਵੀ ਇਹ ਜਿਹੜੇ ਮਨੋਰਿਟੀਜ਼ ਨੇ, ਘੱਟ ਗਿਣਤੀ ਨੇ, ਉਹਨਾਂ ਦੇ ਖਿਲਾਫ ਤਾਂ ਫੈਸਲਾ ਉਹਨਾਂ ਨੂੰ ਦੇਣ ਦਾ ਕੋਈ ਦੇਰ ਹੀ ਨਹੀਂ ਲੱਗਦੀ। ਆਪਾਂ ਜਿਸ ਤਰ੍ਹਾਂ ਦੱਸਿਆ ਗਿਆ ਹੈ ਵਾਹਵਾ ਇਸ ਕੇਸ ਨੇ ਜਿਹੜਾ ਨਵਾਂਸ਼ਹਿਰ ਵਾਲਾ ਵਾਦ ਵਿਵਾਦ ਪੈਦਾ ਕੀਤਾ ਹੈ ਔਰ ਹੋਣਾ ਵੀ ਚਾਹੀਦਾ ਸੀ। ਇਹਦੇ 'ਚ ਇੱਕ ਗੱਲ ਹੋਰ ਬੜੀ ਖਾਸੀਅਤ ਵਾਲੀ ਹੈ ਜਿਹੜੀ ਬਹੁਤੇ ਸੱਜਣਾਂ ਦੇ ਨੋਟਿਸ 'ਚ ਹੋਏਗੀ ਵੀ ਜਦੋਂ ਕੇਸ ਅਜੇ ਚੱਲਣ ਦੇ ਵੱਲ ਜਾ ਰਿਹਾ ਸੀ ਇਹਨਾਂ ਤਿੰਨਾਂ ਸੱਜਣਾਂ ਨੇ ਹਾਈਕੋਰਟ 'ਚ ਜ਼ਮਾਨਤ ਦੀ ਦਰਖਾਸਤ ਦਿੱਤੀ ਵੀ ਸਾਡੀ ਜ਼ਮਾਨਤ ਹੋ ਜਾਣੀ ਚਾਹੀਦੀ ਆ। ਉਹ ਜਿਸ ਜੱਜ ਕੋਲ ਲੱਗੀ ਉਹਨ ਜ਼ਮਾਨਤ ਕੀ ਕਰਨੀ ਸੀ, ਉਹਨੇ ਉਸੇ ਫੈਸਲੇ ਦੇ ਵਿੱਚ ਲਿਖ ਦਿੱਤਾ ਵੀ ਜਿਹੜਾ ਇਹਨਾਂ ਦੇ ਖਿਲਾਫ ਗਵਾਹੀ ਹੈਗੀ ਉਹਦੇ 'ਤੇ ਇਹਨਾਂ 'ਤੇ ਦੇਸ਼ ਧਰੋਹੀ ਦਾ ਕੇਸ ਬਣਦਾ ਹੈ ਔਰ ਨਾਲ ਇਹ ਹੁਕਮ ਪਾਸ ਕਰ ਦਿੱਤਾ ਵੀ ਥੱਲੇ ਦੀ ਅਦਾਲਤ ਨੂੰ ਇਹਨਾਂ 'ਤੇ ਦੇਸ਼ ਧਰੋਹੀ ਦਾ ਜਿਹੜਾ ਹੈ ਇਹ ਚਾਰਜ ਲਾ ਕੇ ਇਹਨਾਂ ਦਾ ਟ੍ਰਾਇਲ ਹੋਣਾ। ਇਹ ਇਤਿਹਾਸਿਕ ਤੌਰ 'ਤੇ ਪਹਿਲਾ ਹੀ ਕੇਸ ਹੈ ਜਿਹਦੇ ਵਿੱਚ ਜ਼ਮਾਨਤ ਦੇ ਵਿੱਚ ਇੱਕ ਹਾਈਕੋਰਟ ਨੇ ਆਰਡਰ ਕਰ ਦਿੱਤਾ ਹੋਇਆ ਆਪਣੀ ਸਬੋਰਡੀਨੇਟ ਜੱਜ ਨੂੰ ਵੀ ਇਹਨਾਂ 'ਤੇ ਦੇਸ਼ ਧਰੋਹੀ ਦਾ ਵੀ ਚਾਰਜ ਫਰੇਮ ਕਰ ਦਿਓ। ਸਰਕਾਰ ਨੇ ਚਾਹੇ ਪੁਲਿਸ ਨੇ ਦੇਸ਼ ਧਰੋਹੀ ਦਾ ਚਲਾਨ ਨਹੀਂ ਸੀ ਦਿੱਤਾ ਇਸ ਕੇਸ 'ਚ। ਇਹਦਾ ਮਤਲਬ ਹਾਈ ਕੋਰਟ ਦਾ ਇੱਕ ਜੱਜ ਇੰਨਾ ਪ੍ਰੈਜੂਡਿਸ ਸੀ ਉਹਨਾਂ ਬੱਚਿਆਂ ਦੇ ਖਿਲਾਫ। ਕਿਉਂ ਪ੍ਰੈਜੂਡਿਸ ਸੀ? ਉਹ ਸਿੱਖਾਂ ਦੇ ਬੱਚੇ ਸੀ ਵੀ ਉਹਨੇ ਉੱਥੋਂ ਹੀ ਹੁਕਮ ਕਰ ਦਿੱਤਾ ਵੀ ਇਹਨਾਂ ਨੂੰ ਜਿਹੜਾ ਟ੍ਰਾਇਲ ਕਰ ਦਿੱਤਾ ਜਾਵੇ
ਦੇਸ਼ ਧਰੋਈ ਦੇ ਵਿੱਚ ਇੱਕ ਸਬੋਰਡੀਨੇਟ ਜੱਜ ਨੂੰ ਜਦੋਂ ਹਾਈ ਕੋਰਟ ਦੇ ਜੱਜ ਨੇ ਇਹ ਫੈਸਲਾ ਦੇ ਕੇ ਕਰ ਦਿੱਤਾ ਹੋਏ, ਮੇਰੇ ਖਿਆਲ ਉਹਦੇ ਲਈ ਵੀ ਕੋਈ ਗੁੰਜਾਇਸ਼ ਨਹੀਂ ਸੀ ਰਹਿ ਜਾਂਦੀ ਵੀ ਉਹਨਾਂ ਨੂੰ ਬਰੀ ਕਰ ਦਿੰਦਾ। ਹਾਲਾਂਕਿ ਉਹਦੇ 'ਤੇ ਪਾਬੰਦੀ ਨਹੀਂ ਸੀ ਕਿਉਂਕਿ ਇਹਨੂੰ ਇੰਟਰਮ ਆਰਡਰ ਅਸੀਂ ਕਹਿੰਦੇ ਹਾਂ, ਇਹਦਾ ਕੇਸ ਦੇ ਮੈਰਿਟ 'ਤੇ ਕੋਈ ਫਰਕ ਨਹੀਂ ਪੈਂਦਾ। ਸੋ ਇਸ ਜੁਡੀਸ਼ੀਅਲ ਸਿਸਟਮ ਦੇ ਵਿੱਚ ਬੜੀਆਂ ਖਾਮੀਆਂ ਨੇ ਕਿ ਜਿਹੜਾ ਸਾਡੇ ਮੁਲਕ ਦੇ ਵਿੱਚ ਠੀਕ ਤਰਜਮਾਨੀ ਨਹੀਂ ਕਰ ਰਿਹਾ ਅਤੇ ਆਉਣ ਵਾਲਾ ਸਮਾਂ ਜਿਹੜਾ ਇਸ ਤੋਂ ਵੀ ਭਿਆਨਕ ਜਾਪਦਾ, ਜਿਸ ਤਰ੍ਹਾਂ ਮਨੋਰਿਟੀਜ਼ ਨੂੰ ਕੁਚਲਿਆ ਜਾ ਰਿਹਾ। ਮੇਰੀ ਬੇਨਤੀ ਇੱਕ ਹੈ, ਛੋਟਾ ਜਿਹਾ ਇਲਾਜ ਮੈਂ ਤੁਹਾਨੂੰ ਦੱਸਦਾ ਹੈ। ਮੇਰੇ ਖਿਆਲ ਜਿਹੜੇ ਮਤੇ ਸੈਕਟਰੀ ਸਾਹਿਬ ਨੇ ਪਾਏ, ਜੇ ਉਹਨਾਂ ਦੇ ਵਿੱਚ ਇੱਕ ਗੱਲ ਕਰ ਦਈਏ ਔਰ ਇੱਕ ਗੱਲ ਕਰਨ ਤੋਂ ਬਾਅਦ ਜਿਹੜੇ ਇੱਥੇ ਨੁਮਾਇੰਦੇ ਆਏ ਨੇ ਉਹ ਇੱਥੇ ਬੈਠ ਜਾਣ, ਸੋਸ਼ਲ ਮੀਡੀਆ ਦੇ ਵਿੱਚ ਦੋ ਗੱਲਾਂ ਕਹੀਏ। ਹਾਈ ਕੋਰਟ ਦੇ ਜੱਜ ਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ, ਬਹੁਤ ਔਖਾ ਹੈ। ਹਾਂ, ਇੱਕ ਗੱਲ ਕਹੀ ਜਾ ਸਕਦੀ ਹੈ, ਚੀਫ ਜਸਟਿਸ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ, ਵੀ ਇਸ ਦੇ ਕੋਲੋਂ ਕੰਮ ਵਾਪਸ ਲਿਆ ਜਾਵੇ, ਉਹਦੇ ਕੋਲ ਕੰਮ ਖੋਲਿਆ ਜਾਵੇ, ਉਹਨੂੰ ਕੋਈ ਕੰਮ ਨਾ ਦਿੱਤਾ ਜਾਵੇ, ਤਾਂ ਕਿ ਉਹਨੂੰ ਇਹ ਪਤਾ ਲੱਗੇ ਵੀ ਜੇ ਉਹਨੇ ਨਫ਼ਰਤ ਕੀਤੀ, ਐਡਾ ਵੱਡਾ ਘਟੀਆ ਫੈਸਲਾ ਦਿੱਤਾ ਹੈ, ਉਹਦੀ ਇੰਨੀ ਸਜ਼ਾ ਬੜੀ ਹੈ ਕਿ ਉਹਦੇ ਕੋਲ ਕੇਸ ਵਾਪਸ ਲੈ ਜਾਣ, ਉਹਨੂੰ ਸਵੇਰ ਤੋਂ ਸ਼ਾਮ ਤੱਕ ਵਿਹਲਾ ਬੈਠਾ ਰਹੇ ਬੈਠਾ ਰਹੇ, ਇਹ ਉਹਦੇ ਲਈ ਬੜੀ ਵੱਡੀ ਨਮੋਸ਼ੀ ਦੀ ਗੱਲ ਹੋਏਗੀ। ਨੰਬਰ ਦੋ, ਆਪਾਂ ਇਹ ਮੁਜ਼ਾਹਰੇ ਕਰਨੇ ਮੇਰੇ ਖਿਆਲ ਸਾਨੂੰ ਬਹੁਤ ਮਹਿੰਗੇ ਪੈਂਦੇ ਨੇ। ਸਾਰਾ ਪੰਜਾਬ ਮੁਜ਼ਾਹਰੇ ਕਰਦਾ ਕਰਦਾ ਹਿੱਲਿਆ ਪਿਆ ਹੈ, ਪਤਾ ਨਹੀਂ ਕਦੋਂ ਕਿ ਗੱਲ ਸਾਡੇ ਤੋਂ ਬਦਕਿਸਮਤੀ ਮੁੱਕਣੀ ਹੈ। ਜਿਸ ਤਰ੍ਹਾਂ ਹੁਣੇ ਗੱਲ ਕੀਤੀ ਸੀ, ਬਰਗਾੜੀ ਮੋਰਚਾ ਲੱਗਿਆ, ਪਹਿਲੇ ਵੀ ਜਿਹੜਾ ਸੀ ਜਿਹੜੇ 25-25 ਸਾਲ 20-20 ਸਾਲ ਸਿੱਖਾਂ ਦੇ ਬੱਚੇ ਆਪਣੀ ਕੈਦ ਪੂਰੀ ਕਰ ਚੁੱਕੇ ਨੇ, ਉਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ। ਹਾਲਾਂਕਿ ਬਾਕੀ ਸਾਰੇ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੇਸ ਨਹੀਂ ਮਿਲਦਾ। ਇਹ ਬਦਕਿਸਮਤੀ ਆ ਕਿਉਂਕਿ ਉਹਨਾਂ ਦੇ ਪ੍ਰਤੀ ਜਿਹੜਾ ਨਫ਼ਰਤ ਹੈ, ਇੱਕ ਜਗਤਾਰ ਸਿੰਘ ਵਾਰਾ ਨਾਂ ਦਾ ਸੱਜਣ ਹੈ, ਉਹਦੇ ਖਿਲਾਫ 36 ਕੇਸ ਬਣਾਏ ਗਏ, 36 ਦੇ 36 ਫੇਲ ਹੋ ਗਏ। ਲੇਕਿਨ ਫੇਲ ਕਿੱਦਾਂ ਹੁੰਦੇ ਨੇ ਵੀ ਇੱਕ ਕੇਸ ਉਹਦਾ ਕੱਢ ਲੈਂਦੇ ਨੇ, ਉਹਦੇ 'ਚ ਉਹਨੂੰ ਪੇਸ਼ ਕਰਕੇ 5-3-4 ਸਾਲ ਚਲਾ ਲੈਂਦੇ ਨੇ, ਉਹ ਫੇਲ ਹੁੰਦਾ ਫਿਰ ਦੂਜਾ ਚਲਾ ਲੈਂਦੇ ਨੇ, ਦੂਜਾ ਫੇਲ ਹੁੰਦਾ ਤੀਜਾ ਚਲਾ ਲੈਂਦੇ ਨੇ, ਮਤਲਬ ਉਹਦੇ 36 ਕੇਸਾਂ 'ਚ ਤੁਸੀਂ ਆਪ ਹੀ ਕਿਆਫਾ ਲਾ ਲਓ ਵੀ ਕਿੰਨੇ ਚਿਰਾਂ ਬਾਅਦ ਉਹਨੂੰ ਇਨਸਾਫ ਮਿਲੇਗਾ। ਇਹ ਗੱਲ ਅਸੀਂ ਨਹੀਂ ਕਹਿੰਦੇ ਵੀ ਉਹਦੇ ਖਿਲਾਫ਼ ਕੇਸ ਨਾ ਚਲਾਏ ਜਾਣ, ਜੇ ਸੱਚੇ ਚਲਾ ਲੈਣ ਅਤੇ ਜੇ ਝੂਠੇ ਕੇਸ ਦੇ ਨਾਲ ਇੱਕ ਆਦਮੀ ਨੂੰ ਤੁਸੀਂ ਸਾਲਾਂ ਬੱਧੀ ਨਹੀਂ ਉਮਰ ਬੱਧੀ ਅੰਦਰ ਰੱਖਣਾ, ਇਸ ਤੋਂ ਵੱਡੀ ਬੇਇਨਸਾਫ਼ੀ ਕੀ ਹੋ ਸਕਦੀ ਹੈ। ਜਿਸ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਸੀ, ਹਾਈ ਕੋਰਟ ਦੇ ਜੱਜ ਦੀ ਇਹ ਜਿਹੜਾ ਸਾਡੇ ਲਈ ਮਤਾ ਪਾਸ ਕਰ ਦੇਣਾ, ਇਹਦੀ ਕੰਟੈਂਪਟ ਨਹੀਂ ਹੋ ਸਕਦੀ ਕਿਉਂਕਿ ਉਹਨੇ ਗਲਤ ਕੀਤੀ ਆ, ਉਹਨੂੰ ਗਲਤੀ ਮਹਿਸੂਸ ਕਰਨ ਦੀ ਗੱਲ ਕੀਤੀ ਜਾਵੇ। ਦੂਜਾ ਜਿਹੜਾ ਅਡੀਸ਼ਨਲ ਸੈਸ਼ਨ ਜੱਜ ਨੇ ਜਿਹਨੇ ਫੈਸਲਾ ਕੀਤਾ ਹੈ, ਉਹਨੂੰ ਆਪਾਂ ਡਿਸਮਿਸ ਕਰਨ ਦੀ ਜਿਹੜੀ ਹੈ ਗੱਲ ਕਹੀਏ, ਹਾਈ ਕੋਰਟ ਨੂੰ ਕਹੀਏ ਵੀ ਇਹਨੂੰ ਡਿਸਮਿਸ ਕਰ ਦਿੱਤਾ ਜਾਵੇ। ਇਹ ਨਫ਼ਰਤ ਭਰਿਆ ਉਹਦਾ ਫੈਸਲਾ ਹੈ, ਨਫ਼ਰਤ ਦੇ ਕਰਕੇ ਉਹ ਜੁਡੀਸ਼ੀਅਲ ਸਿਸਟਮ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ। ਮੇਰੇ ਖਿਆਲ ਇਹ ਬੈਠੇ ਆ ਸਾਡੇ ਦੋ ਗੱਲ, ਜਿਦੋਂ ਕਿਸੇ ਨੂੰ ਮੋਰਲੀ ਅਸੀਂ ਮਾਰ ਦਈਏ ਨਾ, ਉਹਦਾ ਜੂਣਾ ਉੱਦਾਂ ਹੀ ਮਰ ਜਾਂਦਾ। ਇਹ ਗੱਲਾਂ ਜਿਹੜੀਆਂ ਦੋਨੋਂ ਹੈ ਇਹ ਵਾਜਬ ਨੇ। ਇਹਦੇ ਵਿੱਚ ਇਸ ਨੂੰ ਸਿਰੇ ਚੜਾਉਣ ਲਈ ਜਿੰਨੇ ਜਥੇਬੰਦੀਆਂ ਦੇ ਲੋਕ ਆਏ ਨੇ ਇੱਥੇ ਬੈਠ ਜਾਣ, ਉਹ ਸੋਸ਼ਲ ਮੀਡੀਆ 'ਤੇ ਅੱਜ ਬਿਆਨ ਦੇ ਦੇਣ ਵੀ ਇਹਨਾਂ ਨੂੰ ਇੱਕ ਸੈਸ਼ਨ ਜਾਂ ਜਿਹੜਾ ਅਡੀਸ਼ਨਲ ਉਹਨੂੰ ਡਿਸਮਿਸ ਕਰ ਦਿੱਤਾ ਜਾਵੇ, ਹਾਈ ਕੋਰਟ ਦੇ ਜੱਜ ਦੇ ਕੋਲੋਂ ਕੰਮ ਵਾਪਸ ਲੈ ਲਿਆ ਜਾਵੇ। ਤੀਜੀ ਗੱਲ ਇਹ ਹੈ, ਅਸੀਂ ਸਾਰੇ ਲੋਕਾਂ ਨੂੰ ਇਹ ਪੈਗਾਮ ਦਈਏ ਵੀ ਇਹਨਾਂ ਦੋਨਾਂ ਜੱਜਾਂ ਨੂੰ ਤੁਸੀਂ ਵਿਸ਼ ਨਹੀਂ ਕਰਨੀ। ਜਦੋਂ ਜਾਂਦੇ ਅਸੀਂ ਅਦਾਲਤ 'ਚ, ਅਸੀਂ ਕੁਰਸੀ ਨੂੰ ਜਾ ਕੇ ਇਹ ਰਿਸਪੈਕਟ ਦਿੰਦੇ ਹਾਂ, ਆਦਰ ਦਿੰਦੇ ਹਾਂ ਵੀ ਜੱਜ ਬਹੁਤ ਅੱਛਾ ਹੈ, ਇਹਨੇ ਸਾਨੂੰ ਇਨਸਾਫ਼ ਦੇਣਾ ਹੈ। ਇਨਸਾਫ਼ ਤਾਂ ਰੱਬ ਤੋਂ ਥੋੜ੍ਹਾ ਜਿਹਾ ਹੀ ਛੋਟਾ ਹੈ। ਹਾਈ ਕੋਰਟ ਦੇ ਜੱਜਾਂ ਨੂੰ ਮਾਈ ਲਾਰਡ ਕਹਿੰਦੇ ਨੇ, ਮਾਈ ਲਾਰਡ ਦਾ ਮਤਲਬ ਹੈ ਪਰਮਾਤਮਾ। ਜੇ ਪਰਮਾਤਮਾ ਦਾ ਨਾਂ ਵਰਤ ਕੇ ਏਡਾ ਵੱਡਾ ਘਟੀਆ ਇਨਸਾਫ਼ ਹੋ ਰਿਹਾ ਹੈ ਤਾਂ ਇਹਦੇ ਲਈ ਦੋ ਗੱਲਾਂ ਕਰਨੀਆਂ ਸਾਡੀਆਂ। ਅਸੀਂ ਇਹ ਕਹਿਣਾ ਕਿ ਇਹਨਾਂ ਨੂੰ ਕੋਈ ਵਿਸ਼ ਨਾ ਕਰੇ, ਸਮਾਜੀ ਤੌਰ 'ਤੇ, ਦੁਨਿਆਵੀ ਤੌਰ 'ਤੇ। ਮੇਰੇ ਖਿਆਲ ਦੋਨਾਂ ਜੱਜਾਂ ਦੀ ਦੁਨਿਆਵੀ ਤੌਰ 'ਤੇ ਅੱਜ ਤੋਂ ਬਾਅਦ ਮੌਤ ਹੋ ਜਾਏਗੀ। ਆਪਾਂ ਇੰਨੇ ਵੱਡੇ ਨਾ ਪ੍ਰਬੰਧ ਕਰੀਏ, ਨਾ ਇੰਨੀਆਂ ਬੈਠਕਾਂ ਕਰੀਏ, ਸਾਨੂੰ ਬਹੁਤ ਮਹਿੰਗੀਆਂ ਪੈਂਦੀਆਂ ਨੇ। ਸਾਰੀ ਸਾਰੀ ਦਿਹਾੜੀ ਲੋਕ ਅੰਮ੍ਰਿਤਸਰ ਤੋਂ ਟਰੈਵਲ ਕਰਕੇ ਇੱਥੇ ਆਉਂਦੇ ਨੇ, ਫਿਰ ਵਾਪਸ ਜਾਂਦੇ ਨੇ, ਗੱਡੀਆਂ ਵਰਤਦੇ ਨੇ, ਪੈਟਰੋਲ ਜਾਇਆ ਜਾਂਦਾ ਹੈ, ਉਹਨਾਂ ਦੇ ਆਪਣੇ ਘਰ ਦੇ ਜਿਹੜੇ ਮਸਲੇ ਨੇ ਬੜੇ ਉਲਝੇ ਪਏ ਨੇ। ਸੋ ਇਸ ਨੂੰ ਮਾਮਲੇ ਨੂੰ ਇਸ ਗੱਲ ਦੀ ਪ੍ਰਵਾਨਗੀ ਦਿਓ ਵੀ ਆਪਾਂ ਇਹ ਜਿਹੜੀਆਂ ਦੋਨਾਂ ਜੱਜਾਂ ਦੇ ਖਿਲਾਫ਼, ਇਹ ਵਾਜਬ ਵੀ ਆ
ਕਾਨੂੰਨੀ ਮੈਂ ਇਹ ਤਾਂ ਮੇਰੀ ਮਰਜ਼ੀ ਹੈ ਮੈਂ ਅਦਾਲਤ ਹਾਜ਼ਰ ਹੁੰਦਾ ਮੈਂ ਨਹੀਂ ਜੱਜ ਨੂੰ ਪੇਸ਼ ਕਰਦਾ ਇਹ ਕਿੱਥੇ ਲਿਖਿਆ ਮੇਰੇ 'ਤੇ ਪਾਬੰਦੀ ਹੈ ਵੀ ਮੈਂ ਉਹਨੂੰ ਮਾਈ ਲੋਰਡ ਜ਼ਰੂਰ ਕਹਾਂ ਮੇਰੇ 'ਤੇ ਕੋਈ ਪਾਬੰਦੀ ਨਹੀਂ ਇਹ ਅਸੀਂ ਉਹਨੂੰ ਇਸ ਕਰਕੇ ਰਿਸਪੈਕਟ ਦਿੰਦੇ ਹਾਂ ਵੀ ਤੂੰ ਵੀ ਸਾਡੇ ਨਾਲ ਇਨਸਾਫ ਕਰੀ ਤੂੰ ਇਨਸਾਫ ਸਾਡੇ ਨਾਲ ਕਰਨਾ ਹੈ ਅਤੇ ਜੇ ਇਨਸਾਫ ਦੀ ਕੋਈ ਦੂਰ ਦੀ ਵੀ ਗੱਲ ਨਹੀਂ ਇਹਦੇ ਲਈ ਚੀਫ ਜਸਟਿਸ ਨੂੰ ਖੁਦ ਹੀ ਕਿਉਂ ਨਹੀਂ ਸੋ ਮੋਟੋ ਉਹਨੂੰ ਨੋਟਿਸ ਲੈ ਲਿਆ ਸਾਰੇ ਪੰਜਾਬ ਦੇ ਵਿੱਚ ਅੱਗ ਲੱਗੀ ਹੈ ਵੀ ਤਿੰਨਾਂ ਆਦਮੀਆਂ ਨੂੰ ਗਲਤ ਫੈਸਲਾ ਕਰਕੇ ਸਜ਼ਾ ਦੇਤੀ ਹੈ ਉਹਨੇ ਆਪਣੇ ਆਪ ਕਿਉਂ ਨਹੀਂ ਇਹਦਾ ਲੈ ਲਿਆ ਨੋਟਿਸ ਆਪਾਂ ਸਾਡੇ ਪ੍ਰੋਸੀਜਰ ਕੀ ਹੈ ਸਾਡਾ ਇੱਕ ਫੈਸਲਾ ਜਿਹੜਾ ਹੈ ਗਲਤ ਹੋਵੇ ਠੀਕ ਹੈ ਉਹ ਫਾਈਲਾਂ ਦੇ ਵਿੱਚ ਰੁਲਦਾ ਰੁਲਦਾ ਸਾਲਾਂ ਵਧੀ ਲੰਘ ਜਾਂਦਾ ਉਹਦੇ 'ਤੇ ਮੋਹਰ ਲਾਉਣੀ ਗਲਤ 'ਚ ਹੈ ਠੀਕ ਆ ਉਹਨੇ ਚਿਰ ਨੂੰ ਸ਼ਾਇਦ ਉਹਨਾਂ ਲੋਕਾਂ ਦੀ ਅੱਧੀ ਸਜ਼ਾ ਪੂਰੀ ਹੋ ਜਾਣੀ ਹੈ ਜੇ ਜ਼ਮਾਨਤ ਨਹੀਂ ਮਿਲਦੀ ਸੋ ਮੇਰੀ ਬੇਨਤੀ ਹੈ ਇਹਨਾਂ ਦੋ ਤਿੰਨਾਂ ਜਿਹੜੀਆਂ ਮੈਂ ਬੇਨਤੀਆਂ ਕੀਤੀਆਂ ਇਹਨਾਂ 'ਤੇ ਵਿਚਾਰ ਕੀਤਾ ਜਾਏ ਇਹਦੇ ਨਾਲ ਕੋਈ ਗੈਰ ਕਾਨੂੰਨੀ ਵੀ ਨਹੀਂ ਇਹਦੇ ਨਾਲ ਸਾਡੇ 'ਤੇ ਕੋਈ ਕੰਟੈਂਪਟ ਵੀ ਨਹੀਂ ਬਣਦੀ ਇਹਦੇ ਨਾਲ ਸਾਡਾ ਜਿਹੜਾ ਹੈ ਸੋਸ਼ਲ ਸਿਸਟਮ ਦੇ ਵਿੱਚ ਸਾਡੀ ਰਿਜੈਂਟਮੈਂਟ ਜਿਹੜੀ ਹੈ ਇਹ ਸਮਾਜ ਦੇ ਵਿੱਚ ਆ ਜਾਣੀ ਚਾਹੀਦੀ ਹੈ ਤਾਂ ਕਿ ਉਹ ਜਿਹੜੇ ਲੋਕ ਬੈਠੇ ਨੇ ਜੁਡੀਸ਼ਲ ਸਿਸਟਮ 'ਚ ਜਿਨ੍ਹਾਂ ਨੇ ਕੀਤਾ ਉਹਨਾਂ ਦੀ ਮੋਰਲ ਡੈਥ ਹੋਵੇ ਅੱਗੇ ਤੋਂ ਲੋਕਾਂ 'ਤੇ ਜਿਹੜੇ ਜੱਜ ਹੈ ਇਸ ਤਰ੍ਹਾਂ ਦੇ ਨਫ਼ਰਤ ਭਰੇ ਫੈਸਲੇ ਕਰਦੇ ਨੇ ਉਹਨਾਂ 'ਤੇ ਇੱਕ ਲਗਾਮ ਪਵੇ ਵੀ ਉਹਨਾਂ ਲੋਕਾਂ ਨੇ ਇਹ ਕੀਤੀ ਸੀ ਅਤੇ ਉਹਨਾਂ ਦੀ ਇਹ ਬੁਰੀ ਹਾਲ ਹੋਈ ਸਮਾਜੀ ਤੌਰ 'ਤੇ ਅਸੀਂ ਨਾ ਕਰੀਏ ਸੋ ਬਹੁਤ ਬਹੁਤ ਮਿਹਰਬਾਨੀ ਮੇਰਾ ਸਿਰ ਝੁਕਦਾ ਉਹਨਾਂ ਲੋਕਾਂ ਦੇ ਅੱਗੇ ਜਿਹੜੇ ਮਨੁੱਖੀ ਹੱਕਾਂ ਦੀ ਗੱਲ ਕਰਦੇ ਨੇ ਅਸੀਂ ਵੇਖਿਆ ਪਿਛਲੇ 50 ਸਾਲ ਦੀ ਵਕੀਲੀ ਦੇ ਵਿੱਚ ਬੜੇ ਲੋਕਾਂ ਦੇ ਦੁੱਖ ਸਹਿੰਦਿਆਂ ਅਸੀਂ ਦੇਖਿਆ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਕਰਦੇ ਆਪ ਹੀ ਅੱਤਵਾਦੀ ਬਣ ਗਏ ਸਾਨੂੰ ਜਿੱਥੇ ਜਾਂਦੇ ਨੇ ਅਦਾਲਤਾਂ 'ਚ ਚਾਹੇ ਗੌਰਮੈਂਟ ਦੇ ਸਿਸਟਮ 'ਚ ਚਾਹੇ ਕੋਈ ਲੁਕਾਈ ਦੇ ਵਿੱਚ ਸਾਨੂੰ ਇਹ ਗੱਲ ਕਹਿੰਦੇ ਵੀ ਅੱਤਵਾਦੀ ਨੇ ਕੀ ਚੱਲੇਗਾ ਇਲਜ਼ਾਮ ਕਿਸ ਤਰ੍ਹਾਂ ਇਹ ਸਰਕਾਰਾਂ ਚੱਲ ਜਾਣਗੀਆਂ ਆਪਣੇ ਕਾਨੂੰਨ ਨੂੰ ਅਸੀਂ ਉਹਨਾਂ ਨੂੰ ਦੱਸਦੇ ਵੀ ਤੁਹਾਡਾ ਕਾਨੂੰਨ ਗਲਤ ਹੈ ਤੁਸੀਂ ਗਲਤ ਕਾਨੂੰਨ ਦੀ ਇਸਤੇਮਾਲ ਕਰ ਰਹੇ ਹਾਂ ਜੇ ਮੈਂ ਦੱਸਦਾ ਤਾਂ ਮੈਂ ਅੱਤਵਾਦੀ ਬਣ ਗਿਆ ਕਿਹੜਾ ਕਾਨੂੰਨ ਚੱਲ ਜਾਏਗਾ ਸੋ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਮੈਂ ਪ੍ਰਵਾਦੀ ਹਾਂ ਚਹਿਲ ਸਾਹਿਬ ਦਾ ਉਹਨਾਂ ਨੇ ਸਾਡੇ ਨਾਲ ਕਾਫੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਜਿਹੜੀਆਂ ਨਵੀਆਂ ਵੀ ਨੇ ਅਤੇ ਮੈਂ ਸਾਡੇ ਜਿਹੜੇ ਵੀ ਸੱਜਣ ਡਰਾਫਟਿੰਗ ਕਰਦੇ ਨੇ ਬਿਆਨਾਂ ਦੀ ਅਤੇ ਮਤਿਆਂ ਦੀ ਉਹਨਾਂ ਨੂੰ ਕਹੂੰਗਾ ਕਿ ਉਹ ਲਾਜ਼ਮੀ ਇਹਨਾਂ ਵੱਲੋਂ ਉਠਾਏ ਮੁੱਦਿਆਂ ਨੂੰ ਉਹਦੇ 'ਚ ਜੋੜ ਲੈਣ ਅਸੀਂ ਕਨਵੈਨਸ਼ਨ ਵੱਲੋਂ ਇਹਨਾਂ ਨੂੰ ਪ੍ਰਵਾਨਗੀ ਦੇਵਾਂਗੇ ਹੁਣ ਕੁਛ ਬੁਲਾਰੇ ਬਾਕੀ ਨੇ ਉਸ ਤੋਂ ਬਾਅਦ ਲੰਗਰ ਵੀ ਵਰਤਾਇਆ ਜਾਣਾ ਅਤੇ ਮੈਂ ਕਹੂੰਗਾ ਵੀ ਸੰਖੇਪ ਦੇ ਵਿੱਚ ਰਹਿ ਗਈਆਂ ਗੱਲਾਂ ਨੂੰ ਸਾਂਝਾ ਕੀਤਾ ਜਾਵੇ ਡਾਕਟਰ ਜਗਜੀਤ ਸਿੰਘ ਚੀਮਾ ਪੰਜਾਬ ਮੰਚ ਦੇ ਆਗੂ ਅਤੇ ਉਹਨਾਂ ਤੋਂ ਬਾਅਦ ਇਸ ਇੰਸਟੀਟਿਊਸ਼ਨ ਦੇ ਸਪੋਕਸਮੈਨ ਜਿਹੜਾ ਇੰਸਟੀਟਿਊਸ਼ਨ ਆਫ ਸਿੱਖ ਸਟੱਡੀਜ਼ ਹੈ ਗੁਰਪ੍ਰੀਤ ਸਿੰਘ ਜਿਹੜੇ ਦੇ ਪ੍ਰੈਜੀਡੈਂਟ ਨੇ ਸਰਦਾਰ ਗੁਰਪ੍ਰੀਤ ਸਿੰਘ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਡਾਕਟਰ ਚੀਮਾ ਜੀ ਹਾਜ਼ਰੀਨ ਆਵਾਜ਼ ਨੂੰ ਦਬਾਉਣਾ ਬੋਲਣ ਦੀ ਆਜ਼ਾਦੀ ਨੂੰ ਖਤਮ ਕਰਨਾ ਵਿਚਾਰਾਂ ਦੇ ਪ੍ਰਗਟਾਅ ਨੂੰ ਖਤਮ ਕਰਨਾ ਜਦ ਤੋਂ ਭਾਰਤੀ ਗਣਰਾਜ 1947 'ਚ ਹੋਂਦ ਵਿੱਚ ਆਇਆ ਇਹ ਲਗਾਤਾਰ ਇਹ ਸਿਲਸਿਲਾ ਚਲਾਉਂਦਾ ਆ ਰਿਹਾ ਹੈ ਕਾਲੇ ਕਾਨੂੰਨਾਂ ਦਾ ਵਿਰੋਧ ਮੈਂ ਸਮਝਦਾ ਵਾਂ ਕਿ ਦਹਾਕਿਆਂ ਤੋਂ ਲੋਕ ਕਰਦੇ ਆ ਰਹੇ ਹੈ ਚਾਹੇ ਉਹ ਕੌਮੀ ਸੁਰੱਖਿਆ ਐਕਟ ਸੀ ਚਾਹੇ ਬਾਅਦ ਵਿੱਚ ਡਿਸਟਰਬ ਏਰੀਆ ਐਕਟ ਸੀ ਗੜਬੜ ਵਾਲਾ ਇਲਾਕਾ ਕਰਾਰ ਦੇਣਾ ਔਰ ਹੋਰ ਅੱਜ ਕੱਲ੍ਹ AFSA ਚੱਲਦਾ ਪਿਆ ਸੋ ਉਹ ਕਾਨੂੰਨ ਤੋਂ ਇਲਾਵਾ ਐਮਰਜੈਂਸੀ ਇੱਕ ਬਹੁਤ ਵੱਡੀ ਭਾਰਤੀ ਗਣਰਾਜ ਦੀ ਕੋਸ਼ਿਸ਼ ਸੀ ਕਿ ਆਵਾਜ਼ ਨੂੰ ਦਬਾਇਆ ਜਾਵੇ ਬੜੀ ਉੱਗੀ ਮਿਸਾਲ ਸੀ ਔਰ ਫੇਲ ਹੋਈ ਪੰਜਾਬ ਵਿੱਚ ਸਾਕਾ ਨੀਲਾ ਤਾਰਾ ਇਹ ਦੂਜੀ ਔਰ ਬੜੀ ਜ਼ਬਰਦਸਤ ਕੋਸ਼ਿਸ਼ ਹੋਈ ਜਿਹੜੀ ਬੜੀ ਇਫੈਕਟਿਵ ਹੋਈ ਜਿਹਨੇ ਇਕੱਲੇ ਪੰਜਾਬ ਦੇ ਲੋਕਾਂ ਦਾ ਨਹੀਂ ਪੂਰੇ ਹਿੰਦੁਸਤਾਨ ਦਾ
ਆਵਾਜ਼ ਦਾ ਗਲਾ ਘੁੱਟ ਕੇ ਰੱਖ ਦਿੱਤਾ। ਮੁਕਾਬਲੇ ਨਕਸਲੀਆਂ ਦੇ ਵੀ ਹੋਏ, ਮੁਕਾਬਲੇ ਸਿੱਖ ਨੌਜਵਾਨਾਂ ਦੇ ਵੀ ਹੋਏ, ਕਤਲੇਆਮ ਹੋਏ। ਇਹ ਸਾਰੀਆਂ ਕੋਸ਼ਿਸ਼ਾਂ ਆਵਾਜ਼ ਨੂੰ ਦਬਾਉਣਾ, ਵਿਚਾਰਾਂ ਦੇ ਪ੍ਰਗਟਾ ਨੂੰ ਰੋਕਣਾ ਇਸ ਮਕਸਦ ਵਾਸਤੇ ਹੋਏ, ਔਰ ਉਹਨਾਂ ਦੇ ਵੱਖ ਵੱਖ ਸਿਆਸੀ ਕਾਰਨ ਰਹੇ। ਲੇਕਿਨ ਨਵਾਂ ਸ਼ਹਿਰ ਦੇ ਤਿੰਨ ਸਿੱਖ ਨੌਜਵਾਨਾਂ ਦੇ ਉੱਤੇ ਜੋ ਹੋਇਆ, ਕੇਵਲ ਸਾਹਿਤ ਜਾਂ ਕਿਤਾਬਾਂ ਰੱਖਣ 'ਤੇ, ਜੋ ਦੇਸ਼ ਵਿਰੁੱਧ ਜੰਗ ਦਾ ਤਾਰਾ ਇੰਡੀਅਨ ਪੀਨਲ ਕੋਡ ਦੀ 121 ਲਗਾ ਕੇ ਉਹਨਾਂ ਨੂੰ ਉਮਰ ਕੈਦ ਕੀਤੀ ਗਈ ਹੈ, ਇਹ ਵਿਚਾਰਾਂ ਦੀ ਪ੍ਰਗਟਾ ਦੀ ਆਜ਼ਾਦੀ ਦੇ ਉੱਤੇ ਇੱਕ ਨਿਵੇਕਲਾ ਹਮਲਾ, ਇੱਕ ਨਿਵੇਕਲੀ ਘਟਨਾ ਹੋਈ ਹੈ। ਅਤੇ ਮੈਂ ਸਮਝਦਾ ਕਿ ਇਹ ਜਿਹੜਾ ਅੱਜ ਦਾ ਇਕੱਠ ਹੈ, ਜਿਹਦੇ ਵਿੱਚ CPIM ਲਿਬਰੇਸ਼ਨ ਨੇ ਪਹਿਲਕਦਮੀ ਕੀਤੀ ਹੈ, ਇਹ ਵੀ ਇੱਕ ਨਿਵੇਕਲੀ ਘਟਨਾ ਹੈ ਕਿ ਇਹ ਇਸ ਦੇ ਵਿਰੋਧ ਦੇ ਵਿੱਚ ਆਇਆ। ਅਸੀਂ ਇਕੱਠੇ ਹੋਏ ਹਾਂ, ਜੋ ਪਹਿਲਾਂ ਨਹੀਂ ਕਦੀ ਹੋਇਆ। ਪਰ ਇੱਕ ਗੱਲ ਜ਼ਰੂਰ ਸਮਝਣ ਵਾਲੀ ਹੈ, ਡਿਟੇਲ 'ਚ ਕਾਫੀ ਡਿਸਕਸ ਹੋਇਆ ਇਸ ਦੇ ਮਾਮਲੇ ਦੇ ਵਿੱਚ, ਸੰਵਿਧਾਨ, ਭਾਰਤੀ ਸੰਵਿਧਾਨ ਦੀ ਧਾਰਾ 19(1) ਜਿਹੜੀ ਹੈ, ਉਹ ਸਾਨੂੰ ਬੋਲਣ ਦੀ ਆਜ਼ਾਦੀ ਦਿੰਦੀ ਹੈ। ਉਸ ਬੋਲਣ ਦੀ ਆਜ਼ਾਦੀ ਦੇ ਵਿੱਚ ਅਸੀਂ ਕੁਛ ਵੀ ਬੋਲ ਸਕਦੇ ਹਾਂ, ਆਪਣਾ ਜੋ ਵਿਚਾਰ ਹੈ ਉਹਨੂੰ ਪ੍ਰਗਟ ਕਰ ਸਕਦੇ ਹਾਂ। ਲੇਕਿਨ ਉਹਦੇ ਵਿੱਚ ਜਿਹੜਾ 19(2) ਹੈ, ਉਹ ਸੰਵਿਧਾਨ ਨੇ ਇੱਕ ਨਾਲ ਦੀ ਨਾਲ ਉਸ ਵਿਚਾਰਾਂ ਦੀ ਆਜ਼ਾਦੀ ਨੂੰ ਦਾਇਰੇ ਵਿੱਚ ਬੰਦ ਕਰਨ ਦਾ, ਉਹਦਾ ਗਲਾ ਘੁੱਟਣ ਦਾ ਸਿਲਸਿਲਾ ਕਰ ਦਿੱਤਾ ਹੈ। ਉਹ ਹੈ ਰੀਜ਼ਨੇਬਲ ਰਿਸਟ੍ਰਿਕਸ਼ਨਸ, ਕੁਛ ਜਾਇਜ਼ ਪਾਬੰਦੀਆਂ ਬੋਲਣ ਦੇ ਉੱਤੇ। ਇਸ ਦੇ ਨਾਂ ਹੇਠ ਰੀਜ਼ਨੇਬਲ ਰਿਸਟ੍ਰਿਕਸ਼ਨਸ ਜਿਹੜੀਆਂ ਲਗਾਈਆਂ ਗਈਆਂ ਨੇ, ਉਹਨਾਂ ਦੇ ਵਿੱਚ ਪੰਜ ਸੱਤ ਮੁੱਦਿਆਂ ਦੇ ਵਿੱਚ ਪਹਿਲਾ ਮੁੱਦਾ ਕੌਮੀ ਸੁਰੱਖਿਆ ਦਾ, ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ, ਕਿ ਅਗਰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਂ ਦੇ ਉੱਤੇ ਕੋਈ ਵੀ ਬੋਲ ਨਹੀਂ ਸਕਦਾ, ਕੋਈ ਵੀ ਕੁਛ ਕਹਿ ਨਹੀਂ ਸਕਦਾ, ਜੋ ਮਰਜ਼ੀ ਕੀਤਾ ਜਾ ਸਕਦਾ। ਸੋ ਧਾਰਾ 19(1) ਜੇ ਸੰਵਿਧਾਨ ਦੀ ਬੋਲਣ ਦੀ ਆਜ਼ਾਦੀ ਦਿੰਦੀ ਹੈ, ਤਾਂ ਧਾਰਾ 19(2) ਉਸੇ ਵੇਲੇ ਹੀ ਉਹ ਬੋਲਣ ਦੀ ਆਜ਼ਾਦੀ ਨੂੰ ਕੁਚਲਣ ਦਾ ਸਬੱਬ ਬਣਾ ਦਿੰਦੀ ਹੈ। ਇਹ ਗੱਲ ਸਮਝਣੀ ਪਏਗੀ। ਬਹੁਤ ਸੁਝਾਅ ਆਏ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ, ਬਹੁਤ ਨੀਵਾਂ ਹੋ ਕੇ ਬੇਨਤੀ ਕਰਨਾ ਚਾਹੁੰਦਾ ਵਾਂ, ਧਰਨੇ, ਮੁਜ਼ਾਹਰੇ, ਕਾਨਫਰੰਸਾਂ, ਸਾਰਾ ਕੁਛ, ਬਾਕੀ ਪ੍ਰੋਟੈਸਟ ਠੀਕ ਹੈ, ਜੱਜਾਂ ਦੇ ਖਿਲਾਫ ਸਾਰਾ ਪ੍ਰੋਟੈਸਟ ਠੀਕ ਹੈ, ਪਰ ਜਿੰਨਾ ਚਿਰ ਉਹਦਾ ਸਰੋਤ ਜਿਹੜਾ ਸੰਵਿਧਾਨ ਦੇ ਵਿੱਚ ਪਿਆ, ਧਾਰਾ 19(2), ਜਿਹੜੀ ਸਾਡੇ ਉੱਤੇ ਇੱਕ ਪਾਬੰਦੀਆਂ ਲਾ ਦਿੰਦੀ ਹੈ ਬੋਲਣ ਦੀ ਆਜ਼ਾਦੀ ਦੇ ਉੱਤੇ, ਦੇਰ ਸ਼ੁੱਡ ਬੀ ਅਨਫੈਟਰਡ ਫਰੀਡਮ ਆਫ ਸਪੀਚ, ਲੇਕਿਨ 19(2) ਉਹਦੇ 'ਤੇ ਜੰਜੀਰਾਂ ਬੰਨ ਦਿੰਦੀ ਹੈ, ਉਸ ਦੇ ਬਾਰੇ ਬੋਲਣਾ ਪਏਗਾ। ਅਗਰ ਨਹੀਂ ਬੋਲਦੇ ਤਾਂ ਉਹ ਸਾਡੇ ਦੇ ਉੱਤੇ ਜੋ ਅੱਜ ਹੋ ਰਿਹਾ ਹੈ, ਕਿ ਅਸੀਂ ਅਗਰ ਦੇਸ਼ ਦੀ ਸੁਰੱਖਿਆ, ਜਿਸ ਦੇ ਉੱਤੇ ਅਵਤਾਰ ਪਾਸ਼ ਦੀ ਇੱਕ ਕਵਿਤਾ ਵੀ ਲਿਖੀ ਹੈ, ਬੜੀ ਚਰਚਿਤ ਕਵਿਤਾ ਹੈਗੀ ਹੈ, ਦੇਸ਼ ਦੀ ਸੁਰੱਖਿਆ ਨੂੰ ਅਸੀਂ ਇੱਕ ਪਵਿੱਤਰ ਚੀਜ਼ ਬਣਾ ਕੇ ਰੱਖ ਦਿੰਦੇ ਹਾਂ, ਅਤੇ ਉਹਦੇ ਉੱਤੇ ਅਸੀਂ ਬੋਲ ਨਹੀਂ ਸਕਦੇ, ਤਾਂ ਸਾਡੀਆਂ ਆਜ਼ਾਦੀਆਂ ਦਾ ਗਲਾ ਜਿਹੜਾ ਹੈ ਕੁੱਟਿਆ ਜਾਂਦਾ ਰਹੇਗਾ। ਮਾਫ ਕਰਨਾ, ਇਹ ਇਕੱਲਾ ਕਾਨੂੰਨ ਦਾ ਸਵਾਲ ਨਹੀਂ ਹੈ, ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਨਾ ਚਾਹੁੰਦਾ ਵਾਂ ਕਿ ਇਹ ਜਿਹੜੀਆਂ ਰੀਜ਼ਨੇਬਲ ਰਿਸਟ੍ਰਿਕਸ਼ਨਸ ਜਦੋਂ 1950 ਦੇ ਵਿੱਚ ਸੰਵਿਧਾਨ ਬਣਿਆ, ਉਸ ਵੇਲੇ ਇਹ ਧਾਰਾ 1902 ਇਹ ਰੀਜ਼ਨੇਬਲ ਰਿਸਟ੍ਰਿਕਸ਼ਨਸ ਨਹੀਂ ਸੀਗੀਆਂ। ਇਹ ਕਦੋਂ ਆਈਆਂ? 1 ਸਾਲ ਬਾਅਦ। ਹਿੰਦੁਸਤਾਨ ਦਾ ਇਹ ਜਿਹੜਾ ਸੰਵਿਧਾਨ ਹੈ, ਇਹ ਪਹਿਲੀ ਵਾਰ 1 ਸਾਲ ਬਾਅਦ ਜਿਹੜਾ ਸੀ ਇਹ ਸੋਧਿਆ ਗਿਆ, ਔਰ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਨੇ ਇਸ ਨੂੰ ਸੋਧਿਆ, ਔਰ ਉਹਨੇ ਕਿਹਾ ਕਿ ਇਹ ਬੋਲਣ ਦੀ ਆਜ਼ਾਦੀ ਜਿਹੜੀ ਹੈ ਇਹ ਬਿਲਕੁਲ ਬੇਲਗਾਮ ਨਹੀਂ ਚਾਹੀਦੀ, ਇਹਦੇ 'ਤੇ ਰੀਜ਼ਨੇਬਲ ਰਿਸਟ੍ਰਿਕਸ਼ਨ ਚਾਹੀਦੀਆਂ ਨੇ, ਇਹ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤਾ।
ਉਹ ਸੰਵਿਧਾਨ ਇੱਕ ਸਾਲ ਬੋਲਣ ਦੀ ਆਜ਼ਾਦੀ ਨਹੀਂ ਦੇ ਸਕਿਆ। ਇਹ ਸਾਡਾ ਹੈ ਭਾਰਤੀ ਗਣਰਾਜ। ਲੇਕਿਨ ਮੈਂ ਇੱਕ ਗੱਲ ਕਹਿਣ ਦੇਣੀ ਚਾਹੁੰਦਾ ਵਾਂ ਕਿ ਇਹ ਸੁਰੱਖਿਆ ਦਾ ਸਵਾਲ ਅੱਜ ਕੀ ਹੋ ਰਿਹਾ। ਅੱਜ ਸਭ ਤੋਂ ਵੱਡਾ ਖਤਰਾ ਬੁਲਾਰਿਆਂ ਨੇ ਜ਼ਿਕਰ ਕੀਤਾ ਕਿ ਰਾਸ਼ਟਰਵਾਦ ਦੇ ਨਾਂ 'ਤੇ ਬੋਲਣ ਦੀ ਆਜ਼ਾਦੀ ਜਿਹੜੀ ਹੈ, ਹਰ ਕਿਸਮ ਦੀ ਆਜ਼ਾਦੀ ਜਿਹੜੀ ਹੈ, ਉਸ ਨੂੰ ਦਬਾਇਆ ਜਾ ਰਿਹਾ ਹੈ। ਕੇਵਲ ਇੰਨਾ ਹੀ ਨਹੀਂ, ਬੁਲਾਰਿਆਂ ਨੇ ਇਹ ਵੀ ਦੱਸਿਆ ਘੱਟ ਗਿਣਤੀਆਂ, ਧਾਰਮਿਕ ਜਾਂ ਕੋਈ ਹੋਰ, ਦਲਿਤ, ਇਲਾਕਾਈ, ਬੋਲੀ ਦੇ ਆਧਾਰ 'ਤੇ ਸਭ ਲੋਕਾਂ ਨੂੰ ਇਸ ਕਰਕੇ ਦਬਾਇਆ ਜਾ ਰਿਹਾ ਹੈ ਕਿ ਦੇਸ਼ ਰਾਸ਼ਟਰ ਜਿਹੜਾ ਹੈ ਉਹ ਉੱਚਾ ਹੈ। ਇਹ ਰਾਸ਼ਟਰਵਾਦ ਦਾ ਸਵਾਲ ਅੱਜ ਬੜਾ ਵੱਡਾ ਸਵਾਲ ਬਣ ਕੇ ਇੱਕ ਸਿਆਸੀ ਤੌਰ 'ਤੇ ਸਾਡੇ ਸਾਹਮਣੇ ਸਨਮੁੱਖ ਹੈ। ਇਸ ਨੂੰ ਸੰਬੋਧਿਤ ਹੋਏ ਬਿਨਾਂ ਅਸੀਂ ਕਿਵੇਂ ਸਮਝ ਸਕਦੇ ਹਾਂ ਕਿ ਭਾਰਤੀ ਸੰਵਿਧਾਨ ਕਿੱਥੋਂ ਗਲਤ ਹੈ ਔਰ ਅਸੀਂ ਆਪਣੀ ਆਜ਼ਾਦੀ ਕਿਵੇਂ ਹਾਸਲ ਕਰਨੀ ਹੈ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ, ਇਹ ਰਾਸ਼ਟਰਵਾਦ ਕੇਵਲ ਰਾਸ਼ਟਰਵਾਦ ਨਹੀਂ ਹੈ, ਇਹਦੇ ਪਿੱਛੇ ਇੱਕ ਜੰਗ ਲੜੀ ਜਾ ਰਹੀ ਹੈ ਜਿਹਨੂੰ ਭਾਰਤੀ ਗਣਰਾਜ ਦਹਿਸ਼ਤ ਵਿਰੋਧੀ ਜੰਗ ਕਹਿੰਦਾ। ਅਗਰ ਅਸੀਂ ਇਹਨਾਂ ਗੱਲਾਂ ਦੇ ਉੱਤੇ ਆਪਣੀ ਪੋਜੀਸ਼ਨ ਔਰ ਆਵਾਜ਼ ਨਹੀਂ ਉਠਾਉਂਦੇ, ਇਹ ਦੋਨੋਂ ਹੀ ਅਨਿਆਇਪੂਰਨ ਗੱਲਾਂ ਨੇ, ਰਾਸ਼ਟਰਵਾਦ ਵੀ ਅਤੇ ਦਹਿਸ਼ਤ ਵਿਰੋਧੀ ਜੰਗ ਵੀ। ਅੱਜ ਦੇ ਸਮੇਂ 'ਚ ਇਸ ਨੂੰ ਹਰਾਉਣਾ ਪਏਗਾ। ਸੋ ਇਸ ਦੇ ਲਈ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਮਤਿਆਂ ਦੇ ਵਿੱਚ ਇਹ ਐਡ ਕੀਤਾ ਜਾਵੇ ਕਿ ਇਹ ਜਿਹੜੀਆਂ ਰੀਜ਼ਨੇਬਲ ਰਿਸਟ੍ਰਿਕਸ਼ਨ ਸੰਵਿਧਾਨ 'ਚ ਲੱਗੀਆਂ ਹੋਈਆਂ ਨੇ ਔਰ ਉਹਦੇ ਵਿੱਚ ਖਾਸ ਕਰਕੇ ਜਿਹੜੀ ਪਹਿਲੀ ਹੈ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ, ਜਿਹੜੀ ਰਾਸ਼ਟਰਵਾਦ ਦੇ ਇਹੋ ਜਿਹੇ ਜਨੂੰਨ ਨੂੰ ਜਨਮ ਦੇ ਰਹੀ ਹੈ, ਉਸ ਨੂੰ ਖਤਮ ਕੀਤਾ ਜਾਵੇ ਔਰ ਇਸ ਦੇ ਨਾਲ ਮਤਾ ਪਾਸ ਕਰਕੇ ਗਵਰਨਰ ਨੂੰ ਔਰ ਬਾਕੀਆਂ ਨੂੰ ਦਿੱਤਾ ਜਾਵੇ ਤਾਂ ਕਿ ਸਾਰਿਆਂ ਨੂੰ, ਹਕੂਮਤ ਨੂੰ ਪਤਾ ਲੱਗ ਜਾਏ ਕਿ ਅਸੀਂ ਸੰਵਿਧਾਨ ਦੀ ਵਿੱਚ ਤਾਂ ਤਬਦੀਲੀ ਚਾਹੁੰਦੇ ਹਾਂ, ਅਸੀਂ ਬੋਲਣ ਦੀ ਆਜ਼ਾਦੀ ਦੇ ਉੱਤੇ ਕੋਈ ਵੀ ਪਾਬੰਦੀ, ਕੋਈ ਵੀ ਜ਼ੰਜੀਰ ਨਹੀਂ ਚਾਹੁੰਦੇ। ਅਨਫੈਟਰਡ ਫਰੀਡਮ ਟੂ ਸਪੀਚ ਸਾਡਾ ਹੱਕ ਹੈ ਕਿਉਂਕਿ ਇਹ ਸਾਡਾ ਸੋਚਣ ਦਾ ਹੱਕ ਹੈ। ਅਸੀਂ ਜਿਵੇਂ ਮਰਜ਼ੀ ਸੋਚ ਸਕਦੇ ਹਾਂ, ਕੋਈ ਵਿਅਕਤੀ ਆਪਣੀ ਸੋਚ ਰੱਖ ਸਕਦਾ, ਇਹ ਸਾਡਾ ਬੁਨਿਆਦੀ ਜੀਵਨ ਦਾ ਅਧਿਕਾਰ ਹੈ। ਸ਼ੁਕਰੀਆ, ਥੈਂਕ ਯੂ। ਧੰਨਵਾਦ ਡਾਕਟਰ ਸਾਹਿਬ। ਮੈਂ ਬੇਨਤੀ ਕਰੂੰਗਾ ਕਿ ਥੋੜ੍ਹਾ ਕੋਪਰੇਟ ਕਰੋ, ਠੀਕ ਹੈ, ਥੋੜ੍ਹਾ ਅਸੀਂ ਸ਼ੁਰੂ ਕਰਨ 'ਚ ਕਿਉਂਕਿ ਇਕੱਠੇ ਹੋਣ 'ਚ ਲੇਟ ਹੋਏ ਹਾਂ, ਕੁਛ ਬੁਲਾਰੇ ਬਾਕੀ ਨੇ। ਅਸੀਂ ਇਸ ਇੰਸਟੀਚਿਊਟ ਦੇ, ਜਿਹੜਾ ਇੰਸਟੀਚਿਊਟ ਆਫ ਸਿੱਖ ਸਟੱਡੀ ਹੈ, ਇਹਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਵੱਡਾ ਯੋਗਦਾਨ ਦਿੱਤਾ ਕਨਵੈਨਸ਼ਨ ਆਰਗੇਨਾਈਜ਼ ਕਰਨ 'ਚ, ਜਗ੍ਹਾ ਵੀ ਦਿੱਤੀ, ਲੰਗਰ ਵੀ ਦਿੱਤਾ, ਚਾਹ ਵੀ ਦਿੱਤੀ, ਅਤੇ ਪਰ ਥੋੜ੍ਹਾ ਜਿਹਾ ਸ਼ਾਂਤੀ ਨਾਲ ਜਿਹੜੇ ਬੁਲਾਰੇ ਰਹਿੰਦੇ ਨੇ ਅਸੀਂ ਉਹਨਾਂ ਦੀ ਗੱਲ ਸੁਣੀਏ। ਕੁਛ ਸੁਝਾਅ ਆਏ ਨੇ ਡਾਕਟਰ ਚੀਮਾ ਸਾਹਿਬ ਵੱਲੋਂ ਆਏ ਨੇ, ਐਡਵੋਕੇਟ ਅਮਰ ਸਿੰਘ ਚਾਹਲ ਸਾਹਿਬ ਹੋਰਾਂ ਵੱਲੋਂ ਆਏ ਨੇ, ਅਸੀਂ ਅਗਲੀ ਕਨਵੈਨਸ਼ਨ 'ਚ ਲਾਜ਼ਮੀ ਇਹਨਾਂ ਨੂੰ ਵਿਚਾਰਾਂਗੇ, ਫਾਈਨਲ ਕਰਾਂਗੇ। ਇਹ ਗੱਲਾਂ ਆਈਆਂ ਨੇ ਜਿਹੜੀਆਂ ਬੜੀਆਂ ਕੀਮਤੀ ਨੇ। ਮੈਂ ਸਰਦਾਰ ਗੁਰਪ੍ਰੀਤ ਸਿੰਘ, ਜਿਹੜੇ ਪ੍ਰਧਾਨ ਨੇ ਸਿੱਖ ਇਸ ਆਪਣਾ ਇੰਸਟੀਚਿਊਟ ਦੇ, ਸਿੱਖ ਕੀ ਇਹਦਾ ਠੀਕ ਨਾਮ ਹੈ ਮੈਨੂੰ ਪੜ੍ਹਨਾ ਪੈਣਾ, ਹਾਂ, ਇੰਸਟੀਚਿਊਟ ਆਫ ਸਿੱਖ ਸਟੱਡੀ ਅਤੇ ਸਪੋਕਸਮੈਨ ਨੇ ਕੇਂਦਰੀ ਸਿੰਘ ਸਭਾ ਦੇ, ਉਹ ਤੁਹਾਡੇ ਨਾਲ ਗੱਲ ਕਰਨਗੇ। ਹਾਲ ਦੇ ਵਿੱਚ ਸੁਸ਼ੋਭਿਤ ਵੀਰੋ ਤੋਂ ਭੈਣੋ, ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰਿਆਂ ਨੇ ਸਵੇਰ ਤੋਂ ਵੱਖ ਵੱਖ ਬੁਲਾਰਿਆਂ ਦੇ ਰਾਇਆਂ ਸੁਣੀਆਂ ਨੇ। ਮੈਂ ਮਾਫੀ ਮੰਗਦਾ ਕਿ ਮੈਂ ਥੋੜ੍ਹਾ ਜਿਹਾ ਲੇਟ ਆਇਆ, ਸੋ ਅਗਰ ਮੈਂ ਕੁਛ ਚੀਜ਼ ਰਿਪੀਟ ਕਰਾਂ ਮੈਨੂੰ ਮਾਫ਼ ਕਰ ਦੇਣਾ। ਹੁਣੇ ਜਿਹੜੇ ਮੇਰੇ ਵੀਰ ਕਹਿ ਕੇ ਗਏ ਸੀਗੇ ਕਿ ਅਨਫਿਟਡ ਲਾਅ ਚਾਹੀਦਾ ਹੈ ਕਿ ਵੀ ਫਰੀਡਮ ਆਫ ਸਪੀਚ ਦਾ, ਇਹ ਤਾਂ ਸਾਡੇ ਵਕੀਲ ਇੱਥੇ ਬੈਠੇ ਨੇ, ਇਹ ਕੋਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਇਹੀ ਲਿਆ ਸਕਦੇ ਨੇ ਆਪਣੀ ਅਦਾਲਤ ਦੇ ਰਾਹੀਂ। ਯਾਦ ਆਉਂਦਾ ਕਿ ਚਲੋ ਠੀਕ ਹੈ, ਅੰਗਰੇਜ਼ ਤੋਂ ਅਸੀਂ ਇਹ ਲਿੱਤਾ ਸੀਗਾ, ਆਪਣਾ ਆਜ਼ਾਦੀ ਲਿੱਤੀ ਸੀਗੀ, ਬਟ ਇੰਗਲੈਂਡ ਦੀ ਵੀ ਪਾਰਲੀਮੈਂਟ ਉੱਤੇ ਜਾਂ ਫਰਾਂਸ ਦੀ ਪਾਰਲੀਮੈਂਟ ਉੱਤੇ ਸਰ ਔਰ ਇੰਗਲੈਂਡ, ਕਿ ਉੱਥੇ ਲਿਖਿਆ ਹੋਇਆ ਹੈ ਕਿ ਅਗਰ ਕੋਈ ਬੰਦਾ ਮੇਰੀ ਰਾਏ ਤੋਂ ਅੱਡ ਸੋਚ ਹੈ ਉਹਦੀ, ਮੈਂ ਉਹਦੇ ਹੋਣ ਦੇ ਬਾਵਜੂਦ ਵੀ ਮੈਂ ਆਪਣਾ ਸਿਰ ਦੇਣ ਨੂੰ ਤਿਆਰ ਹਾਂ, ਬਟ ਉਹ ਆਪਣੀ ਰਾਏ ਜ਼ਰੂਰ ਰੱਖ ਸਕਦਾ ਉੱਥੇ। ਸੋ ਇਹ ਚੀਜ਼ ਇੱਥੇ ਵੀ ਲਾਗੂ ਹੋਣੀ ਚਾਹੀਦੀ ਹੈ, ਮਤਲਬ ਕੋਈ ਬੰਦੇ ਨੂੰ ਡਰ ਨਹੀਂ, ਭੈ ਨਹੀਂ ਹੋਣਾ ਚਾਹੀਦਾ ਕਿ ਵੀ ਮੈਂ ਅਗਰ
ਕਿ ਵੀ ਇੱਥੇ ਡਿਸੈਂਟ ਜਿਹੜਾ ਹੈਗਾ, ਅਗਰ ਕੋਈ ਬੰਦਾ ਡਿਸੈਂਟ ਆਪਣਾ ਕਹਿਣਾ ਚਾਹੇ, ਕੋਈ ਗੱਲ ਕਹਿਣੀ ਚਾਹੇ, ਉਹਦੇ ਵਿੱਚ ਉਹਨੂੰ ਪੂਰਾ ਹੱਕ ਹੋਣਾ ਚਾਹੀਦਾ। ਇਹ ਇੱਕ ਜਿਹੜੀ ਗੱਲ ਭਾਅ ਜੀ ਗੁਰਤੇਜ ਵੀ ਕਹਿ ਕੇ ਗਏ ਸੀਗੇ ਕਿ ਇਹ ਸਪੈਸ਼ਲੀ ਸਾਡੀ ਤਾਂ ਸਿੱਖ ਦੀ ਫਿਤਰਤ ਹੀ ਹੈ, ਅਸੀਂ ਤਾਂ ਸਪਿਰਿਟ ਬੋਰਨ ਪੀਪਲ ਹੈ। ਸਪਿਰਿਟ ਜਿਹੜਾ ਹੁੰਦਾ ਹੈ ਉਹ ਆਜ਼ਾਦ ਹੁੰਦਾ ਹੈ, ਸਾਨੂੰ ਗੁਰੂ ਸਾਹਿਬ ਨੇ ਬਣਾਇਆ ਹੀ ਸੋਵਰਨ ਹੈ। ਅਤੇ ਅਸੀਂ ਵੀ ਚਾਹੁੰਦੇ ਹਰ ਇੱਕ ਜਿਹੜਾ ਇਨਸਾਨ ਹੈ ਮੁਲਕ ਦੇ ਵਿੱਚ ਕੀ ਦੁਨੀਆ ਦੇ ਵਿੱਚ, ਉਹ ਸੋਵਰਨ ਹੋਣਾ ਚਾਹੀਦਾ, ਉਹ ਆਜ਼ਾਦ ਹੋਣਾ ਚਾਹੀਦਾ, ਉਹਨੂੰ ਹੱਕ ਹੋਣਾ ਚਾਹੀਦਾ ਆਪਣੀ ਗੱਲ ਕਰਨ ਦਾ। ਸੋ ਇਹ ਸਿਰਫ ਗੱਲ ਉੱਤੇ ਜਾਂ ਲਿਟਰੇਚਰ ਉੱਤੇ ਕਿਸੇ ਨੂੰ ਕੈਦ ਕਰ ਦੇਣਾ, ਪਿੱਛੇ ਮੇਰਾ ਖਿਆਲ ਅਸੀਂ ਉਹ ਵੀ ਤੁਹਾਨੂੰ ਦੱਸਿਆ ਗਿਆ ਹੋਣਾ ਸ਼ਾਇਦ ਕਿ ਇੱਕ ਕਿਸਾਨ ਭਵਨ ਦੇ ਵਿੱਚ ਇੱਕ UAPA ਦੇ ਵਿੱਚ ਗੱਲਬਾਤ ਹੋਈ ਸੀਗੀ, ਅਤੇ ਮੇਰਾ ਖਿਆਲ ਹੈ ਜਿਹੜੀ ਸਟੱਡੀ ਕੀਤੀ ਗਈ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਸਿਰਫ UAPA ਦੇ ਵਿੱਚ 1% ਕਨਵਿਕਸ਼ਨ ਹੈ, ਮਤਲਬ 99% ਬੰਦੇ ਜਿਹੜੇ ਨੇ ਉਹ ਐਵੇਂ ਦੇ ਐਵੇਂ ਵਿਚਾਰੇ 6 ਸਾਲ 7 ਸਾਲ 8 ਸਾਲ 10 ਸਾਲ ਜੇਲ੍ਹਾਂ 'ਚ ਕੱਟ ਕੇ ਅਤੇ ਬਰੀ ਹੋ ਜਾਂਦੇ ਨੇ, ਬਟ 6, 7, 8, 10 ਸਾਲ ਜੇਲ੍ਹਾਂ 'ਚ ਕੱਟ ਕੇ ਬਰੀ ਹੋ ਜਾ, ਮਤਲਬ ਉਹਨਾਂ ਦੀ ਤਾਂ ਜ਼ਿੰਦਗੀ ਤਬਾਹ ਹੋ ਗਈ, ਭਾਵੇਂ ਉਸ ਤੋਂ ਬਾਅਦ ਬਰੀ ਹੋ ਗਏ, ਬਟ ਉਹ ਇੰਨੇ ਸਾਲ ਉਹ ਜੇਲ੍ਹਾਂ 'ਚ ਰਹਿ ਗਏ। ਸੋ ਕਨਵਿਕਸ਼ਨ 1% ਸਿਰਫ UAPA ਦੀ ਐਕਟ ਦੀ ਅਤੇ ਐਕਟ ਲਾਗੂ ਹੈ। ਸੋ ਕਹਿਣ ਦਾ ਭਾਵ ਹੈਗਾ ਕਿ ਹੁਣ ਟਾਈਮ ਆ ਗਿਆ ਕਿ ਵੀ ਇਹ ਵੀ ਜਿਹੜਾ ਲੋਅ ਹੈਗਾ ਜਿੱਦਾਂ ਟਾਡਾ ਸੀਗਾ ਇਹਨੂੰ ਵੀ ਰਿਪੀਲ ਕਰਨ ਦੀ ਮੈਂ ਵਕੀਲ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਪੈਨਲ ਬਣਾਓ, ਇਹ ਚੈਲੰਜ ਹੋਣਾ ਚਾਹੀਦਾ। ਜਿੱਦਾਂ ਟਾਡਾ ਨੂੰ ਖਤਮ ਕੀਤਾ ਗਿਆ, UAPA ਨੂੰ ਵੀ ਖਤਮ ਕਰਨਾ ਚਾਹੀਦਾ, ਬਿਕੋਜ਼ ਇਹਦੇ ਤਹਿਤ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਬੰਦਿਆਂ ਨੂੰ ਇੱਦਾਂ ਫਸਾ ਕੇ ਰੱਖ ਦਿੰਦੀਆਂ ਨੇ। ਦੂਜੀ ਗੱਲ ਜਿਹੜੀ ਇੱਥੋਂ ਨਿਕਲੀ ਸੀਗੀ, ਜਿਹੜੀ ਅਹਿਮ ਗੱਲ ਹੈ ਕਿ ਸਾਨੂੰ ਸਾਰਿਆਂ ਨੂੰ ਇਹਦੇ ਉਲਟ ਇਕੱਠੇ ਹੋ ਕੇ ਇੱਕ ਸੁਰ ਹੋ ਕੇ ਸਾਨੂੰ ਆਵਾਜ਼ ਉਠਾਉਣੀ ਪੈਣੀ ਹੈ, ਤਾਂ ਹੀ ਤੁਹਾਡੀ ਤਾਕਤ ਹੈ। ਇਹੀ ਆਪਾਂ ਕਹਿੰਦੇ ਹਾਂ ਕਿ ਵੀ ਡੈਮੋਕਰੇਸੀ ਦੀ ਕੀ ਹੈ, ਲੋਕ ਸ਼ਕਤੀ ਹੈ, ਲੋਕਤੰਤਰ ਹੀ ਹੈ ਨਾ, ਅਤੇ ਲੋਕ ਜਦ ਤਾਈਂ ਲੋਕ ਸ਼ਕਤੀ ਨਹੀਂ ਹੋਏਗੀ ਅਤੇ ਤਦ ਤਾਈਂ ਕਿਸੇ ਨੂੰ ਕਿਸੇ ਦੀ ਜੂਨ ਨਹੀਂ ਸੜਕਣੀ, ਉਹਨਾਂ ਨੇ ਆਪਣਾ ਕੰਮ ਕਰੀ ਜਾਣਾ। ਸੋ ਜਦ ਤਾਈਂ ਤੁਸੀਂ ਅਸੀਂ ਸਾਰੇ ਇਕੱਠੇ ਨਹੀਂ ਹੋਵਾਂਗੇ ਤਦ ਤਾਈਂ ਕੋਈ ਹੱਲ ਨਹੀਂ ਹੋਣਾ। ਹਰੇਕ ਬੰਦਾ ਜਿਹਦੇ ਪਰਿਵਾਰ ਦੇ ਵਿੱਚ ਜਿਹੜੀ ਚੀਜ਼ ਵਾਪਰਦੀ ਹੈ ਉਹ ਵਿਚਾਰੇ ਆਪਣੇ ਆਪ ਹੀ ਉਹਨੂੰ ਝੱਲਦੇ ਰਹਿੰਦੇ ਨੇ, ਸਾਡੇ ਵਿੱਚੋਂ ਕੋਈ ਜਾ ਕੇ ਉਹਨਾਂ ਦਾ ਹੱਥ ਨਹੀਂ ਵਟਾਉਂਦਾ। ਇਹ ਵੀ ਇੱਕ ਸਾਡੇ ਵਿੱਚ ਇੱਕ ਬੜੀ ਘਾਟ ਹੈਗੀ ਜਿਹਨੂੰ ਸਾਨੂੰ ਸੁਧਾਰਨਾ ਪੈਣਾ, ਅਤੇ ਇਕੱਠੇ ਹੋਣ ਦੀ ਬਹੁਤ ਬਹੁਤ ਜ਼ਰੂਰਤ ਹੈ। ਅੱਜ ਦੇ ਪੇਪਰ 'ਚ ਮੈਂ ਪੜ੍ਹ ਰਿਹਾ ਸੀਗਾ, ਮੈਂ ਕਿਸੇ ਨੂੰ ਦਿਖਾ ਰਿਹਾ ਸੀਗਾ ਕਿ ਅੱਜ ਦੇ ਟ੍ਰਿਬਿਊਨ ਦੇ ਵਿੱਚ ਹੀ ਨਿਕਲਿਆ ਸੀਗਾ ਕਿ ਕਹਿੰਦੇ ਨੇ ਮੋਸਟ ਰਾਈਟਸ ਅਬਿਊਜ਼ ਕੇਸਿਸ ਅਗੇਂਸਟ ਸਟੇਟ ਪੁਲਿਸ ਰਿਪੋਰਟ ਜਿਹੜੀ ਹੈਗੀ, ਪੰਜਾਬ ਸਟੇਟ ਹਿਊਮਨ ਰਾਈਟਸ ਰਿਪੋਰਟ ਜਿਹੜੀ ਹੈ, ਉਹ ਕਹਿੰਦੇ ਸਭ ਤੋਂ ਵੱਧ ਜਿਹੜੀਆਂ ਰਾਈਟ ਅਬਿਊਜ਼ ਦੀਆਂ ਜੇ ਕੇਸ ਨੇ ਉਹ ਪੁਲਿਸ ਦੇ ਉੱਤੇ ਹੈਗੇ ਕਿ ਜਿਹੜਾ ਅਬਿਊਜ਼ ਕੀਤਾ ਰਾਈਟਸ ਦਾ ਉਹ ਪੁਲਿਸ ਕਰਦੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਆਪਾਂ ਤਾਂ ਸਮਝਦੇ ਹਾਂ ਕਿ ਵੀ ਪੁਲਿਸ ਜਿਹੜੀ ਹੁੰਦੀ ਹੈ ਕਿ ਵੀ ਉਹ ਤਾਂ ਤੁਹਾਡੀ ਰਕਸ਼ਾ ਤੁਹਾਡੀ ਸੁਰੱਖਿਅਤ ਲਈ ਮਤਲਬ ਦੇ ਤੈਨਾਤ ਹੁੰਦੀ ਹੈ, ਬਟ ਇੱਥੇ ਉਹੀ ਗੱਲ ਉਲਟ ਹੈ ਕਿ ਵੀ ਪੁਲਿਸ ਜਿਹੜੀ ਹੈਗੀ ਉਹ ਸਭ ਤੋਂ ਜ਼ਿਆਦਾ ਹਿਊਮਨ ਰਾਈਟਸ ਅਬਿਊਜ਼ ਕਰਦੀ ਹੈ। ਸੋ ਇਸ ਚੀਜ਼ ਨੂੰ ਵੀ ਸਾਨੂੰ ਅੱਗੇ ਲਿਆਉਣ ਦੀ ਲੋੜ ਹੈ, ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਵੀ ਅਗਰ ਤੁਹਾਡੇ 'ਤੇ ਕੋਈ ਅਨਿਆਏ ਹੁੰਦਾ ਹੈ, ਤੁਸੀਂ ਅਸੀਂ ਤਾਂ ਇਹ ਵੀ ਗੱਲ ਕੀਤੀ ਸੀਗੀ ਚਹਿਲ ਸਾਹਿਬ ਨਾਲ ਕਿ ਇੱਕ ਪੈਨਲ ਹੋਣਾ ਚਾਹੀਦਾ ਹੈ ਲੋਇਰਸ ਦਾ ਕਿ ਕਿਸੇ ਨਾਲ ਵੀ ਕਿੱਥੇ ਵੀ ਅਨਿਆਏ ਹੋਏ ਇਮੀਡੀਏਟਲੀ ਇਹਨਾਂ ਦੇ ਨਜ਼ਰੀ ਆਉਣਾ ਚਾਹੀਦਾ ਉਹ ਗੱਲ, ਅਤੇ ਉਸ ਪੈਨਲ ਦੇ ਰਾਹੀਂ ਉਹ ਕੇਸ ਜਾਣੇ ਚਾਹੀਦੇ ਨੇ। ਕਿਉਂਕਿ ਦੇਖੋ ਅੱਜ ਦੀ ਡੇਟ ਦੇ ਵਿੱਚ ਜੇ ਕੁਛ ਚੀਜ਼, ਮੈਂ ਨਹੀਂ ਕਹਿੰਦਾ ਕਿ ਹਾਲੀ ਉਹ 100% ਠੀਕ ਹੈ, ਬਟ ਜੇ ਕੁਛ ਚੀਜ਼ ਬਚੀ ਹੈ ਇਸ ਦੇਸ਼ ਦੇ ਵਿੱਚ ਤਾਂ ਉਹ ਹੈ ਜਸਟਿਸ ਸਿਸਟਮ। ਅਗਰ ਕੋਈ ਚੀਜ਼ ਮਤਲਬ ਸਿਰ ਲੈਟਰ ਸੇ ਕਿ 80% ਹੀ ਸਿਰਫ ਭਾਵੇਂ, ਬਟ 20% ਤਾਂ ਅਨਕਰਪਟਡ ਅਗਰ ਕੋਈ ਚੀਜ਼ ਬਚੀ ਹੈ ਤਾਂ ਮੇਰੇ ਹਿਸਾਬ ਨਾਲ ਉਹ ਜਸਟਿਸ ਸਿਸਟਮ ਹੈ। ਸੋ ਸਾਨੂੰ ਹਰ ਇੱਕ ਨਿਆਂ ਜਿਹੜਾ ਇਸ ਦੇਸ਼ ਵਿੱਚ ਅਸੀਂ ਸਮਝਦੇ ਹਾਂ ਕਿ ਸਾਨੂੰ ਮਿਲੇਗਾ ਉਹ ਸਿਰਫ ਕੋਰਟ ਰਾਹੀਂ ਮਿਲੇਗਾ। ਸੋ ਇਹ ਸਾਨੂੰ ਇੱਕ ਪੈਨਲ ਆਫ ਲੋਇਰਸ ਦਾ ਬਹੁਤ ਜ਼ਰੂਰੀ ਹੈ, ਅਸੀਂ ਇਹਦੇ ਬਾਰੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜੀ, ਇਹ ਬਣਨਾ ਜ਼ਰੂਰੀ ਹੈ। ਇਹ ਸਾਰਿਆਂ ਦੇ ਨਜ਼ਰੀ ਹੋਣਾ ਚਾਹੀਦਾ ਹੈ ਕਿ ਜਿੱਥੇ ਵੀ ਕੋਈ ਅਨਿਆਏ ਹੋਏ ਇਮੀਡੀਏਟਲੀ, ਕਿਉਂਕਿ ਅਸੀਂ ਇਹ ਦੇਖ ਚੁੱਕੇ ਹਾਂ ਕਿ ਵੀ ਪੁਲਿਸ ਨੇ ਆਪਣਾ ਕੰਮ ਜਿਹੜਾ ਹੈਗਾ ਪੁਲਿਸ ਵਾਲਾ ਨਹੀਂ ਕਰਨਾ, ਉਹਨਾਂ ਨੇ ਤਾਂ ਦਬਾਅ ਦੇ ਜੋ ਵੀ ਉਹਨਾਂ ਦੇ ਉੱਤੋਂ ਹੁਕਮ ਆਉਂਦੇ ਨੇ ਉਸ ਹਿਸਾਬ ਨਾਲ ਕੰਮ ਕਰਨਾ। ਸੋ ਤੁਹਾਨੂੰ ਪਤਾ ਹੀ ਹੈ ਬੇਬਲ ਕਲਾਂ ਕੀ ਹੋਇਆ ਸੀਗਾ, ਸਾਰਾ ਕੁਛ ਸਾਨੂੰ ਦੱਸਣ ਦੀ ਲੋੜ ਨਹੀਂ। ਕਹਿਣ ਦਾ ਭਾਵ ਹੈਗਾ ਕਿ ਅਸੀਂ ਇੰਸਟੀਟਿਊਟ ਆਫ ਸਿੱਖ ਸਟੱਡੀਜ਼ ਇੱਕ ਬੁੱਧੀਜੀਵੀਆਂ ਦੀ ਔਰਗਨਾਈਜੇਸ਼ਨ ਹੈ, ਉੱਥੋਂ ਵੀ ਅਸੀਂ ਆਫਕੋਰਸ ਜਿਹੜੀ ਵੀ ਚੀਜ਼ ਸੱਚੀ ਹੈ ਅਤੇ ਸਹੀ ਹੈ ਉਹਦੇ ਵਿੱਚ ਅਸੀਂ ਪੂਰੇ ਮਤਲਬ ਜ਼ੋਰ ਨਾਲ ਖੜ੍ਹੇ ਹੋਏ ਹਾਂ। ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਹਮੇਸ਼ਾ ਅਤੇ ਹਮੇਸ਼ਾ ਹੀ ਇਸ ਗੱਲ ਦੇ ਤੱਤਪਰ ਰਹੀ ਹੈ
ਕਿ ਜਦੋਂ ਵੀ ਕੋਈ ਵਿਪਤਾ ਪੈਂਦੀ ਹੈ ਕੌਮ ਉੱਤੇ ਪੰਜਾਬ ਉੱਤੇ ਅਸੀਂ ਉਹਦੇ 'ਤੇ ਪੂਰੇ ਡਟ ਕੇ ਖੜ੍ਹੇ ਹੋਵਾਂਗੇ। ਤੁਹਾਨੂੰ ਸਾਰਿਆਂ ਨੂੰ ਆਸ਼ਵਾਸਨ ਦਵਾਉਂਦੇ ਹਾਂ, ਮੁੱਖ ਦੀ ਗੱਲ ਹੈਗੀ ਅਸੀਂ ਸਾਰੇ ਇਕੱਠੇ ਹੋਈਏ ਅਤੇ ਇਹ ਜਿਹੜੀ ਸਾਂਝੀ ਇਹ ਲੜਾਈ ਜਿਹੜੀ ਹੈਗੀ ਹੈ ਤਿੰਨ ਨੌਜਵਾਨਾਂ ਦੀ ਨਹੀਂ ਹੈਗੀ, ਇਹ ਸਾਡੀ ਸਾਰਿਆਂ ਦੀ ਸਾਂਝੀ ਲੜਾਈ ਹੈ। ਇਹਦੇ ਵਿੱਚ ਅਸੀਂ ਆਪਣਾ ਸਾਰਾ ਯੋਗਦਾਨ ਪਾਈਏ। ਭੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਾਡੇ ਸਾਰਿਆਂ ਦੀ ਜਿੱਥੋਂ ਤੱਕ ਜੱਜ ਦੀ ਡਿਸਮਿਸਲ ਦਾ ਸਵਾਲ ਹੈ, ਇਸ ਕਮੇਟੀ ਨੇ ਲੁਧਿਆਣਾ ਮੀਟਿੰਗ 'ਚ ਇਹ ਫੈਸਲਾ ਕੀਤਾ ਸੀ ਕਿ ਅਸੀਂ ਉਸ ਅਡੀਸ਼ਨਲ ਸੈਸ਼ਨ ਜੱਜ ਦੇ ਖਿਲਾਫ ਇੱਕ ਕੰਪਲੇਂਟ ਕਰਾਂਗੇ ਹਾਈਕੋਰਟ ਨੂੰ, ਤਾਂ ਜੋ ਚਹਿਲ ਸਾਹਿਬ ਨੇ ਸੁਝਾਅ ਦਿੱਤਾ ਕਿ ਉਹਨੂੰ ਡਿਸਮਿਸ ਕਰਨ ਦੀ ਮੰਗ ਸਾਨੂੰ ਕਰਨੀ ਚਾਹੀਦੀ ਹੈ, ਇਹ ਉਸ ਕੰਪਲੇਂਟ ਦੇ ਵਿੱਚ ਅਸੀਂ ਜੋੜਾਂਗੇ। ਮੈਂ ਬੇਨਤੀ ਕਰੂੰਗਾ, ਨੌਜਵਾਨ ਇੱਕ ਆਗੂ ਵਿਦਿਆਰਥੀ ਆਗੂ ਰਹਿ ਗਿਆ ਰਸ਼ਪਿੰਦਰ ਜਿੰਮੀ ਅਵੇਲੇਬਲ ਹੈ, ਹਾਂ ਰਸ਼ਪਿੰਦਰ ਜਿੰਮੀ 2 ਮਿੰਟ ਲਈ ਆਵੇ। ਇਹਨਾਂ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਹਾਜ਼ਰ ਨੇ, ਸਿੱਖ ਅਲਾਇੰਸ ਫਾਰ ਯੂਥ ਆਰਗਨਾਈਜੇਸ਼ਨ ਦੇ। ਇੱਕ ਹੋਰ ਹੈਗੇ ਸੀ, ਰਸ਼ਪਿੰਦਰ ਜਿੰਮੀ ਆਵੇ ਅਤੇ 2 ਕੁ ਬੁਲਾਰੇ ਹੋਰ ਬਾਕੀ ਨੇ, ਉਸ ਤੋਂ ਬਾਅਦ ਅਸੀਂ ਇਹਦੀ ਸਮਾਪਤੀ ਕਰਾਂਗੇ। ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦਾ ਸਤਿਕਾਰਯੋਗ ਸਾਥੀਓ, ਅੱਜ ਦੀ ਇਸ ਘੜੀ ਦੇ ਵਿੱਚ ਬੜੀ ਚੰਗੀ ਗੱਲ ਆ ਗਈ ਕਿ ਨਿਊਟਨ ਦਾ ਇੱਕ ਸਿਧਾਂਤ ਹੈਗਾ ਕਿ ਕਿਸੇ ਚੀਜ਼ ਦੇ ਉੱਤੇ ਜਿੰਨਾ ਜ਼ਿਆਦਾ ਤੁਸੀਂ ਦਬਾਅ ਪਾਉਂਦੇ ਹੋ ਤਾਂ ਉਹ ਤੁਹਾਨੂੰ ਉਨੀ ਫੋਰਸ ਦੇ ਵਿੱਚ ਜਿਹੜਾ ਵਾਪਸ ਵੀ ਉਹ ਦਬਾਅ ਉਸਨੂੰ ਮਹਿਸੂਸ ਹੁੰਦਾ। ਸਰਕਾਰਾਂ ਜਿੰਨਾ ਜ਼ਿਆਦਾ ਜ਼ਬਰ ਕਰਦੀਆਂ ਨੇ, ਅੱਜ ਜਿਹੜਾ ਜ਼ਬਰ ਦਾ ਕਹਾੜਾ ਹੈਗਾ, ਜਿਵੇਂ ਬਾਕੀ ਬੁਲਾਰਿਆਂ ਨੇ ਗੱਲ ਕੀਤੀ ਹੈ ਕਿ ਪਿਛਲੇ 70 ਸਾਲਾਂ ਤੋਂ ਜਿਹਨੂੰ ਕਿਹਾ ਗਿਆ ਕਿ ਭਾਰਤ ਆਜ਼ਾਦੀ ਹੋ ਗਈ, ਇਸ ਅਖੌਤੀ ਆਜ਼ਾਦੀ ਨੇ ਇੱਥੋਂ ਦੀਆਂ ਧਾਰਮਿਕ ਘੱਟ ਗਿਣਤੀਆਂ ਕੌਮਾਂ ਦਲਿਤਾਂ ਆਦਿਵਾਸੀਆਂ ਦੇ ਉੱਤੇ ਜੋ ਇਹ ਕਹਾੜਾ ਫੇਰਿਆ ਗਾ, ਅਤੇ ਪਿਛਲੇ 4 ਸਾਲਾਂ ਤੋਂ ਕਹਾੜਾ ਫੇਰਨ ਦੀ ਰਫ਼ਤਾਰ ਆ ਜਿਹੜੀ ਉਹ ਚੌਗਣੀ ਹੋਈ ਹੈਗੀ, ਤਾਂ ਇਸ ਰਫ਼ਤਾਰ ਦੇ ਖਿਲਾਫ਼ ਵੀ ਲੋਕਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕੀਤੀ ਆ। ਅਤੇ ਜਿਹੜਾ ਪਾੜਾ ਪਿਛਲੇ ਕਈ ਸਾਲਾਂ ਤੋਂ ਸਾਡੇ ਇੱਥੇ ਪੰਜਾਬੀਆਂ ਦੇ ਵਿੱਚ ਪਾ ਕੇ ਰੱਖਿਆ ਸੀਗਾ ਧਰਮਾਂ ਦੇ ਨਾਂ ਦੇ ਉੱਤੇ, ਫਿਰਕਿਆਂ ਦੇ ਨਾਂ ਦੇ ਉੱਤੇ, ਸਿਆਸਤ ਦੇ ਨਾਂ ਦੇ ਉੱਤੇ, ਅੱਜ ਉਸ ਪਾੜੇ ਨੂੰ ਦੂਰ ਕਰਦਿਆਂ ਅਸੀਂ ਇੱਥੇ ਇਕੱਠੇ ਹੋਏ ਹਾਂ, ਇਹ ਬਹੁਤ ਖੁਸ਼ੀ ਦੀ ਗੱਲ ਆ। ਸੋ ਇਹਨੂੰ ਲੈ ਕੇ ਜਦੋਂ ਇਹ ਫੈਸਲਾ ਆਇਆ, ਇਹ ਖਬਰਾਂ ਦੇ ਆਈਆਂ ਦੀਆਂ ਅਖਬਾਰਾਂ ਦੇ ਵਿੱਚ ਅਸੀਂ ਚਰਚਾ ਜਿਹੜੀ ਕੀਤੀ, ਤਾਂ ਨਾਲ ਦੀ ਨਾਲ ਅਸੀਂ ਜਿਹੜੀਆਂ ਸਾਡੀਆਂ ਵਿੱਦਿਅਕ ਸੰਸਥਾਵਾਂ ਦੇ ਵਿੱਚ 7 ਵਿੱਦਿਅਕ ਸੰਸਥਾਵਾਂ ਦੇ ਵਿੱਚ ਰੈਲੀਆਂ ਕੀਤੀਆਂ ਨੇਗੀਆਂ, ਮੋਗਾ, ਫਰੀਦਕੋਟ, ਸੰਗਰੂਰ, ਪਟਿਆਲਾ, ਇਹਨਾਂ ਦੇ ਸੰਸਥਾਵਾਂ ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਬਕਾਇਦਾ ਰੈਲੀਆਂ ਕੀਤੀਆਂ, ਇਹਦੇ ਖਿਲਾਫ਼ ਆਵਾਜ਼ ਉਠਾਈ ਹੈ। ਅਤੇ ਜਦੋਂ ਹੀ ਸਾਨੂੰ ਇਸ ਚੀਜ਼ ਦਾ ਸੁਨੇਹਾ ਲੱਗਿਆ ਕਿ ਇਹ ਇੱਦਾਂ ਦੀ ਕਨਵੈਨਸ਼ਨ ਹੋ ਰਹੀ ਆ, ਤਾਂ ਇਹਨੂੰ ਲੈ ਕੇ ਅਸੀਂ ਫੌਰੀ ਹਾਂ ਕੀਤੀ, ਅਸੀਂ ਇੱਥੇ ਪਹੁੰਚੇ ਹਾਂਗੇ। ਸੋ ਅੱਜ ਸਾਨੂੰ ਲੱਗਦਾ ਹੈਗਾ ਕਿ ਇਹ ਲੋੜ ਆ, ਇਸ ਲੜਾਈ ਨੂੰ ਜੋ ਇਹ ਪਲੇਟਫਾਰਮ ਬਣ ਚੁੱਕਿਆ, ਇਸ ਪਲੇਟਫਾਰਮ ਨੂੰ ਅੱਗੇ ਹੋਰ ਵਧਾਉਣ ਦੀ ਲੋੜ ਆ। ਮੰਗ ਸੀਗੀ ਅਜਿਹਾ ਸਾਂਝਾ ਮੰਚ ਬਣੇ ਜਿਹਦੇ ਵਿੱਚ ਸਾਰੀਆਂ ਦੱਬੀਆਂ ਕੁਚਲੀਆਂ ਕੌਮਾਂ, ਧਾਰਮਿਕ ਘੱਟ ਗਿਣਤੀਆਂ ਜਿਹਨਾਂ ਦਾ ਉੱਤੇ ਇਹ ਕਹਾੜਾ ਚੱਲ ਰਿਹਾ, ਉਹ ਇਕੱਠੀਆਂ ਹੋਣ ਅਤੇ ਆਪਣੀ ਆਵਾਜ਼ ਬੁਲੰਦ ਕਰਨ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਧੰਨਵਾਦ ਜੀ ਰਸ਼ਪਿੰਦਰ ਜੀ। ਕਾਨਵਡ ਲੋਕ ਰਾਜ ਮਹਾਰਾਜ ਲੋਕ ਸੰਗਰਾਮ ਮੰਚ ਦੇ ਆਗੂ ਉਹ ਆਉਣ, ਅਤੇ ਸਰਦਾਰ ਸੁਖਦੇਵ ਸਿੰਘ ਜੇ ਕਿਤੇ ਹੋਣ ਤਾਂ ਉਹ ਨੇੜੇ ਆ ਜਾਣ। ਬਹੁਤ ਹੀ ਸਤਿਕਾਰਯੋਗ, ਅੱਜ ਇਸ ਅਸਹਿਮਤੀ ਦੇ ਅਧਿਕਾਰ ਦੀ ਰਾਖੀ ਲਈ, ਅਤੇ ਉਸ ਤੋਂ ਪਹਿਲਾਂ ਜਿਹੜੇ 3 ਸਿੱਖ ਨੌਜਵਾਨਾਂ ਨੂੰ ਸਜ਼ਾਵਾਂ ਸੁਣਾਈਆਂ ਉਹਦੇ ਵਿਰੋਧ ਦੇ ਵਿੱਚ ਪਹੁੰਚੇ ਬੁੱਧੀਜੀਵੀ ਸਾਹਿਬਾਨ, ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ, ਵਰਕਰ ਸਾਹਿਬਾਨ, ਬਹੁਤ ਅਹਿਮ ਮੁੱਦੇ 'ਤੇ ਇਕੱਠੇ ਹੋਏ ਆ, ਕਿਉਂਕਿ ਇੱਥੇ ਰਾਜ ਕਰ ਰਹੇ ਲੋਕ ਹਮੇਸ਼ਾ ਕਾਨੂੰਨਾਂ ਨੂੰ ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ, ਦਲਿਤਾਂ ਦੇ ਖਿਲਾਫ, ਔਰਤਾਂ ਦੇ ਖਿਲਾਫ, ਕੌਮੀਅਤਾਂ ਦੇ ਖਿਲਾਫ, ਕਮਿਊਨਿਸਟਾਂ ਦੇ ਖਿਲਾਫ ਵਰਤਦੇ ਆਏ ਆ। ਆਪਣੇ ਰਾਜ ਪ੍ਰਬੰਧੀ ਸਲਾਮਤੀ ਦੇ ਲਈ ਹਮੇਸ਼ਾ ਇੱਕ ਪਾਸੇ
ਲੋਕਾਂ ਦੇ ਖਿਲਾਫ ਇਹਨਾਂ ਕਾਨੂੰਨਾਂ ਨੂੰ ਵਰਤਿਆ, ਚਾਹੇ ਉਹ ਨਕਸਲਵਾੜੀ ਲਹਿਰ ਦੇ ਉਪਜਣ ਤੋਂ ਲੈ ਕੇ UAPA ਪੈਦਾ ਹੋਇਆ ਜਾਂ ਟਾਡਾ ਪੈਦਾ ਹੋਇਆ ਜਾਂ ਅੱਜ ਦੀ ਹਾਲਤ ਦੇ ਵਿੱਚ ਜੋ ਵੀ ਇਹ ਕਾਨੂੰਨ ਹੈ ਉਹ ਲੋਕਾਂ ਦੇ ਖਿਲਾਫ ਵਰਤੇ ਜਾ ਰਹੇ ਹੈ। ਪਰ ਦੂਸਰੇ ਪਾਸੇ ਇੱਥੋਂ ਦੇਸ਼ ਦੇ ਸ਼ਾਸਕ ਸਾਡੇ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਇਸ ਰਾਜ ਸਤਾ ਦੇ ਕਾਬਜ਼ ਹੋਏ, ਚਾਹੇ ਉਹ 2002 ਦੇ ਵਿੱਚ ਗੋਧਰਾ ਦੇ ਅੰਦਰ ਇੱਥੋਂ ਦੇ ਜਿਹੜਾ ਮੋਦੀ ਹੈ ਉਹ ਵੱਡੀ ਪੱਧਰ 'ਤੇ ਮੁਸਲਮਾਨਾਂ ਦਾ ਕਤਲੇਆਮ ਕਰਕੇ ਰਾਜਗੱਦੀ 'ਤੇ ਕਾਬਜ਼ ਹੋਇਆ, ਜਾਂ ਉਸ ਤੋਂ ਪਹਿਲਾਂ 84 ਦੇ ਵਿੱਚ ਭਾਰਤ ਦੇ ਦਹਿ ਜਾਂ ਇਹ ਕਹਿ ਲਈਏ ਵੀ ਸੈਂਕੜੇ ਥਾਵਾਂ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਕਰਕੇ ਸਮੇਂ ਦਾ ਸ਼ਾਸਕ ਰਾਜ ਸੱਤਾ 'ਤੇ ਕਾਬਜ਼ ਹੋਇਆ। ਜਦੋਂ ਲੋਕ ਆਪਣੇ ਹੱਕ ਹਿੱਤ ਦੀ ਗੱਲ ਕਰਨ ਦੀ ਗੱਲ ਹੱਕ ਹਿੱਤ ਦੀ ਗੱਲ ਕਰਦੇ ਆ ਤਾਂ ਇਹ ਕਾਨੂੰਨ ਅੱਤਵਾਦੀ ਵੱਖਵਾਦੀ ਜਾਂ ਇਸ ਕਿਸਮ ਦੇ ਲੇਬਲ ਉਹਨਾਂ ਦੇ ਉੱਤੇ ਲਾ ਦਿੰਦੇ ਆ। ਪਰ ਜਦੋਂ ਹਾਕਮ ਇਹੋ ਜਿਹੇ ਕਾਰੇ ਕਰਦੇ ਹਨ ਤਾਂ ਇਹ ਕਾਨੂੰਨ ਉਹਨਾਂ ਦੀ ਰਾਖੀ ਦਾ ਕੰਮ ਕਰਦੇ ਆ। ਇਹ ਕਾਨੂੰਨਾਂ ਦੇ ਵਿੱਚੋਂ ਹੀ ਬਚ ਕੇ ਜਿਹੜੇ ਉਹ ਰਾਜ ਸੱਤਾ ਦੇ ਉੱਤੇ ਪਹੁੰਚ ਜਾਂਦੇ ਆ, ਜਾਂ ਜਿੱਥੇ ਕਿਤੇ ਟਾਵੀ ਟੱਲੀ ਜਿਹੜੀ ਹੈ ਲੋਕਾਂ ਨੂੰ ਇਨਸਾਫ਼ ਦੀ ਆਸ ਮਿਲਦੀ ਹੈ ਤਾਂ ਉੱਥੇ ਇਹ ਜੱਜਾਂ ਦਾ ਸਫਾਇਆ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਸੋ ਅੱਜ ਜਦੋਂ ਅਸੀਂ ਇੱਥੇ ਇਕੱਠੇ ਹੋਏ ਹਾਂ, ਇਹ ਇੱਕ ਬਹੁਤ ਅਹਿਮ ਮੁੱਦਾ ਹੈ ਜਿਸ ਨੇ ਅੱਜ ਸਮੁੱਚੇ ਭਾਰਤ ਦੇ ਅੰਦਰ ਇੱਥੋਂ ਦੇ ਰਾਜ ਕਰ ਰਹੇ ਲੋਕਾਂ ਵੱਲੋਂ ਚਾਹੇ ਉਹ ਕੋਈ ਵੀ ਹੋਣ, ਕਿਉਂਕਿ ਜਿਹੜਾ ਇੱਕ ਜਾਂਦਾ ਜਿਹੜਾ ਦੂਜਾ ਆਉਂਦਾ ਨਵਾਂ ਉੱਥੋਂ ਸ਼ੁਰੂ ਕਰਦਾ ਜਿੱਥੋਂ ਪਹਿਲਾਂ ਛੱਡ ਕੇ ਗਿਆ। ਸੋ ਅੱਜ ਜਦੋਂ ਇਹ ਭਾਰਤ ਦੇ ਅੰਦਰ ਇੱਥੋਂ ਦੇ ਹਾਕਮਾਂ ਵੱਲੋਂ ਕੌਮੀਅਤਾਂ ਦੇ ਖਿਲਾਫ਼, ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ਼, ਦਲਿਤਾਂ ਦੇ ਖਿਲਾਫ਼, ਆਦਿਵਾਸੀਆਂ ਦੇ ਖਿਲਾਫ਼, ਕਮਿਊਨਿਸਟਾਂ ਦੇ ਖਿਲਾਫ਼, ਔਰਤਾਂ ਦੇ ਖਿਲਾਫ਼ ਆਪਦਾ ਏਜੰਡਾ ਕੱਢਿਆ ਹੋਇਆ ਕਿ ਜਿਹੜਾ ਵੀ ਕੋਈ ਬੋਲਦਾ, ਜਿਹੜਾ ਵੀ ਕੋਈ ਇਸ ਪ੍ਰਬੰਧ ਦੇ ਖਿਲਾਫ਼ ਬੋਲਦਾ ਤਾਂ ਉਹਨਾਂ ਕਾਨੂੰਨਾਂ ਦੀ ਵਰਤੋਂ ਕਰਕੇ ਉਸ ਨੂੰ ਦਬਾ ਦਿੱਤਾ ਜਾਵੇ। ਤਾਂ ਬੀਤੇ ਸਮੇਂ ਦੇ ਵਿੱਚ ਜਿਹੜੀ ਇਹ ਪਾੜਾ ਸੀਗਾ ਕਿ ਅਸੀਂ ਵਿਚਾਰ ਧਰਮਾਂ ਦੇ ਉੱਤੇ ਵੰਡੇ ਰਹੇ, ਸਾਥੋਂ ਇੱਕ ਗਲਤੀ ਹੋਈ ਹੈ, ਸਾਥੋਂ ਇੱਕ ਫਰਕ ਰਿਹਾ ਪਿਛਲੇ ਸਮੇਂ ਦੇ ਅੰਦਰ। ਅੱਜ ਜਦੋਂ ਅਸੀਂ ਇਸ ਸਟੇਜ ਦੇ ਉੱਤੇ ਇਕੱਠੇ ਹੋਏ ਹਾਂ, ਅਸੀਂ ਉਸ ਫਰਕ ਨੂੰ ਮਿਸਿਆ ਅਤੇ ਇੱਥੋਂ ਦੇ ਹਾਕਮਾਂ ਨੂੰ ਇਹ ਗੱਲ ਚੁੱਭਦੀ ਹੈ। ਅੱਜ ਉਹ ਇੱਥੇ ਇਹ ਦੇਖ ਰਹੇ ਆ ਕਿ ਜਿਵੇਂ ਪਤਾ ਨਹੀਂ AK-47 ਵੰਡਣ ਆਏ ਹੋਏ ਆ, ਬਾਹਰ ਕਿੰਨੀ ਪੁਲਿਸ ਫੋਰਸ ਲਾਈ ਹੈਗੀ, ਵੀ ਅਸੀਂ ਵਿਚਾਰ ਕਰ ਰਹੇ ਹਾਂ, ਅਸੀਂ ਆਪਦੇ ਹੱਕਾਂ ਦੀ ਗੱਲ ਕਰ ਰਹੇ ਹਾਂ, ਦੱਸੋ ਭਲਾ ਇੱਥੋਂ ਦੀ ਸਟੇਟ ਨੂੰ ਕੀ ਖਤਰਾ। ਸੋ ਇੱਥੋਂ ਦੇ ਜਿਹੜੇ ਕਾਨੂੰਨ ਹੈ, ਇੱਥੋਂ ਦਾ ਜਿਹੜਾ ਢਾਂਚਾ ਹੈਗਾ, ਉਹ ਸਾਡੇ ਜਦੋਂ ਵੀ ਅਸੀਂ ਲੋਕ ਹਿੱਤਾਂ ਦੀ ਹੱਕਾਂ ਦੀ ਗੱਲ ਕਰਾਂਗੇ ਤਾਂ ਉਹ ਹਰਕਤ ਦੇ ਵਿੱਚ ਆਏਗਾ। ਅਤੇ ਜਿਹੜਾ ਸਾਡਾ ਇਹ ਅੱਜ ਫੋਰਮ ਬਣਿਆ, ਇਹ ਇੱਕ ਪੰਜਾਬ ਦੇ, ਮੈਂ ਤਾਂ ਇਹ ਕਹੂੰਗਾ, ਬਹੁਤ ਲੰਬੇ ਸਮੇਂ ਬਾਅਦ ਪੰਜਾਬ ਦੇ ਇਤਿਹਾਸ ਦੇ ਅੰਦਰ ਇੱਕ ਮੀਲ ਪੱਥਰ ਹੈ, ਕਿਉਂਕਿ ਅੱਜ ਉਹ ਲੋਕਾਂ ਦੀਆਂ ਲਹਿਰਾਂ ਨੂੰ, ਲੋਕਾਂ ਨੂੰ ਅੱਤਵਾਦੀ ਗਰਦਾਨ ਰਹੇ ਆ, ਪਰ ਇੱਕ ਪਾਸੇ ਮਤਲਬ ਇੱਥੇ ਲੱਖਾਂ ਕਿਸਾਨ ਹੈ ਦੇਸ਼ ਦੇ ਅੰਦਰ ਆਤਮ ਹੱਤਿਆਵਾਂ ਕਰ ਰਹੇ ਹੈ, ਅਤੇ ਉਹਨਾਂ ਦੇ ਕਾਤਲ ਕੌਣ ਹੋਏ। ਇਹਨਾਂ ਗੱਲਾਂ ਦਾ ਜਿੰਨਾ ਚਿਰ ਫਰਕ, ਮਤਲਬ ਅਸੀਂ ਸਮੂਹ ਲੋਕ ਆਪਦੇ ਮਨਾਂ ਦੇ ਵਿੱਚ ਵਸਾ ਕੇ ਇੱਕ ਲੜਾਈ ਨੂੰ ਇੱਕਜੁੱਟ ਨਹੀਂ ਕਰਦੇ, ਉਹਨਾਂ ਚਿਰ ਇਸ ਫਰਕ ਦਾ ਪਤਾ ਨਹੀਂ ਲੱਗਣਾ ਕਿ ਇਹ ਕਾਨੂੰਨ ਹੈ ਜਿਹੜਾ ਹਾਕਮ ਜਮਾਤਾਂ ਦੇ ਮਤਲਬ ਇਹ ਕਰੀਏ ਵੀ ਮੁੱਠੀ 'ਚ ਹੈ, ਅਤੇ ਸਾਡੇ ਜਿਹੜੇ ਲੋਕਾਂ ਲਈ ਇਹ ਲੋੜ ਹੈ। ਸਮੂਹ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਰੇ, ਚਾਹੇ ਦਲਿਤ ਹੈ ਚਾਹੇ ਆਦਿਵਾਸੀ ਹੈ, ਉਹ ਇੱਕ ਲਹਿਰ ਦੇ ਰੂਪ ਵਿੱਚ ਇਸ ਇੱਥੋਂ ਦੀ ਹਕੂਮਤ ਦੇ ਇਹਨਾਂ ਜ਼ੁਲਮਾਂ ਦੇ ਖਿਲਾਫ਼ ਬੋਲੀਏ, ਉੱਠੀਏ, ਤਾਂ ਹੀ ਗੁਜ਼ਾਰਾ ਹੋਏਗਾ। ਇਸ ਤੋਂ ਬਿਨਾਂ ਮਤਲਬ ਸਾਨੂੰ ਇਕੱਲੇ ਇਕੱਲੇ ਨੂੰ ਪਹਿਲਾਂ ਉਹ ਪਿਛਲੇ ਸਮੇਂ 'ਚ ਕੁੱਟਦੇ ਰਹੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁੱਟਦੇ ਰਹਿਣਗੇ। ਸੋ ਮੈਂ ਅੱਜ ਦੇ ਇਸ ਇਕੱਠ ਜੋ ਹੋਇਆ ਉਹਦੇ ਵਿੱਚ ਵਿਸ਼ੇਸ਼ ਤੌਰ 'ਤੇ ਜਿਹੜਾ ਸਿਹਰਾ ਜਾਂਦਾ ਹੈ ਸੁਖਦਰਸ਼ਨ ਦੱਤ ਜੀ ਹੋਰਾਂ, ਜਿਨ੍ਹਾਂ ਨੇ ਵਿਸ਼ੇਸ਼ ਤਰੱਦਦ ਕਰਕੇ ਪੰਜਾਬ ਦੇ ਅੰਦਰ ਇੱਕ ਲਹਿਰ ਦਾ ਬੀਜਿਆ, ਪੰਜਾਬ ਦੇ ਅੰਦਰ ਇੱਕ ਜਿਹੜਾ ਬੋਲਣ ਦਾ ਹੱਕ ਹੈ ਉਹਦੇ ਹੱਕ ਦੇ ਵਿੱਚ, ਅਤੇ ਪੰਜਾਬ ਦੇ ਵਿੱਚ ਜੋ ਇੱਥੋਂ ਦੀ ਹਕੂਮਤ ਵੱਲੋਂ 3 ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਉਹਦੇ ਵਿਰੋਧ ਦੇ ਵਿੱਚ ਜਿਹੜਾ ਅੱਜ ਇਹ ਇੱਕ ਸ਼ੁਰੂਆਤ ਹੋਈ ਹੈ, ਇਸ ਨੂੰ ਇੱਕ ਸ਼ੁਭ ਸ਼ਗਨ ਮੰਨਦਾ। ਸੋ ਸਾਰਿਆਂ ਦਾ ਮੈਂ ਜੀ ਆਇਆਂ, ਧੰਨਵਾਦ। ਧੰਨਵਾਦ ਜੀ ਲੋਕਰਾਜ ਜੀ। ਇਹਨਾਂ ਨੇ ਕਿਹਾ ਕਿ ਬਾਹਰ ਫੋਰਸ ਲਾਈ ਹੈ, ਵਿਚਾਰਾਂ ਤੋਂ ਕੀ ਖਤਰਾ ਹੈ? ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੂੰ ਗੁੰਡਿਆਂ ਤੋਂ, ਗੈਂਗਸਟਰਾਂ ਤੋਂ, ਡਾਕੂਆਂ ਤੋਂ ਖਤਰਾ ਨਹੀਂ, ਉਹ ਖਤਰਾ ਹੀ ਵਿਚਾਰਾਂ ਤੋਂ ਹੈ। ਇਹ ਵਿਚਾਰ ਹੀ ਉਹਨਾਂ ਲਈ ਸਭ ਤੋਂ ਖਤਰਨਾਕ ਹੈ। ਮੈਂ ਬੇਨਤੀ ਕਰੂੰਗਾ ਸਰਦਾਰ ਸੁਖਦੇਵ ਸਿੰਘ
ਜਿਹੜੇ ਬੁਲਾਰੇ ਨੇ ਅਲਾਇੰਸ ਆਫ ਸਿੱਖ ਯੂਥ ਆਰਗੇਨਾਈਜੇਸ਼ਨ, ਉਹ ਤੁਹਾਡੇ ਨਾਲ ਦੋ ਮਿੰਟ ਲਈ ਗੱਲ ਕਰਨਗੇ। ਇਹਨਾਂ ਤੋਂ ਬਾਅਦ ਬਲਵਿੰਦਰ ਸਿੰਘ ਚਹਿਲ ਆਲ ਇੰਡੀਆ ਪੀਪਲਜ਼ ਫੋਰਮ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰਾਂ ਦੇ ਵਖਰੇਵਿਆਂ ਦੇ ਬਾਵਜੂਦ, ਉਹਨਾਂ ਵਖਰੇਵਿਆਂ ਦਾ ਸਤਿਕਾਰ ਕਰਦੇ ਹੋਏ, ਇੱਕ ਖਾਸ ਮੁੱਦੇ 'ਤੇ ਆਪ ਜੀ ਬੜੇ ਲੰਬੇ ਸਮੇਂ ਤੋਂ ਸਾਰੇ ਜਿਹੜੇ ਸੰਘਰਸ਼ ਕਰ ਰਹੇ ਹੋ ਆਪੋ ਆਪਣੇ ਖੇਤਰਾਂ ਦੇ ਵਿੱਚ, ਇੱਕ ਖਾਸ ਮੁੱਦੇ ਦੇ ਉੱਤੇ ਇਕੱਠੇ ਹੋਏ ਹੋ, ਕਿਉਂਕਿ ਸਾਰਿਆਂ ਨੂੰ ਇਸ ਕੇਸ ਤੋਂ ਇਹ ਜ਼ਰੂਰ ਲੱਗਾ ਕਿ ਇਸ ਹਮਲੇ ਦਾ ਸ਼ਿਕਾਰ ਅੱਜ ਨਹੀਂ ਤਾਂ ਕੱਲ੍ਹ ਮੈਂ ਵੀ ਹੋ ਸਕਦਾ, ਕਿਉਂਕਿ ਅਸੀਂ ਲਗਭਗ ਸਾਰੇ ਉਹੀ ਹਾਂ ਜਿਨ੍ਹਾਂ ਦੇ ਨਾਂ ਪਹਿਲਾਂ ਕਦੀ ਸੱਤਾਧਾਰੀ ਸਰਕਾਰਾਂ ਨਾਲ, ਉਹਨਾਂ ਦੇ ਜਿਹੜੇ ਸੈੱਟ ਕੀਤੇ ਨਰੇਟਿਵ ਦੇ ਨਾਲ ਅਸੀਂ ਕਦੀ ਸਹਿਮਤ ਹੋਏ ਹਾਂ, ਅਤੇ ਨਾ ਮੈਨੂੰ ਲੱਗਦਾ ਵੀ ਜਿੰਨੇ ਬਜ਼ੁਰਗ ਬੈਠੇ ਨੇ ਜਾਂ ਜਿਹੜੇ ਹੋਰ ਯੂਥ ਅੱਗੇ ਆ ਰਿਹਾ ਉਹਨਾਂ ਦੀ ਕਦੀ ਸਹਿਮਤੀ ਸਰਕਾਰਾਂ ਨਾਲ ਕਦੀ ਇਹੋ ਜਿਹੇ ਮੁੱਦਿਆਂ 'ਤੇ ਬਣਨੀ ਹੈ। ਕਿਉਂਕਿ ਇਹ ਬੜੇ ਤਰੀਕੇ ਦੇ ਨਾਲ, ਜਿੱਦਾਂ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਨਾਰਾ ਦਿੱਤਾ ਜਾਂਦਾ ਸੀ ਕਿ ਇੰਦਰਾ ਇਜ਼ ਇੰਡੀਆ ਐਂਡ ਇੰਡੀਆ ਇਜ਼ ਇੰਦਰਾ, ਤਾਂ ਅੱਜ ਵੀ ਉਹ ਤਰੀਕਾ ਫਿਰ ਮੋਦੀ ਹੀ ਭਾਰਤ ਅਤੇ ਭਾਰਤ ਹੀ ਮੋਦੀ ਵਾਂਗੂ ਇੱਕ ਨਰੇਟਿਵ ਸੈੱਟ ਕੀਤਾ ਜਾ ਰਿਹਾ ਕਿ ਜਿਹੜਾ ਸਰਕਾਰ ਦਾ ਵਿਰੋਧੀ ਹੈ ਉਹ ਦੇਸ਼ ਦਾ ਵਿਰੋਧੀ ਹੈ। ਸੋ ਇਹ ਤਰੀਕਾ ਹਾਲਾਂਕਿ ਬਹੁਤ ਪੁਰਾਣਾ ਚੱਲਿਆ ਆ ਰਿਹਾ, ਪਰ ਆਹ ਜਿਹੜੀ ਤਾਜ਼ੀ ਸੱਟ ਜਿਹੜੀ ਵੱਜੀ ਹੈ ਇਹ ਹੈਰਾਨੀਜਨਕ ਅਤੇ ਸਾਨੂੰ ਝੰਝੋੜਨ ਵਾਲੀ ਇਸ ਕਰਕੇ ਵੀ ਹੈ ਕਿ ਸਰਕਾਰ ਦੇ ਨਾਲ ਲੋਕਤੰਤਰ ਸਿਸਟਮ ਦੀ ਆਖਰੀ ਉਮੀਦ ਜੁਡੀਸ਼ਲੀ ਵੀ ਇਹਦੇ ਵਿੱਚ ਇਨਵੋਲਵਡ ਹੈ। ਸੋ ਹਮਲਾ ਕੀ ਹੈ ਅਤੇ ਕਿਸ ਤਰ੍ਹਾਂ ਹੋਇਆ ਇਸ ਬਾਰੇ ਸ਼ਾਇਦ ਤੁਸੀਂ ਸਵੇਰ ਤੋਂ ਡਿਸਕਸ ਕਰ ਰਹੇ ਹੋ। ਮੇਰਾ ਜਿਹੜਾ ਫੋਕਸ ਹੈ ਉਹ ਇੱਕ ਮਿੰਟ ਦੇ ਵਿੱਚ ਸਿਰਫ ਇਹੀ ਹੈ ਕਿ ਹਮਲਾ ਜਿਹੜਾ ਕੀਤਾ ਕਿਹਨਾਂ ਆ ਔਰ ਇਸ ਸਾਜ਼ਿਸ਼ ਦੇ ਵਿੱਚ ਇਨਵੋਲਵਡ ਜਿਹੜੇ ਆ ਉਹ ਕੌਣ ਕੌਣ ਨੇ। 2016 ਦੀ ਮੌਕੇ ਦੀ ਸਰਕਾਰ, ਉਸ ਵੇਲੇ ਦਾ ਹੋਮ ਮਿਨਿਸਟਰ ਸੁਖਬੀਰ ਬਾਦਲ ਜਿਹਦੇ ਰਾਜ 'ਚ ਪਰਚਾ ਹੋਇਆ, ਔਰ ਉਸ ਤੋਂ ਇਲਾਵਾ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਨਿੱਜੀ ਤੌਰ 'ਤੇ ਵੀ ਟਾਰਗੇਟ ਕਰਨ ਦੀ ਲੋੜ ਹੈ। ਜਿਹੜੀ ਕੋਰਟ ਨੇ ਜਾਂ ਜੱਜ ਨੇ ਜਿਹੜੀ ਘੜੀ ਘੋਲੀ ਹੈ ਉਹ ਤਾਂ ਘੋਲੀ ਹੈ, ਪਰ ਜਿਹੜੀ ਇਹ ਗਰਾਊਂਡ ਤਿਆਰ ਕੀਤੀ ਗਈ ਪਰਚੇ ਦੀ ਕਿ ਇਹਨਾਂ ਕੋਲੋਂ 98 ਕਿਤਾਬਾਂ ਮਿਲੀਆਂ, 108 ਪੋਸਟਰ ਮਿਲੇ, ਇਹ ਸਾਰੀਆਂ ਚੀਜ਼ਾਂ ਦੇ ਧਿਆਨ 'ਚ ਰੱਖ ਕੇ ਪਰਚਾ ਦਰਜ ਕਰਨ ਵਾਲੇ ਅਧਿਕਾਰੀਆਂ ਨੂੰ ਬਾਏ ਨੇਮ ਟਾਰਗੇਟ ਕਰਨ ਦੀ ਲੋੜ ਹੈ। ਸੋ ਇਸ ਕਨਵੈਨਸ਼ਨ ਦੇ ਵਿੱਚ ਜਿਹੜੀ ਰਹਿ ਗਏ ਨੇ ਜਾਂ ਜਿਹੜੇ ਵੀ ਮਤੇ ਪਾਉਣੇ ਨੇ, ਮੇਰੀ ਇੱਕ ਬੇਨਤੀ ਹੈ ਤੁਹਾਡੇ ਤੱਕ ਵੀ ਇਹਨਾਂ ਨੂੰ ਇੱਕ ਵਾਰੀ ਬਾਏ ਨੇਮ ਟਾਰਗੇਟ ਜ਼ਰੂਰ ਕੀਤਾ ਜਾਵੇ ਔਰ ਇਹਨਾਂ ਨੂੰ ਇਸ ਸਿਸਟਮ ਦੇ ਵਿੱਚ ਲਿਆਂਦਾ ਜਾਵੇ, ਤਾਂ ਕਿ ਹੋਰ ਪੁਲਿਸ ਅਧਿਕਾਰੀ ਜਿਹੜੇ ਸਰਕਾਰਾਂ ਨੂੰ ਜਾਂ ਦੂਜਿਆਂ ਨੂੰ ਖੁਸ਼ ਕਰਨ ਲਈ, ਤਰੱਕੀਆਂ ਲੈਣ ਲਈ ਇਹੋ ਜਿਹੇ ਤਰੀਕੇ ਅਪਣਾਉਂਦੇ ਨੇ, ਉਹਨਾਂ ਨੂੰ ਪਤਾ ਹੋਵੇ ਕਿ ਇਹ ਰਾਹ ਅਖੀਰ 'ਚ ਜਾਂਦਾ ਕਿੱਧਰ ਨੂੰ ਹੈ। ਸੋ ਉਸ ਦੇ ਨਾਲ ਹੀ ਜਿਹੜੀ ਪੁਲਿਸ ਨੇ ਆਪਣੀ ਪਹਿਲੀ ਗਲਤੀ ਨੂੰ ਛੁਪਾਉਣ ਲਈ ਦੂਸਰਾ ਪਰਚਾ ਅਰਵਿੰਦਰ ਸਿੰਘ ਦੇ ਉੱਤੇ ਦਰਜ ਕਰਕੇ ਉਹਨੂੰ ਇਹ ਕਿਹਾ ਕਿ ਇਹਨੂੰ ਗੁਰਦੀਪ ਸਿੰਘ ਨੇ ਇਹ ਬਦਲਾ ਲੈਣ ਲਈ ਕਿਹਾ ਕਿ ਜਿਹੜੀ ਵਿਛੋੜੀ ਅਤੇ ਸਰੂਆ ਦੇ ਵਿੱਚ ਬੇਅਦਬੀ ਹੋਈ ਹੈ ਉਹਦਾ ਬਦਲਾ ਲੈਣ ਲਈ ਇਹਨੂੰ ਰਿਵਾਲਵਰ ਦਿੱਤਾ, ਉਹਨੂੰ ਪਿਸਟਲ ਦਿੱਤਾ, ਸ਼ਾਇਦ ਉਹਨਾਂ ਨੇ ਇਹ ਲਿਖਿਆ। ਪਰ ਇਹ 26 ਮਈ 2016 ਤੋਂ ਜਿਹੜਾ ਵਿਅਕਤੀ ਅੰਦਰ ਹੈ ਉਹ 2017 ਅਤੇ 2018 ਦੇ ਵਿੱਚ ਹੋਈਆਂ ਬੇਅਦਬੀਆਂ ਦਾ ਬਦਲਾ ਲੈਣ ਲਈ ਜੇਲ੍ਹ ਤੋਂ ਬਾਹਰ ਬੈਠੇ ਕਿਸੇ ਵਿਅਕਤੀ ਨੂੰ ਰਿਵਾਲਵਰ ਕਿਵੇਂ ਪ੍ਰੋਵਾਈਡ ਕਰ ਰਿਹਾ, ਜਦਕਿ 2016 ਤੋਂ ਲੈ ਕੇ ਅੱਜ 2019 ਤੱਕ ਉਹ ਹਾਲੇ ਤੱਕ ਇੱਕ ਦਿਨ ਲਈ ਵੀ ਜੇਲ੍ਹ 'ਚੋਂ ਬਾਹਰ ਨਹੀਂ ਆਇਆ। ਸੋ ਇਹ ਜਿਹੜੀ ਕੜੀ ਪੁਲਿਸ ਵਾਲੇ ਹਾਲੇ ਵੀ ਘੋਲ ਰਹੇ ਆ ਆਪਣੀ ਪਹਿਲੀ ਗਲਤੀ ਨੂੰ ਛੁਪਾਉਣ ਲਈ, ਉਸ ਤੋਂ ਵੱਡਾ ਗੁਨਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਅਗਰ ਅਸੀਂ ਬਾਏ ਨੇਮ ਇਹਨਾਂ ਨੂੰ ਟਾਰਗੇਟ ਕਰਾਂਗੇ ਤਾਂ ਇਹ ਕੰਮ ਇੱਥੇ ਰੁਕ ਵੀ ਸਕਦਾ। ਅਤੇ ਦੂਸਰੀ ਗੱਲ ਜਿਹੜੀ ਜੱਜ ਨੇ ਗੱਲ ਕਹੀ ਕਿ ਭਾਈ ਰਣਧੀਰ ਸਿੰਘ ਜੀ ਦੀ ਖਾਲਿਸਤਾਨੀ ਸ਼ਬਦਾਵਲੀ, ਉਹ ਭਾਈ ਰਣਧੀਰ ਸਿੰਘ ਜਿਹਨਾਂ ਨੂੰ ਸਰਕਾਰ ਵੀ ਫਰੀਡਮ ਫਾਈਟਰ ਮੰਨਦੀ ਹੈ, ਲੁਧਿਆਣੇ 'ਚ ਉਹਨਾਂ ਦੇ ਨਾਮ 'ਤੇ ਨਗਰ ਵਸਾਏ ਹੋਏ ਨੇ, ਜੇ ਉਹਨਾਂ ਦੀ ਸ਼ਬਦਾਵਲੀ ਵੀ ਤੋਂ ਇਹਨਾਂ ਨੂੰ ਵੀ ਜਿਹੜਾ ਖਤਰਾ ਲੱਗਦਾ ਇਸ ਲੋਕਤੰਤਰ ਨੂੰ, ਜਿਹਨਾਂ ਦੇ ਸਿਰ 'ਤੇ ਲੋਕਤੰਤਰ ਇਹ ਖੜ੍ਹਾ ਹੋਇਆ ਜਾਂ ਇਹ ਲੋਕਤੰਤਰ ਕਹਾਉਣ ਦੇ ਲਾਇਕ ਬਣਿਆ ਦੇਸ਼, ਜੇ ਉਹਨਾਂ ਦੀ ਸ਼ਬਦਾਵਲੀ ਵੀ ਤੋਂ ਇਹਨਾਂ ਨੂੰ ਖਤਰਾ, ਤਾਂ ਮੈਨੂੰ ਲੱਗਦਾ ਇਹ ਲੋਕਤੰਤਰ ਰਹਿ ਹੀ ਨਹੀਂ ਗਿਆ, ਇਹਨੂੰ ਬਕਾਇਦਾ ਜਿਹੜਾ ਆ ਉਹ ਹਿੰਦੂ ਰਾਸ਼ਟਰ ਡਿਕਲੇਅਰ ਕਰ ਦੇਣਾ ਚਾਹੀਦਾ, ਤਾਂ ਕਿ ਜਿਹੜੇ ਵਿੱਚ ਭੁੱਲ ਭੁਲੇਖੇ ਜਾਂ ਵਿੱਚ ਵਿਚਾਲੇ ਲੋਕ ਤੁਰੇ ਫਿਰਦੇ ਆ ਉਹਨਾਂ ਨੂੰ ਵੀ ਥੋੜ੍ਹੀ ਜਿਹੀ ਕਲੈਰਿਟੀ ਹੋ ਜਾਵੇ। ਸੋ ਮੇਰੀ ਇੰਨੀ ਕੀ ਬੇਨਤੀ ਹੈ, ਰਹੀ ਗੱਲ ਬੰਦ ਬੰਦ ਕੱਟਣ ਦੀ ਗੱਲ ਵੀ ਇਹੋ ਜਿਹੀ ਸ਼ਬਦਾਵਲੀ ਇਹਨਾਂ ਨੇ ਪੜ੍ਹੀ ਨੌਜਵਾਨਾਂ ਨੇ ਜਾਂ ਉਹਦੇ ਬਾਰੇ ਉਹ ਸੋਚ ਰਹੇ ਨੇ ਜਾਂ ਉਹਦੇ ਨਾਲ ਸਹਿਮਤੀ ਜਤਾ ਰਹੇ ਨੇ, ਫਿਰ ਤਾਂ ਗੁਟਕਾ ਸਾਹਿਬ ਦੇ ਹਰ ਗੁਟਕਾ ਸਾਹਿਬ ਦੇ ਵਿੱਚ ਅਰਦਾਸ ਦੇ ਵਿੱਚ ਹਰ ਰੋਜ਼ ਸਿੱਖ ਬੰਦ ਬੰਦ ਕਟਾਉਣ ਦੀ ਗੱਲ ਪੜ੍ਹਦਾ ਵੀ ਹੈ ਅਤੇ ਉਹਨਾਂ ਨੂੰ ਸਿਜਦਾ ਵੀ ਕਰਦਾ ਬੰਦ ਬੰਦ ਕਟਾਉਣ ਵਾਲਿਆਂ ਨੂੰ, ਤਾਂ ਅਗਲਾ ਟਾਰਗੇਟ ਇਹ ਗੁਟਕਾ ਸਾਹਿਬ ਨੂੰ ਵੀ ਕਰ ਸਕਦੇ ਆ ਕਿਤਾਬਾਂ ਦੇ ਨਾਲ ਨਾਲ। ਔਰ ਦੂਜੀ ਗੱਲ ਜਿਹੜੀ ਪੁਲਿਸ ਵਾਲਿਆਂ ਨੂੰ ਟਾਰਗੇਟ ਕਰਨ ਦੀ, ਮੈਂ ਇਸ ਕਰਕੇ ਵੀ ਕਹਿ ਰਿਹਾ, ਜਦੋਂ ਖੁਦ ਪੰਜਾਬ ਪੁਲਿਸ ਆਪਣੀ ਹੀ ਪੁਲਿਸ 'ਤੇ ਯਕੀਨ ਨਹੀਂ ਕਰਦੀ ਤਾਂ ਲੋਕ ਕਿਉਂ ਕਰਨ। ਤਾਜ਼ਾ ਐਗਜ਼ਾਮਪਲ ਦੇ ਤੌਰ 'ਤੇ ਜਦੋਂ
ਪਿੱਛੇ ਡਰੱਗ ਕੇਸ ਹੋਏ ਆ, ਇੰਦਰਜੀਤ ਇੰਸਪੈਕਟਰ ਫੜਿਆ ਗਿਆ ਤਾਂ ਉਸ ਵੇਲੇ ਜਦੋਂ ਐਸ ਐਸ ਪੀ ਰਾਜਜੀਤ ਹੁੰਦਲ ਦਾ ਨਾਮ ਆਉਣ ਵਾਲਾ ਸੀ ਤਾਂ ਉਹ ਹਾਈਕੋਰਟ ਜਾ ਕੇ ਕਹਿੰਦਾ ਕਿ ਮੈਨੂੰ ਪੰਜਾਬ ਪੁਲਿਸ 'ਤੇ ਭਰੋਸਾ ਨਹੀਂ। ਪੰਜਾਬ ਪੁਲਿਸ ਦਾ ਇੱਕ ਐਸ ਐਸ ਪੀ ਜਾ ਕੇ ਕਹਿ ਰਿਹਾ ਕਿ ਮੈਨੂੰ ਪੰਜਾਬ ਪੁਲਿਸ 'ਤੇ ਭਰੋਸਾ ਨਹੀਂ, ਮੇਰੀ ਜਾਂਚ ਕਿਤੋਂ ਬਾਹਰੋਂ ਕਰਾਈ ਜਾਵੇ। ਬਹਿਬਲ ਕਲਾਂ ਕਾਂਡ ਦੇ ਵਿੱਚ ਐਸ ਐਸ ਪੀ ਚਰਨਜੀਤ ਸ਼ਰਮਾ ਅਤੇ ਕਿੰਨਾ ਸਮਾਂ ਡੀ ਜੀ ਪੀ ਰਹਿਣ ਵਾਲਾ ਪੰਜਾਬ ਦਾ ਸੁਮੇਧ ਸੈਣੀ ਹਾਈਕੋਰਟ ਨੂੰ ਜਾ ਕੇ ਕਹਿ ਰਿਹਾ ਕਿ ਮੈਨੂੰ ਪੰਜਾਬ ਪੁਲਿਸ 'ਤੇ ਭਰੋਸਾ ਨਹੀਂ। ਜੇ ਪੰਜਾਬ ਦੇ ਸਾਬਕਾ ਡੀ ਜੀ ਪੀ ਨੂੰ ਪੰਜਾਬ ਪੁਲਿਸ 'ਤੇ ਭਰੋਸਾ ਨਹੀਂ ਤਾਂ ਤੁਸੀਂ ਅਸੀਂ ਕਿਉਂ ਕਰੀਏ? ਸੋ ਇਹਨਾਂ ਨੂੰ ਝੰਝੋੜਨ ਲਈ ਔਰ ਟਾਰਗੇਟ ਕਰਨ ਲਈ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਵਿਚਾਰਧਾਰਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਹਨਾਂ ਦਾ ਸਤਿਕਾਰ ਕਰਦੇ ਹੋ, ਤੁਸੀਂ ਇਕੱਠੇ ਹੋਏ ਹੋ। ਅਸੀਂ ਆਪਣੇ 30 ਨੌਜਵਾਨ ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਵੱਲੋਂ ਤੁਹਾਡੀ ਰਣਨੀਤੀ ਨੂੰ ਸਹਿਮਤੀ ਵੀ ਦਿੰਦੇ ਹਾਂ ਔਰ ਜਿੰਨਾ ਹੋ ਸਕਿਆ ਸਮਰੱਥਾ ਮੁਤਾਬਕ ਤੁਹਾਡੀ ਆਉਣ ਵਾਲੀ ਰਣਨੀਤੀ ਦਾ ਉਹਦੇ 'ਚ ਯੋਗਦਾਨ ਵੀ ਪਾਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਸਿੰਘਦੇਵ ਸਿੰਘ ਹੋਰਾਂ ਨੇ ਬਿਲਕੁਲ ਠੀਕ ਕਿਹਾ, ਇਸ ਕਿਸਮ ਦੇ ਫਿਰਕੂ ਜੱਜਾਂ ਨੇ ਫੈਸਲੇ ਦੇਣੇ ਆ ਤਾਂ ਉਹ ਸਿੱਖ ਪੰਥ ਦੀ ਅਰਦਾਸ 'ਤੇ ਹੀ ਪਾਬੰਦੀ ਲਾ ਦੇਣਗੇ, ਉਹ ਵੀ ਗੈਰ ਕਾਨੂੰਨੀ ਆ, ਜਿਹਦੇ 'ਚ ਉਹ ਰੋਜ਼ ਰਾਜ ਕਰੇਗਾ ਖਾਲਸਾ ਤਾਂ ਜਿਹੜੀ ਅਰਦਾਸ ਦੇ ਵਿੱਚ ਸ਼ਾਮਲ ਆ ਅਤੇ ਉਹ ਪੜ੍ਹਦੇ ਆ। ਇਸ ਕਰਕੇ ਇਹਦੇ ਖਿਲਾਫ਼ ਲਾਜ਼ਮੀ ਤੌਰ 'ਤੇ ਲੜਿਆ ਜਾਣਾ ਚਾਹੀਦਾ। ਹੁਣ ਬਲਵਿੰਦਰ ਸਿੰਘ ਚਹਿਲ ਪਟਿਆਲਾ ਤੋਂ ਆਲ ਇੰਡੀਆ ਪੀਪਲ ਫੋਰਮ ਦੇ ਆਗੂ ਅਤੇ ਅਖੀਰ ਦੇ ਵਿੱਚ ਸਾਡੀ ਭੈਣ ਪਰਮਜੀਤ ਕੌਰ ਖਾਲੜਾ, ਉਹ ਧੰਨਵਾਦ ਕਰਨਗੇ ਤੁਹਾਡਾ। ਅਸੀਂ ਸਮਾਪਤੀ ਕਰਾਂਗੇ, ਉਹਨਾਂ ਤੋਂ ਬਾਅਦ ਬਲਵਿੰਦਰ ਸਿੰਘ ਚਹਿਲ। ਅੱਜ ਦੀ ਇਸ ਕਨਵੈਨਸ਼ਨ ਦੀ ਪ੍ਰਧਾਨਗੀ ਕਰ ਰਹੇ ਆਗੂ ਸਾਹਿਬਾਨ ਅਤੇ ਵੱਖ ਵੱਖ ਜਥੇਬੰਦੀਆਂ ਤੋਂ ਆਏ ਵੀਰੋ ਭੈਣੋ, ਬਹੁਤ ਅਹਿਮ ਨੁਕਤੇ 'ਤੇ CPIML ਲਿਬਰੇਸ਼ਨ ਵੱਲੋਂ ਪਹਿਲਕਦਮੀ ਕੀਤੀ ਗਈ ਆ। ਸਾਰੀਆਂ ਜਥੇਬੰਦੀਆਂ ਨੇ ਉਹਨਾਂ ਦੀ ਇਸ ਪਹਿਲਕਦਮੀ ਦਾ ਸਵਾਗਤ ਕੀਤਾ। ਮੈਂ ਆਲ ਇੰਡੀਆ ਪੀਪਲਜ਼ ਫੋਰਮ ਵੱਲੋਂ CPIML ਲਿਬਰੇਸ਼ਨ ਦੀ ਪਹਿਲਕਦਮੀ ਦਾ ਸਵਾਗਤ ਕਰਦਾ। ਗੱਲ ਮੁੱਦਾ ਬਣਿਆ ਕਿ ਨਵਾਂ ਸ਼ਹਿਰ ਦੇ ਵਿੱਚ 3 ਸਿੱਖ ਨੌਜਵਾਨਾਂ 'ਤੇ ਵੱਖ ਵੱਖ ਲਿਟਰੇਚਰ ਰੱਖਣ 'ਤੇ, ਕਿਤਾਬਾਂ ਰੱਖਣ 'ਤੇ ਵਿਰੋਧ ਵਿੱਚ ਪੁਲਿਸ ਨੇ ਕੇਸ ਬਣਾਤਾ, ਸਰਕਾਰ ਨੇ ਮਨਜ਼ੂਰੀ ਦੇ ਦਿੱਤੀ, ਹਾਈਕੋਰਟ ਨੇ ਜ਼ਮਾਨਤ ਮੰਗਦਿਆਂ 'ਤੇ ਪਰਚੇ ਦੀ ਟ੍ਰਾਇਲ ਸ਼ੁਰੂ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਇਹ ਕਾਰਨ ਬਣਿਆ ਸਾਡੇ ਇਕੱਠੇ ਹੋਣ ਦਾ। ਅੱਜ ਜਿੱਥੋਂ ਤੱਕ ਸਹਿਮਤੀ ਜਾਂ ਅਸਹਿਮਤੀ ਦਾ ਸਵਾਲ ਆ, ਜਦੋਂ ਪਰਿਵਾਰ ਇਸ ਸਮਾਜ ਦਾ ਮੁੱਢ ਆ, ਪਰਿਵਾਰ ਦੇ ਵਿੱਚ ਵੀ ਸਹਿਮਤੀ ਅਸਹਿਮਤੀ ਹੁੰਦੀ ਹੈ, ਭੈਣ ਭਰਾ ਦੇ ਵਿੱਚ ਵੀ ਸਹਿਮਤੀ ਅਸਹਿਮਤੀ ਹੁੰਦੀ ਹੈ, ਮਾਂ ਬਾਪ ਦੇ ਵਿੱਚ ਵੀ ਸਹਿਮਤੀ ਅਸਹਿਮਤੀ ਹੁੰਦੀ ਹੈ, ਸਮਾਜ ਦੀ ਹਰ ਜਥੇਬੰਦੀ 'ਚ ਹਰ ਇੰਸਟੀਚਿਊਟ ਦੇ ਵਿੱਚ ਹਰ ਨੁਕਤੇ 'ਤੇ ਸਹਿਮਤੀ ਅਸਹਿਮਤੀ ਹੁੰਦੀ ਹੈ, ਤਾਂ ਫਿਰ ਤਾਂ ਕੱਲ੍ਹ ਨੂੰ ਇਹ ਕਹਿ ਦਿਓ ਕਿ ਵੀ ਇਹ ਪਰਿਵਾਰ ਹੀ ਤੋੜ ਦਿਓ, ਇਹ ਸਮਾਜ ਹੀ ਤੋੜ ਦਿਓ, ਇਲੈਕਸ਼ਨ ਕਰਾਉਂਦੇ ਆ, ਉਹ ਵੀ ਤਾਂ ਸਹਿਮਤੀ ਅਸਹਿਮਤੀ ਹੋਈ ਹੈ, ਇੱਕ ਸਰਕਾਰ ਬਣਾਉਣ ਦੇ ਹੱਕ ਵਿੱਚ ਵੋਟ ਪਾਉਂਦੇ ਆ, ਦੂਜੇ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਖਿਲਾਫ਼ ਵੋਟ ਪਾਉਂਦੇ ਆ, ਉਹ ਵੀ ਅਸਹਿਮਤੀ ਹੈ, ਫਿਰ ਤਾਂ ਵੋਟਾਂ ਵਾਲਾ ਮਸਲਾ ਵੀ ਖਤਮ ਹੈ। ਇਸ ਦੇ ਨਾਲ ਹੀ ਜਿਹੜਾ ਮਸਲਾ ਹੈ ਵਿਚਾਰ ਪ੍ਰਗਟਾਵੇ ਦਾ ਸਵਾਲ ਹੈ। ਜਿਹੜੇ ਇਨਸਾਨ ਜਿਉਂਦੇ ਆ, ਦਿਮਾਗ ਰੱਖਦੇ ਆ, ਉਹਨਾਂ ਨੇ ਵਿਚਾਰ ਹਰ ਨੁਕਤੇ 'ਤੇ ਪ੍ਰਗਟ ਕਰਨੇ ਆ, ਜਦੋਂ ਨੁਕਤੇ 'ਤੇ ਪ੍ਰਗਟ ਕਰਨੇ ਆ ਵਿਚਾਰ, ਤਾਂ ਉਹਦੇ 'ਤੇ ਸਹਿਮਤੀ ਅਸਹਿਮਤੀ ਵੀ ਹੋਣੀ ਹੈ। ਕਿਸੇ ਨੂੰ ਮੀਟ ਮੁਰਗੇ ਦਾ ਚੰਗਾ ਲੱਗਦਾ, ਕਿਸੇ ਨੂੰ ਗਾਂ ਦਾ ਚੰਗਾ ਲੱਗਦਾ, ਕਿਸੇ ਨੂੰ ਬੱਕਰੀ ਚੰਗੀ ਲੱਗਦੀ ਹੈ, ਕਿਸੇ ਨੂੰ ਮੱਝ ਚੰਗੀ ਲੱਗਦੀ ਹੈ ਦੁੱਧ ਪੀਣ ਨੂੰ, ਇਹ ਤਾਂ ਵਿਚਾਰਾਂ ਦਾ ਸਵਾਲ ਹੈ, ਮੰਨਣ ਦਾ ਸਵਾਲ ਹੈ। ਇਹਦੇ 'ਤੇ ਪਾਬੰਦੀਆਂ ਜਦੋਂ ਕੋਈ ਲਾਵੇਗਾ ਤਾਂ ਇਹ ਉਹਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਇਹ ਜਿਹੜਾ ਸਮਾਜ ਹੈ ਜਿੱਧਰ ਨੂੰ ਲਿਜਾਇਆ ਜਾ ਰਿਹਾ, ਉਹ ਭਾਵੇਂ ਸਦੀਆਂ ਤੋਂ ਇਵੇਂ ਚੱਲਦਾ ਹੈਗਾ ਵੀ ਅਸੀਂ ਹੀ ਠੀਕ ਹਾਂ, ਦੂਜੇ ਸਾਰੇ ਗਲਤ ਹੈ। ਇਹ ਦੇਸ਼ ਦਾ ਇਹ ਇੱਧਰ ਨੂੰ ਡਾਇਰੈਕਸ਼ਨ ਨੂੰ ਜਾਣਾ, ਉਹ ਹਿੰਦੂ ਤਵੀ ਤਾਕਤਾਂ ਇੱਥੋਂ ਤੱਕ ਪਹੁੰਚ ਗਈਆਂ ਕਿ ਕਿਸੇ ਦੇ ਘਰੇ ਇਹ ਰਿੱਝਿਆ ਕਿਉਂ, ਕੋਈ ਇਹ ਬੈਗ 'ਚ ਪਾ ਕੇ ਤੁਰਿਆ ਕਿਉਂ, ਕਿਸੇ ਨੇ ਇਹ ਸੋਚਿਆ ਕਿਉਂ,
ਭਈ ਲਾਇਬ੍ਰੇਰੀਆਂ ਖੁੱਲੀਆਂ ਨੇ, ਕਿਤਾਬਾਂ ਛਪਦੀਆਂ ਨੇ, ਉਹ ਲਿਟਰੇਚਰ ਲੈ ਕੇ ਪੜ੍ਹਾਂਗੇ ਤਾਂ ਹੀ ਪਤਾ ਲੱਗੂਗਾ ਕਿ ਕੌਣ ਠੀਕ ਹੈ ਕੌਣ ਗਲਤ ਹੈ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ, 17-18 ਆਰਗੇਨਾਈਜੇਸ਼ਨ ਦੇ ਆਗੂ ਸਾਹਿਬਾਨ ਦੇ ਵਿਚਾਰ ਅਸੀਂ ਸੁਣੇ ਹਾਂ, ਸਾਨੂੰ ਤਾਂ ਹੀ ਪਤਾ ਲੱਗੂਗਾ ਵੀ ਕੀ ਠੀਕ ਹੈ ਕੀ ਗਲਤ ਹੈ। ਵੱਖ ਵੱਖ ਕੋਰਟਾਂ ਦੇ ਵਕੀਲ ਸਾਹਿਬਾਨ ਆਏ ਨੇ, ਉਹਨਾਂ ਨੇ ਸੰਵਿਧਾਨਕ ਨੁਕਤਿਆਂ ਤੋਂ ਦੱਸਿਆ ਕਿ ਆਹ ਸੰਵਿਧਾਨਕ ਨੁਕਤੇ ਇਹ ਠੀਕ ਨੇ ਇਹ ਗਲਤ ਹੈ। ਬਈ ਜੇ ਇਹ ਕੁਝ ਕਰਨਾ ਹੀ ਨਹੀਂ ਸੀ ਤਾਂ ਫਿਰ ਲੋਕਤੰਤਰ ਕਿਵੇਂ ਹੋਇਆ? ਫਿਰ ਤਾਂ ਰਾਜਤੰਤਰ ਹੋਇਆ ਜਿਹਦੇ 'ਚ ਰਾਜਾ ਹੁੰਦਾ ਸੀ ਅਤੇ ਪ੍ਰਜਾ ਹੁੰਦੀ ਸੀ। ਵਿਚਾਰ ਨਾਂ ਦੀ ਕੋਈ ਚੀਜ਼ ਨਹੀਂ। ਰਾਜਾ ਰਾਜ ਕਰਨ ਲਈ ਪੈਦਾ ਹੋਇਆ, ਉਹ ਰਾਜ ਕਰ ਲਿਆ, ਪ੍ਰਜਾ ਨੇ ਕੰਮ ਕਰਨਾ, ਸਭ ਨੂੰ ਕੰਮ ਵੰਡੇ ਹੋਏ ਹੈ ਅਤੇ ਲਗਾਨ ਦੇਣਾ ਅਤੇ ਬਾਕੀ ਸਭ ਕੁਝ ਸੱਚ ਹੈ। ਅਤੇ ਗੁਰੂ ਸਾਹਿਬ ਨੇ ਇਹੀ ਕਿਹਾ ਕਿ ਕੋ ਕਾਹੂ ਕੋ ਰਾਜ ਨਾ ਦੇਹਾ, ਜੋ ਲਿਹਾ ਨਿਜ ਵੱਲ ਸੇ ਰਿਹਾ। ਵਿਚਾਰਾਂ ਦੀ ਆਜ਼ਾਦੀ ਹੈ, ਜੇ ਮਨੁੱਖ ਜਿਉਂਦਾ ਉਹ ਗਿਣੇ ਹੀ ਇੱਥੋਂ ਜਾਂਦਾ ਕਿ ਉਹ ਕਿਸੇ ਮੁੱਦੇ 'ਤੇ ਵਿਚਾਰ ਦੇ ਸਕਦਾ। ਅਤੇ ਇਹ ਸਾਡੀ ਵਿਚਾਰਾਂ ਦੀ ਆਜ਼ਾਦੀ ਦਾ ਕਤਲੇਆਮ ਆ। ਜੋ ਵੀ ਇਹਦੇ 'ਤੇ ਚੱਲਦਾ, ਭਾਵੇਂ ਉਹ ਰਾਜ ਸੱਤਾ ਚੱਲਦੀ ਹੈ, ਭਾਵੇਂ ਕੋਈ ਸੰਸਥਾ ਚੱਲਦੀ ਹੈ, ਇਹਦਾ ਸਾਨੂੰ ਜਿਹੜਾ ਹੈਗਾ ਉਹ ਵਿਰੋਧ ਕਰਨਾ ਚਾਹੀਦਾ ਹੈ। ਆਲ ਇੰਡੀਆ ਪੀਪਲਸ ਫੋਰਮ ਵੱਲੋਂ ਅਸੀਂ ਇਸ ਨੁਕਤੇ ਦੇ ਉੱਤੇ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਦਿੱਤਾ ਹੋਇਆ ਹੈ। ਪੂਰੇ ਹਿੰਦੁਸਤਾਨ ਦੇ ਵਿੱਚ ਅਸੀਂ ਜਿਹੜੀਆਂ ਮਿਨੋਰਟੀਜ਼ ਹੈ, ਘੱਟ ਗਿਣਤੀਆਂ ਨੇ, ਘੱਟ ਗਿਣਤੀ ਗਰੁੱਪ ਨੇ, ਸਮੂਹ ਨੇ, ਭਾਵੇਂ ਉਹ ਨਾਗਾਲੈਂਡ ਮਿਜ਼ੋਰਮ ਦੇ ਵਿੱਚ ਨੇ, ਭਾਵੇਂ ਜਿਹੜਾ ਹੈਗਾ ਜੰਮੂ ਕਸ਼ਮੀਰ ਦੇ ਵਿੱਚ ਨੇ, ਭਾਵੇਂ ਸਿੱਖ ਮਿਨੋਰਟੀਜ਼ ਨੇ, ਮੁਸਲਿਮ ਮਿਨੋਰਟੀਜ਼ ਨੇ, ਆਦਿਵਾਸੀ ਨੇ, ਉਹਨਾਂ ਦੇ ਸਾਰਿਆਂ ਦੇ ਵਿਚਾਰਾਂ ਦੀ ਜਿਹੜੀ ਆਦਰ ਸਤਿਕਾਰ ਕਰਨ ਦੀ ਅਸੀਂ ਆਲ ਇੰਡੀਆ ਪੀਪਲਸ ਫੋਰਮ ਵੱਲੋਂ ਮੰਗ ਕਰਦੇ ਹਾਂ। ਅਤੇ ਮੈਂ ਪ੍ਰਬੰਧਕਾਂ ਨੂੰ ਇਸ ਗੱਲ ਲਈ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਸਾਰੀਆਂ ਜਥੇਬੰਦੀਆਂ ਨੂੰ ਇਕੱਠਾ ਕੀਤਾ ਹੈ। ਅਪ੍ਰੈਲ ਦੇ ਵਿੱਚ ਵੀ ਜੋ ਸਮਾਗਮ ਰੱਖਣ ਦਾ ਵਿਚਾਰ ਆਇਆ, ਅਸੀਂ ਉਹਦੀ ਪ੍ਰੋੜਤਾ ਕਰਦੇ ਹਾਂ ਅਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਹ 'ਚ ਸ਼ਮੂਲੀਅਤ ਕਰਾਂਗੇ ਜਿੱਤਰੜ ਦੇ ਲੋਕਾਂ ਨੂੰ। ਅਸੀਂ ਇਸ ਕਨਵੈਨਸ਼ਨ ਦੀ ਸਮਾਪਤੀ ਵੱਲ ਵੱਧ ਰਹੇ ਹਾਂ। ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬਹੁਤ ਸਾਰੇ ਸਾਡੇ ਸੱਜਣ ਜਿਹੜੇ ਕੁਛ ਇਹਦੇ 'ਚ ਠੋਸ ਸੁਝਾਅ ਦੇ ਸਕਦੇ ਸੀ ਉਹ ਰਹਿ ਗਏ, ਜਿਨ੍ਹਾਂ ਨੂੰ ਜਾਣੀ ਨਹੀਂ ਅਸੀਂ ਟਾਈਮ ਦੇ ਸਕੇ। ਇੱਥੋਂ ਤੱਕ ਕਿ ਇਸ ਜਿਹੜੀ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਦੀ, ਇਹਦੇ ਜਨਰਲ ਸੈਕਟਰੀ ਖੁਸ਼ਹਾਲ ਸਿੰਘ ਹੋਰੀ ਖੜ੍ਹੇ ਨੇ, ਜਿਨ੍ਹਾਂ ਨੇ ਸਾਰਾ ਆਰਗੇਨਾਈਜ਼ ਕਰਨ ਦੇ ਵਿੱਚ ਸਾਡੀ ਇਹ ਕਹਿ ਲਓ ਵੀ ਡਟ ਕੇ ਮਦਦ ਕੀਤੀ, ਉਹਨਾਂ ਨੂੰ ਟਾਈਮ ਦੇ ਸਕੇ। ਬਲਜੀਤ ਸਿੰਘ ਖਾਲਸਾ ਬੈਠੇ ਨੇ, ਮਾਲਵਿੰਦਰ ਸਿੰਘ ਮਾਲੀ ਨੇ, ਸਰਦਾਰ ਗੁਰਬਚਨ ਸਿੰਘ ਨੇ ਜਲੰਧਰ ਤੋਂ, ਹਮੀਰ ਸਿੰਘ ਜੀ ਪੱਤਰਕਾਰ ਨੇ, ਹਰਬੰਸ ਮਾਂਗਟਾ, ਨਛੱਤਰ ਸਿੰਘ ਖੀਵਾ, ਕਮਲਜੀਤ ਨੇ CPIML ਦੇ ਜ਼ਿਲ੍ਹਾ ਚੰਡੀਗੜ੍ਹ ਦੇ ਸੈਕਟਰੀ, ਤਾਂ ਹੋਰ ਬਹੁਤ ਸਾਰੇ ਇਸ ਕਿਸਮ ਦੇ ਸੱਜਣ ਸੀ ਜਿਹਨਾਂ ਨੂੰ ਅਸੀਂ ਚਾਹੁੰਦੇ ਸੀ ਉਹਨਾਂ ਦੀ ਗੱਲ ਸੁਣੀਏ। ਨਹੀਂ, ਅੰਤ ਦੇ ਵਿੱਚ ਮੈਂ ਬੇਨਤੀ ਕਰੂੰਗਾ ਸਾਡੀ ਭੈਣ ਬੀਬੀ ਪਰਮਜੀਤ ਕੌਰ ਖਾਲੜਾ, ਜਿਹੜੇ ਸਾਡੇ ਸਾਥੀ ਅਤੇ ਮਨੁੱਖੀ ਅਧਿਕਾਰਾਂ ਦੇ ਵੱਡੇ ਝੰਡਾ ਬਰਦਾਰ ਜਸਵੰਤ ਖਾਲੜਾ ਦੇ ਜੀਵਨ ਸਾਥੀ ਵੀ ਨੇ ਅਤੇ ਉਹਨਾਂ ਦੇ ਮਿਸ਼ਨ ਨੂੰ ਵੀ ਅੱਗੇ ਵਧਾ ਰਹੇ ਨੇ, ਉਹ ਤੁਹਾਡਾ ਧੰਨਵਾਦ ਕਰਨਗੇ, ਕੁਛ ਆਪਣੀਆਂ ਗੱਲਾਂ ਕਹਿਣਗੇ। ਬਹੁਤ ਹੀ ਸਤਿਕਾਰਯੋਗ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਬਹੁਤ ਹੀ ਸਾਰਥਕ ਬਹਿਸ ਅੱਜ ਹੋਈ ਹੈ। ਇਸ ਬਹਿਸ ਦੇ ਵਿੱਚੋਂ ਬਹੁਤ ਵੀ ਜਿਹੜਾ ਕੰਕਲੂਜ਼ਨ ਨਿਕਲੇ ਆ ਔਰ ਬਹੁਤ ਹੀ ਤੱਤ ਦੀਆਂ ਗੱਲਾਂ ਮੈਨੂੰ ਲੱਗਦਾ ਵੀ ਅੱਜ ਅਸੀਂ ਇਕੱਠੇ ਹੋਏ ਹਾਂ। ਵਿਚਾਰਾਂ ਦੀ ਆਜ਼ਾਦੀ ਦੀ ਗੱਲ ਹੈ ਅਤੇ ਅੱਜ ਅਸੀਂ ਵਿਚਾਰ ਚਰਚਾ ਦੇ ਵਿੱਚ ਸ਼ਾਮਿਲ ਹੋਏ ਹਾਂ। ਜਿਹੜੀ ਸਭ ਤੋਂ ਇੱਕ ਬੱਚਾ ਇੱਥੇ ਕਹਿ ਕੇ ਗਿਆ ਹੈ ਵੀ ਸਾਨੂੰ ਉਹਨਾਂ ਲੋਕਾਂ ਨੂੰ ਟਾਰਗੇਟ ਵੀ ਕਰਨਾ ਚਾਹੀਦਾ ਜਿਨ੍ਹਾਂ ਲੋਕਾਂ ਨੇ ਇੰਨੇ ਜ਼ੁਲਮ ਕੀਤੇ ਹੈ। ਮੈਂ ਤੁਹਾਨੂੰ ਦੱਸਦੀ ਹਾਂ, ਪਰਮਰਾਜ ਉਮਰਾ ਨੰਗਲ, ਜਿਨ੍ਹਾਂ ਨੇ ਮਿਥ ਕੇ ਜਿਹੜੇ ਹੈ ਉਹ ਕਤਲ ਕੀਤੇ ਹੈ, ਜਿਹਦੇ ਵਿੱਚ ਉਹਨਾਂ ਨੇ ਇਨਾਮ ਵੀ ਲਏ ਅਤੇ ਇੱਕ ਜਿਉਂਦੇ ਬੰਦੇ ਜਿਹੜੇ ਉਹ ਬਾਅਦ ਵਿੱਚ ਨਿਕਲ ਆਏ। ਤੁਹਾਨੂੰ ਇਹ ਸਾਰੀ ਸਟੋਰੀ ਦਾ ਪਤਾ ਹੈ। ਅਤੇ ਜੇ ਸਮੇਧ ਸੈਣੀ ਹੈ, ਸਾਨੂੰ ਇਹਨਾਂ ਨੂੰ ਕਿਉਂ ਨਹੀਂ ਟਾਰਗੇਟ ਕਰਨਾ ਚਾਹੀਦਾ? ਕਿਉਂਕਿ ਅੱਜ ਇਹਨਾਂ ਦੇ ਮੂੰਹ ਨੂੰ ਉਹੋ ਹੀ ਲਹੂ ਲੱਗਾ, ਇਹ ਫਿਰ ਬਰਗਾੜੀ ਕੇਸ ਦੇ ਵਿੱਚ ਜਾ ਕੇ ਮੁੰਡਿਆਂ ਨੂੰ ਮਾਰ ਆਉਂਦੇ ਹੈ। ਵੀ ਸਾਨੂੰ ਇਹ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਸਾਰੀ ਬਹਿਸ ਦੇ ਵਿੱਚੋਂ, ਕਿ ਜਿਹੜਾ ਜ਼ੁਲਮ ਕਰਦਾ ਹੈ, ਜਿਨ੍ਹਾਂ ਜੱਜਾਂ ਨੇ ਇਹਨਾਂ ਤਿੰਨ ਬੱਚਿਆਂ ਨੂੰ ਸਜ਼ਾ ਸੁਣਾਈ ਹੈ, ਉਹਨਾਂ ਨੂੰ ਵੀ ਸਾਨੂੰ ਟਾਰਗੇਟ ਕਰਨਾ ਚਾਹੀਦਾ ਕਿ ਇਹਦੇ ਪਿੱਛੇ ਕਿਹਦਾ ਹੱਥ ਹੈ, ਇਹ ਕਿਉਂ ਇਹ ਜਿਹੜਾ ਮਸਲਾ ਹੈ ਇਹ ਇਸ ਤਰ੍ਹਾਂ। ਜਦੋਂ ਅੱਗੇ ਕਿਤੇ ਇਤਿਹਾਸ ਦੇ ਵਿੱਚ
ਇਹੋ ਜਿਹੀ ਸਜ਼ਾ ਨਹੀਂ ਹੋਈ ਅਤੇ ਇਸ ਜੱਜ ਨੂੰ ਕੀ ਪ੍ਰੋਬਲਮ ਸੀਗੀ ਕਿ ਉਹਨੇ ਇੱਕ ਵਿਚਾਰਾਂ ਦੀ ਆਜ਼ਾਦੀ ਰੱਖਣ ਵਾਲੇ ਕੁਛ ਬੱਚਿਆਂ ਨੂੰ ਇੱਕ ਸਹਿਤ ਰੱਖਣ ਦੇ ਜੁਰਮ ਵਿੱਚ ਉਮਰ ਕੈਦ ਸੁਣਾਈ ਹੋਵੇ। ਹਾਂ, ਜਿੱਥੇ ਪੋਲੀਟੀਕਲ ਗੱਲ ਆਉਂਦੀ ਹੈ, ਜਿਵੇਂ ਬਾਦਲ ਸਾਹਿਬ ਨੂੰ ਹੁਣ ਕਿਹਾ ਵੀ ਉਹਨੂੰ ਵੀ ਸਾਨੂੰ ਟਾਰਗੇਟ ਕਰਨਾ ਚਾਹੀਦਾ, ਜਦੋਂ ਬਾਦਲ ਸਾਹਿਬ ਦੀ ਗੱਲ ਆਊਗੀ ਤਾਂ ਬਾਦਲ ਸਾਹਿਬ ਨੂੰ ਮੇਰੇ ਵੀਰ ਪੱਤਰਕਾਰ ਜਾ ਕੇ ਪੁੱਛਣਗੇ ਜੀ ਆਹ ਤਿੰਨ ਬੱਚਿਆਂ ਦੀ ਤੁਸੀਂ ਮਸਲਾ ਕਿਉਂ ਨਹੀਂ ਚੱਕਦੇ, ਤਾਂ ਉਹ ਕਹਿਣਗੇ ਜੀ ਇਹ ਕੋਰਟ ਦਾ ਮਸਲਾ ਹੈ, ਇੱਥੇ ਮੈਂ ਦਖਲ ਨਹੀਂ ਦੇ ਸਕਦਾ। ਇਹ ਸਾਨੂੰ ਪਤਾ ਹੈ ਜੀ, ਉਹ ਇਹ ਵਿਚਾਰ ਜ਼ਰੂਰ ਦੇਣਗੇ। ਦੂਜੀ ਗੱਲ ਹੈ ਵੀ ਜਿਹੜਾ ਨਕਸਲਾਈਟ ਮੂਵਮੈਂਟ ਸੀਗੀ ਉਹ ਬਾਦਲ ਨੇ ਹੀ ਸ਼ੁਰੂ ਕੀਤੀ ਸੀ। ਝੂਠੇ ਪੁਲਿਸ ਮੁਕਾਬਲਿਆਂ ਦਾ ਜਿਹੜਾ ਸੱਚ ਸੀਗਾ ਉਹ ਬਾਦਲ ਤੋਂ ਹੀ ਸ਼ੁਰੂ ਹੋਇਆ, ਅਤੇ ਉਸ ਤੋਂ ਬਾਅਦ ਜਿਹੜੇ 25,000 ਬੱਚਿਆਂ ਦਾ ਲਾਪਤਾ ਹੋ ਜਾਣਾ ਅਤੇ ਖਾਲੜੇ ਨੇ ਆਪਣੇ ਵਿਚਾਰਾਂ ਦੀ ਆਜ਼ਾਦੀ ਦੇ ਆਧਾਰ 'ਤੇ ਗੱਲ ਕਰਨੀ ਅਤੇ ਨੈਸ਼ਨਲ ਨਹੀਂ ਇੰਟਰਨੈਸ਼ਨਲ ਲੈਵਲ 'ਤੇ ਗੱਲ ਕੱਢ ਕੇ ਲਿਆਉਣੀ ਕਿ ਸਾਡੇ ਬੱਚਿਆਂ ਦੀਆਂ ਜਿਹੜੀਆਂ ਲਾਸ਼ਾਂ ਉਹ ਸ਼ਮਸ਼ਾਨ ਘਾਟ ਦੇ ਵਿੱਚ 350 ਜਾਂ 400 ਦੀ ਲੱਕੜ ਦੇ ਬਦਲੇ ਲਾਵਾਰਸ ਕਰ ਦਿੱਤੀਆਂ ਗਈਆਂ ਨੇ। ਇਹ ਵੀ ਇੱਕ ਵਿਚਾਰਾਂ ਦੀ ਆਜ਼ਾਦੀ ਸੀ ਉਸ ਵੇਲੇ, ਜਿਹੜਾ ਉਹ ਗਲਾ ਕਿਸ ਤਰ੍ਹਾਂ ਜਿਹੜਾ ਵਿਚਾਰਾਂ ਦਾ ਕੀ। ਮੈਨੂੰ ਤਾਂ ਐਂ ਲੱਗਦਾ ਵੀ ਜਦੋਂ ਜਸਵੰਤ ਸਿੰਘ ਨੂੰ ਜਾਂ ਹਜ਼ਾਰਾਂ ਬੱਚਿਆਂ ਨੂੰ ਚੱਕ ਕੇ ਮਾਰਿਆ ਗਿਆ, ਅਸੀਂ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਤਾਂ ਹੁਣ ਸ਼ੁਰੂ ਕੀਤੀ ਹੈ, ਉਦੋਂ ਤਾਂ ਘਰਾਂ 'ਚੋਂ ਬੰਦੇ ਚੱਕ ਕੇ ਹੀ ਗਾਇਬ ਕਰ ਦਿੱਤੇ ਗਏ। ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਕੇਸ ਆ, ਜਿਹੜਾ ਅਸੀਂ ਲੀਗਲੀ ਲੜਿਆ, ਉਹਦਾ ਜਿਹੜਾ ਸਿੱਟਾ ਸੀਗਾ ਉਹ ਜੱਜਾਂ ਨੇ ਇਹ ਕੱਢਿਆ ਵੀ ਜਿਹੜੇ ਸਾਡੇ ਅਕਿਊਜ਼ਡ ਆ ਉਹਨਾਂ ਨੇ ਪਹਿਲਾਂ ਹੀ ਇਹ ਜਿਹੜੀ ਫਾਈਲ ਲਾਈ ਸੀ, ਆਪਣਾ ਐਫੀਡੇਵਿਟ ਦਿੱਤਾ ਸੀ ਕਿ ਨਾ ਸਾਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਚਾਹੀਦਾ ਅਤੇ ਨਾ ਹੀ ਅਸੀਂ ਇਹਨੂੰ ਲੈ ਕੇ ਗਏ। ਅਤੇ ਅੱਜ ਤੱਕ ਸਾਡੇ ਦੇ ਪੱਲੇ ਕੁਛ ਨਹੀਂ ਪਿਆ ਵੀ ਨਾ ਉਹਨਾਂ ਨੂੰ ਚਾਹੀਦਾ ਸੀ ਅਤੇ ਨਾ ਲੈ ਕੇ ਗਏ। ਅਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਇਹੋ ਜਿਹੀ ਜੱਜਮੈਂਟ ਵੀ ਦਿੱਤੀ ਕਿ ਕੀ ਬੰਦੇ ਹਵਾ ਵਿੱਚ ਉੱਡ ਗਏ। ਇਹੋ ਜਿਹੀਆਂ ਕਹਾਣੀਆਂ ਮੈਂ ਜਿੰਨੀਆਂ ਮਰਜ਼ੀ ਤੁਸੀਂ ਕਹੋ, ਕਿਉਂਕਿ ਮੈਂ 25 ਸਾਲ ਹੋ ਗਏ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਚੱਕਿਆਂ, ਪਰ ਅਸੀਂ ਜਦੋਂ ਜੈਦ ਦੇ ਵਿੱਚ ਹਾਂ, ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ 'ਤੇ ਅੱਜ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੇ ਹੋਏ ਹਾਂ, ਬਸ ਇਹ ਹੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ। ਮੈਨੂੰ ਲੱਗਦਾ ਵੀ ਇਸ ਤੋਂ ਚੰਗੀ ਗੱਲ ਕੋਈ ਨਹੀਂ ਹੋਣੀ। ਜਦੋਂ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ ਅਤੇ ਜੋ ਮੀਡੀਆ ਨੇ ਪ੍ਰਜੈਂਟ ਕੀਤਾ ਅਤੇ ਜੋ ਲੋਕਾਂ ਨੇ ਕੁਛ ਲੋਕਾਂ ਨੇ ਪ੍ਰਜੈਂਟ ਕੀਤਾ ਕਿ ਇਹ ਤਾਂ ਅੱਤਵਾਦੀ ਹੈ ਜੀ, ਇਹ ਤਾਂ ਖਾੜਕੂ ਹੈ, ਅਤੇ ਉਹ ਦੁਨੀਆ ਨੇ ਮੰਨ ਲਿਆ। ਪਰ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਆਪਣੀ ਜ਼ਿੰਦਗੀ ਲਾ ਕੇ ਇਹ ਸੱਚ ਦੁਨੀਆ ਦੇ ਸਾਹਮਣੇ ਲਿਆਂਦਾ ਕਿ ਜਿਹੜੇ ਲੋਕ ਬੱਚੇ ਜਿਹੜੇ ਮਾਰੇ ਗਏ ਉਹ ਖਾੜਕੂ ਨਹੀਂ ਸੀ, ਖਾੜਕੂ ਸਰਕਾਰ ਹੈ, ਵਾਇਲੇਸ਼ਨ ਸਰਕਾਰ ਨੇ ਕੀਤੀ ਹੈ, 15-15 ਸਾਲ ਦੇ ਬੱਚੇ ਜਿਹੜੇ ਉਹ ਚੁੱਕ ਕੇ ਮਾਰੇ ਹੈ। ਅਤੇ ਅੱਜ ਜਿਹੜੀ ਅਗਲੀ ਗੱਲ ਹੈ, ਜਿਹੜੀ ਲਾਸਟ ਗੱਲ ਮੈਂ ਹੁਣ ਕਹਿਣੀ ਹੈ ਅਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਵੱਲ ਵਧਣਾ, ਕਿ ਅੱਜ ਬਾਰਡਰ ਦੇ ਉੱਤੇ ਕੀ ਹੋ ਰਿਹਾ। ਅਸੀਂ ਬਾਰਡਰ ਬੈਲਟ ਦੇ ਬੰਦੇ ਹਾਂ, ਕੀ ਹੋ ਰਿਹਾ? ਇੱਕ ਰਾਸ਼ਟਰਵਾਦ ਦੇ ਨਾਂ 'ਤੇ ਇਲੈਕਸ਼ਨ ਨੂੰ ਮੋਲਡ ਕੀਤਾ ਜਾ ਰਿਹਾ, ਇੱਕ ਰਾਸ਼ਟਰਵਾਦ ਦੇ ਨਾਂ 'ਤੇ ਕੋਈ ਵਿਕਾਸ ਦੀ ਗੱਲ ਨਹੀਂ, ਕੋਈ ਮੁੱਦਾ ਨਹੀਂ, ਕੋਈ ਕੁਛ ਨਹੀਂ। ਅਤੇ ਉਹ ਸਾਨੂੰ ਇਹ ਚੀਜ਼ ਵੀ ਨੰਗੀ ਕਰਨੀ ਚਾਹੀਦੀ ਹੈ ਕਿ ਤੂੰ ਜਿਹੜੀ ਸਰਜੀਕਲ ਸਟ੍ਰਾਈਕ ਕੀਤੀ ਹੈ ਉਹਦੇ ਵਿੱਚ ਸਿਰਫ ਬੰਦੇ ਹੀ ਮਾਰਨੇ ਸੀ ਕਿ ਕੋਈ ਹੋਰ ਕੰਮ ਵੀ ਕਰਨਾ ਸੀ? ਉਹ ਬੰਦਿਆਂ ਦੀ ਗਿਣਤੀ ਦੇ ਰਹੇ ਆ, ਬੰਦੇ ਉੱਧਰ ਮਰ ਜਾਣ ਅਤੇ ਬੰਦੇ ਇੱਧਰ ਮਰ ਜਾਣ, ਇਹ ਸਿਰਫ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਅਸੀਂ ਇਹਨੂੰ ਕੰਡੈਮ ਕਰਦੇ ਹਾਂ। ਜਿਹੜਾ ਮੋਦੀ ਇਹ ਗੱਲ ਕਹਿੰਦਾ ਕਿ ਅਸੀਂ ਜਿਹੜੇ ਬੰਦੇ 300 ਮਾਰ ਆਏ ਹੈ, ਅਤੇ ਨਾਲ ਉਹ ਇਹ ਵੀ ਕਹਿੰਦੇ ਆ ਵੀ ਇਹ ਗਿਣਤੀ ਕਰਨੀ ਸਾਡਾ ਕੰਮ ਨਹੀਂ ਹੈ। ਅਤੇ ਇਹੋ ਜਿਹੀਆਂ ਗੱਲਾਂ ਸਾਨੂੰ, ਇੱਕ ਹਿਊਮਨ ਰਾਈਟਸ ਦਾ ਇਹ ਮੁੱਦਾ ਹੈ, ਬੰਦੇ ਕਿਤੇ ਵੀ ਮਰ ਜਾਣ ਉਹ ਸਾਡੇ ਵੀਰ ਅਤੇ ਭੈਣ ਭਰਾ ਹੈ, ਜਿਨ੍ਹਾਂ ਦੇ ਘਰਾਂ ਦੇ ਵਿੱਚ ਹੁਣ 70 ਵਿਛੇ ਆ, ਉਹਨਾਂ ਨੂੰ ਜਾ ਕੇ ਪੁੱਛੋ ਵੀ ਇਹ ਜਿਹੜਾ ਰਾਸ਼ਟਰਵਾਦ ਕਿਹੋ ਜਿਹਾ ਰਾਸ਼ਟਰਵਾਦ ਅਤੇ ਕਿਹੋ ਜਿਹੀ ਲੜਾਈ। ਅੱਜ ਬਾਰਡਰ ਬੈਲਟ ਦੇ ਅਸੀਂ ਸਾਰੇ ਲੋਕ ਕਿਸ ਤਰ੍ਹਾਂ ਜਿਹੜੇ ਉਹ ਕਰ ਰਹੇ ਹਾਂ, ਸਫ਼ਰ ਕਰ ਰਹੇ ਹਾਂ, ਇਹ ਮੇਰਾ ਇੱਕ ਅਸਲੀ ਜਿਹੜਾ ਮੈਂ ਚਾਹੁੰਦੀ ਹਾਂ ਵੀ ਇਲੈਕਸ਼ਨਾਂ ਦੇ ਵਿੱਚ ਆਉਣੀਆਂ, ਹੁਣ ਇਲੈਕਸ਼ਨਾਂ, ਇਹਦੇ ਵਿੱਚ ਇਹ ਜਿਹੜਾ ਰਾਸ਼ਟਰਵਾਦ ਦਾ ਮੁੱਦਾ ਇਹਨੂੰ ਵੀ ਉਭਾਰਿਆ ਜਾਵੇ। ਅਸੀਂ ਵੀ ਕੀ ਮੰਗਦੇ ਹਾਂ, ਸਿੱਖ ਵੀ ਕੀ ਮੰਗਦੇ ਆ, ਅਸੀਂ ਵੀ ਤਾਂ ਰਾਸ਼ਟਰ ਹੀ ਮੰਗਦੇ ਹਾਂ, ਅਤੇ ਸਾਡੇ ਰਾਸ਼ਟਰ ਵੇਰੀ ਤੁਹਾਨੂੰ ਕੀ ਹੁੰਦਾ? ਅਤੇ ਜਦੋਂ ਦੂਜੇ ਪਾਸੇ ਰਾਸ਼ਟਰਵਾਦ ਦੀ ਗੱਲ ਹੁੰਦੀ ਹੈ, ਕਿਉਂਕਿ ਉਹ ਬਹੁ ਗਿਣਤੀ ਦੇ ਵਿੱਚ ਹੈ, ਅਤੇ ਮਨਿਓਰਟੀ ਨੂੰ ਕੁੱਟਣ ਦਾ ਇੱਕੋ ਇੱਕ ਤਰੀਕਾ ਹੈ ਵੀ ਇਹਨਾਂ ਨੂੰ ਜਾਂ ਤਾਂ ਮਾਰ ਹੀ ਦਿਓ ਅਤੇ ਜਾਂ ਜੇਲ੍ਹਾਂ ਵਿੱਚ ਪੱਕੀ ਜੇਲ੍ਹ ਹੀ ਕਰ ਦਿਓ, ਵੀ ਟੈਲ ਡੈਥ ਇਹ ਜੇਲ੍ਹ ਵਿੱਚ ਹੀ ਰਹਿਣਗੇ। ਅਤੇ ਆਹ ਛੋਟੇ ਛੋਟੇ ਜਿਹੜੇ ਉਹਨਾਂ ਦੇ ਕੋਲੋਂ ਪੈਂਫਲੇਟ ਨਿਕਲੇ ਉਹਦੇ ਆਧਾਰ 'ਤੇ ਤੁਸੀਂ ਸਾਨੂੰ ਸਜ਼ਾ ਦੇ ਦਿਓ।
ਵੇਖੋ ਜੀ, ਅੱਜ ਸਭ ਤੋਂ ਜਿਹੜੀ ਸਾਰਥਕ ਗੱਲ ਮੈਨੂੰ ਲੱਗਦੀ ਹੈ ਕਿ ਅਸੀਂ ਇੱਕ ਪਲੇਟਫਾਰਮ 'ਤੇ ਆਏ ਹਾਂ ਮਨੁੱਖੀ ਅਧਿਕਾਰਾਂ ਵਾਲੇ। ਇਹ ਜਿਹੜਾ ਮੰਚ ਹੈ ਇਹ ਜਾਰੀ ਰਹਿਣਾ ਚਾਹੀਦਾ। ਇਹਦੇ ਵਿੱਚ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਜਿੱਥੇ ਅਸੀਂ ਇਹ ਕੰਮ ਸ਼ੁਰੂ ਕੀਤਾ ਹੋਇਆ ਖਾਲਡ ਮਿਸ਼ਨ ਦਾ, ਅਸੀਂ ਵੀ ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ, ਚਾਹੇ ਕੋਈ ਪੁਲਿਸ ਵਾਲਾ ਹੈ ਚਾਹੇ ਕੋਈ ਹਿੰਦੂ ਵੀਰ ਨਾ। ਇੱਥੇ ਇੱਕ ਮੇਰਾ ਵੀਰ ਬੈਠਾ ਹੈ ਜਿਹੜਾ ਚਮਨ ਲਾਲ ਦੇ ਕੇਸ ਦੇ ਵਿੱਚ, ਉਹ ਸਾਡੇ ਨਾਲ ਹੁਣ ਤੱਕ ਨਿਭੇ ਆਉਂਦੇ ਆ। ਉਹ ਇੱਕ ਹਿੰਦੂ ਸੀ, ਖੱਤਰੀ ਸੀ, 17 ਜੀ ਉਹ ਉੱਥੋਂ ਮਰਾ ਕੇ ਆਇਆ ਸੀਗਾ 47 ਦੇ ਵਿੱਚ, ਅਤੇ ਹੁਣ ਉਹਦਾ ਮੁੰਡਾ ਚੱਕ ਕੇ ਉਹਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਦਿਆ। ਅਸੀਂ ਇਸ ਜਾਤ ਪਾਤ ਤੋਂ ਉੱਚੇ ਉੱਠ ਕੇ ਹੀ ਗੱਲ ਕਰਦੇ ਹਾਂ ਕਿ ਜਿੱਥੇ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ 'ਤੇ ਗੱਲ ਹੋਊਗੀ ਉਹ ਖਾਲਡਾ ਮਿਸ਼ਨ ਸਾਰੀਆਂ ਜਥੇਬੰਦੀਆਂ ਦੇ ਨਾਲ ਰਲ ਕੇ ਆਪਣਾ ਜਿਹੜਾ ਉਹ ਲੜਾਈ ਨੂੰ ਜਾਰੀ ਰੱਖੂਗਾ। ਅਤੇ ਅੱਜ ਜਿਹੜੇ ਮੈਨੂੰ ਧੰਨਵਾਦ ਦੇ ਸ਼ਬਦ ਮੈਂ ਕਹਿਣੇ ਨੇ ਉਹ ਇਹ ਹੈ ਕਿ ਅਸੀਂ ਦੂਰੋਂ ਨੇੜਿਓਂ ਚੱਲ ਕੇ ਸਾਰੇ ਜਣੇ ਆਏ ਹੈ, ਅਤੇ ਸਟ੍ਰੈਟਜੀ ਵੀ ਬਣੀ ਹੈ ਕਿ ਅੱਗੋਂ ਪ੍ਰੋਗਰਾਮ ਲੀਕੇ ਜਾਣ। ਹੁਣ ਬੜਾ ਸੋਹਣਾ ਮੌਕਾ ਆਉਣਾ, ਇਲੈਕਸ਼ਨ ਆ ਹੀ ਰਹੀ ਹੈ, ਅਤੇ ਸਾਨੂੰ ਇਹੋ ਜਿਹੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਆ ਜਿਹੜੇ ਉਹ ਬਹੁਤ ਜ਼ੋਰ ਸ਼ੋਰ ਨਾਲ ਚੁੱਕਣੇ ਚਾਹੀਦੇ ਆ। ਜਿੰਨੇ ਮੇਰੇ ਵੀਰ ਸਾਰੀਆਂ ਪਾਰਟੀਆਂ ਤੋਂ ਜਿਵੇਂ ਜਿਵੇਂ ਪਹੁੰਚੇ ਆ ਉਹਨਾਂ ਦੀਆਂ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ। ਜਿਨ੍ਹਾਂ ਵੀਰ ਮੇਰੇ ਪ੍ਰਬੰਧਕ ਵੀਰ ਨੇ ਜਿਨ੍ਹਾਂ ਨੇ ਸਾਨੂੰ ਆ ਸਾਰਾ ਕੁਛ ਪ੍ਰੋਵਾਈਡ ਕੀਤਾ ਉਹਨਾਂ ਲਈ ਵੀ ਅਸੀਂ ਸ਼ੁਕਰਗੁਜ਼ਾਰ ਹਾਂ। ਅਤੇ ਮੈਂ ਇਹਨਾਂ ਕਹਿ ਕੇ ਸਭ ਤੋਂ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਨੂੰ ਦੇਸ਼ ਵਿਦੇਸ਼ ਵਿੱਚ ਨੈਸ਼ਨਲ ਸਿੱਖ ਡੇ ਵਜੋਂ ਸਥਾਪਿਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ